ਸਲੋਕ ਹਾਂ ਹਾਂ ਕਰਤ ਬਿਹਾਨੀਆ। ਸਾਹਿਬ ਜੀ ਕਹਿੰਦੇ ਜੀਆਂ ਦੀ ਐਸੀ ਹਾਲਤ ਹੈ, ਹਾਂ ਮੈਂ ਬੜਾ ਗਿਆਨੀ ਹੈ, ਮੈਂ ਬੜਾ ਪੰਡਿਤ ਹੈ, ਮੈਂ ਬੜਾ ਸੰਤ ਹੈ, ਮੈਂ ਬੜਾ ਸਰਦਾਰ ਹੈ, ਇਸ ਪ੍ਰਕਾਰ ਕਰਦਿਆਂ ਦੀ ਹੰਗਤਾ ਕਰਦਿਆਂ ਦੀ ਉਮਰ ਜੀਆਂ ਦੀ ਬਿਹਾਨੀਆਂ ਗੁਜ਼ਰ ਗਈਆਂ। ਤਾਕਤ ਮੁਗਧ ਆ ਜਾਣ ਸ਼ਕਤੀ ਦੇ ਉਪਾਸ਼ਕ ਰਹੇ, ਚੇਲੇ ਰਹੇ ਮਾਇਆ ਦੇ, ਮੂਰਖਨ ਪਰਮਾਰਥ ਵੱਲੋਂ, ਅਣਜਾਣ ਹਨ ਸ਼ਾਸਤਰ ਗਿਆਨ ਵੱਲੋਂ। ਅੜਕ ਮੋਏ ਜਿਉ ਤ੍ਰਿਖਾਵੰਤ, ਉਹ ਸੰਤ ਜੀ ਅੜਾੜ ਆ ਕੇ ਮਰ ਗਏ, ਜਿਸ ਪ੍ਰਕਾਰ ਤਿਹਾਏ ਪਸ਼ੂ ਉਡਾਉਂਦੇ ਰਹਿੰਦੇ ਹਨ, ਜਿਸ ਪ੍ਰਕਾਰ ਕੱਟੇ ਆਦਿ ਕਢਾਉਂਦੇ ਰਹਿੰਦੇ ਹੈ, ਇਉਂ ਰੜਕਾਂ ਕਰ ਕਰਕੇ ਕਦੇ ਕਿਸੇ ਪ੍ਰਕਾਰ ਦੀ ਰੜ ਕਰ ਲਈ, ਕਦੇ ਕਿਸੇ ਪ੍ਰਕਾਰ ਦੇ ਅੜਾਉਣ ਲੱਗ ਗਏ, ਸਾਨੂੰ ਆਹ ਦੁੱਖ ਹੈ, ਇਉਂ ਕੋਈ ਨਾ ਕੋਈ ਛਿੱਦਰ ਕੱਢ ਕਰਕੇ, ਰੜਕਾਂ ਕੱਢ ਕਰਕੇ, ਈਰਖਾ ਦੇ ਨਾਲ ਝਗੜੇ ਪਾ ਪਾ ਕੇ, ਤਿਹਾਏ ਵਾਲੇ ਉੜਾ ਉੜਾ ਕੇ ਮਰ ਗਏ ਹੋ ਤਰਫ ਕੇ। ਨਾਨਕ ਕਿਰਤ ਕਮਾਨ, ਉਹਨਾਂ ਨੂੰ ਮਹਾਰਾਜ ਕਹਿੰਦੇ ਕਿਰਤ ਹੀ ਇਹ ਜੇ ਕਮਾਈ ਹੈ ਭਾਈ, ਉਹਦੀ ਕਰਨੀ ਦੇ ਅਨੁਸਾਰ ਅੰਤਰਜਾਮੀ ਨੂੰ ਫਲ ਦਿੱਤਾ ਹੈ, ਅਣਹੋਇਆ ਨੀ ਚਮੇੜਿਆ। ਪੌੜੀ ਅੜਾੜਾ ਅੜਕ ਤਿਰਖਾ ਵਾਲੇ ਤਿਹਾਏ ਉਹਨੂੰ ਤੜਫ ਤੜਫ ਕੇ ਮਰ ਗਏ, ਅੜਾ ਉੜਾ ਕੇ ਮਰ ਗਏ, ਬਹੁਤ ਸਾਰੇ ਈਰਖਾ ਦੇ ਵਿੱਚ ਰਿਜ ਰਿਜ ਕੇ ਖਿਜ ਖਿਜ ਕੇ ਮਰ ਗਏ। ਪੌੜੀ ਅੜਾੜਾ ਅੜਾੜ ਮਿਟੈ ਸੰਗ ਸਾਧੂ, ਹਜ਼ੂਰ ਕਹਿੰਦੇ ਹਨ ਅੜਾੜ ਲੜਾਈ ਹੈ ਨਾ ਜਿਹੜੀ, ਇਹ ਹਰ ਵਕਤ ਅੰਦਰ ਲੋਕਾਂ ਦੇ ਨਾਲ ਪਈ ਰਹਿੰਦੀ, ਕਦੇ ਕਿਸੇ ਨਾਲ ਖਹਿ ਪਿਆ, ਕਦੇ ਕਿਸੇ ਨਾਲ, ਇਹ ਸਭ ਸੰਗਤ ਕਰਨੇ ਕਰਕੇ ਲੜਾਈ ਵਾਲਾ ਸੁਭਾਅ ਮਿਲਦਾ ਹੈ, ਤਮੋ ਗੁਣ ਸੁਭਾਅ ਨਹੀਂ ਜਾਂਦਾ, ਐਵੇਂ ਬਣਿਆ ਹੀ ਰਹਿੰਦਾ ਹੈ। ਸਭ ਸੰਗਤ ਮਿਲ ਕੇ ਜੰਮਣ ਮਰਨ ਦੀ ਜਿਹੜੀ ਲੜਾਈ ਪਈ ਹੋਈ ਹੈ ਸਾਡੇ ਗੜ, ਕਾਮ ਕ੍ਰੋਧ ਦੀ ਲੜਾਈ ਪਈ, ਆਸਰੀ ਸੰਪਦਾ ਦੇਵੀ ਸੰਪਦਾ ਦੀ, ਇਹ ਸਭ ਸੰਗਤ ਕਰਕੇ ਮਿਟਦੀ ਹੈ। ਕਰਮ ਧਰਮ ਤਤ ਨਾਮ ਆਰਾਧੂ, ਸਾਰੇ ਕਰਮ ਦੀ ਓਸਨ ਕਰ ਲੇ, ਨਿਤ ਨਿਤ ਪ੍ਰਾਸ਼ਚਿਤ ਕਾਮ ਆਦਿਕ, ਤੇ ਧਰਮ ਜੱਗ ਆਦਿ ਵੀ ਕਰ ਲੇ, ਇਹ ਜਿਹੜਾ ਨਾਮ ਦਾ ਆਰਾਧਨਾ ਅਸਲੀ ਤਤ ਸਿਧਾਂਤ ਹੈ, ਉਹਨਾਂ ਨੇ ਸਰੂਪ ਨੂੰ ਪਛਾਣ ਲਿਆ, ਤਤ ਦੇ ਗਿਆਨ ਨੂੰ ਪਾ ਲਿਆ, ਜੋ ਨਾਮ ਨੂੰ ਰਾਧੂ ਰਾਧਾ ਹੈ। ਰੂੜ ਜੇ ਵਸਿਓ ਰਿਦ ਮਾਹੀ, ਪਰਮੇਸ਼ਰ ਸਾਧ ਸਿੰਘ ਜੀ ਇਹਨਾਂ ਦੇ ਹਿਰਦੇ ਚ ਵਸ ਗਿਆ ਹੈ, ਸਾਹਿਬ ਕਹਿੰਦੇ ਹਨ ਵਾ ਕੀ ਉਡਾੜ ਮਿਟਤ ਬਿਨ ਸਾਹੀ, ਉਹਨਾਂ ਦੀ ਸਾਧ ਸਿੰਘ ਜੀ ਜਿਹੜਾ ਲੜਾਈ ਵੀ ਸਾਰੀ ਮਿਟ ਜਾਂਦੀ ਹੈ, ਨਾ ਜੰਮਣ ਮਰਨ ਦੀ ਲੜਾਈ ਹੈ, ਨਾ ਕਾਮ ਕ੍ਰੋਧ ਦੀ ਲੜਾਈ ਹੈ, ਨਾ ਸੁਭ ਤੇ ਸੁਭ ਸੁਭਾਅ ਦੀ ਲੜਾਈ ਹੈ, ਨਾ ਦੁਨੀਆਂ ਦੀ ਲੜਾਈ ਹੈ, ਤੇ ਮਿਟਣਾ ਬਿਨ ਸਾਹੀ ਜਿਹੜੀ ਬਨਸਾਉਣ ਵਾਲੀ ਹੈ, ਨਾਸ਼ ਕਰਨ ਵਾਲੀ ਲੜਾਈ, ਜੀਆਂ ਦੇ ਖੂਣੀਆਂ ਦੇ ਖੂਣੀਆਂ ਲਿਖੋ, ਖਿਮਾ ਵੀ ਹੋਣੇ ਖੱਬ ਗਏ ਖੂਹਣ ਲੱਖ ਅਸੰਖ, ਲੱਖਾਂ ਹੀ ਅਣਗਿਣਤ ਖੂਣੀਆਂ ਖੱਬ ਗਈਆਂ ਜਿਸ ਲੜਾਈ ਵਿੱਚ, ਉਹ ਬਿਨਸਾਹੀ ਨਾਸ਼ ਕਰਾਉਣ ਵਾਲੀ ਜਿਹੜੀ ਲੜਾਈ ਹੈ, ਉਹਨਾਂ ਦੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਹੈ ਵਾ ਕੀ ਵਿੜਾੜ ਮਿਟ ਬਿਨਸਾਹੀ, ਬਿਨਸਾਹੀ ਨਾਸ਼ ਕਰਾਉਣ ਵਾਲੀ ਜਿਹੜੀ ਲੜਾਈ ਹੈ ਉਹਨਾਂ ਦੀ, ਉਹ ਮਿਟ ਗਈ ਹੈ, ਤੇ ਬਿਨਸਾਹੀ ਸਾਹੀ ਪਾਪਾਂ ਦੇ ਕਲੰਕ ਤੋਂ ਸ਼ਾਹੀ ਤੋਂ ਰਹਿਤ ਹੋ ਗਏ ਹੈ, ਅਤੇ ਇਸ ਪ੍ਰਕਾਰ ਸਾਧ ਸੰਗਤ ਜੀ ਬਿਨਸਾਹੀ ਉਹਨਾਂ ਦੀ ਵਾਕੀ ਆੜ ਮਿਟ, ਲੜਾਈ ਵੀ ਮਿਟ ਜਾਂਦੀ ਹੈ, ਤੇ ਬਿਨਸਾਹੀ ਉਹ ਸ਼ਾਹੀ ਪਾਪਾਂ ਦੀ ਕਾਠ ਤੋਂ ਵੀ ਰਹਿਤ ਹੋ ਗਏ ਹੈ, ਜਿਹੜੀ ਬਨਸਾਉਣ ਵਾਲੀ ਨਾਸ਼ ਕਰਨ ਵਾਲੀ ਸੀ ਉਹ ਨਾਸ਼ ਹੋ ਗਈ ਹੈ ਉਹਨਾਂ ਦੇ। ਅੜਾੜ ਕਰਤ ਸਾਕਤ ਗਾਵਾਰਾ, ਲੜਾਈਆਂ ਕਰਦੇ ਰਹਿੰਦੇ, ਰਾੜ ਝਗੜੇ ਕਰਦੇ ਰਹਿੰਦੇ, ਸਾਕਤ ਪੁਰਖ ਹਨ ਗੇ, ਗਵਾਰ ਬੇਅੰਤ ਬੇਸਮਝ ਹਨ ਚੰਡਾਲਾਂ ਦੀ ਨਿਆਈ, ਇਹ ਹੀ ਹੈ ਅਹੂ ਬੁੱਧ ਬੇਕਾਰਾ, ਉਹਨਾਂ ਦੇ ਹਿਰਦੇ ਚ ਬਾਹਲੀ ਹੰਕਾਰ ਵਾਲੀ ਬੁੱਧੀ ਹੈ, ਵਕਾਰਾਂ ਵਿੱਚ ਫਸੇ ਹੋਏ ਹੈ, ਉਹ ਲੜਾਈਆਂ ਟੰਟੇ ਕਰਦੇ ਰਹਿੰਦੇ ਹਨ। ਸਾਧ ਸੰਗਤ ਜੀ, ਜੰਗ ਦਾ ਵੀ ਕੋਈ ਸਮਾਂ ਹੈ, ਇੱਕ ਤਾਂ ਇਹੋ ਜਿਹਾ ਜੰਗ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕੁੱਲ ਦੁਨੀਆਂ ਦੀ ਰੱਖਿਆ ਕਰਨ ਵਾਸਤੇ ਚਾਰੇ ਸਾਲ ਜ਼ਿਆਦੇ ਵਾਰਨੇ ਪਏ, ਤੇ ਲੱਖਾਂ ਸਿੰਘ ਸ਼ਹੀਦ ਕਰਨੇ ਪਏ, ਖਾਲਸੇ ਨੂੰ ਜ਼ੁਲਮ ਨੂੰ ਮੇਟਣ ਵਾਸਤੇ 35,000 ਨੇ ਕੁਰਬਾਨੀਆਂ ਹੀ ਜਿਹੀਆਂ ਕੀਤੀਆਂ, ਜ਼ੁਲਮ ਦੇ ਰਾਜ ਨੂੰ ਸਾਰੇ ਨੂੰ ਖਾਰੇ ਸਮੁੰਦਰ 'ਚ ਉਹਦੀ ਜੜ ਪਾ ਕੇ ਧਰਮ ਦਾ ਰਾਜ ਕਾਇਮ ਕਰਤਾ। ਇਹ ਤਾਂ ਹੈ ਸਾਧ ਸੰਗਤ ਜੀ ਲੜਨਾ ਯੋਗ, ਇਹ ਹੈ ਗਰੀਬਾਂ ਦੀ ਰੱਖਿਆ ਕਰਨ ਵਾਸਤੇ ਜਿੱਥੇ ਗਊਆਂ ਦੇ ਬੰਗ ਬੰਨ ਬੰਨ ਕੇ ਲਈ ਜਾਂਦੇ ਹੋ ਕਸਾਈ, ਉਹਨਾਂ ਤੋਂ ਛੁਡਾਉਣਾ ਕੋਈ ਪਾਪ ਨਹੀਂ ਹੈ। ਇਸੇ ਪ੍ਰਕਾਰ ਲੜਕੀਆਂ ਨੂੰ ਸਾਧ ਸੰਗਤ ਜੀ 18,000 ਨੂੰ ਜਦੋਂ ਜਲ ਲਈ ਜਾਂਦੇ ਸਨ, 30,000-22,000 ਲੜਕੀਆਂ ਨੂੰ ਸਿੰਘਾਂ ਨੇ ਸੱਤਾਂ ਦਿਨਾਂ ਦੇ ਭੁੱਖਿਆਂ ਨੂੰ ਉਹਨਾਂ ਨੂੰ ਛੁਡਾ ਕੇ ਫਿਰ ਅੰਨ ਖਾਧਾ। ਇਹ ਹੈ ਧਰਮ ਦੀ ਲੜਾਈ,
ਇਹ ਜ਼ੁਲਮ ਨੂੰ ਮੇਟਣ ਵਾਸਤੇ ਇਹਦੀ ਬਾਬਤ ਗੁਰੂ ਸਾਹਿਬ ਨੇ ਕਿਹਾ ਸ਼ਸਤਰਹੀਣ ਕਮ ਹੋਣਾ ਹੋਈ ਰਹਿਤ ਬੰਦ ਸਿੰਘ ਹੈ ਸੋਈ ਸ਼ਸਤਰ ਤੋਂ ਹੀਰੇ ਨਹੀਂ ਕਦੇ ਹੋਣਾ ਚਾਹੀਦਾ ਰਹਿਤ ਵਾਲਾ ਉਹ ਸਿੰਘ ਹੈ ਅਤੇ ਜਿਹੜੀ ਆਪੋ ਵਿੱਚ ਐਵੇਂ ਟੰਟੇ ਵਸਾਰ ਕਰਕੇ ਭਰਾਵਾਂ ਦਾ ਹੀ ਲੜਾਈ ਕਰਕੇ ਮਰਦੇ ਰਹਿਣਾ ਉਹਦੀ ਬਾਬਤ ਸਤਿਗੁਰੂ ਜੀ ਕਹਿੰਦੇ ਜਿਹਨਾਂ ਦੇ ਹਿਰਦੇ 'ਚ ਹੰਕਾਰ ਵਾਲੀ ਬੁੱਧੀ ਹੈ ਅਤੇ ਵਕਾਰ ਹੈ ਉਹ ਲੜਾਈਆਂ 'ਚ ਫਸ ਫਸ ਕੇ ਮਰਦੇ ਹਨ ਧਰਮ ਦੀ ਰੱਖਿਆ ਵਾਸਤੇ ਕੁਰਬਾਨੀ ਕਰਨੀ ਐਡੀ ਵੱਡੀ ਮਾਰਨ ਕੀਤੀ ਹੈ 1,25,000 ਸੇ ਇੱਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ ਇਹ ਵਡਿਆਈ ਦਿੱਤੀ ਹੈ ਸੋ ਇੱਥੇ ਹਜ਼ੂਰ ਜਿਹੜੇ ਲੋਕ ਆਪੋ ਵਿੱਚ ਈਰਖਾ ਨਾਲ ਮਰਦੇ ਹੈ ਧਰਮ ਦੀ ਕੋਈ ਲੜਕੀਆਂ ਦੀ ਰੱਖਿਆ ਨਹੀਂ ਕਰਨੀ ਧਰਮ ਦੀ ਰੱਖਿਆ ਨਹੀਂ ਕਰਨੀ ਅਤੇ ਉਹਨਾਂ ਆਦਮੀਆਂ ਦੀ ਬਾਬਤ ਸੱਚੇ ਪਾਤਸ਼ਾਹ ਸਾਡੇ ਆਪੋ ਵਿੱਚ ਜਿਵੇਂ ਕਹਿ ਰਹੇ ਪਾਂਡੋ ਲੜਕੇ ਮਰ ਗਏ ਇਸ ਪ੍ਰਕਾਰ ਦੀ ਹਾਲਤ ਬਾਬਤ ਕਹਿ ਰਹੇ ਹਨ ਹਿਰਦੇ ਮੇਰੀ ਮੇਰੀ ਕਹਿਓ ਕਰ ਦੁਰਯੋਧਨ ਸੇ ਭਾਈ ਬਾਰਾਂ ਯੋਜਨ ਛਤਰ ਚਲੇ ਥਾ ਦੇਹੀ ਗਿਰਜ ਨਾ ਖਾਈ ਜਿਹਨਾਂ ਦੇ ਹਿਰਦੇ 'ਚ ਹੰਕਾਰ ਵਾਲੀ ਬੁੱਧੀ ਹੈ ਅਤੇ ਵਕਾਰ ਕਾਮ ਆਦਿਕ ਹੈ ਉਹ ਇਸ ਪ੍ਰਕਾਰ ਨਾਸ ਹੁੰਦੇ ਹਨ ਆਪੋ ਵਿੱਚ ਅੜਾੜਾ ਗੁਰਮੁਖ ਅੜਾੜ ਮਿਟਾਈ ਗੁਰਦੁਆਰੇ ਗੁਰਮੁਖਾਂ ਦੇ ਅੰਦਰੋਂ ਲੜਾਈ ਸੱਚੇ ਪਾਤਸ਼ਾਹ ਮੇੜ ਦਿੱਤੀ ਹੈ ਨਿਮੁਖ ਮਾਹ ਨਾਨਕ ਸਮਝਾਈ ਨਿਮੁਖ ਮਾਤਰ ਸੇ ਇਹ ਸਮਝਾਤੀ ਮਹਾਰਾਜ ਨੇ ਖਿੰਦੇ 'ਚ ਕਿਰਪਾ ਦ੍ਰਿਸ਼ਟੀ ਕੀਤੀ ਸਮਝ ਪੈ ਗਈ ਉਹਨਾਂ ਨੂੰ ਆਤਮਾ ਪ੍ਰਾਤਮਾ ਏਕੋ ਕਰਨ ਦੀ ਉਹਨਾਂ ਦੇ ਟੰਟੇ ਲੜਾਈਆਂ ਮਿਟ ਗਈਆਂ ਹਨ ਉਹ ਸੁਖੀ ਹੋ ਗਏ ਹਨ ਜ਼ੁਲਮ ਨੂੰ ਨਾਸ਼ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਕਲਗੀ ਧਰਨ ਬਚਨ ਕੀਤੇ ਸੀ ਦਾਦੂ ਦੁਆਰੇ ਜਦੋਂ ਗਏ ਇਸ ਜੈਤ ਰਾਮ ਨੂੰ ਪੁੱਛਿਆ ਸੀ ਮਹਾਰਾਜ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਮਹਾਰਾਜ ਸਾਹਿਬ ਨੇ ਕਿਹਾ ਭਾਈ ਧਰਮ ਦੇ ਵਾਸਤੇ ਉਹਨਾਂ ਦੇ ਸੀਸ ਲੱਗੇ ਹੈ ਜੇ ਅਸੀਂ ਨਾ ਸਾਹਿਬਜ਼ਾਦੇ ਵਾਰਦੇ ਹਿੰਦ ਦੀ ਰੱਖਿਆ ਨਹੀਂ ਸੀ ਹੋ ਸਕਣੀ ਜੈਤ ਰਾਮ ਸੁਣ ਕੇ ਜੈਤ ਰਾਮ ਨੇ ਚਰਨ ਪਕੜ ਲਏ ਸੱਤ ਹੈ ਮਹਾਰਾਜ ਆਪ ਬਿਨਾਂ ਕੌਣ ਰੱਖਾ ਹੈ ਇਉਂ ਨਿਮਖ ਦੇ ਵਿੱਚ ਸਮਝ ਪੈ ਗਈ ਉਹਨਾਂ ਨੂੰ ਦੁਨੀਆਂ ਦੀ ਲੜਾਈ ਉਹਨਾਂ ਦੀ ਗੁਰਮੁਖਾਂ ਦੇ ਅੰਦਰ ਮਿਟ ਗਈ ਹੈ ਸਦਾ ਲੋਕ ਸੁਖੀ ਪ੍ਰਲੋਕ ਸਹੇਲੇ ਹਨ ਉਹ ਅੜਾੜਾ ਗੁਰਮੁਖ ਅੜਾੜ ਮਿਟਾਈ ਨਿਮਖ ਮਾਹ ਨਾਨਕ ਸਮਝਾਈ ਵਾਹਿਗੁਰੂ ਜੀ ਕਾ ਖਾਲਸਾ ਆਖਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਮ ਭੀਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹਮ ਭੀਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਦਾਤਾ ਹਮ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕਹੋ ਅਬ ਕਿਸ਼ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਵ ਆਪਣਾ ਐਸੀ ਬਖਸ਼ ਕਰੀਜੈ ਭੰਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ ਪੰਤ ਨਾਨਕ ਪਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਸਲੂਕ ਸਾਧੂ ਕੀ ਮਨ ਊਟ ਗਾਰ ਸਤਿਗੁਰੂ ਦੀ ਸਾਜੀ ਨੂੰ ਆ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਅੰਤਰਜਾਮੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ 52 ਅੱਖਰੀ ਅੰਮ੍ਰਿਤ ਰੂਪ ਬਾਣੀ ਦੇ ਅੰਦਰ ਗੁਰਮੁਖੀ ਦੇ ਲਿਹਾਜ਼ ਦੇ ਨਾਲ ਆਪ ਜੀ ਨੇ ਅੜਾੜਾ ਅੱਖਰ ਵੀ ਨਾਲ ਰੱਖਿਆ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਅੱਗੇ ਹੁਣ ਸੰਖਾ ਸਾਹਾ ਲੰਖਾ ਲਾਹਾ ਇਹ ਅੱਖਰ ਹਨ ਜਿਹੜੇ ਉਹਨਾਂ ਨੂੰ ਮਹਾਰਾਜ ਸਾਹਿਬ ਨਿਰੂਪਣ ਕਰਦੇ ਉਚਾਰਨ ਕਰਦੇ ਹਨ ਸਲੋਕ ਸਾਧੂ ਕੀ ਮਨ ਊਟ ਗਾਹਦੇ ਹਨ ਇਹ ਭਾਈ ਆਪਣੇ ਮਨ ਦੇ ਅੰਦਰ ਸਾਧੂ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੈ ਜਿਹੜੇ ਸਾਧੂ ਸ੍ਰੇਸ਼ਟ ਪੁਰਖ ਹਨ ਗੇ ਜਿਨ੍ਹਾਂ ਦੀ ਸੰਗਤ ਕਰਕੇ ਮਨ ਸਾਧੂ ਸਾਧਿਆ ਜਾਵੇਗਾ
ਜਿਨ੍ਹਾਂ ਦੀ ਸੰਗਤ ਕਰਕੇ ਮਨ ਦੇ ਪਾਂਬਰ ਸੁਭਾਅ ਬਖਈ ਸੁਭਾਅ ਮਿਟ ਕਰਕੇ ਸ੍ਰੇਸ਼ਟ ਗਿਆਨਵਾਨ ਸੁਭਾਅ ਬਣ ਜਾਣਗੇ ਅਤੇ ਮਨ ਜਿਹੜਾ ਹੈ ਇਹ ਰੁਕ ਜਾਵੇਗਾ, ਮਲ ਵਿਖੇ ਵਰਨਾਦਕਾਂ ਦੀ ਮੈਲ ਨੂੰ ਧੋ ਲਵੇਗਾ। ਐਸੇ ਜਿਹੜੇ ਮਹਾਂਪੁਰਖ ਸਾਧੂ ਹਨ, ਸਾਧੂ ਕੀ ਮਨ ਓਟ ਗਾਹ, ਉਹਨਾਂ ਦੀ ਓਟ ਤੇ ਗ੍ਰਹਿਣ ਕਰਨਾ ਕਰ ਆਪਣੇ ਹਿਰਦੇ ਦੇ ਅੰਦਰ। ਉਕਤ ਸਿਆਨ ਪਤਿਆਗ, ਜਿਹੜਾ ਤੇਰੇ ਅੰਦਰ ਕਸਮ ਦੀ ਚਤਰਾਈ ਹੈ, ਬੜਾ ਮੈਨੂੰ ਕਸਮ ਚੰਗਾ ਕਰਨਾ ਆਉਂਦਾ, ਮੇਰੇ ਜੈਸਾ ਕੋਈ ਲੈਕਚਰ ਨਹੀਂ ਕਰ ਸਕਦਾ, ਮੇਰੇ ਜੈਸਾ ਕੋਈ ਵਿਖਿਆਨ ਨਹੀਂ ਕਰ ਸਕਦਾ, ਇਹ ਕਸਮ ਦੀ ਚਤਰਾਈ ਛੱਡ ਦੇ। ਅਤੇ ਸਿਆਣਪ ਬੁੱਧੀ ਦੀ ਕਿ ਮੇਰੇ ਜੈਸਾ ਦਿਮਾਗ ਕੋਈ ਨਹੀਂ ਹੈ, ਮੈਂ ਹਰੇਕ ਪਦਾਰਥ ਦੀ ਪਛਾਣ ਕਰਨ ਵਾਲਾ ਹਾਂ, ਇਹ ਬੁੱਧੀ ਦੀ ਜਿਹੜੀ ਸਿਆਣਪ ਹੈ ਚਾਤਰਤਾ ਵਾਲੀ, ਇਸ ਨੂੰ ਵੀ ਛੱਡ ਦੇ। ਹਜ਼ੂਰ ਕਹਿੰਦੇ ਹਨ ਗੁਰ ਦੀਖਿਆ ਜਿਹੇ ਮਨ ਵਸੈ, ਸਤਿਗੁਰੂ ਸਾਹਿਬ ਦੀ ਸਿੱਖਿਆ ਜਿਨ੍ਹਾਂ ਪੁਰਖਾਂ ਦੇ ਮਨ ਚ ਵਸ ਜਾਂਦੀ ਹੈ, ਨਾਨਕ ਮਸਤਕ ਭਾਗ, ਉਹ ਹੀ ਉੱਤਮ ਪੁਰਖ ਹੁੰਦੇ ਹਨ ਜਿਹੜਾ ਕਸਮ ਦੀ ਚਿਤਰਾਈ ਨਾਲ ਗੁਰੂ ਸਾਹਿਬ ਦੀ ਸਿੱਖਿਆ ਤੋਂ ਬੇਮੁਖ ਰਹੇ, ਉਹ ਮੂਰਖ ਹੁੰਦਾ। ਅਤੇ ਜਿਹੜਾ ਬੁੱਧੀ ਦੀ ਸਿਆਣਪ ਕਰਕੇ ਗੁਰੂ ਸਾਹਿਬ ਦੀ ਸਿੱਖਿਆ ਤੋਂ ਬੇਮੁਖ ਰਹੇ, ਉਹ ਬਸੰਝ ਹੁੰਦਾ, ਨਿਰਬੁੱਧ ਹੁੰਦਾ ਹੈ। ਇਸ ਕਰਕੇ ਹਜ਼ੂਰ ਫਰਮਾਉਂਦੇ ਨੇ ਆਪਣੀ ਕਸਮ ਦੀ ਚਤਰਾਈ ਛੱਡ ਕੇ, ਆਪਣੀ ਬੁੱਧੀ ਦੀ ਸਿਆਣਪ ਨੂੰ ਤਿਆਗ ਕਰਕੇ ਗੁਰੂ ਸਾਹਿਬ ਦੀ ਸਿੱਖਿਆ ਜੋ ਦੀਕਸ਼ਿਤ ਮੰਤਰ ਹੈ ਸਤਨਾਮ ਵਾਹਿਗੁਰੂ, ਇਹ ਜਿਨ੍ਹਾਂ ਦੇ ਮਨ ਚ ਵਸ ਜਾਂਦਾ ਹੈ, ਨਾਨਕ ਮਸਤਕ ਭਾਗ, ਮੱਥੇ ਦੇ ਸਿਰੋਮਣੀ ਭਾਗ ਹਨ, ਉਹ ਉੱਤਮ ਭਾਗਾਂ ਵਾਲੇ ਪੁਰਖ ਹਨ ਜਿਨ੍ਹਾਂ ਦੇ ਗੁਰੂ ਸਾਹਿਬ ਦੀ ਸਿੱਖਿਆ ਮਨ ਚ ਵਸਦੀ ਹੈ। ਪੌੜੀ ਸੱਸਾ ਸਰਨ ਪਰੇ ਅਬਹਾਰੇ, ਅਤੇ ਉਹ ਗੁਰਮੁਖਾਂ ਦਾ ਜੀਵਨ ਇਸ ਪ੍ਰਕਾਰ ਦਾ ਹੈ, ਉਹ ਕਹਿੰਦੇ ਹਨ ਇਹ ਮਾਰਾ ਹਾਰ ਕਰਕੇ ਅਸੀਂ ਵੇਦਾਂ ਸ਼ਾਸਤਰਾਂ ਦੇ ਉਪਦੇਸ਼ ਨੂੰ ਸੁਣ ਸੁਣ ਕੇ ਧਾਰਨ ਨਾ ਹੋ ਸਕਿਆ, ਇਸ ਕਰਕੇ ਅਸੀਂ ਹਾਰ ਕਰਕੇ ਆਪ ਸਾਰਿਆਂ ਪਾਸਿਆਂ ਤੋਂ ਆਪ ਜੀ ਕੀ ਸ਼ਰਨ ਪਏ ਇਸ ਮਨੁੱਖਾ ਜਨਮ ਵਿੱਚ। ਸ਼ਾਸਤਰ ਸਿਮਰਤ ਵੇਦ ਪੁਕਾਰੇ, ਛੇ ਸ਼ਾਸਤਰਾਂ ਤੇ 27 ਸਿਮਰਤੀਆਂ, 4 ਵੇਦ ਵੀ ਇਹ ਪੁਕਾਰਦੇ ਹਨ, ਪੁਕਾਰ ਕੇ ਵੇਖੇ ਹਨ, ਇਹਨਾਂ ਨੂੰ ਪੜ੍ਹ ਕੇ ਵੇਖੇ, ਪੁਕਾਰਦੇ ਹਨ। ਸੋਧਤ ਸੋਧਤ ਸੋਧ ਵਿਚਾਰਾ, ਸ਼ਾਸਤਰਾਂ ਨੂੰ ਸੋਧਿਆ, ਸਿਮਰਤੀਆਂ ਨੂੰ ਸੋਧਿਆ ਹੈ, ਪੁਰਾਣਾ ਨੂੰ ਵਿਚਾਰ ਕੀਤੀ ਹੈ ਵੇਦਾਂ ਦੀ। ਬਿਨ ਹਰ ਭਜਨ ਨਹੀਂ ਛੁਟਕਾਰਾ, ਸਾਰਿਆਂ ਦਾ ਇਹ ਤੱਤ ਸਿਧਾਂਤ ਹੈ ਕਿ ਬਿਨਾਂ ਹਰੀ ਦੇ ਭਜਨ ਕਰੇ ਤਾਂ ਛੁਟਕਾਰਾ ਕਿਸੇ ਦਾ ਨਹੀਂ ਹੋਣਾ, ਮੁਕਤ ਨਹੀਂ ਕੋਈ ਹੋ ਸਕੇਗਾ। ਸੋਧਿਆ ਹੈ ਯੱਗ ਆਦਿ ਕਰਮਾਂ ਵਾਲਿਆਂ ਨੂੰ, ਸੋਧਿਆ ਹੈ ਕਰਮ ਕਾਂਡੀਆਂ ਦੇ ਤਾਈ, ਸੋਧ ਕੇ ਵੇਖਿਆ ਉਪਾਸ਼ਕਾਂ ਲੋਕਾਂ ਨੂੰ, ਵਿਚਾਰ ਕੇ ਵੇਖਿਆ ਤੱਤ ਗਿਆਨੀਆਂ ਦੀ ਵਿਚਾਰ ਨੂੰ। ਬਿਨਾਂ ਹਰੀ ਭਜਨ ਤੋਂ ਛੁਟਕਾਰਾ ਨਹੀਂ ਕਿਸੇ ਦਾ ਹੈ। ਸੋਧ ਕੇ ਵੇਖਿਆ ਸਰੀਰ ਵਿੱਚ, ਸੋਧ ਕੇ ਵੇਖਿਆ ਬਾਣੀ ਦੁਆਰਾ, ਸੋਧ ਕੇ ਵੇਖਿਆ ਹੈ ਮਨ ਦੁਆਰਾ, ਵਿਚਾਰ ਕਰਕੇ ਸਤਸੰਗਤ ਦੁਆਰਾ, ਇਹ ਨਿਸ਼ਚੇ ਕੀਤਾ ਹੈ ਬਿਨਾਂ ਹਰੀ ਦੇ ਭਜਨ ਤੋਂ ਛੁਟਕਾਰਾ ਕਿਸੇ ਦਾ ਨਹੀਂ ਹੁੰਦਾ ਹੈ। ਸਾਸ ਸਾਸ ਹਮ ਭੂਲਨ ਹਾਰੇ, ਅਰਦਾਸ ਕਰੀਏ ਸੱਚੇ ਪਾਤਸ਼ਾਹ, ਆਉਂਦੇ ਜਾਂਦੇ ਸਵਾਸ ਦੇ ਨਾਲ ਅਸੀਂ ਭੁੱਲਣ ਵਾਲੇ ਹਾਂ ਸੱਚੇ ਪਾਤਸ਼ਾਹ, ਹਰ ਵਕਤ ਗਲਤੀਆਂ ਕਰਦੇ ਰਹਿੰਦੇ ਹਾਂ। ਤੁਮ ਸਮਰੱਥ ਅਗੰਤ ਅਪਾਰੇ, ਇਹ ਸਵਾਸਾਂ ਦੇ ਸਵਾਸ ਨੂੰ ਅਸੀਂ ਆਪ ਨੂੰ ਚੇਤੇ ਨਹੀਂ ਕਰਦੇ, ਅਸੀਂ ਭੁੱਲਣ ਵਾਲੇ ਹਾਂ, ਆਪ ਨੂੰ ਵਿਸਾਰ ਦਿੰਦੇ ਹਾਂ, ਆਪ ਸਾਰਿਆਂ ਦਾ ਜੀਵਨ ਰੂਪ ਹੋ। ਤੁਮ ਸਮਰੱਥ ਅਗੰਤ ਅਪਾਰੇ, ਸਰਵ ਕਲਾ ਸਮਰੱਥ ਹੋ, ਸਾਰੀਆਂ ਸ਼ਕਤੀਆਂ ਦੇ ਮਾਲਕ ਹੋ, ਫਿਰ ਆਪ ਦੀਆਂ ਸ਼ਕਤੀਆਂ ਗਿਣੀਆਂ ਨਹੀਂ ਜਾ ਸਕਦੀਆਂ, ਪ੍ਰਕਿਰਤੀ ਕਰਕੇ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਅਪਾਰ ਪਾਰਾਵਾਰ ਤੋਂ ਰਹਿ ਤੋ ਆਪ। ਸਰਨ ਪਰੇ ਕੀ ਰਾਖ ਦਇਆਲਾ, ਅਸੀਂ ਸਾਰੇ ਆਸਰੇ ਛੱਡ ਕੇ ਆਪ ਜੀ ਕੀ ਸਰਨ ਪਏ ਹਾਂ, ਆਪ ਦਾ ਸੁਭਾਅ ਦਿਆਲੂ ਹੈ, ਕਿਰਪਾ ਕਰਕੇ ਸਾਡੀ ਰੱਖਿਆ ਕਰ ਲੋ। ਨਾਨਕ ਤੁਮਰੇ ਬਾਲ ਗੋਪਾਲਾ, ਇਸ ਪ੍ਰਕਾਰ ਬੱਚੇ ਚੰਚਲ ਮਤ ਬਾਰਕ ਬਪਰੇ ਕੀ ਸਰਪਗਨ ਕਰ ਮੇਲਾ ਹੈ, ਮਾਤਾ ਪਿਤਾ ਕੰਠ ਹੈ ਰਾਖੇ ਅੰਧ ਸਹਿਜ ਦਾ ਖੇਲ ਹੈ, ਇਵੇਂ ਅਸੀਂ ਮਾਰਾ ਆਪਦੇ ਬੱਚੇ ਹਾਂ। ਬਾਲ ਗੋਪਾਲ ਨੰਨੇ ਬੱਚਿਆਂ ਦਾ ਨਾਂ ਹੈ, ਸੋ ਅਸੀਂ ਆਪਦੇ ਛੋਟੇ ਤੋਂ ਛੋਟੇ ਬੱਚੇ ਹਾਂ ਸੱਚੇ ਪਾਤਸ਼ਾਹ, ਜਾਂ ਹੇ ਪ੍ਰਿਥਵੀ ਦੇ ਪਾਲਕ ਪਰਮੇਸ਼ੁਰ, ਅਸੀਂ ਆਪਦੇ ਬਾਲਕ ਹੈ, ਕਿਰਪਾ ਕਰਕੇ ਸਾਨੂੰ ਸ਼ਰਨ ਪਿਆਂ ਦੀ ਰੱਖਿਆ ਕਰ ਲੋ। ਸਲੋਕ
ਖੁਦੀ ਮਿਟੀ ਤਬ ਸੁਖ ਭਏ। ਮਾਉਂਦੇ ਹਨ ਕਈ ਜਿਸ ਵਕਤ ਖੁਦੀ ਨਾ ਖੁਦ ਪਸੰਦੀ ਹੈ ਨਾ ਜਿਹੜੀ ਇਹਦੇ ਚਿੱਤ ਦੇ ਅੰਦਰ ਕਿ ਜੋ ਮੇਰੇ ਚਿੱਤ ਚ ਆਉਂਦੀ ਮੈਂ ਉਹ ਹੀ ਕਰਾਂਗਾ, ਉਦੋਂ ਉਲਟ ਨੀ ਮੈਂ ਕਰਨਾ। ਇਹ ਜਿਹੜੀ ਖੁਦੀ ਹੰਕਾਰ ਹੈ ਅੰਦਰ, ਜਦੋਂ ਹੰਗਤਾ ਮਿਟ ਗਈ ਖੁਦ ਪਸੰਦੀ ਤਬ ਸੁਖ ਭਏ, ਉਸ ਵੇਲੇ ਭਾਈ ਸੁਖ ਦੀ ਪ੍ਰਾਪਤੀ ਹੋਈ। ਜਿੰਨੇ ਭਾਈ ਜਿਸ ਕਿਸੇ ਨੂੰ ਸੁਖ ਹੋਇਆ ਹੈ ਸਭ ਸੁਖ ਦੇ ਸਹਿਤ ਹੋਏ ਆ, ਜਿਨ੍ਹਾਂ ਦੀ ਖੁਦ ਪਸੰਦੀ ਅੱਗੋਂ ਹੰਕਾਰ ਮਿਟ ਗਿਆ ਹੈ। ਮਨ ਤਨ ਭਏ ਅਰੋਗ, ਉਹ ਮਨ ਦੇ ਫੁਰਨਿਆਂ ਵੱਲੋਂ ਵੀ ਤਨ ਦੇ ਵਿਕਾਰਾਂ ਵੱਲੋਂ ਵੀ ਅਰੋਗ ਹੋ ਗਏ ਹੈ, ਮਨ ਤਨ ਕਰਕੇ ਰੋਗਾਂ ਤੋਂ ਰਹਿਤ ਹੋ ਗਏ ਹਨ, ਜਿਨ੍ਹਾਂ ਦੇ ਅੰਦਰੋਂ ਖੁਦ ਪਸੰਦੀ ਮਿਟ ਗਈ ਹੈ, ਹੰਕਾਰ ਤਕੱਬਰੀ ਆਦਿਕ ਮਿਟ ਗਿਆ ਹੈ। ਨਾਨਕ ਦ੍ਰਿਸ਼ਟੀ ਆਇਆ, ਹਜ਼ੂਰ ਕਹਿੰਦੇ ਆ ਹੋਮੈ ਦਾ ਪੜਦਾ ਸੀ, ਖੁਦੀ ਦਾ ਪੜਦਾ ਸੀ, ਜਿਸ ਕਰਕੇ ਸਾਡੀਆਂ ਅੱਖਾਂ ਅੱਗੇ ਭਰਮ ਦੇ ਫੋਲੇ ਪੈ ਰਹੇ ਸਨ, ਫਿਰ ਦਿਵ ਦ੍ਰਿਸ਼ਟੀ ਜਾਗ ਪਈ, ਜਦੋਂ ਖੁਦੀ ਅੰਦਰੋਂ ਚੱਕੀ ਗਈ, ਸਾਹਿਬ ਕਹਿੰਦੇ ਉਹ ਦ੍ਰਿਸ਼ਟੀ ਵਿੱਚ ਆ ਗਿਆ। ਉਸਤਤ ਕਰਨ ਜੋ ਸਾਰਿਆਂ ਦੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕਾਂ ਦੇ ਸਾਰਿਆਂ ਦੇ ਉਸਤਤ ਕਰਨ ਦੇ ਯੋਗ ਲਾਇਕ ਹੈ ਪਰਮੇਸ਼ਰ, ਉਹ ਦ੍ਰਿਸ਼ਟਾ ਰੂਪ ਬ੍ਰਹਮ ਅੰਦਰੋਂ ਹੀ ਸਖਿਆਤ ਹੋ ਗਿਆ, ਇਸੀ ਕਿਰਪਾ ਕੀਤੀ, ਜਦੋਂ ਆਤਮਾਕਾਰ ਬਿਰਤੀ ਹੋ ਗਈ, ਉਸਤਤ ਕਰਨ ਦੇ ਲਾਇਕ ਉਹ ਹੀ ਹੈ, ਹੋਰ ਕਿਸੇ ਦੀ ਕੀ ਸਿਫਤ ਕਰਨੀ ਹੈ। ਦੁਨੀਆਂ ਨਾ ਸਲਾਹ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹ ਜੋ ਮਰ ਖਾਕ ਸੀ, ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਲਾਹ ਸਲਾਹੀਏ ਸੱਚਾ ਵੇ ਪ੍ਰਵਾਹ, ਇਹ ਉਸਤ ਕਰਨ ਦੇ ਯੋਗ ਉਹ ਲੋਕ ਲਾਇਕ ਹੈ ਪਰਮੇਸ਼ਰ, ਉਹ ਨਿਗਾਹ ਚ ਆ ਗਿਆ, ਪ੍ਰਗਟ ਹੋਇਆ, ਸਖਿਆਤ ਹੋ ਗਿਆ। ਪੌੜੀ ਖੱਖਾ ਖਰਾ ਸਰਾਹੂ ਤਾਹੂ, ਖੱਖੇ ਖੁਰਦਾਰਾ ਜਿਵੇਂ ਕਹਿੰਦਾ ਖਰਾ ਚੰਗੀ ਪ੍ਰਕਾਰ ਉਸ ਪਰਮੇਸ਼ਰ ਨੂੰ ਸਲਾਹਣਾ ਕਰੋ ਭਾਈ, ਹੋਰ ਕਿਸੇ ਦੀ ਕੀ ਸਿਫਤ ਕਰਨੀ ਹੈ। ਸੋ ਚੰਗੀ ਤਰ੍ਹਾਂ ਖਰਾ ਸੁਭਾਅ ਬਣਾ ਕੇ ਆਪਣਾ ਜੋ ਖਰਾ ਸੱਚਾ ਹੈ ਪਰਮੇਸ਼ਰ ਉਸ ਨੂੰ ਸਲਾਹਣਾ ਕਰੋ। ਕੈਸਾ ਪਰਮੇਸ਼ਰ ਜਿਹੜਾ ਖਿੰਦੇ ਵੀ ਜਿਹੜੇ ਉਹਨੇ ਖਾਲੀ ਹੈ, ਖਾਲੀ ਸਲਾਵਾਂ ਦੀ ਨਿਆਈਆਂ ਨੂੰ ਸੁਭਰ ਲਵਾ ਲਾ ਭਰ ਦਿੰਦਾ ਹੈ, ਖਾਲੀ ਹਿਰਦੇ ਹੈ ਜਿਹੜੇ ਗੁਣਾਂ ਤੋਂ ਹੀਣੇ ਹੈ ਉਹਨਾਂ ਨੂੰ ਸੁਭ ਗੁਣਾਂ ਨਾਲ ਦੈਵੀ ਗੁਣਾਂ ਲਗਾਤਾਰ ਭਰ ਦਿੰਦਾ ਹੈ। ਨਿਸ਼ਚੇ ਕਰਕੇ ਖਰਾ ਨਿਮਾਨਾ ਹੋਤ ਪਰਾਨੀ, ਇਹ ਪ੍ਰਾਣੀਆਂ ਤੂੰ ਖਰਾ ਹੀ ਨਿਮਾਣਾ ਹੁੰਦਾ ਫਿਰਦਾ ਹੈ, ਕਦੇ ਕਿਸੇ ਅੱਗੇ ਜਾ ਕੇ ਵੇਲੜੀਆਂ ਕੱਢਦਾ, ਕਦੇ ਕਿਸੇ ਅੱਗੇ ਆ ਕੇ ਤਰਲੇ ਕਰਦਾ, ਕਦੇ ਲਿਲਕਣੀਆਂ ਮਾਰਦਾ, ਬਾਹਲਾ ਪ੍ਰਾਣੀਆਂ ਦੇ ਅੱਗੇ ਤੂੰ ਨਿਮਾਣਾ ਹੁੰਦਾ ਜਾਂਦਾ ਹੈ। ਜੇ ਤੂੰ ਇੰਨਾ ਮਾਣ ਜਿੰਨਾ ਛੱਡ ਕੇ ਲੋਕਾਂ ਦੇ ਅੱਗੇ ਤੂੰ ਜਾ ਕੇ ਅਧੀਨ ਹੁੰਦਾ, ਇਉਂ ਖਰਾਈ ਅਤਿਆਂਤੀ ਮਾਣ ਤੋਂ ਰਹਿਤ ਹੋ ਜਾਵੇ। ਇਹ ਪ੍ਰਾਣੀਆਂ ਦਿਨ ਜਾਪੈ ਪ੍ਰਭ ਨਿਰਬਾਨੀ, ਰਾਤ ਨੇ ਪ੍ਰਭੂ ਜੋ ਦੁੱਖਾਂ ਤੋਂ ਰਹਿਤ ਹੈ, ਬਾਣ ਆਦਤਾਂ ਤੋਂ ਰਹਿਤ ਹੈ, ਬੰਧਨਾਂ ਤੋਂ ਰਹਿਤ ਹੈ, ਉਸ ਨੂੰ ਰਾਤ ਨੇ ਜਮੇ ਐਵੇਂ ਲੋਕਾਂ ਅੱਗੇ ਪ੍ਰਾਣੀਆਂ ਬਾਹਲੇ ਨਿਮਾਣਾ ਜਿਹਾ ਹੁੰਦਾ ਫਿਰਦਾ, ਉਸ ਦੇ ਅੱਗੇ ਅਤਿਅੰਤ ਮਾਣ ਤੋਂ ਰਹਿਤ ਹੋ ਕੇ ਜੇ ਰਾਤ ਨੇ ਜਾਪ ਕਰੇ ਉਸ ਪਰਮੇਸ਼ਰ ਦਾ, ਭਾਵੇ ਖਸਮ ਤਾਂ ਉਹ ਸੁਖ ਦਿੱਤਾ, ਤੇਰੀ ਉਹ ਨਿਮਰਤਾ ਜੇ ਉਹਦੀ ਉਹਦੇ ਤਾਈਂ ਤੇਰੀ ਇਹ ਗਰੀਬੀ ਮਾਣ ਤੋਂ ਰਹਿਤ ਭਾ ਜਾਵੇ, ਤੇਰੀ ਭਗਤੀ ਭਾ ਜਾਵੇ, ਤਾਂ ਖਸਮ ਉਹ ਜਿਹੜਾ ਆਪਣਾ ਆਨੰਦ ਸਰੂਪ ਹੈ, ਸਦਾਨੰਦ ਸਰੂਪ, ਉਹ ਸੁਖ ਬ੍ਰਹਮਾਨੰਦ ਰੂਪੀ ਸੁਖ ਤੈਨੂੰ ਵੀ ਦੇ ਦੇਵੇ, ਜਿਵੇਂ ਹੋਰ ਨਾ ਭਗਤਾਂ ਨੂੰ ਦਿੰਦਾ ਹੈ ਪਰਮੇਸ਼ਰ, ਤੈਨੂੰ ਵੀ ਬਖਸ਼ਿਸ਼ ਹੋ ਜਾਵੇ। ਬਾਰ ਬ੍ਰਹਮ ਐਸੋ ਆਗੰਤਾ, ਪਰਮੇਸ਼ਰ ਕਿਸੇ ਦੇ ਕਰਮਾਂ ਧਰਮਾਂ ਨਹੀਂ ਵਿਚਾਰ ਦਾ, ਜਿਹੜਾ ਨਿਰਮਾਣ ਹੋ ਕੇ ਸ਼ਰਨ ਪੈ ਜਾਂਦਾ ਹੈ, ਮੇਰਾ ਪਾਰਬ੍ਰਹਮ ਵਾਹਿਗੁਰੂ ਐਸਾ ਅਗੰਤ ਹੈ, ਗਿਣਤੀ ਨਹੀਂ ਉਹ ਕਰਦਾ ਕਿਸੇ ਦੀ, ਲੇਖਾ ਛੋੜਾ ਲੇਖਾ ਛੂਟੇ, ਹਮ ਨਿਰਗੁਣ ਲਿਓ ਵਾਰੀ, ਅਸੰਖ ਖਤੇ ਖਿਨ ਬਖਸ਼ਣ ਹਾਰਾ, ਉਹ ਐਸਾ ਜਾਲੂ ਹੈ, ਅਸੰਖ ਅਣਗਿਣਤ ਜਿਹੜੇ ਗੁਨਾਹ ਹਨ ਸਾਡੇ, ਇੱਕ ਖਿਨ ਦੇ ਵਿੱਚ ਹੀ ਬਖਸ਼ਣ ਵਾਲਾ, ਘੱਟ ਸ਼ਬਦ ਕਹਿਣ ਦੋ ਖਿਨ ਗੁਜ਼ਰ ਜਾਂਦੇ ਹੈ, ਵਿਆਕਰਨੀਆਂ ਦੇ ਮਤ ਅਨੁਸਾਰ ਇੰਨੇ ਥੋੜੇ ਚਿਰ ਚ ਜੋ ਅਣਗਿਣਤ ਗੁਨਾਹ ਹਨ ਉਹਨਾਂ ਸਾਰਿਆਂ ਨੂੰ ਖਿੰਨ ਦੇ ਚ ਬਖਸ਼ ਦੇਣ ਵਾਲਾ ਹੈ। ਨਾਨਕ ਸਾਹਿਬ ਸਦਾ ਦਇਆਲਾ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਮੇਰਾ ਵਾਹਿਗੁਰੂ ਸਾਹਿਬ ਤਾਂ ਭਾਈ ਸਦਾ ਹੀ ਦਿਆਲਤਾ ਦਾ ਘਰ ਹੈ, ਉਹਦੇ ਚ ਕਦੇ ਤਾਂ ਨਾਰਾਜ਼ਗੀ ਹੈ ਹੀ ਨੀ, ਮਿਠ ਬੋਲਦਾ ਜੀ ਹਰ ਸੱਜਣ ਮੇਰਾ, ਹੌਸਮਲ ਥੱਕੀ ਜੀ ਉਹ ਕਦੇ ਨਾ ਬੋਲੇ, ਕੌਰਾ ਕੌਰਾ ਬੋਲਣਾ ਜਾਣਾ, ਪੂਰਨ ਭਗਵਾਨਾ ਹੈ, ਔਗੁਣ ਕੋ ਨਾ ਚਿਤਾਰੇ, ਤਪਤ ਪਾਵਨ ਹਰ ਬਿਰਧ ਸਵਾਹਿਤ ਤਿਲ ਨਹੀਂ ਭੰਨਾ ਕਾਲੇ, ਐਸਾ ਉਸਦਾ ਬਿਰਧ ਹੈ। ਸਲੋਕ ਸਤ ਕਹੋ ਸੁਨ ਮਨ ਮੇਰੇ, ਕਹਿੰਦੇ ਹਨ ਪਹਿਲਾਂ ਸੰਖਾ ਸ਼ਬਦ ਆ ਗਏ, ਸੰਤ ਖਾਦਕ, ਅੱਗੇ ਸਾ ਹਾ ਸ਼ਬਦ ਆਉਣਾ ਹੈ,
ਇਹ ਲੰਕਾ ਲਾ ਹੋਣਾ ਹੈ ਸੋ ਫਰਮਾਉਂਦੇ ਹਨ ਸਤ ਸਲੋਕ ਸਤ ਕਹੋ ਸੁਨ ਮਨ ਮੇਰੇ ਪਿਆਰੇ ਮਨ ਅਸੀਂ ਸੱਚਾ ਉਪਦੇਸ਼ ਤੇਰੇ ਤਾਂ ਕਹਿੰਦੇ ਹਾਂ ਸਰਨ ਪਰਹੋ ਹਰ ਰਾਏ ਜੋ ਸਾਰਿਆਂ ਦਾ ਰਾਹ ਪ੍ਰਕਾਸ਼ ਰੂਪ ਰਾਜਾ ਹੈ ਉਸ ਦੀ ਸ਼ਰਨ ਪੈਣਾ ਕਰ ਆਪਾਂ ਭਾਵ ਛੱਡ ਕੇ ਉਕਤ ਸਿਆਣਪ ਸਗਲ ਤਿਆਗ ਚਤਰਾਈ ਦੀ ਤੇਰੇ ਅੰਦਰ ਹੈ ਖਿਆਲ ਤੇ ਸਿਆਣ ਬੁੱਧੀ ਦੇ ਪਦਾਰਥਾਂ ਨੂੰ ਨਿਸ਼ਚੇ ਕਰਨ ਦਾ ਸਿਆਲ ਇਹ ਸਭ ਛੱਡ ਦੇ ਨਾਨਕ ਲਏ ਸਮਾਏ ਫੇਰ ਮਹਾਰਾ ਆਪਦੇ ਚ ਮੇਲ ਲੇਗਾ ਜੇ ਤੇਰੇ ਅੰਦਰੋਂ ਇਹ ਹੰਕਾਰ ਮਿਟ ਜਾਏਗਾ ਕਥਨ ਦਾ ਬੁੱਧੀ ਦੀ ਸਿਆਣਪ ਦਾ ਪੌੜੀ ਸੱਸਾ ਸਿਆਣ ਪਛਾੜ ਇਹ ਅੰਨ ਫਰਮਾਉਂਦੇ ਹੈ ਜਿਹੜੀ ਸਿਆਣਪ ਇੱਕ ਆਦਮੀ ਨਿਸ਼ਚਾ ਕਰਕੇ ਕੋਈ ਸਿਆਣਪ ਕਰ ਲਵੇ ਉਹਦੀ ਤਾਂ ਜਖੈਰ ਸਿਆਣਪ ਹੋ ਜਾਂਦੀ ਹੈ ਜਿਹੜਾ ਆਪਦੀ ਦਲੀਲ ਬਾਜ਼ੀਆਂ ਚ ਪਿਆ ਰਵੇ ਇੱਕ ਦਲੀਲ ਢਾ ਲੈਂਦਾ ਦੂਜੀ ਬਣਾ ਲੈਂਦਾ ਉਹਦਾ ਆਪਦੇ ਸੰਕਲਪ ਤੇ ਨੀ ਨਿਸ਼ਚਾ ਆਉਂਦਾ ਐਸਾ ਪੁਰਖ ਜਿਹੜਾ ਉਹਦੀ ਬਾਬਤ ਕਹਿ ਬਹੁਤ ਸਿਆਣਪ ਜਮਕਾ ਬਹੁਤ ਵਿਆਪਕ ਸੋ ਇਹ ਅਹੀ ਜਿਹੀਆਂ ਸਿਆਣਪਾਂ ਕਰਦਾ ਹੈ ਕਦੇ ਕਿਸੇ ਗੁਣ ਤੇ ਤੂੰ ਪਤੀਜਦਾ ਨਹੀਂ ਕਿਸੇ ਸਿਮਰਨ ਦੇ ਉੱਤੇ ਕਿਸੇ ਉਪਦੇਸ਼ ਤੇ ਪਤੀਜਦਾ ਨਹੀਂ ਹੈ ਸਿਆਣਿਆ ਅਗਿਆਤ ਪੁਰਖਾ ਜਿਹੜੀ ਤੈਨੂੰ ਬੁੱਧੀ ਦੀਆਂ ਸਿਆਣਪਾਂ ਫੁਰਦੀਆਂ ਚਤੁਰਾਈ ਦੇ ਨਾਲ ਚੰਚਲਤਾਈ ਕਰਨ ਵਾਲੀਆਂ ਇਹਨਾਂ ਨੂੰ ਛੱਡ ਦੇ ਹਿਕਮਤ ਹੁਕਮ ਨਾ ਪ੍ਰਭ ਪਤੀ ਅੰਨ ਜਿਹੜੀਆਂ ਤੂੰ ਹਿਕਮਤਾਂ ਦਲੀਲ ਬਾਜ਼ੀਆਂ ਕਰਨ ਜਾਣਦਾ ਹੈ ਤੇ ਹੁਕਮ ਕਰਦਾ ਹੈ ਹਿਕਮਤ ਚਤੁਰਾਈਆਂ ਕਰਦਾ ਹੈ ਕਿ ਮੈਂ ਇਸ ਤਰ੍ਹਾਂ ਕਰ ਸਕਦਾ ਮੈਂ ਆਹ ਕਰ ਸਕਦਾ ਤੇ ਹੁਕਮ ਕਰਦਾ ਹੈ ਪਰਮੇਸ਼ੁਰ ਮੈਂ ਇੰਨੇ ਛੇੜੇ ਕੱਢੇ ਹੈ ਮੇਰੇ ਸੇਵਕ ਦਾ ਮੁਕੱਦਮਾ ਜਿਤਾ ਦੇ ਇਹਦੇ ਪੁੱਤਰ ਦੇ ਇਹੋ ਜਿਹੇ ਹੁਕਮ ਕਰਦਾ ਹੈ ਰੱਬ ਦੇ ਉੱਤੇ ਇਸ ਪ੍ਰਕਾਰ ਦੀਆਂ ਹਿਕਮਤ ਚਿਤਰਾਈਆਂ ਕਰਕੇ ਤੇ ਹੁਕਮ ਮਹਾਰਾਜੇ ਤੇ ਕਰਨੇ ਕਰਕੇ ਮੇਰਾ ਵਾਹਿਗੁਰੂ ਨਹੀਂ ਭਤੀਜਦਾ ਇਹਨਾਂ ਤੇਰੀਆਂ ਕਰਤੱਬਾਂ ਦੇ ਉੱਤੇ ਸਹਿਜ ਭਾਂਤ ਕਰਹਿ ਚਤੁਰਾਈ ਹਜ਼ਾਰਾਂ ਤਰ੍ਹਾਂ ਦੇ ਪੁਸਤਕਾਂ ਦੀਆਂ ਵੇਦ ਸ਼ਾਸਤਰਾਂ ਦੀਆਂ ਪੁਰਾਣਾਂ ਦੀਆਂ ਸਿਮਰਤੀਆਂ ਦੀਆਂ ਹਜ਼ਾਰ ਪ੍ਰਕਾਰ ਦੀਆਂ ਤੂੰ ਚਿਤਰਾਈਆਂ ਕਰ ਲਵੇ ਸੰਗ ਤੁਹਾਰ ਏਕ ਨਾ ਜਾਈ ਗੁਰਾਂ ਦਾ ਉਪਦੇਸ਼ ਧਾਰਨ ਨਹੀਂ ਕਰਦਾ ਚਿਤਰਾਈ ਛੱਡ ਕੇ ਤੇਰੇ ਨਾਲ ਕੋਈ ਵੀ ਇੱਕ ਨਹੀਂ ਜਾਵੇਗੀ ਸਭ ਇੱਥੇ ਹੀ ਰਹਿ ਜਾਣਗੀਆਂ ਸੋ ਜਪ ਦਿਨ ਰਾਤੀ ਜਿਹੜਾ ਗਰਭ ਦੇ ਵਿੱਚ ਪਾਲਣਾ ਕਰਨ ਵਾਲਾ ਪਰਮੇਸ਼ੁਰ ਹੈ ਸੋ ਪਰੋਖ ਹੋ ਕੇ ਹੁਣ ਜਿਹੜਾ ਪਾਲਣਾ ਕਰਦਾ ਹੈ ਲੋਕ ਪ੍ਰਲੋਕ ਵਿੱਚ ਉਹ ਸੋ ਉਹੋ ਹੀ ਪਰਮੇਸ਼ੁਰ ਹੈ ਉਹ ਹੀ ਓਂਕਾਰ ਰੂਪ ਹੈ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਉਸਦਾ ਜਾਪ ਕਰ ਰਾਤ ਦਿਨ ਇੱਕ ਰਸ ਫੇਰ ਤੈਨੂੰ ਵਿਦਿਆ ਰੂਪੀ ਰਾਤ ਤੋਂ ਦਿਨ ਚੜ ਜਾਏਗਾ ਅਰੇ ਜੀ ਚੱਲੇ ਤੁਹਾਰਾ ਸਾਥੀ ਮੇਰੇ ਜੀ ਮਨ ਤੇਰੇ ਨਾਲ ਚੱਲੇਗਾ ਪਰਲੋਕ ਦੇ ਵਿੱਚ ਕੀਤਾ ਹੋਇਆ ਸਿਮਰਨ ਸਾਧ ਸੇਵਾ ਲਾਵੇ ਜਿਹੇ ਆਪੇ ਸਾਧ ਸੰਗਤ ਦੀ ਸੇਵਾ ਵਿੱਚ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਲਾ ਲੈਂਦਾ ਹੈ ਨਾਨਕ ਤਾ ਕਉ ਦੁਖ ਨਾ ਵਿਆਪੈ ਪਰਮੇਸ਼ੁਰ ਦਾ ਸਿਮਰਨ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਜੰਮਣ ਮਰਨ ਦਾ ਦੁੱਖ ਫੇਰ ਨਹੀਂ ਵਿਆਪਦਾ ਲੱਗੇਗਾ ਸਲੋਕ ਹਰ ਹਰ ਮੁਖ ਤੇ ਬੋਲਣਾ ਮੁਖੋਂ ਤਾਂ ਸਭ ਕੋਈ ਹਰ ਹਰ ਮੁਖੋਂ ਹਰ ਹਰ ਸਭ ਕੋ ਕਰੇ ਬਿਰਲੇ ਹਿਰਦੇ ਵਸਾਇਆ ਨਾਨਕ ਜਿਨ ਕੇ ਹਿਰਦੇ ਵਸਿਆ ਮੋਖ ਮੁਖ ਤਨ ਪਾਇਆ ਹਰ ਹਰ ਪਰਮੇਸ਼ੁਰ ਦੇ ਨਾਮ ਨੂੰ ਜੋ ਸਾਰਿਆਂ ਦਾ ਪਾਪਾਂ ਦਾ ਹਾਰਕ ਹੈ ਹਰੀ ਸੰਸਕਾਰ ਜਿੰਨੇ ਸੰਸਿਆਂ ਦਾ ਹਾਰਕ ਹੈ ਉਸ ਨੂੰ ਮੁੱਖ ਤੋਂ ਬੋਲਣਾ ਕਰ ਮਨ ਬੂਠਾ ਸੁਖ ਹੋ ਮਹਾਰਾਜ ਜੇ ਪ੍ਰਸ਼ਨ ਕਰੇ ਮਨ ਵੀ ਮੈਂ ਹਰ ਹਰ ਤਾਂ ਕਰਦਾ ਮੈਨੂੰ ਸੁਖ ਨਹੀਂ ਹੁੰਦਾ ਹਜ਼ੂਰ ਕਹਿੰਦੇ ਮਨ ਬੂਠਾ ਸੁਖ ਹੋਏ ਜਿਸ ਪ੍ਰਕਾਰ ਜਦੋਂ ਮਨ ਚ ਵਸਗਾ ਉਦੋਂ ਸੁਖ ਹੋਵੇਗਾ ਜਿਵੇਂ ਕੋਈ ਇੱਕ ਆਦਮੀ ਸੀ ਉਹਨੂੰ ਕਿਹਾ ਮਹਾਰਾਜ ਬਾਣੀ ਪੜ੍ਹਦੇ ਆ ਆਨੰਦ ਨਹੀਂ ਆਉਂਦਾ ਹਜ਼ੂਰ ਕਲਗੀ ਧਰਨੇ ਸੁੱਖਾ ਰਗੜਾ ਕੇ ਉਸ ਤੋਂ ਕੁਲੀਆਂ ਕਰਾਤੀਆਂ ਅੰਦਰ ਨਾ ਜਾਣ ਦਿੱਤਾ ਪੁੱਛਣ ਲੱਗੇ ਕਿਉਂ ਬਈ ਤੈਨੂੰ ਅਮਲ ਆਇਆ ਕੋਈ ਤਰਾਰਾ ਆਇਆ ਕਹਿੰਦੇ ਮਹਾਰਾ ਅਮਲ ਕੀ ਆਉਣਾ ਸੀ ਅੰਦਰ ਤਾਂ ਲੰਘਿਆ ਨਹੀਂ ਮਹਾਰਾ ਕਹਿੰਦੇ ਇਸ ਤਰ੍ਹਾਂ ਭਾਈ ਹਿਰਦੇ ਚ ਨਾ ਵਸਣੇ ਕਰਕੇ ਤੈਨੂੰ ਆਤਮ ਆਨੰਦ ਦੀ ਸਿੱਖਿਆ ਤਾਂ ਨਹੀਂ ਹੋਈ ਸੋ ਸਾਹਿਬ ਫਰਮਾਉਂਦੇ ਹਨ ਮਨ ਬੂਠਾ ਸੁਖ ਹੋ ਮਨ ਦੇ ਵਸਣੇ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ ਨਾਨਕ ਸਭ ਮਹਿ ਰਵ ਰਹਿਆ ਜੀ ਕਹਿੰਦੇ ਉਹ ਸਾਰਿਆਂ ਦੀ ਪਰਮੇਸ਼ੁਰ ਰਵ ਰਿਹਾ ਵਿਆਪਕ ਹੋ ਰਿਹਾ ਹੈ ਥਾਨ ਥਨੰਤਰ ਸੋ ਸਾਰੇ ਥਾਨ ਮਕਾਨਾਂ ਵਿੱਚ ਥਨੰਤਰ ਮਕਾਨੀਆਂ ਵਿੱਚ ਮਕਾਨਾਂ ਵਾਲਿਆਂ ਵਿੱਚ ਸੋ ਉਹ ਹੀ ਪਰਮੇਸ਼ੁਰ ਹੈ ਥਾਨ ਸਾਰੇ ਲੋਕ ਪ੍ਰਲੋਕ ਦੀਆਂ ਜਿੰਨੀਆਂ ਜਗ੍ਹਾ ਹੈ ਇਹਦੇ ਵਿੱਚ ਰਹਿਣ ਵਾਲੇ ਦੇਵਤੇ ਮਨੁੱਖ ਦੈਂਤਾਰਕ ਜਿੰਨੇ
ਸਾਰੇ ਅੰਦਰ ਸੋ ਉਹ ਆਪ ਹੀ ਪਰਮੇਸ਼ਵਰ ਹੈ। ਪੌੜੀ ਹੇਰੋ ਘੱਟ ਘੱਟ ਸਗਲ ਕੈ ਪੌੜੀ ਦੁਆਰਾ ਫਰਮਾਉਂਦੇ ਨੇ ਕਹਿੰਦੇ ਦੇਖਣਾ ਕਰੋ ਘਟਾ ਕਰਨਾ ਚ ਸਾਰਿਆਂ ਦੇ ਵਿਚ ਹੈ ਉਹ ਪਰਮੇਸ਼ਵਰ। ਪੂਰ ਰਹੇ ਭਗਵਾਨ ਆਕਾਸ਼ ਪੂਰਨ ਹੈ ਕਿਉਂ ਭਗਵਾਨ ਸਾਰੇ ਪੂਰਨ ਹੋ ਰਿਹਾ ਆਕਾਸ਼ ਜੜ ਹੈ ਉਹ ਚੇਤਨ ਹੈ ਸਾਰਿਆਂ ਨੂੰ ਰੋਜੀ ਦੇ ਕੇ ਪ੍ਰਾਣ ਦੇ ਕੇ ਆਪਦੀ ਸੱਚੇ ਚੇਤਨ ਸੱਤਾ ਪਾ ਕੇ ਸਾਰਿਆਂ ਥਾਂ ਜੋ ਭਗਵਾਨ ਖੱਡ ਭਗਾ ਸਪਨ ਪਰਮੇਸ਼ਵਰ ਧਰਮ ਸਿਜਾ ਸਵੈ ਰਾਗ ਪੁਨੇ ਸਰਜ ਸਰੇ ਵਿਗਿਆਨ ਜੇ ਖੱਡ ਭਗਾ ਸਪਨ ਜੋ ਤਾਂ ਹੀ ਕਹਿਤ ਭਗਵਾਨ ਉਹ ਪੂਰਨ ਹੋ ਰਿਹਾ ਹੈ ਪਰਮੇਸ਼ਵਰ। ਹੋਵਤ ਆਏ ਸਦ ਸਦੀਵ ਹਜ਼ੂਰ ਕਹਿੰਦੇ ਨੇ ਹੋਵਤ ਅੱਗੇ ਨੂੰ ਹੋਣ ਵਾਲਾ ਹੈ ਤੇ ਪਿੱਛੋਂ ਹੁੰਦਾ ਆਇਆ ਹੈ ਵਰਤਮਾਨ ਚ ਵੀ ਸਦਾ ਵਾਸਤੇ ਹੈ ਅੱਗੇ ਨੂੰ ਵੀ ਭਵਿੱਖ ਕਾਲ ਨੂੰ ਸਦੀਵ ਰਹੇਗਾ। ਦੁੱਖ ਭੰਜਨ ਗੁਰ ਗਿਆਨ ਗੁਰੂ ਸਾਹਿਬ ਦਾ ਗਿਆਨ ਕਰਕੇ ਉਹ ਪਰੋਖ ਗਿਆਨ ਜਦੋਂ ਹੋ ਜੇ ਉਦੋਂ ਸਾਰੇ ਅਗਿਆਨ ਜਨ ਜਿੰਨੇ ਦੁੱਖ ਹੈ ਸਾਰਿਆਂ ਨੂੰ ਮਹਾਰਾਜ ਸਾਹਿਬ ਬਿਰਤੀ ਜ਼ਰੂਰ ਹੋ ਕੇ ਚੇਤਨ ਸਿਖਿਆਤ ਹੋ ਕੇ ਭੰਨ ਦਿੰਦਾ ਹੈ। ਹਉ ਛੁਟਕੈ ਹੋਏ ਦੁੱਖਾਂ ਨੂੰ ਭੰਜਣ ਵਾਲਾ ਜੰਮਣ ਮਰਨ ਵਾਲਿਆਂ ਨੂੰ ਅਤੇ ਗੁਰਾਂ ਦੇ ਗਿਆਨ ਦੁਆਰਾ ਪ੍ਰਾਪਤ ਵਾਲਾ ਪ੍ਰੋਹ ਗਿਆਨ ਸਰੂਪ ਹੈ। ਹਉ ਛੁਟਕੈ ਹੋਏ ਆਨੰਦ ਤੇ ਜਿਸ ਪੁਰਖ ਦੇ ਅੰਦਰੋਂ ਦੇਹ ਦਾ ਅਭਿਆਸ ਕਾਰਨ ਸੂਖਮ ਸਥੂਲ ਦੀ ਹੰਗਤਾ ਛੁੱਟ ਜਾਵੇ ਉਹਨੂੰ ਆਨੰਦ ਸਰੂਪ ਦੀ ਸਿਖਿਆਤਾ ਹੋ ਜਾਂਦੀ ਹੈ। ਹਉ ਨਾਹੀ ਤਹਿ ਆਪ ਜਿੱਥੇ ਦੇਹ ਦੀ ਹੰਗਤਾ ਹੈ ਨੀ ਉੱਥੇ ਆਪੇ ਆਪ ਮੇਰਾ ਵਾਹਿਗੁਰੂ ਸਿਖਿਆਤ ਹੈ। ਹਤੇ ਦੁਖ ਜਨਮ ਹੈ ਮਰਨ ਜਿਨ੍ਹਾਂ ਦੀ ਹੋਮੈ ਮਿਟ ਜਾਂਦੀ ਹੈ ਉਹਨਾਂ ਜੰਮਣ ਮਰਨ ਦੇ ਦੁੱਖ ਸੱਚੇ ਪਾਤਸ਼ਾਹ ਨਾਸ਼ ਕਰ ਦਿੰਦੇ ਮੇਟ ਦਿੰਦੇ ਹਨ। ਸੰਤ ਸੰਗ ਪ੍ਰਤਾਪ ਇਹ ਸੰਤਾਂ ਦੀ ਸੰਗਤ ਕਰਕੇ ਜਿਨ੍ਹਾਂ ਨੂੰ ਪਰਮੇਸ਼ਵਰ ਦੀ ਸਿਖਿਆਤਾ ਹੁੰਦੀ ਹੈ ਇਹ ਉਹਨਾਂ ਨੂੰ ਪ੍ਰਤਾਪ ਪਰਮੇਸ਼ਵਰ ਜਿਹੜਾ ਪਤਾ ਲੱਗ ਜਾਂਦਾ ਹੈ ਪਰ ਵਿਸ਼ੇਸ਼ ਕਰਕੇ ਆਦੀ ਵਿਆਦੀ ਉਪਾਧੀ ਅਧਿਆਤਮ ਆਦੀ ਭੂਤ ਆਦਿ ਵੈਵਾਰਿਕ ਤਾਪਾਂ ਤੋਂ ਪਰੇ ਹੋ ਜਾਂਦੇ ਹੈ ਇਹ ਸੰਤਾਂ ਦੀ ਸੰਗਤ ਦਾ ਪ੍ਰਤਾਪ ਹੈ। ਜੇ ਜੰਮਣ ਮਰਨ ਤੋਂ ਖੜ ਜਾਣੇ ਅਤੇ ਸੱਚੇ ਪਾਤਸ਼ਾਹ ਜੀ ਸਿਖਿਆਤਾ ਹੋ ਜਾਣੀ ਆਨੰਦ ਪ੍ਰਗਟ ਹੋ ਜਾਣਾ ਹਿਤਕਾਰ ਨਾਮ ਦ੍ਰਿੜੈ ਦਇਆਲਾ ਧਾਰ ਕਰਕੇ ਦਿਆਲੂ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰਦੇ ਹੈ। ਸੰਤ ਹੈ ਸੰਗ ਹੋਤ ਕਿਰਪਾਲਾ ਅਤੇ ਸਤਸੰਗਤ ਕਰਦੇ ਹੈ ਉਹਨਾਂ ਦੇ ਤਾਈ ਮਹਾਰਾਜ ਸਾਹਿਬ ਕਿਰਪਾਲੂ ਹੁੰਦੇ ਹਨ। ਹੋਰ ਹੈ ਕਛੂ ਨਾ ਕਿਨਹੂ ਕੀਆ ਸਤਸੰਗ ਜੀ ਉਰਿਓ ਆਪਣੀ ਵੱਲੋਂ ਅਲਪਗਤਾ ਵਾਲੇ ਜੀਵਨ ਕੁਝ ਨਹੀਂ ਕੀਤਾ ਹੈ। ਨਾਨਕ ਸਭ ਕਛ ਪ੍ਰਭ ਤੇ ਹੂਆ ਉਪਾਸਕਾਂ ਦੀ ਦ੍ਰਿਸ਼ਟੀ ਹੈ ਕਿ ਸਭ ਕੁਝ ਵਾਹਿਗੁਰੂ ਵੱਲੋਂ ਹੋਇਆ ਉਰਿਓ ਕੁਝ ਨਹੀਂ ਹੋ ਸਕਦਾ ਉਹ ਸ਼ੇਰ ਵਾਲੀ ਨਿਗਾਹ ਰੱਖਦੇ ਪਰਮੇਸ਼ਵਰ ਤੇ ਰੱਖਦੇ ਹਨ ਕਿਸੇ ਦੇ ਨਾਲ ਵੈਰ ਨਹੀਂ ਕਰਦੇ ਕਿਸੇ ਨੂੰ ਉਲਾਮਾ ਨਹੀਂ ਦਿੰਦੇ ਕਿਸੇ ਨੂੰ ਦੋਸ਼ ਨਹੀਂ ਰੋਕਦੇ ਵਾਹਿਗੁਰੂ ਦੇ ਸਾਰੇ ਖੇਲ ਸਮਝਦੇ ਹੈ ਸਭ ਕੁਝ ਵਾਹਿਗੁਰੂ ਵੱਲੋਂ ਹੋਇਆ ਹੈ ਜਿਹੀ ਜੀ ਕਿਸੇ ਦੀ ਕਰਨੀ ਹੈ ਉਹ ਹਜੇ ਫਲ ਦਿੱਤਾ ਹੈ। ਸਲੋਕ ਲੇਖ ਕਤਹ ਨਾ ਛੁੱਟੀ ਹੈ ਅੱਗੇ ਬੇਨਤੀਆਂ ਕਰੀਏ ਹੇ ਸੱਚੇ ਪਾਤਸ਼ਾਹ ਜੇ ਸਾਡਾ ਲੇਖਾ ਕਰੋਗੇ ਕਾਗਜ਼ ਲੇਖਾ ਜਾਓ ਕਰੋ ਕਹਾਂ ਪਚਾਵੋ ਨਾਥ ਔਗਣ ਹੰਗਰੇ ਬਖਸ਼ੀਏ ਮਾਥੇ ਧਰੀਏ ਹਾਥ ਹੇ ਮਹਾਰਾਜ ਜੇ ਹਿਸਾਬ ਕਿਤਾਬ ਸਾਡਾ ਕਰੋਗੇ ਨਿਰੇ ਪੁੰਨਾਂ ਦਾ ਸਾਡਾ ਹਿਸਾਬ ਕਰੋਗੇ ਤਾਂ ਵੀ ਅਸੀਂ ਮੁਕਤ ਨਹੀਂ ਹੋ ਸਕਾਂਗੇ ਅਤੇ ਜੇ ਪਾਪਾਂ ਦੀ ਗਿਣਤੀ ਕਰੋਗੇ ਪਾਪ ਤਾਂ ਸਾਡੇ ਚ ਇੰਨੇ ਹੈ ਮਹਾਰਾਜ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਪੇ ਔਗਣ ਹਮਾਰੇ ਦਇਆ ਕਰੋ ਕੀ ਮੇਰੇ ਪਾਵੋ ਡੁੱਬਦੇ ਪੱਥਰ ਉਤਾਰੇ ਜੇ ਸਾਡਾ ਹਿਸਾਬ ਕਿਤਾਬ ਤੂੰ ਕਰਨ ਲੱਗਾ ਫੇਰ ਨੀ ਅਸੀਂ ਮਹਾਰਾਜ ਕਿਸੇ ਪ੍ਰਕਾਰ ਛੁੱਟਾਂਗੇ ਮੁਕਤ ਨੀ ਹੋਵਾਂਗੇ। ਖਿਨ ਖਿਨ ਭੁੱਲਣ ਹਾਰ ਮਹਾਰਾਜ ਖਿਨ ਖਿਨ ਕਾਲ ਦੇ ਵਿੱਚ ਭੁੱਲਣ ਵਾਲੇ ਹਾਂ ਹੇ ਪਰਮੇਸ਼ਰ ਮਿੰਟ ਮਿੰਟ ਸਕਿੰਟ ਸਕਿੰਟ ਵਿੱਚ ਅਸੀਂ ਭੁੱਲ ਕਰਨ ਵਾਲੇ ਹਾਂ। ਬਖਸ਼ਣ ਹਾਰ ਬਖਸ਼ ਲੈ ਬਖਸ਼ਣ ਹਾਰ ਕਰਤਾਰਪੁਰ ਸਾਹਿਬ ਹੀ ਬਖਸ਼ਣ ਹਾਰ ਹੀ ਪਾਠ ਹੈ ਦੌਨੀ ਵੀਰ ਚ ਵੀ ਬਖਸ਼ਣ ਹਾਰ ਹੀ ਸਿੰਘਾਂ ਨੂੰ ਜਾ ਕੇ ਦਰਸ਼ਨ ਕੀਤੇ ਹਨ ਹੇ ਬਖਸ਼ਣ ਹਾਰ ਪਰਮੇਸ਼ਰ ਕਿਰਪਾ ਕਰਕੇ ਬਖਸ਼ ਲੈ ਪੁਰਾਣੀਆਂ ਬਾਬੇ ਗੁਲਾਬ ਸਿੰਘ ਦੇ ਛਾਪੇ ਦੀਆਂ ਜਿਹੜੀਆਂ ਲਾਹੌਰ ਦੀਆਂ ਬੀੜਾਂ ਸੀ ਉਹਨਾਂ ਚ ਕੰਨਾ ਛਪਿਆ ਹੁੰਦਾ ਸੀ ਬਖਸ਼ਣ ਹਾਰਾ ਬਖਸ਼ ਲੈ ਹੇ ਬਖਸ਼ਣ ਹਾਰੇ ਪਰਮੇਸ਼ਰ ਬਖਸ਼ ਲੈ ਤੂੰ ਨਾਨਕ ਪਾਰ ਉਤਾਰ ਇਸ ਪ੍ਰਕਾਰ ਸੰਸਾਰ ਸਮੁੰਦਰ ਤੋਂ ਕਿਰਪਾ ਕਰਕੇ ਪਾਰ ਉਤਾਰ ਦੇ ਮੁਕਤ ਕਰ ਦੇ। ਪੌੜੀ ਲੂਣ ਹਰਾਮੀ ਗੁਨਹਗਾਰ ਹੇ ਅੰਤਰ ਜਾਮੀ ਸੱਚੇ ਪਾਤਸ਼ਾਹ ਸੀ ਤੇਰੇ ਦਿੱਤੇ ਹੋਏ ਪਦਾਰਥ ਖਾ ਕੇ
ਫੇਰ ਤੇਰਾ ਸਿਮਰ ਨੀ ਕਰਦੇ ਤੇ ਇਥੋਂ ਬੇਮੁਖ ਰਹਿੰਦੇ ਹੈ। ਕਿਉਂ ਅਸੀਂ ਲੂਣ ਹਰਾਮੀ ਆ, ਨਿਮਕ ਹਰਾਮੀ ਆ, ਸੱਚੇ ਪਾਤਸ਼ਾਹ ਲੂਣ ਹਰਾਮੀ ਗੁਨਾਹਗਾਰ। ਜਿਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਉਪਦੇਸ਼ ਬਖਸ਼ਿਆ ਸੀ, ਕਿਹਾ ਸੀ ਕਿ ਬਈ ਤੂੰ ਬਈ ਚੋਰੀ ਨਾ ਕਰਿਆ ਕਰ। ਇਹ ਕਹਿਣ ਲੱਗਾ ਮਹਾਰਾਜ ਚੋਰੀ ਮੈਥੋਂ ਛੁੜਦੀ ਨੀ। ਮਹਾਰਾਜ ਸਾਹਿਬ ਕਹਿੰਦੇ ਚੋਰੀ ਤੇਰੀ ਸੀ ਛੁਡਾ ਦੇਣੀ ਹੈ। ਕਹਿੰਦੇ ਮਹਾਰਾਜ ਕਿਵੇਂ ਛੁੱਟੇ? ਕਹਿੰਦੇ ਚੰਗਾ ਲੂਣ ਖਾ ਕੇ ਹਰਾਮ ਨਾ ਕਰੀ। ਸਾਧ ਸੰਗਤ ਜੀ ਜਦੋਂ ਇਹ ਭੂਮੀਆਂ ਚੋਰ ਨੂੰ ਸੁਣਿਆ ਤੇ ਇੱਕ ਗਰੀਬ ਮਾਰ ਨਾ ਕਰੀ, ਇਹ ਆਗਿਆ ਮਹਾਰਾਜ ਸਾਹਿਬ ਨੂੰ ਦਿੱਤੀ। ਇਸ ਆਗਿਆ ਨੂੰ ਲੈ ਕੇ ਚੋਰੀ ਕਰਨੀ ਇਹਨੂੰ ਛੱਡ ਦਿੱਤੀ। ਇੱਕ ਵਾਰੀ ਕਿਸੇ ਗਰੀਬ ਨੇ ਆ ਕੇ ਬੇਨਤੀ ਕੀਤੀ ਕਿ ਮੇਰੀ ਲੜਕੀ ਦਾ ਨਾਤਾ ਕਰਨ ਦੇ ਕੋਲ ਮੇਰੇ ਕੋਲ ਹਿੰਮਤ ਨਹੀਂ ਪੈਸਿਆਂ ਦੀ। ਉਸ ਵੇਲੇ ਚੋਰ ਗਿਆ ਕਰ ਸਾਹਿਬ ਜਾ ਅੰਦਰ ਵੜਿਆ। ਇਹ ਭੂਮੀਆਂ ਜਿਹੜਾ ਚੋਰ ਸੀ ਸ਼ਾਹੂਕਾਰ ਦੇ ਘਰ ਜਾ ਕੇ ਅੰਦਰ ਜਾ ਵੜਿਆ ਤੇ ਉੱਥੋਂ ਹੀਰਿਆਂ ਜਵਾਹਰਾਤਾਂ ਦੀ ਪੰਡ ਬੰਨ ਕੇ ਬਹੁਤ ਸਾਰਾ ਪਦਾਰਥ ਇਕੱਠਾ ਕਰ ਲਿਆ, ਪੰਡ ਬੰਨ ਲਈ। ਫਿਰ ਇਹਨਾਂ ਦੇ ਘਰ ਕੁਛ ਪਦਾਰਥ ਖਾਣ ਵਾਲਾ ਹੁੰਦਾ, ਖਾ ਲਈਏ। ਲੋਭ ਲਹਿਰ ਹੰਕਾਇਆ, ਲੂਣ ਹਾਂਡਾ ਫੜਿਆ ਅਤੇ ਇਸ ਪ੍ਰਕਾਰ ਇਸ ਕੱਖ ਨਾ ਖੜਿਆ, ਉਹ ਸਾਰੀਆਂ ਚੀਜ਼ਾਂ ਛੱਡਿਆ ਆ। ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਆ, ਉਹ ਭੂਮੀਆਂ ਦੀ ਚੋਰੀ ਸੱਚੇ ਪਾਤਸ਼ਾਹ ਨੇ ਛੁਡਾਈ ਸੀ। ਲੂਣ ਖਾ ਕੇ ਨਾ ਹਰਾਮ ਕਰਨਾ, ਹਜ਼ੂਰ ਫਰਮਾਉਂਦੇ ਹਨ। ਲੂਣ ਹਰਾਮੀ ਗੁਨਹਿਗਾਰ। ਫਿਰ ਸੱਚੇ ਪਾਤਸ਼ਾਹ ਥੋੜੇ ਜਿਹੇ ਅੱਗੇ ਨੂੰ ਹੋ ਜਾਂਦੇ, ਫਿਰ ਅੰਤਰਜਾਮੀ ਅਸੀਂ ਲੂਣ ਖਾ ਕੇ ਤੇਰੇ ਪਦਾਰਥ ਖਾ ਕੇ ਹਰਾਮ ਕਰਨ ਵਾਲੇ ਹਾਂ, ਨਿਖਿਧ ਕੰਮਾਂ 'ਚ ਲੱਗੇ ਰਹਿੰਦੇ ਹਾਂ, ਤੇਰੇ ਉਪਕਾਰ ਨੂੰ ਭੁਲਾ ਦਿੰਦੇ ਹਾਂ ਅਤੇ ਗੁਨਾਹਗਾਰ ਬਹੁਤ ਸਾਰੇ ਗੁਨਾਹਾਂ ਨੂੰ ਗਾਰ ਗ੍ਰਹਿਣ ਕਰਨ ਵਾਲੇ, ਗੁਨਾਹਾਂ ਨੂੰ ਕਰਨ ਵਾਲੇ, ਪਕੜਨ ਵਾਲੇ ਹਾਂ। ਬੇਗਾਨਾ ਅਲਪ ਮਤ। ਫਿਰ ਮਹਾਰਾਜ ਬੇਗਿਆਤੇ ਹਾਂ ਅਸੀਂ, ਸਾਨੂੰ ਕੋਈ ਗਿਆਤ ਨਹੀਂ ਹੈ ਆਪਦੇ ਸਰੂਪ ਦੀ, ਤੇ ਬੇਗਾਨਾ ਆਪਦੇ ਗਾਉਣ ਤੋਂ ਬਿਨਾਂ ਹੋ ਰਹੇ ਹੈ। ਬੇਦਵੈਤ ਦੇ ਹੀ ਗੀਤ ਗਾਉਂਦੇ ਹੈ, ਕਦੇ ਇਹ ਅਦਵੈਤ ਰੂਪ ਤੈਨੂੰ ਗਾਉਂਦੇ ਹੀ ਨੀ। ਅਲਪ ਮਤ ਬਗਾਨੇ ਕਾਮ ਕ੍ਰੋਧ ਦੇ ਹੋ ਰਹੇ ਹਾਂ, ਤੇਰੇ ਨੀ ਸੱਚੇ ਪਾਤਸ਼ਾਹ ਬਣੇ ਅਸੀਂ। ਅਲਪ ਮਤ ਅਲਪ ਤੁਛ ਸਾਡੀ ਬੁੱਧ ਹੈ ਸੱਚੇ ਪਾਤਸ਼ਾਹ, ਆਪ ਸੱਚੇ ਪਾਤਸ਼ਾਹ ਗੰਭੀਰਤਾ ਵਾਲੇ, ਅਸੀਂ ਤੁਛ ਮਤੀ ਵਾਲੇ ਆਪ ਨੂੰ ਜਾਣ ਨੀ ਸਕਦੇ। ਜੀਉ ਪਿੰਡ ਜਿਨ ਸੁਖ ਦੀਏ। ਆਪ ਨੂੰ ਸਾਰਿਆਂ ਨੂੰ ਜੀ ਸੁਖ ਸਰੀਰ ਦਿੱਤੇ ਹੈ, ਪਿੰਡ ਸਥੂਲ ਸਰੀਰ ਦਿੱਤੇ ਹੈ, ਸਾਰੇ ਸੁਖ ਆਪ ਨੂੰ ਦੇਣਾ ਕੀਤੇ ਹੈ। ਤਾਹੇ ਨਾ ਜਾਣਤ ਤਤ, ਆਪਦੇ ਤਤ ਸਿਧਾਂਤ ਨੂੰ ਹਉਮੈ ਛੱਡ ਕੇ ਪ੍ਰੇਮ ਨਾਲ ਭਗਤੀ ਕਰਨੀ ਸੀ, ਆਪਦੇ ਤਤ ਸਰੂਪ ਦੇ ਗਿਆਨ ਨੂੰ ਜਾਣਨਾ ਸੀ, ਉਸ ਸਿਧਾਂਤ ਰੂਪ ਨੂੰ ਅਸੀਂ ਜਾਣਿਆ ਹੀ ਨਹੀਂ ਹੈ। ਲਾਹਾ ਮਾਇਆ ਕਾਰਨ, ਜਾਮੀ ਮਾਇਆ ਦੇ ਲਾਹੇ ਵਾਸਤੇ ਢੂੰਡਣ ਜਾ ਪਦਾਰਥ ਭਾਲਣ ਵਾਸਤੇ ਜਾਣੇ, ਕਿਥੋਂ ਸਾਨੂੰ ਪ੍ਰਾਪਤ ਹੋ ਜਾਵੇ। ਦੇਵਨ ਹਾਰ ਦਾਤਾਰ ਪ੍ਰਭ, ਤੂੰ ਸਾਰਿਆਂ ਥਾਈ ਦੇਣ ਹਾਰ, ਤੂੰ ਜਿੱਥੇ ਵੀ ਜਾਈਏ ਉੱਥੇ ਹੀ ਤੂੰ ਬਖਸ਼ਿਸ਼ ਕਰਨ ਵਾਲਾ ਹੈ। ਸੋ ਦੇਵਨ ਹਾਰ ਹੇ ਦਾਤਾ ਪਰਮੇਸ਼ਰ, ਦਾਤਾ ਨੂੰ ਦੇਣ ਵਾਲੇ, ਸਾਰਿਆਂ ਨੂੰ ਸਰੀਰ ਸੂਲ ਸੂਖਮ ਕਾਰਨ ਆਦਿ ਆਪ ਹੀ ਦਿੱਤੇ ਹੈ, ਸਾਰਿਆਂ ਨੂੰ ਪਦਾਰਥ ਸੋਭਾ ਵਡਿਆਈ ਆਪ ਨੂੰ ਦਿੱਤੀ ਹੈ, ਵੱਡਾ ਦਾਤਾ ਤਿਲਨਾ ਤਮਾਇ ਹੈ ਆਪ ਤੇ ਪ੍ਰਭੂ ਸਮਰੱਥ ਹੈ। ਨਿਮਖ ਨਾ ਮਨ ਹੈ ਬਸਾਏ, ਅੱਖ ਦੇ ਖੋਲਣ ਮੀਚਣ ਜਿੰਨਾ ਚਿਰ ਏਡੇ ਉਪਕਾਰੀ ਨੂੰ ਹੇ ਪਰਮੇਸ਼ਰ ਅਸੀਂ ਮਨ ਚ ਨੀ ਆਪ ਨੂੰ ਵਸਾਉਂਦੇ, ਏਡੇ ਅਕਿਰਤ ਕਣ ਹੋ ਚੁੱਕੇ ਹਾਂ। ਲਾਲਚ ਝੂਠ ਬੇਕਾਰ ਮੋਹ, ਰਾਤ ਨੇ ਪਦਾਰਥਾਂ ਦੇ ਖਾਣ ਦਾ ਸਾਡੇ ਅੰਦਰ ਲਾਲਚ ਹੈ, ਮੂੰਹ ਹਰ ਵਕਤ ਸਾਡਾ ਪਾਣੀ ਨਾਲ ਭਰਿਆ ਰਹਿੰਦਾ ਪਦਾਰਥਾਂ ਦੇ ਖਾਣ ਵਾਸਤੇ। ਝੂਠ ਬੋਲਣ ਤੋਂ ਉੱਕਾ ਹੀ ਸੰਕੋਚਦੇ ਨਹੀਂ ਹਾਂ, ਝੂਠ ਬਰਾਬਰ ਪਾਪ ਕੋਈ ਨਹੀਂ ਹੈ, ਤੇ ਵਿਕਾਰ ਰਾਤ ਨੇ ਕਾਮ ਆਦਿ ਚਿੰਬੜੇ ਰਹਿੰਦੇ ਹੈ, ਮੋਹ ਸਰੀਰਾਂ ਦਾ ਸਾਨੂੰ ਬਣਿਆ ਰਹਿੰਦਾ। ਕਿਆ ਸੰਪੈ ਮਨ ਮਾ, ਆਸਰੀ ਸੰਪਦਾ ਸਾਡੇ ਮਨ ਚ ਇਕੱਠੀ ਕੀਤੀ ਹੈ ਭਭੂਤੀ, ਇਹੋ ਹੀ ਸਾਡੀ ਸੱਚੇ ਪਾਤਸ਼ਾਹ ਜਾਇਦਾਦ, ਇਹੋ ਹੀ ਸਾਡੀ ਸੰਪਦਾ ਹੈ। ਲਾਂਪਟ ਚੋਰ ਨਿੰਦਕ ਮਹਾਰਾਏ, ਘਰਾਂ ਚ ਲਪਟੇ ਰਹਿੰਦੇ, ਫਸੇ ਰਹਿੰਦੇ ਵਿਸ਼ਿਆਂ ਵਿੱਚ ਤੇ ਚੋਰੀ ਕਰਦੇ ਹੈ, ਰਾਤ ਨੇ ਚੋਰੀ ਕਰਨ ਵਿੱਚ ਲੱਗੇ ਰਹਿੰਦੇ, ਤੇਰੇ ਸਿਮਰਨ ਵੱਲੋਂ ਮਨ ਨੂੰ ਚੁਰਾ ਕੇ ਰੱਖਦੇ ਹਾਂ,
ਤੇ ਨਿੰਦਕ ਨਿੰਦਿਆ ਕਰਦੇ ਹਨ, ਹੋਏ ਦੋਸ਼ ਕਿਸੇ ਚ ਰੋਪਦੇ ਹਾਂ, ਮਹਾਂ ਬੜੇ ਭਾਰੀ ਨਿੰਦਿਆ ਕਰਦੇ ਹਾਂ। ਤੈਨੂੰ ਸੰਗ ਬਿਹਾਰੇ ਕੁਕਰਮੀ ਆਦਮੀ ਉਹਨਾਂ ਦੇ ਸਾਥ ਸਾਡੀ ਉਮਰ ਗੁਜ਼ਰ ਰਹੀ ਹੈ, ਉਹੋ ਜਿਹਾ ਭਾਅ ਸਾਨੂੰ ਚੜਿਆ ਹੋਇਆ, ਉਹੋ ਜਿਹੇ ਬਣ ਗਏ ਹਾਂ। ਤੁਦ ਭਾਵ ਹੈ ਤਾਂ ਬਖਸ਼ ਲੈ, ਜਾਣੀ ਜੇ ਆਪ ਨੂੰ ਭਾ ਜਾਵੇ, ਸਾਡੇ ਤਰਸ ਕਰੋ ਆਪ, ਤਾਂ ਕਿਰਪਾ ਕਰਕੇ ਬਖਸ਼ ਲਓ ਇਹਨਾਂ ਉਗਣਾ ਵਾਲਿਆਂ ਦੀ ਸੰਗਤ ਤੋਂ, ਸਾਡਿਆਂ ਗੁਨਾਹਾਂ ਨੂੰ ਵੀ ਮਾਫ ਕਰੋ। ਖੋਟੇ ਸੰਗ ਖਰੇ, ਚਾਹੇ ਖੋਟੇ ਆ ਚਾਹੇ ਖਰੇ ਆ, ਆਪਦੀ ਸੰਗਤ ਦੇ ਆਸਰੇ ਕਿਰਪਾ ਕਰਕੇ ਬਖਸ਼ ਲਓ। ਜਿਸ ਪ੍ਰਕਾਰ ਸਾਧ ਸਿੰਘ ਜੀ, ਜਿਹੜਾ ਖੋਟਾ ਜਹਾਜ਼ ਹੁੰਦਾ ਹੈ, ਉਹ ਖਰੇ ਜਹਾਜ਼ ਨਾਲ ਬੰਨ ਕਰਕੇ, ਜਿਹੜੀ ਮੋਟਰ ਖਰਾਬ ਹੋ ਜੇ ਚੰਗੀ ਮੋਟਰ ਨਾਲ ਬੰਨ ਕੇ ਟਿਕਾਣੇ ਸਿਰ ਪਹੁੰਚਾ ਲਈਦੀ ਹੈ। ਇਸੇ ਪ੍ਰਕਾਰ ਮਹਾਰਾਜ, ਖੋਟੇ ਸਾਡੇ ਜੀਵਨ ਹੈ, ਇਹ ਸੰਸਾਰ ਸਮੁੱਚ ਡੁੱਬਣ ਵਾਲੇ ਹੈ। ਆਪਦੇ ਖਰੇ ਜਿਹੜੇ ਮਹਾਂਪੁਰਖ ਸਤਸੰਗੀ ਜਹਾਜ਼ ਵਰਗੇ ਜੀਵਨ ਵਾਲੇ, ਉਹਨਾਂ ਦੇ ਨਾਲ ਮੇਲ ਕੇ ਸਾਨੂੰ ਵੀ ਮਾਰਾ ਖਰੇ ਬਣਾ ਲਓ, ਕਿਰਪਾ ਕਰੋ। ਨਾਨਕ ਭਾਵ ਹੈ ਪਾਰ ਬ੍ਰਹਮ, ਪਾਰ ਬ੍ਰਹਮ ਪਰਮੇਸ਼ਰ ਦ੍ਰਿਸ਼ਟਾਂਤ ਦਿੰਦੇ, ਜਹਾਜ਼ ਦਾ ਦ੍ਰਿਸ਼ਟਾਂਤ ਹੀ ਸਮਝਣਾ। ਇਹ ਪਾਰ ਬ੍ਰਹਮ ਪਰਮੇਸ਼ਰ ਆਪ ਨੂੰ ਭਾ ਜਾਵੇ, ਪਾਹਨ ਨੀਰ ਤਰੇ, ਰਾਮ ਚੰਦਰ ਰੂਪ ਦੇ ਵਿੱਚ ਪੱਥਰਾਂ ਤੇ ਰਾਮ ਨਾਮ ਲਿਖ ਕੇ ਮਾਰਾ ਉਤਾਰ ਦਿੱਤੇ। ਇਸੇ ਤਰ੍ਹਾਂ ਮਾਰਾ ਪੱਥਰਾਂ ਵਰਗੇ ਭਾਰੀ ਪਾਪੀ ਜਿਹੜੇ ਸੀ ਪਦਾਰਥ ਪਾਣੀ ਤੋਂ ਤਰ ਗਏ, ਅਸੀਂ ਮਾਰਾ ਪੱਥਰਾਂ ਨਾਲੋਂ ਭਾਰੇ ਪਾਪੀ ਹਾਂ, ਸਾਨੂੰ ਪਦਾਰਥਾਂ ਵੀ ਪਾਣੀ ਤੋਂ ਉਤਾਰੋ। ਕਿਉਂ ਪੱਥਰ ਵੀ ਆਪ ਉਤਾਰਤੇ ਆਪਦੇ ਨਾਮ ਨੇ, ਸਾਡਾ ਜੀਆਂ ਦਾ ਤਾਰਨਾ ਆਪ ਨੂੰ ਕੀ ਮੁਸ਼ਕਿਲ ਹੈ, ਕਿਰਪਾ ਕਰੋ ਰੱਖੋ ਸਾਡੀ ਰੱਖਿਆ ਕਰੋ ਜੀ। ਕਿਉਂ ਖਰਿਆਂ ਦੀ ਸੰਗਤ ਕਰਕੇ ਸਾਨੂੰ ਖੋਟਿਆਂ ਨੂੰ ਪਾਰ ਕਰੋ। ਸਲੋਕ ਖਾਤ ਪੀਤ ਖੇਲਤ ਹਸਤ, ਲੰਖਾ ਲਾਹਾ ਜਿਵੇਂ ਆਇਆ ਅੱਗੇ ਅੱਖਰ ਉਚਾਰਦੇ ਉਹਨਾਂ ਦੀ, ਖਾਤ ਪੀਤ ਖੇਲਤ ਹਸਤ, ਅੰਦਰ ਜਾਨੀ ਲੱਲਾ ਆ ਚੁੱਕਾ ਹੈ, ਖੱਖਾ ਆ ਰਿਹਾ ਹੈ, ਖਾਂਦਿਆਂ ਪੀਂਦਿਆਂ ਖਾ ਲੇ ਪਦਾਰਥ ਪੀ ਲੇ, ਕਦੇ ਸ਼ਰਾਬ ਪੀ ਲਈ, ਕਦੇ ਹੋਰ ਕੋਈ ਛੋਰੀਆ ਪੀ ਲਿਆ, ਇਸ ਪ੍ਰਕਾਰ ਕਦੇ ਖਿਲਬਰੀਆਂ ਸਿਨੇਮੇ ਦੇਖ ਲੇ, ਕਦੇ ਹੱਸ ਲੇ ਖੁਸ਼ ਹੋ ਲੇ, ਖੇਲਤ ਹਸਤ ਭਰਮੇ ਜਨਮ ਅਨੇਕ, ਇਸ ਪ੍ਰਕਾਰ ਜਨਮ ਅਨੇਕਾਂ ਚ ਭਰਮ ਦੇ ਆਏ ਆ ਮਹਾਰਾਜ, ਵਧੇ ਹੋਏ ਵਾਸ਼ਨਾ ਦੇ ਵਿਸ਼ਿਆਂ ਦੀ ਦੇ, ਭਵ ਜਲ ਤੇ ਕਾਢੋ ਪ੍ਰਭੂ, ਇਹ ਸੰਸਾਰ ਸਮੁੰਦਰ ਹੈ ਸੱਚੇ ਪਾਤਸ਼ਾਹ, ਜੰਮਣ ਮਰਨ ਦਾ ਭੈ ਹੀ ਜਲ ਹੈ ਜਿਸ ਵਿਚ, ਇਸ ਤੋਂ ਕਿਰਪਾ ਕਰਕੇ ਸਮਰੱਥ ਕੱਢ ਲਓ। ਨਾਨਕ ਤੇਰੀ ਟੇਕ, ਸਾਹਿਬ ਜੀ ਕਹਿੰਦੇ ਹੇ ਪਰਮੇਸ਼ਰ ਆਪ ਦੀ ਟੇਕ ਓਟ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਬੇਨਤੀਆਂ ਕਰੀਏ, ਪੌੜੀ ਖੇਲਤ ਖੇਲਤ ਆਇਓ, ਖੇਲਦੇ ਜਾਨੀ ਅਸੀਂ ਖੇਲਦੇ ਖੇਲਦੇ, ਕਦੇ ਕਿਸੇ ਜੂਨ ਵਿਚ ਜੰਪੇ, ਕਦੇ ਕਿਸੇ ਜੂਨ ਚ ਮਰ ਗਏ, ਕਿਉਂ ਖੇਲਾਂ ਖੇਲਦੇ, ਖੇਲਾਂ ਹੀ ਆ ਤੇਰੀਆਂ ਸੱਚੇ ਪਾਤਸ਼ਾਹ। ਅਸੀਂ ਵਾਸ਼ਨਾ ਦੇ ਵਧੇ ਅਨੇਕਾਂ ਕਸ਼ਟ ਭੋਗਦੇ ਹੋਏ, ਖੰਡੇ ਧਾਰ ਗਲੀ ਅੱਜ ਪੀੜੀ, ਲੇਖਾ ਲੀਜੇ ਚਲ ਜਿਉਂ ਪੀੜੀ, ਅਨੇਕਾਂ ਜੂਨਾਂ ਚ ਮਾਰਾ ਫਿਰਦੇ ਫਿਰਦੇ ਇਸ ਪ੍ਰਕਾਰ ਅਸੀਂ ਆਏ ਹਾਂ। ਕਦੇ ਕਿਸੇ ਵਿਸ਼ੇ ਦੀ ਖੇਲ ਚ ਫਸ ਕੇ ਮਰ ਗਏ, ਕਦੇ ਕਿਸੇ ਪਦਾਰਥ ਦੀ ਖੇਲ ਚ ਵਿਸ਼ੇ ਮਰ ਗਏ, ਇਸ ਤਰ੍ਹਾਂ ਆਏ ਹਾਂ ਜੂਨਾਂ ਵਿਚੋਂ। ਅਨਕ ਜੂਨ ਦੁੱਖ ਪਾਏ, ਜੂਨਾਂ ਚ ਭੜਕ ਭੜਕ ਕੇ ਸੱਚੇ ਪਾਤਸ਼ਾਹ ਹੀ ਦੁੱਖ ਪਾਇਆ ਹੈ ਜੰਮਣ ਮਰਨ ਦਾ, ਖੇਦ ਮਿਟੇ ਸਾਧੂ ਮਿਲਤ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਆਪਦੇ ਪਿਆਰੇ ਸੰਤ ਭਗਤ ਮਿਲੇ ਹੈ, ਉਹਨਾਂ ਦੇ ਖੇਲ ਜੰਮਣ ਮਰਦੇ ਦੁੱਖ ਮਿਟ ਗਏ ਹਨ। ਸਤਿਗੁਰ ਬਚਨ ਸਮਾਏ, ਕੌਣ ਆ ਜਿਹੜੇ ਸਤਿਗੁਰੂ ਸਾਹਿਬ ਦੇ ਬਚਨ ਚ ਮਿਲੇ ਹੋਏ ਹੈ, ਜਿਨ੍ਹਾਂ ਦੇ ਮਨ ਦੇ ਵਿਚ ਸਤਿਗੁਰਾਂ ਦਾ ਬਚਨ ਸਮਾ ਗਿਆ ਹੈ, ਸਾਧ ਸੰਗਤ ਨਾਲ ਮਿਲ ਕੇ ਜਿਹੜੇ ਸਤਿਗੁਰਾਂ ਦੇ ਬਚਨ ਚ ਮਸਤ ਹੋ ਕੇ ਮਿਲ ਗਏ ਹਨ। ਖਿਮਾ ਗਹੀ ਸੱਚ ਸਾਂਚਿਓ, ਉਹਨਾਂ ਗੁਰਮੁਖਾਂ ਨੂੰ ਖਿਮਾ ਗ੍ਰਹਿਣ ਕਰ ਲਈ, ਕੋਈ ਮਾੜਾ ਆਦਮੀ ਬੇਅਦਬੀ ਕਰ ਜਾਵੇ ਉਹਨੂੰ ਮੁਆਫ਼ ਕਰ ਦੇਣਾ, ਉਗਣ ਨਾ ਚੇਤੇ ਕਰਨੇ, ਐਸੀ ਖਿਮਾ ਉਹਨੂੰ ਪਕੜ ਲਈ, ਗ੍ਰਹਿਣ ਕਰ ਲਈ ਹੈ। ਖਾਇਓ ਅੰਮ੍ਰਿਤ ਸੱਚ ਸਾਂਚਿਓ, ਸੱਚੇ ਨਾਮ ਨੂੰ ਸੰਚਨ ਕਰ ਲਿਆ, ਇਕੱਤਰ ਕਰ ਲਿਆ, ਮਹਾਰਾਜ ਦੇ ਨਾਮ ਨੂੰ ਸਵਾਸ ਸਵਾਸ ਜਪਦੇ ਹੈ। ਖਾਇਓ ਅੰਮ੍ਰਿਤ ਨਾਮ, ਅੰਮ੍ਰਿਤ ਨਾਮ ਰੂਪੀ ਸਾਧ ਸੰਗਤ ਜੀ ਭੋਜਨ ਦੇ ਤਾਈ ਉਹਨਾਂ ਨੇ ਖਾਣਾ ਕੀਤਾ, ਆਤਮ ਆਨੰਦ ਨੂੰ ਪ੍ਰਾਪਤ ਕੀਤਾ, ਮ੍ਰਿਤੂ ਤੋਂ ਰਹਿਤ ਕਰਨ ਵਾਲਾ ਜੋ ਅੰਮ੍ਰਿਤ ਨਾਮ ਹੈ, ਇਹੋ ਹੀ ਭੋਜਨ ਖਾਧਾ ਹੈ, ਇਹੋ ਹੀ ਸੱਚ ਨੂੰ ਇਕੱਤਰ ਕੀਤਾ ਹੈ ਉਹਨਾਂ ਨੇ। ਖਰੀ ਕਿਰਪਾ ਠਾਕੁਰ ਪਹੀ, ਖਰੀ ਕਿਰਪਾ ਠਾਕੁਰ ਅਕਾਲ ਪੁਰਖ ਦੀ ਉਹਨਾਂ ਦੇ ਉੱਤੇ ਹੋਈ ਹੈ। ਆਨੰਦ ਸੁਖ ਬਿਸਰਾਮ, ਆਨੰਦ ਸਰੂਪ ਦਾ ਜੋ ਸੁਖ ਸਰੂਪ ਹੈ, ਆਨੰਦ ਸਰੂਪ ਉਸ ਵਿੱਚ ਵਿਸਰਾਮ ਸਥਿਤੀ ਪਾਈ ਹੈ, ਮਨ ਕਰਕੇ
ਉਸ ਸੁਖ ਦੇ ਵਿੱਚ ਬਾਣੀ ਕਰਕੇ ਸਰੀਰ ਕਰਕੇ ਵਿਸਰਾਮ ਪਾਇਆ ਹੈ। ਜੋ ਆਨੰਦ ਸਰੂਪ ਪਰਮੇਸ਼ੁਰ ਹੈ ਉਹਦੇ ਚ ਵਿਸਰਾਮ ਹੋ ਕੇ ਨਿਰਾ ਸੁਖ ਹੀ ਸੁਖ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ। ਖੇਪ ਨਿਵਾਹੀ ਬਹੁਤ ਲਾਭ ਗੁਰਕਾਰ ਸਾਹਿਬ ਸਿੰਘ ਜੀ ਉਹਨਾਂ ਦੀ ਭਗਤੀ ਰੂਪ ਜਿਹੜੀ ਖੇਪ ਪੂੰਜੀ ਸੀ ਉਹ ਮਹਾਰਾਜ ਸਾਹਿਬ ਨਵਾਤੀ ਸਿਰੇ ਚਾੜਤੀ। ਇਹ ਬਾਵਨਖਰੀ ਰੂਪੀ ਖੇਪ ਪੂੰਜੀ ਵੀ ਮਨੁੱਖਾ ਜਨਮ ਦੀ ਖੇਪ ਪੂੰਜੀ ਵੀ ਇਹ ਸੱਚੇ ਪਾਤਸ਼ਾਹ ਨੂੰ ਆਤੀ ਬਹੁਤ ਲਾਭ ਬੜਾ ਭਾਰੀ ਲਾਭ ਪ੍ਰਾਪਤ ਹੋਇਆ। ਘਰ ਆਏ ਪਤਵੰਤ ਘਰ ਸਾਧ ਸੰਗਤ ਵਿੱਚ ਆ ਗਏ ਪਤ ਇੱਜਤ ਵਾਲੇ ਹੋ ਗਏ। ਘਰ ਆਏ ਘਰ ਸਰੂਪ ਰੂਪੀ ਘਰ ਚਾਸ਼ਤਵੇ ਤੁਰਿਆ ਪਦ ਵਿੱਚ ਪਤ ਇੱਜਤ ਵਾਲੇ ਹੋ ਗਏ। ਕਾਮ ਕ੍ਰੋਧ ਬੇਪਤੀ ਨਹੀਂ ਕਰਦੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਹੋ ਗਏ। ਖਰਾ ਦਿਲਾਸਾ ਗੁਰ ਦੀਆ ਸਤਿਗੁਰੂ ਸਾਹਿਬ ਜੀ ਨੂੰ ਖਰਾ ਅਤਿਅੰਤੀ ਦਿਲਾਸਾ ਧੀਰਜ ਆਦਰ ਦੇਣਾ ਕੀਤਾ ਆਏ ਮਿਲੇ ਭਗਵਾਨ। ਇਸ ਕਰਕੇ ਇਸ ਮਨੁੱਖਾ ਜਨਮ ਚ ਗੁਰੂ ਸਾਹਿਬ ਦੀ ਕਿਰਪਾ ਕਰਕੇ ਆ ਕੇ ਅਸੀਂ ਭਗਵੰਤ ਦੇ ਨਾਲ ਮਿਲ ਪਏ ਹਾਂ। ਭਗਵੰਤ ਆਪ ਆ ਕੇ ਪਿਆਰ ਨਾਲ ਮਿਲ ਪਿਆ ਹੈ। ਆਪਨ ਕੀਆ ਕਰੈ ਆਪ ਨਿਸ਼ਚੇ ਹੋ ਗਿਆ ਕਿ ਆਪ ਹੀ ਜਗਤ ਨੂੰ ਪੈਦਾ ਕੀਤਾ ਹੈ ਤੇ ਆਪ ਹੀ ਪਰਮੇਸ਼ਰ ਸਾਰੇ ਸੰਸਾਰ ਦੀ ਪਾਲਣਾ ਕਰਦਾ ਹੈ। ਆਗੇ ਪਾਛੇ ਅੱਗੇ ਲੋਕ ਜੀ ਪਿੱਛੇ ਇਸ ਮਾਤ ਲੋਕ ਜੀ ਆਪੇ ਹੀ ਆਪ ਹੈ ਪਰਮੇਸ਼ਰ। ਇਸੇ ਪ੍ਰਕਾਰ ਆਪਨ ਕੀਆ ਕਰੈ ਆਪ ਹੀ ਗੁਰੂ ਹੋ ਕੇ ਉਪਦੇਸ਼ ਕਰਦਾ ਹੈ ਆਪ ਹੀ ਸਿੱਖ ਹੋ ਕੇ ਉਸ ਨੂੰ ਕਮਾਉਣਾ ਕਰਦਾ ਹੈ। ਆਪ ਅੱਗੇ ਪਰਲੋਕ ਚ ਪਿੱਛੇ ਇਸ ਲੋਕ ਚ ਵੀ ਆਪਣਾ ਆਪ ਰੂਪ ਹੀ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ। ਪਿੱਛੇ ਪਰੋਹ ਗਿਆਨੀਆਂ ਨੂੰ ਅੱਗੇ ਸਨਮੁਖ ਅਪਰੋਹ ਗਿਆਨੀਆਂ ਨੂੰ ਆਪਣਾ ਆਪ ਰੂਪ ਪ੍ਰਤੀਤ ਹੋ ਰਿਹਾ ਹੈ। ਨਾਨਕ ਸੋ ਸਰਾਹੀ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਵਰ ਦੀ ਸਿਫਤ ਕਰੀਏ ਹੇ ਭਾਈ ਜੇ ਘੱਟ ਘੱਟ ਰਹਿਆ ਬਿਆਹ ਸਾਰੇ ਚਾਰ ਖਾਣੀਆਂ ਦੇ ਘਟਾਂ ਕਟਾਂ ਚ ਇੱਕ ਰਸ ਵਿਆਪਕ ਹੋ ਰਿਹਾ ਹੈ ਮਿਲ ਰਿਹਾ ਹੈ। ਸਲੋਕ ਆਏ ਪ੍ਰਭ ਸਰਨਾਗਤੀ ਲਿਖਦੇ ਹੋਏ ਮਹਾਰਾਜ ਸਾਹਿਬ ਫਰਮਾਉਂਦੇ ਹਨ ਹੇ ਪ੍ਰਭੂ ਸਮਰੱਥ ਅਕਾਲ ਪੁਰਖ ਆਪ ਦੀ ਸ਼ਰਨ ਗਤ ਪ੍ਰਾਪਤ ਹੋਏ ਹਾਂ ਆ ਕਰਕੇ ਜੀਵਨ ਵਿੱਚ ਕਿਰਪਾ ਨਿਧ ਦਇਆ ਕੈਸੇ ਹੋ ਕਿਰਪਾ ਦੇ ਸਮੁੰਦਰ ਹੋ ਫਿਰ ਕੈਸੇ ਮਹਾਰਾਜ ਦਇਆ ਦਾ ਘਰ ਹੋ ਆਪ। ਇੱਕ ਅੱਖਰ ਹਰ ਮਨ ਬਸਤ ਬਾਲਨ ਅੱਖਰੀ ਦੇ ਜਿਹੜੇ 52 ਅੱਖਰ ਉਚਾਰੇ ਹੈ ਇਹਨਾਂ ਵਿੱਚ ਇੱਕ ਅੱਖਰ ਵੀ ਤੇਰੇ ਨਾਮ ਦਾ ਮਨ ਚ ਵਸ ਜਾਵੇ ਨਾਨਕ ਹੋਤ ਨਿਹਾਲ ਇੱਕ ਅੱਖਰ ਦਾ ਉਪਦੇਸ਼ ਵੀ ਜੀ ਦੇ ਹਿਰਦੇ ਚ ਵਸ ਜਾਏਗਾ ਉਹ ਵੀ ਸਤਿਗੁਰੂ ਸਾਹਿਬ ਜੀ ਕਹਿੰਦੇ ਨਿਹਾਲ ਹੋ ਜਾਏਗਾ ਜੰਮਣ ਮਰਨ ਤੋਂ ਰਹਿਤ ਹੋ ਜਾਏਗਾ। ਐਸਾ ਪਰਮ ਪਵਿੱਤਰ ਇਹ ਰਤਨ ਮੋਤੀਆਂ ਨਾਮ ਵੀ ਅਮੋਲ ਗੁੰਥਨ ਕੀਤਾ ਹੋਇਆ ਉਪਦੇਸ਼ ਹੈ ਆਪਦਾ। ਇੱਕ ਅੱਖਰ ਇੱਕ ਜੋ ਖਰਨ ਤੋਂ ਰਹਿਤ ਬ੍ਰਹਮ ਹੈ ਜਿਨ੍ਹਾਂ ਦੇ ਹਰੀ ਮਨ ਚ ਵਸ ਜਾਂਦਾ ਹੈ ਨਾਨਕ ਹੋਤ ਨਿਹਾਲ ਕਹਿੰਦੇ ਇੱਕੋ ਇੱਕ ਅੱਖਰ ਇੱਕੋ ਓਂਕਾਰ ਹੈ ਸੋ ਜਿਨ੍ਹਾਂ ਦੇ ਮਨ ਚ ਹਰੀ ਵਸ ਜਾਂਦਾ ਹੈ ਉਹ ਦੁੱਖਾਂ ਤੋਂ ਰਹਿਤ ਹੋ ਜਾਂਦੇ ਹਨ। ਪੌੜੀ ਅੱਖਰ ਮਹਿ ਤਿਰ ਭਵਨ ਪ੍ਰਭ ਧਾਰੇ ਕਹਿੰਦੇ ਨੇ ਅੱਖਰਾਂ ਵਿੱਚ ਹੀ ਵੇਖ ਲੋ ਤਿੰਨੇ ਭਵਨ ਪ੍ਰਭੂ ਜੀ ਨੇ ਧਾਰਨ ਕੀਤੇ ਆਪ ਦੇ ਆਸਰੇ। ਦੋ ਪ੍ਰਕਾਰ ਦੀ ਸ੍ਰਿਸ਼ਟੀ ਹੈ ਨਾ ਇੱਕ ਸਾਧ ਸਿੰਘ ਜੀ ਵਾਚਕ ਸ੍ਰਿਸ਼ਟੀ ਹੈ ਇੱਕ ਵਾਚਕ ਸ੍ਰਿਸ਼ਟੀ ਹੈ। ਅੱਖਰ ਜਿਹੜੇ ਵਾਚਕ ਸ੍ਰਿਸ਼ਟੀ ਹੈ ਤੇ ਆਕਾਰ ਜਿਹੜੇ ਵਾਚ ਸ੍ਰਿਸ਼ਟੀ ਹੈ ਸੋ ਇਸ ਕਰਕੇ ਵਾਚਕ ਸ੍ਰਿਸ਼ਟੀ ਵਿੱਚ ਜਿੰਨੇ ਤਿੰਨੇ ਭਵਨਾਂ ਦੇ ਨਾਮ ਹੈ ਰੂਪ ਹੈ ਸਾਰੇ ਅੱਖਰਾਂ ਵਿੱਚ ਹੀ ਧਾਰਨ ਕੀਤੇ ਹੋਏ ਹਨ। ਅੱਖਰ ਕਰ ਕਰ ਵੇਦ ਵਿਚਾਰੇ ਨਿਯਮ ਆਦਿ ਕਰਕੇ ਵੇਦਾਂ ਆਦਿਕਾਂ ਦਾ ਸ਼ਾਸਤਰਾਂ ਦਾ ਪੁਰਾਣਾਂ ਦਾ ਅੱਗੇ ਦੱਸਣਗੇ ਵਿਚਾਰ ਹੋ ਰਿਹਾ ਹੈ। ਅੱਖਰ ਸ਼ਾਸਤਰ ਸਿਮਰਤ ਪੁਰਾਣਾ ਅੱਖਰਾਂ ਕਰਕੇ ਹੀ ਸ਼ਾਸਤਰ 6-27 ਸਿਮਰਤੀਆਂ 18 ਪੁਰਾਣਾਂ ਦਾ ਨਿਰਣਾ ਹੁੰਦਾ ਹੈ। ਅੱਖਰ ਨਾਦ ਕਥਨ ਵਖਿਆਨ ਅੱਖਰਾਂ ਕਰਕੇ ਹੀ ਨਾਦ ਸ਼ਬਦਾਂ ਦਾ ਕਥਨ ਵਖਿਆਨ ਜਿਹੜਾ ਕਰਨਾ ਵਿਆਕਰਨ ਆਦਿਕਾਂ ਦਾ ਸਭ ਵਿਖਿਆਨ ਅੱਖਰਾਂ ਕਰਕੇ ਹੋ ਰਿਹਾ ਹੈ। ਅੱਖਰ ਮੁਕਤ ਜੁਗਤ ਭੈ ਭਰਮ ਅੱਖਰਾਂ ਨਾਲ ਹੀ ਹਿਸਾਬ ਕਿਤਾਬ ਆਉਂਦਾ ਕਿ ਮੁਕਤੀ ਦੀ ਇਹ ਯੁਗਤੀ ਹੈ ਇਹਦਾ ਨਾਂ ਭੈ ਇਸਦਾ ਨਾਂ ਭਰਮ ਹੈ ਇਹਨਾਂ ਦੇ ਰੂਪਾਂ ਦਾ ਮਿਲਣਾ ਵੀ ਅੱਖਰਾਂ ਵਿੱਚ ਹੀ ਹੁੰਦਾ ਹੈ। ਅੱਖਰ ਕਰਮ ਕਿਰਤ ਸੁਚ ਧਰਮ ਜਿਹੜਾ ਕਰਮਾਂ ਦਾ ਨਿਰਣਾ ਹੈ ਕਿਰਤ ਕਰਨੀ ਦਾ ਜੋ ਕਿਸ ਪ੍ਰਕਾਰ ਦੀ ਕੀਰਤੀ ਅਵਕੀਰਤੀ ਦਾ ਨਿਰਣਾ ਹੈ ਸੁਚਮਤਾਈ ਧਰਮ ਆਦਿਕ ਸਭ ਅੱਖਰਾਂ ਦੇ ਨਾਲ ਹੀ ਬਿਆਨ ਹੁੰਦੇ ਹਨ। ਦ੍ਰਿਸ਼ਟ ਮਾਨ ਅੱਖਰ ਹੈ ਜੇਤਾ ਦ੍ਰਿਸ਼ਟਮਾਨ ਪਦਾਰਥ ਹੈ ਸਾਰਾ ਅੱਖਰ ਦੇ ਵਿੱਚ ਹੀ ਹੈ। ਨਾਨਕ ਪਾਰ ਬ੍ਰਹਮ ਨਿਰਲੇਪ ਜੋ ਪਾਰ ਬ੍ਰਹਮ ਪਰਮੇਸ਼ਵਰ ਹੈ
ਉਹ ਨਿਰਲੇਪ ਹੈ, ਉਹ ਕਥਨ ਦੇ ਅੰਦਰ ਨਹੀਂ ਆਉਂਦਾ ਹੈ, ਐਸਾ ਉਹ ਸਰੂਪ ਹੈ। ਇਹਦੇ ਵਿੱਚ ਸਾਧਸੰਗੀ ਥੋੜੀ ਜਿਹੀ ਵਿਚਾਰ ਹੋਰ ਇਸ ਤਰ੍ਹਾਂ ਕਰਨੀ। ਅੱਖਰ ਮੈਂ ਅੱਖਰ ਮੈਂ ਤੇਰੇ ਭਵਨ ਪ੍ਰਭ ਧਾਰੇ। ਅੱਖਰ ਨਾਮ ਮੱਥੇ ਦੇ ਕਰਮਾਂ ਦਾ ਨਾਮ ਹੈ ਸਾਧਸੰਗੀ ਜੀ, ਪਰਾਲਭਤ ਦਾ ਨਾਮ ਹੈ। ਇਹ ਕਰਮਾਂ ਵਿੱਚ ਹੀ ਸਾਰੀ ਰਚਨਾ ਬਣਾਈ ਹੋਈ ਹੈ। ਤਿੰਨੇ ਭਵਨ ਸਾਰਿਆਂ ਦੇ ਸਰਬ ਜੀਆਂ ਸਿਰ ਲੇਖ ਧੁਰਾ ਹੂੰ, ਦਿਨ ਲੇਖੇ ਨਹੀਂ ਕੋਈ ਜੀ। ਸਾਰਿਆਂ ਦੇ ਮੱਥੇ ਤੇ ਅੱਖਰ ਲਿਖੇ ਹੋਏ ਹੈ, ਕਰੀ ਲੋ ਕਲਮ ਲਿਖੇ ਲੇਖ ਮਾਸੇ। ਉਹ ਅੱਖਰ ਜਿਹੜੇ ਲਿਖਤ ਆ ਨਾ ਪਰਾਰਵ ਦੀ, ਉਹਦੇ ਚ ਤਿੰਨੇ ਭਵਨ ਪਰਮੇਸ਼ਵਰ ਨੇ ਸਾਰੇ ਆਪਦੇ ਆਸਰੇ ਧਾਰਨ ਕੀਤੇ ਹੋਏ ਹਨ। ਅੱਖਰ ਕਰ ਕਰ ਬੇਦ ਵਿਚਾਰੇ। ਅੱਖਰ ਜਿਹੜੇ ਪਰਾਲਭ ਉਹਦੇ ਨਾਲ ਹੀ ਜਿਹਨਾਂ ਨੂੰ ਜਿਹੇ ਜਿਹੇ ਕਰਮ ਕੀਤੇ ਹੋਏ ਹੈ ਪਰਾਲਭ ਬਣੀ ਹੈ, ਉਹ ਵੇਦਾਂ ਸ਼ਾਸਤਰਾਂ ਦਾ ਵਿਚਾਰ ਕਰਦੇ ਹਨ। ਅੱਖਰ ਸ਼ਾਸਤਰ ਸਿਮਰਤ ਪੁਰਾਣਾ। ਅੱਖਰ ਜਿਹਨਾਂ ਦੇ ਜਿਹੜੇ ਕਰਮ ਹੈ ਪਰਾਲਭ ਰੂਪ, ਉਹਦੇ ਨਾਲ ਹੀ ਸ਼ਾਸਤਰ ਪੜ੍ਹਨੇ, ਸਿਮਰਤੀਆਂ ਪੜ੍ਹਨੀਆਂ, ਪੁਰਾਣ ਆਦਿਕਾਂ ਦੀ ਵਿਦਿਆ ਹੁੰਦੀ ਹੈ। ਅੱਖਰ ਨਾਦ ਕਥਨ ਵਖਿਆਨ ਅਤੇ ਨਾਦ ਸ਼ਬਦਾਂ ਦਾ ਕਥਨ ਕਰਨਾ, ਵਿਆਕਰਨ ਆਦਿਕ ਪੜ੍ਹਨੇ, ਵਖਿਆਨ ਆਦਿਕ ਕਰਨਾ, ਇਹ ਵੀ ਲਿਖਤ ਅਨੁਸਾਰ ਹੀ ਹੈ। ਅੱਖਰ ਮੁਕਤ ਜੁਗਤ ਭੈ ਭਰਮ, ਜਿਹੜੀ ਮੁਕਤੀ ਪ੍ਰਾਪਤ ਹੋਣੀ ਹੈ, ਮੁਕਤੀ ਦੀ ਜੁਗਤੀ ਪ੍ਰਾਪਤ ਹੋਣੀ ਹੈ, ਭੈ ਭਰਮ ਆਦਿਕ, ਇਹ ਸਭ ਹੀ ਲਿਖਤ ਅਨੁਸਾਰ ਹੀ ਹਨ। ਅੱਖਰ ਕਰਮ ਕਿਰਤ ਸੁਚ ਧਰਮ, ਕਰਮ ਜਿਹੜੇ ਚੰਗੇ ਕਰਨੇ ਹੈ, ਕਿਰਤ ਪਰਮੇਸ਼ਰ ਦੀ ਕੀਰਤੀ ਕਰਨੀ ਹੈ, ਜਾਂ ਕੋਈ ਕਿਰਤ ਕਰਨੀ ਧਰਮ ਦੀ, ਜਾਂ ਸੁੱਚੇ ਧਰਮ ਨੂੰ ਧਾਰਨ ਕਰਨਾ, ਇਹ ਵੀ ਪ੍ਰਾਰਬਧ ਅਨੁਸਾਰ ਲਿਖਤ ਅਨੁਸਾਰ ਹੀ ਹੈ। ਦ੍ਰਿਸ਼ਟਮਾਨ ਅੱਖਰ ਹੈ ਜੀਤਾ, ਦ੍ਰਿਸ਼ਟਮਾਨ ਆ ਰਿਹਾ ਹੈ, ਇਹ ਸਾਰਾ ਅੱਖਰ ਜੀਆਂ ਦੀ ਕਰਨੀ ਅਨੁਸਾਰ ਹੀ ਹੋ ਰਿਹਾ ਹੈ। ਨਾਨਕ ਪਾਰ ਬ੍ਰਹਮ ਨਿਰਲੇਪ, ਪਾਰ ਬ੍ਰਹਮ ਪਰਮੇਸ਼ਰ ਪ੍ਰਾਰਬਧ ਤੋਂ ਨਿਰਲੇਪ ਹੈ, ਬਾਕੀ ਸਭ ਪ੍ਰਾਰਬਧ ਦੇ ਵਿੱਚ ਪਰੋਏ ਹੋਏ ਹਨ ਕਰਮਾਂ ਦੇ ਵਿੱਚ, ਇਸ ਪ੍ਰਕਾਰ ਦੀ ਹਾਲਤ ਹੈ। ਅੱਖਰ ਮਹਿ ਤੇ ਭਵਨ ਪ੍ਰਭ ਧਾਰੇ। ਅੱਖਰ ਜੋ ਖਰਮ ਤੋਂ ਰਹਿਤ ਪਰਮੇਸ਼ਵਰ ਹੈ, ਉਸ ਨੇ ਆਪਦੇ ਤਿੰਨੇ ਭਵਨ ਜਿਹੜੇ ਹੈ ਸਾਰੇ ਪ੍ਰਭੂ ਨੇ ਆਪਦੇ ਆਸਰੇ ਧਾਰਨ ਕੀਤੇ ਹੋਏ ਹੈ। ਅੱਖਰ ਕਰ ਕਰ ਬੇਦ ਵਿਚਾਰੇ, ਖਰਮ ਤੋਂ ਰਹਿਤ ਪਰਮੇਸ਼ਵਰ ਹੈ, ਜਿਹੜੇ ਉਸਦਾ ਕਰ ਸਰਵਣ ਕਰਦੇ ਹੈ, ਕਰ ਮੰਨਣ ਕਰਦੇ ਹੈ, ਉਹੀ ਉਹਦੇ ਵੇਦ ਗਿਆਨ ਦੀ ਵਿਚਾਰ ਕਰਦੇ ਹਨ। ਅੱਖਰ ਸ਼ਾਸਤਰ ਸਿਮਰਤ ਪੁਰਾਣਾ, ਅਤੇ ਖਰਮ ਤੋਂ ਰਹਿਣ ਜੋ ਪਰਮੇਸ਼ਵਰ ਹੈ, ਜੋ ਉਹਦਾ ਸਿਮਰਨ ਕਰਦੇ ਹੈ, ਉਹੀ ਸਾਤ ਸਤ ਸਰੂਪ ਜੋ ਪਰਮੇਸ਼ਵਰ ਹੈ, ਉਹਦੀ ਆਗਿਆ ਨੂੰ ਮੰਨਣ ਰੂਪ ਸ਼ਾਸਤਰ ਪੜ੍ਹਦੇ ਹਨ, ਜੋ ਪਰਮੇਸ਼ਵਰ ਦਾ ਸਿਮਰਨ ਕਰਨਾ ਇਹ ਸਿਮਰਤੀਆਂ ਪੜ੍ਹਦੇ ਹਨ, ਪੁਰਾਣਾ ਜੋ ਪੁਰਾਤਨ ਸਰੂਪ ਸਨਾਤਨ ਰੂਪ ਹੈ ਉਸ ਨੂੰ ਜਾਣਨ ਰੂਪੀ ਪੁਰਾਣ ਪੜ੍ਹਦੇ ਹਨ। ਅੱਖਰ ਨਾਦ ਕਥਨ ਵਖਿਆਨ, ਅੱਖਰ ਨਾਦ ਕਥਨ ਵਖਿਆਨ, ਅਖਰ ਰੂਪ ਜੋ ਪਰਮੇਸ਼ਵਰ ਹੈ ਉਹਦੇ ਜਿਹੜੇ ਨਾਦ ਸ਼ਬਦ ਦਾ ਉਚਾਰਨ ਕਰਦੇ ਹੈ, ਉਹੀ ਉਸ ਪਰਮੇਸ਼ਵਰ ਦਾ ਸਰੂਪ ਲੱਖਣਾ ਦਾ ਵਿਚਾਰ ਸ਼ਕਤੀ ਬਿੱਤੀ ਦਾ ਤਿਆਗ ਕਰਕੇ ਲੱਖਣਾ ਬਿੱਤੀ ਦੁਆਰਾ ਵਖਿਆਨ ਕਰਦੇ ਹਨ। ਅੱਖਰ ਮੁਕਤ ਜੁਗਤ ਭੈ ਭਰਮ, ਅਤੇ ਮੁਕਤੀ ਦੀਆਂ ਜੁਗਤੀਆਂ ਜਿਹੜੀਆਂ ਹਨ ਭੈ ਤੇ ਭਰਮ ਆਦਿਕ, ਉਹ ਅਖਰ ਸਰੂਪ ਦੀ ਚੇਤਨ ਸੱਤਾ ਦੇ ਆਸਰੇ ਸਭ ਨਿਰਣੇ ਹੁੰਦੇ ਹਨ ਕਿ ਮੁਕਤ ਪੁਰਖ ਹੈ, ਇਹ ਭਰ ਦੇ ਅੰਦਰ ਹੈ, ਇਹ ਭਰਮ ਦੇ ਅੰਦਰ ਹੈ, ਇਹਨੂੰ ਮੁਕਤੀ ਦੀ ਯੁਗਤੀ ਆਉਂਦੀ ਹੈ, ਇਹ ਅਖਰ ਚੇਤਨ ਦੇ ਆਸਰੇ ਸਭ ਕੁਛ ਹੈ। ਅੱਖਰ ਕਰਮ ਕਿਰਤ ਸੁਚ ਧਰਮ, ਅਖਰ ਰੂਪ ਜੋ ਪਰਮੇਸ਼ਵਰ ਹੈ, ਜਿਹੜੇ ਜਿਹਨਾਂ ਤੇ ਉਹ ਕਰਮ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹ ਕੀਰਤਨ ਕਰਦੇ ਹੈ, ਇਹ ਸੁੱਚਾ ਧਰਮ ਕਲਯੁਗ ਦਾ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਜਿੰਨਾ ਸਾਰਾ ਅੱਖਰ ਅਖਰ ਰੂਪ ਜੋ ਪਰਮੇਸ਼ਵਰ ਹੈ, ਇਹਨਾਂ ਚ ਦ੍ਰਿਸ਼ਟਮਾਨ ਦਿਸਣ ਵਾਲਾ ਜਿੰਨਾ ਪਦਾਰਥਾਂ ਚ ਹੈ, ਤਾਂ ਰੂਪ ਸੱਤ ਰੂਪ ਇੱਕ ਬ੍ਰਹਮ ਹੀ ਹੈ ਨਾ, ਹੋਰ ਤਾਂ ਕੋਈ ਨੀ ਹੈ। ਨਾਨਕ ਪਾਰ ਬ੍ਰਹਮ ਨਿਰਲੇਪ, ਜਿਹਨਾਂ ਦੇ ਕਰਮਾਂ ਕਰਤੂਤਾਂ ਤੋਂ ਪਾਰ ਬ੍ਰਹਮ ਨਿਰਲੇਪ ਹੈ, ਉਹ ਇਹਨਾਂ ਦੀ ਕਰਮੀ ਦੇ ਅੰਦਰ ਨਹੀਂ ਆਉਂਦਾ, ਐਸਾ ਸਰੂਪ ਹੈ। ਇਸ ਪ੍ਰਕਾਰ ਹੋਰ ਵੀ ਇਸ ਅੱਖਰ ਸ਼ਬਦ ਦੇ ਅਰਥ ਕਰਦੇ ਹਨ, ਪਰ ਇਸ ਦਾ ਗ੍ਰਹਿਣ ਕਰਨੇ ਅੱਗੇ। ਸਲੋਕ ਹੱਥ ਕਲਮ ਅਗਮ ਮਸਤਕ ਲਿਖਾਵਤੀ, ਹਜ਼ੂਰ ਫਰਮਾਉਂਦੇ ਹਨ ਹੱਥ ਕਲਮ ਅਗਮ, ਉਹ ਪਰਮੇਸ਼ਵਰ ਜੋ ਅਗਮੀ ਬ੍ਰਹਮ ਹੈ, ਗਮਤਾ ਤੋਂ ਰਹਿਤ ਹੈ, ਮਨ ਆਦਿਕਾਂ ਦਾ ਵਿਸ਼ਾ ਨਹੀਂ, ਉਸ ਦੇ ਹੱਥ ਵਿੱਚ ਹੁਕਮ ਕਰੀ, ਹੱਥ ਦੋ ਕਲਮ ਲਿਖੋ ਲੇਖ ਮਾਥੇ, ਹੱਥ ਉਸ ਦੇ ਹੱਥ ਵਿੱਚ ਕਲਮ ਕਾਲ ਹੁਕਮ ਹੱਥ ਕਹੋ ਕੌਣ ਮੇਟ ਸਕੇ, ਇਸ ਬੰਮ ਗਿਆਨ ਧਿਆਨ ਧਰਤ ਹੀ ਇਹ ਚਾਹੇ ਜੀਓ, ਜਿਸਦੇ ਅਗਮੀ ਕਲਮ ਹੱਥ ਵਿੱਚ ਪਕੜੀ ਹੋਈ ਹੈ,
ਸਾਰਿਆਂ ਦੇ ਮੱਥੇ ਤੇ ਲੇਖ ਲਿਖਣ ਚ ਆ ਰਹੀ ਹੈ, ਲਿਖਾਵਟੀ ਲਿਖਣ ਵਾਲਾ ਹੋ ਰਿਹਾ ਹੈ। ਉਰਜ ਰਹੇ ਸਭ ਸੰਗ ਅਨੂਪ ਰੂਪਾਵਤੀ, ਮੇਰਾ ਪਰਮੇਸ਼ਰ ਵਾਹਿਗੁਰੂ ਸਾਰਿਆਂ ਨੂੰ ਉਰਜ ਰਿਹਾ, ਮਿਲ ਰਿਹਾ ਹੈ, ਸਾਰਿਆਂ ਦਾ ਸੰਗੀ ਹੋ ਕੇ ਸਾਰਿਆਂ ਚ ਮਿਲ ਰਿਹਾ, ਪ੍ਰੇਮ ਦੀ ਉਲਝਣ ਚ ਉਲਝ ਰਿਹਾ ਹੈ, ਫਸ ਰਿਹਾ ਹੈ। ਅਨੂਪ ਰੂਪਾਵਤੀ, ਉਮਾ ਤੋਂ ਰਹਿਤ ਰੂਪਾਵਤੀ ਰੂਪ ਵਾਲਾ ਜੋ ਪਰਮੇਸ਼ਰ ਹੈ, ਉਮਾ ਤੋਂ ਰਹਿਤ ਰੂਪ ਵਾਲਾ, ਉਸਤਤ ਕਹਿਣ ਨਾ ਜਾਏ, ਉਹਦੇ ਸਨਮੁਖ ਚਿੱਤ ਜੋੜ ਕੇ ਕਹੋ ਹੇ ਮਹਾਰਾਜ, ਆਪਦੀ ਉਸਤਤ ਮਹਿਮਾ ਨੀ ਕਹੀ ਜਾ ਸਕਦੀ, ਮੁਖੋਂ ਤੁਹਾਰੀਆ ਕਰਕੇ ਸ਼ੇਸ਼ ਨਾਗ ਵਰਗੇ ਵੀ ਮਹਾਰਾਜ ਰਸਨਾ ਕਰਕੇ ਉਚਾਰਦੇ, ਆਪਦੇ ਨਾਮ ਦਾ ਅੰਤ ਨੀ ਪਾਉਂਦੇ, ਸਾਡੇ ਇੱਕ ਮੁਖ ਕਰਕੇ ਕੀ ਉਸਤਤ ਕਹੀ ਜਾ ਸਕਦੀ, ਕਥਨ ਨੀ ਕੀਤੀ ਜਾਂਦੀ। ਮੋਹੀ ਦੇਖ ਹੇ ਕਈ ਜੋ ਕੋਟਾ, ਤਦਵ ਗਿਣਤ ਸੋ ਪਰਤ ਸੋ ਟੋਟਾ, ਸ਼ੇਸ਼ ਨਾਗ ਸਿਰ ਸਹਿਜ ਬਣਾਈ, ਵੈਸ ਹੰਸ ਰਸਨਾ ਸੁਹਾਈ, ਰਣ ਤਵ ਲਗੇ ਨਾਮ ਤੁਮਾਰਾ ਅਪਾਰਾ, ਤੁਮਰੋ ਤਊ ਨਾ ਪਾਈਏ ਦੁਪਾਰਾ, ਕਿਉਂ ਕਹੀ ਨੀ ਜਾਂਦੀ ਉਸਤਤ ਮਹਾਰਾਜ। ਮੁਖੋ ਤੁਹਾਰੀ ਮੁਖ ਕਰਕੇ ਆਪਦੀ ਸਿਫਤ, ਏਕ ਮੁਖ ਰਸਨਾ ਰਸੋ ਯੁਗ ਜੋਰ ਕਰ, ਮੋਹੀ ਦੇਖ ਦਰਸ ਆਪਦਾ ਦੁਦਾਰ ਵੇਖ ਕਰਕੇ, ਭਗਤਾਂ ਦੀ ਸੰਤਾਂ ਦੀ ਤੇਰੇ ਪਿਆਰਿਆਂ ਬ੍ਰਹਮ ਵੇਦਿਆਂ ਦੀ ਬਿਰਤੀ ਮੋਹਤ ਹੋ ਗਈ ਹੈ। ਨਾਨਕ ਬਲਿਹਾਰੀ ਜੀ ਕਹਿੰਦੇ ਬਲਿਹਾਰ ਜਾਈਏ, ਕੁਰਬਾਨ ਜਾਈਏ ਆਪ ਤੋਂ, ਪੌੜੀ ਹੇ ਅਚੁੱਤ ਹੇ ਪਾਰ ਬ੍ਰਹਮ, ਇਸ ਗੁਰਦਾਰ ਮਹਾਰਾਜ ਦੇ ਸਨਮੁਖ ਚਿੱਤ ਜੋੜ ਕੇ ਇਹ ਬੇਨਤੀ ਕਰੀਏ, ਇਹ ਬਾਣੀ ਦੀ ਸਮਾਪਤੀ ਦਾ ਮੰਗਲ ਹੈ। ਹੇ ਅਚੁੱਤ, ਹੇ ਗਿਰਨ ਤੋਂ ਰਹਿਤ ਪਦਵੀ ਤੋਂ ਆਪਣੀ ਤੋਂ, ਜਿਹੜਾ ਆਪਣੀ ਪਦਵੀ ਤੋਂ ਗਿਰ ਜਾਣਾ ਹੈ ਉਹਦਾ ਨਾਮ ਸਾਧ ਸਿੰਘ ਚਿੱਤ ਪੈਣਾ ਹੈ, ਗਿਰ ਪੈਣਾ। ਇਸ ਪ੍ਰਕਾਰ ਇਹ ਹੈ, ਹੇ ਅਚੁੱਤ ਹੇ ਗਿਰਨ ਤੋਂ ਰਹਿਤ ਪਰਮੇਸ਼ਰ, ਇੱਕ ਰਸ ਰਹਿਣ ਵਾਲੇ ਗੇੜਿਆਂ ਚ ਆਉਣ ਤੋਂ ਰਹਿਤ, ਹੇ ਪਾਰ ਬ੍ਰਹਮ ਹੇ ਪਾਪਾਂ ਪੁੰਨਾਂ ਤੋਂ ਪਾਰ, ਹੇ ਬ੍ਰਹਮ ਵਿਆਪਕ ਪਰਮੇਸ਼ਰ, ਅਵਨਾਸੀ ਅਗਨਾਸ ਹੇ ਨਾਸ਼ ਤੋਂ ਰਹਿਤ ਪਰਮੇਸ਼ਰ, ਹੇ ਪਾਪਾਂ ਦੇ ਨਾਸ਼ ਕਰਨ ਵਾਲੇ, ਹੇ ਪੂਰਨ ਹੇ ਸਰਵਮੈ ਹੇ ਸਾਰਿਆਂ ਥਾਂ ਵਿਚ ਵਿਆਪਕ ਸੱਚੇ ਪਾਤਸ਼ਾਹ, ਹੇ ਸਰਵਮੈ ਸਰਵ ਰੂਪਾਂ ਦੇ ਵਿਚ ਵਰਤਣ ਵਾਲੇ, ਦੁਖ ਭੰਜਨ ਗੁਣਤਾਸ ਸਗਲ ਭਵਨ ਕੀ ਮੂਰਤ, ਇੱਕ ਸਾਰਾ ਸੰਸਾਰ ਇੱਕੋ ਹੀ ਰੂਪ ਹੈ ਤੂੰ, ਦੁਖ ਭੰਜਨ ਗੁਣਤਾਸ ਜਨਮ ਮਨ ਦੇ ਦੁੱਖਾਂ ਨੂੰ ਭੰਨਣ ਵਾਲਾ ਹੈ, ਗੁਣਾਂ ਦਾ ਤਾਸ ਪਾਤਰ ਖਜ਼ਾਨਾ ਰੂਪ ਹੈ, ਹੇ ਸੰਗੀ ਹੇ ਨਿਰੰਕਾਰ ਸਦਾ ਸਾਰਿਆਂ ਦੇ ਸੰਗੀ, ਹੇ ਨਿਰੰਕਾਰ ਮੈਂ ਕੀ ਅਕਾਰਾਂ ਤੋਂ ਰਹਿਤ ਪਰਮੇਸ਼ਰ ਤ੍ਰਿਗੁਣ ਅਤੀਤ, ਹੇ ਨਿਰਗੁਣ ਸਭ ਤੇ ਮਹਾਰਾਜ, ਰਾਸ਼ੀ ਤਾਮਸੀ ਸ਼ਾਂਤ ਕੀ ਸੁਭਾਅ ਤੋਂ ਰਹਿਤ, ਹੇ ਸਾਰਿਆਂ ਦੀ ਟੇਕ ਓਠ ਰੂਪ, ਨਿਰਾਕਾਰ ਸੱਤਾ ਮਾਤਰ ਪਰਮੇਸ਼ਰ, ਹੇ ਗੋਬਿਦ ਹੇ ਗੁਣ ਨਿਧਾਨ, ਹੇ ਗੋ ਪ੍ਰਿਥਵੀ ਦੀ ਬਿਦ ਰੱਖਿਆ ਕਰਨ ਵਾਲੇ, ਹੇ ਗੁਣਾਂ ਦੇ ਖਜ਼ਾਨੇ ਪਰਮੇਸ਼ਰ, ਜਾ ਕੇ ਸਦਾ ਬਵੇਕ ਆਪਦੇ ਨਿਤ ਗਿਆਨ, ਨਿਤ ਤ੍ਰਿਪਤ ਨਿਤ ਮੁਕਤ ਰੂਪ ਹੈ ਤੂੰ, ਹੇ ਅਪਰੰਪਰ ਹਰ ਹਰੇ ਅਭੁੱਲ ਗੁਰੂ ਕਰਤਾਰ ਰੂਪ ਹੈ ਤੂੰ, ਹੇ ਅਪਰੰਪਰ ਹੇ ਪ੍ਰਕਿਰਤੀ ਤੋਂ ਪਰੇ, ਪ੍ਰਕਿਰਤੀ ਅਪਰੋਰੇ ਹੈ ਤੂੰ ਪਰੇ ਹੈ, ਹੇ ਸਾਰਿਆਂ ਜੀਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਚੇਤਨ ਸਰੂਪ, ਹੈ ਧੀ ਹੋਵਨ ਹਾਰ ਵਰਤਮਾਨ ਸਮੇਂ ਚ ਵੀ, ਧੀ ਪਿੱਛੇ ਵੀ ਸੀ, ਭੂਤਕਾਲ ਚ ਵੀ, ਹੋਣਹਾਰ ਭਵਿੱਖਤ ਕਾਲ ਨੂੰ ਆਪ ਹੋਣਹਾਰ ਹੋਵੋਗੇ, ਇਹ ਸੰਤ ਕੈ ਸਦਾ ਸੰਗ ਆਪਦੀਆਂ ਸੰਤਾਂ ਭਗਤਾਂ ਦੇ ਸਦਾ ਸਾਥ ਰਹਿਣ ਵਾਲੇ ਪਰਮੇਸ਼ਰ, ਨਿਧਾਰਾ ਆਧਾਰ ਪਾਤਸ਼ਾਹ ਜਿਨ੍ਹਾਂ ਨੂੰ ਆਸਰਾ ਕੋਈ ਨੀ, ਉਹਨਾਂ ਦਾ ਆਸਰਾ ਰੂਪ ਤੂੰ ਹੈ, ਨਿਧਾਰਾ ਆਪ ਨਿਰਾਧਾਰ ਹੈ, ਕਿਸੇ ਦੇ ਆਸਰੇ ਨੀ, ਤੇ ਸਾਰਿਆਂ ਦਾ ਆਧਾਰ ਆਸਰਾ ਰੂਪ ਹੈ, ਹੇ ਠਾਕੁਰ ਹਉ ਦਾਸ ਰੂਪ, ਇਹ ਸਭ ਤੇ ਠਾਕੁਰ ਸਵਾਮੀ ਉਤਪਤੀ ਪਾਲਣਾ ਲੈ ਕੇ ਕਰਨ ਵਾਲੇ, ਅਸੀਂ ਆਪਦੇ ਦਾਸ ਛੋਟੇ ਦਾਸ ਹਾਂ, ਦਾਸਾਂ ਦੇ ਦਾਸ ਹਾਂ, ਮੈਂ ਨਿਰਗੁਣ ਗੁਣ ਨਹੀਂ ਕੋ, ਅਸੀਂ ਮਾਇਆ ਗੁਣਾਂ ਤੋਂ ਰਹਿਤ, ਗਿਆਨ ਆਦਿ ਕੋਈ ਗੁਣ ਨੀ ਸਾਡੇ ਵਿਚ ਹੈ, ਸਤਸੰਗੋ ਗੁਣਾਂ ਤੋਂ ਵੀ ਰਹਿਤ ਹਾਂ, ਨਾਨਕ ਦੀਜੈ ਨਾਮ ਦਾਨ, ਹਜ਼ੂਰ ਆਪਾਂ ਨੂੰ ਦਾਸ ਦਾਸਾ ਭਾਵ ਬਣਾਉਣ ਦੀ ਜਾਚ ਭਾਵ ਭਗਤੀ ਦੱਸਦੇ ਆ, ਉਹ ਕਹਿੰਦੇ ਨੇ ਹੇ ਮਹਾਰਾਜ ਸਾਨੂੰ ਨਾਮ ਦਾ ਦਾਨ ਦਿਓ, ਰਾਖੋ ਹੀ ਹੈ ਪਰੋ, ਆਪਦੇ ਅੰਮ੍ਰਿਤ ਨਾਮ ਦਾ ਦਾਨ ਦਿੱਤਾ ਹੈ, ਆਪਣੇ ਹਿਰਦੇ ਚ ਪਰੋ ਕੇ ਰੱਖੀਏ ਮੋਤੀਆਂ ਦੀ ਮਾਲਾ ਨੂੰ, ਕਦੇ ਵਸਾਰੀਏ ਨਾ, ਐਸੀ ਬਖਸ਼ਿਸ਼ ਕਰੋ ਆਪ। ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ, 55 ਪੌੜੀਆਂ ਵਾਲੀ ਬਾਣੀ ਉਚਾਰਨ ਕਰਕੇ ਮਹਾਰਾਜ 55 ਸਲੋਕ ਅਤੇ 55 ਪੌੜੀਆਂ ਰਚ ਕੇ, ਹੁਣ ਸਲੋਕ ਜੋ ਆਦਿ ਵਿਚ ਰੱਖਿਆ ਹੈ
ਉਸੇ ਨੂੰ ਭੋਗ ਪਾਉਣ ਵਾਸਤੇ ਸਮਾਪਤੀ ਚ ਕਹਿੰਦੇ ਹਨ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਭਾਈ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਹੀ ਮਾਤਾ ਹਨ ਮਾਤਾ ਜਿਵੇਂ ਬੱਚੇ ਦੀ ਪਾਲਣਾ ਕਰਦੀ ਹੈ ਮਹਾਰਾਜ ਸਾਹਿਬ ਸਿੱਖ ਦੀ ਪਾਲਣਾ ਕਰਦੇ ਹੈ ਮਾਤਾ ਜਿਵੇਂ ਆਪਦੇ ਸੀਨੇ ਦੁੱਧ ਚੰਗਾਉਂਦੀ ਹੈ ਮਹਾਰਾਜ ਹਿਰਦੇ ਚੋਂ ਨਾਮ ਰੂਪੀ ਦੁੱਧ ਦਾ ਆਦਾਨ ਸੱਚੇ ਪਾਤਸ਼ਾਹ ਦਿੰਦੇ ਹਨ ਅਤੇ ਗੁਰਦੇਵ ਪਿਤਾ ਗੁਰਦੇਵ ਸਾਹਿਬ ਜੀ ਪਿਤਾ ਹਨ ਐਸੇ ਪਿਤਾ ਹਨ ਸੇ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਸਾਨੂੰ ਸਿੱਖਿਆ ਦੇਣ ਵਾਲੇ ਗੁਰਦੇਵ ਸੱਚੇ ਪਾਤਸ਼ਾਹ ਅੰਮ੍ਰਿਤ ਛਕਾਉਣ ਵੇਲੇ ਸਿੱਖਿਆ ਦਿੱਤੀ ਜਾਂਦੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡੇ ਪਿਤਾ ਹਨ ਇਸ ਤਰ੍ਹਾਂ ਗੁਰਦੇਵ ਗੁਰੂ ਨਾਨਕ ਦਸੇ ਪਾਤਸ਼ਾਹ ਸਾਡੇ ਪਿਤਾ ਹਨ ਸਾਡੇ ਪਿਤਾ ਹਨ ਜਿਵੇਂ ਪਿਤਾ ਦੀ ਜਾਇਦਾਦ ਦਾ ਪੁੱਤਰ ਮਾਲਕ ਹੁੰਦਾ ਹੈ ਕਿਉਂ ਸਤਿਗੁਰੂ ਜੀ ਨੇ ਤਾਂ ਇੱਥੋਂ ਤੱਕ ਪਿਆਰ ਨਾਲ ਕਿਹਾ ਹੈ ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲਓ ਧਨ ਹੈ ਸਭ ਹੀ ਸਭ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀ ਨੇ ਆਪਦਾ ਸਰਬੰਸ ਵਾਰ ਕੇ ਮਾਤਾ ਸਾਹਿਬ ਜੀ ਨੇ ਜਦੋਂ ਪੁੱਛਿਆ ਸੀ ਇੱਥੇ ਦਮਦਮੇ ਸਾਹਿਬ ਵਿੱਚ ਹਜ਼ੂਰ ਨੇ ਉਸ ਵੇਲੇ ਕਿਹਾ ਸੀ ਇਨ ਪੁੱਤਰ ਕੇ ਸੀਸ ਪਰ ਵਾਰ ਦੀਏ ਸੁੱਚ ਚਾਰ ਚਾਰ ਮੂਹੇ ਤੋਂ ਕਿਆ ਹੋਆ ਜੀਵਤ ਲਾਖ ਹਜ਼ਾਰ ਏਡੇ ਪਿਤਾ ਹਨ ਸਤਿਗੁਰੂ ਸੱਚੇ ਪਾਤਸ਼ਾਹ ਸੀ ਭਾਵੇਂ ਆਪਣੇ ਅਗਿਆਨ ਕਰਕੇ ਗੁਰੂ ਸਾਹਿਬ ਦੇ ਪਿਆਰ ਤੋਂ ਹੀਣੇ ਤੁਰੇ ਫਿਰਦੇ ਹਾਂ ਪਰ ਸਤਿਗੁਰੂ ਸਾਡੇ ਪਿਤਾ ਹਨ ਪਿਤਾ ਦੀ ਜਿਵੇਂ ਜਾਇਦਾਦ ਦਾ ਪੁੱਤਰ ਮਾਲਕ ਹੁੰਦਾ ਹੈ ਗੁਰੂ ਸਾਹਿਬ ਜੀ ਨੇ ਸਭ ਕੁਝ ਆਪਣੇ ਆਪ ਤੋਂ ਆਪਾਂ ਤੋਂ ਵਾਰ ਦਿੱਤਾ ਕੁਝ ਲੁਕੋ ਕੇ ਨਹੀਂ ਰੱਖਿਆ ਸੱਚੇ ਪਾਤਸ਼ਾਹ ਜੀ ਨੇ ਐਸੇ ਪਿਤਾ ਹਨ ਪਿਤਾ ਜਿਸ ਪ੍ਰਕਾਰ ਬੱਚੇ ਦੀ ਪਾਲਣਾ ਕਰਦਾ ਇਸੇ ਪ੍ਰਕਾਰ ਗੁਰੂ ਸਾਹਿਬ ਸਾਡੀ ਪਾਲਣਾ ਕਰਨ ਵਾਲੇ ਗੁਣਾਂ ਦੀ ਗੁਰਦੇਵ ਸਵਾਮੀ ਪਰਮੇਸ਼ਵਰਾ ਸਤਿਗੁਰੂ ਸਾਹਿਬ ਜੀ ਕੈਸੇ ਗੁਰੂ ਨਾਨਕ ਦੇਵ ਜੀ ਸਵਾਮੀ ਹਨ ਮਾਲਕ ਹਨ ਗੁਰਦੇਵ ਸਤਿਗੁਰੂ ਨਾਨਕ ਦੇਵ ਜੀ ਪਰਮੇਸ਼ਵਰ ਪਾਰਬ੍ਰਹਮ ਪਰਮੇਸ਼ਵਰ ਰੂਪ ਹੈ ਜਿਸ ਪ੍ਰਕਾਰ ਕਾਰਜ ਰੂਪ ਈਸ਼ਵਰ ਪੰਜ ਮੰਨੇ ਹੈ ਇੱਕ ਤਾਂ ਸ਼ਕਤੀ ਇੱਕ ਗਣੇਸ਼ ਇੱਕ ਸੂਰਜ ਇੱਕ ਵਿਸ਼ਨੂੰ ਤੇ ਇੱਕ ਸ਼ਿਵ ਇਹਨਾਂ ਪੰਜਾਂ ਤੋਂ ਪਰਮੇਸ਼ਵਰ ਰੂਪ ਹੈ ਉਹ ਵੱਡੇ ਹਨ ਗੁਰਦੇਵ ਸਖਾ ਅਗਿਆਨ ਭੰਜਨ ਫਿਰ ਸਤਿਗੁਰੂ ਨਾਨਕ ਦੇਵ ਜੀ ਕੈਸੇ ਸਖਾ ਪਿਆਰੇ ਹਨਗੇ ਪਿਆਰਾ ਤਾਂ ਜਿਹੜਾ ਦੁੱਖ ਨੂੰ ਮੇੜਦਾ ਹੈ ਸਤਿਗੁਰੂ ਸਾਹਿਬ ਜੀ ਐਸੇ ਪਿਆਰੇ ਅਗਿਆਨ ਭੰਜਨ ਅਗਿਆਨ ਦੇ ਦੁੱਖ ਨੂੰ ਭੰਨਣ ਵਾਲੇ ਹਨ ਸੱਚੇ ਪਾਤਸ਼ਾਹ ਅਗਿਆਨ ਨੂੰ ਮੇੜ ਦਿੰਦੇ ਹਨ ਗੁਰਦੇਵ ਬੰਧਪ ਸਹੋਦਰਾ ਸਤਿਗੁਰੂ ਦੇਵ ਜੀ ਬੰਧਪ ਸੰਬੰਧੀਆਂ ਦੀ ਨੇ ਜਿਵੇਂ ਸਕੇ ਸੰਬੰਧੀ ਹੁੰਦੇ ਹੈ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਸੰਬੰਧੀਆਂ ਦੀ ਨਿਆਈ ਹੈ ਰੱਖਿਆ ਕਰਨ ਵਾਲੇ ਲੋਕ ਵਿੱਚ ਸਹੋਦਰਾ ਸਕੇ ਉਧਰ ਤੋਂ ਪੈਦਾ ਹੋਣ ਵਾਲੇ ਸਕੇ ਭਰਾ ਜਿਹੜੇ ਇੱਕੇ ਮਾਂ ਦੇ ਜਾਏ ਹੋਣ ਉਹ ਸਹੋਦਰ ਹੁੰਦੇ ਹੈ ਗੁਰਦੇਵ ਜੀ ਸਾਡੇ ਸਕੇ ਭਰਾ ਹੈ ਜਿਸ ਉਪਦੇਸ਼ ਨਾਲ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਆਨੰਦ ਨੂੰ ਪ੍ਰਾਪਤ ਕੀਤਾ ਉਹ ਸ਼ਬਦ ਸਾਨੂੰ ਬਖਸ਼ਿਆ ਕਿਉਂ ਗੁਰੂ ਸਾਹਿਬ ਸਕੇ ਭਾਈ ਹੈ ਜੋ ਗੁਰ ਕੇ ਸਿੱਖ ਮੇਰੇ ਭਾਈ ਇਸ ਪ੍ਰਕਾਰ ਸਹੋਦਰ ਦੀ ਨਿਆਈ ਹਨ ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਗੁਰੂਦੇਵ ਜੀ ਕੈਸੇ ਗੁਰੂ ਨਾਨਕ ਦੇਵ ਜੀ ਦਾਤੇ ਹਨਗੇ ਦਾਤੇ ਦੁਨੀਆਂ ਦੇ ਕੋਈ ਅੰਨ ਦਿੰਦਾ ਹੈ ਕੋਈ ਵਸਤਰ ਦਿੰਦਾ ਹੈ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਪਰਮੇਸ਼ਵਰ ਦੇ ਨਾਮ ਦਾ ਉਪਦੇਸ਼ ਦਿੰਦੇ ਹਨ ਜੋ ਕਿਸੇ ਤੋਂ ਵੀ ਪ੍ਰਾਪਤ ਨਾ ਹੋ ਸਕੇ ਗੁਰਾਂ ਤੋਂ ਬਗੈਰ ਹੋਰ ਪਦਾਰਥ ਵੀ ਸਤਿਗੁਰੂ ਦਾਤਾ ਸਭ ਵਸਤੂ ਕਾ ਸਾਰੀਆਂ ਵਸਤੂ ਵੀ ਦਿੰਦੇ ਹੈ ਤੇ ਪਰਮੇਸ਼ਵਰ ਦੇ ਨਾਮ ਦਾ ਉਦੇਸ਼ ਕਿਤੋਂ ਵੀ ਗੁਰਾਂ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦਾ ਉਸ ਨੂੰ ਬਖਸ਼ਿਸ਼ ਕਰਦੇ ਹਨ ਗੁਰਦੇਵ ਮੰਤਰ ਨਿਰੋਧਰਾ ਗੁਰਦੇਵ ਜੀ ਦਾ ਜਿਹੜਾ ਮੰਤਰ ਹੈ ਸਾਧ ਸੰਗਤ ਜੀ ਨਿਰੋਧਰਾ ਨਿਰਵਿਸ਼ੇਸ਼ ਕਰਕੇ ਉਧਾਰਨ ਵਾਲਾ ਹੈ ਜੋ ਕੋਈ ਗੁਰੂ ਸਾਹਿਬ ਦੇ ਮੰਤਰ ਨੂੰ ਇਕੱਲੇ ਨੂੰ ਜਪ ਲਏਗਾ ਉਹਦਾ ਉਧਾਰ ਹੋ ਜਾਏਗਾ ਮੇਰਾ ਇਕੱਲਾ ਹੀ ਉਧਾਰ ਕਰਨ ਵਾਲਾ ਹੈ ਪਰ ਗੁਰਦੇਵ ਜੀ ਦਾ ਜਿਹੜਾ ਮੰਤਰ ਹੈ ਜੋ ਜਪੇਗਾ ਉਸਦੀ ਕਲਿਆਣ ਹੋ ਜਾਏਗੀ ਗੁਰਦੇਵ ਮੰਤਰੋਦਰਾ ਗੁਰਦੇਵ ਦਾ ਮੰਤਰ ਜਿਹੜਾ ਹੈ ਨਿਰਵਿਸ਼ੇਸ਼ ਕਰਕੇ ਉਹਦਾ ਉਧਾਰਨ ਕਰਨ ਵਾਲਾ ਸੰਸਾਰ ਤੋਂ ਨਿਰੋਧਰਾ ਇੰਦਰੀਆਂ ਦੇ ਦਮਨ ਕਰਾਉਣ ਵਾਲਾ ਰੋਕਣ ਵਾਲਾ ਹੈ ਮਨ ਆਦਿਕਾਂ ਨੂੰ ਐਸਾ ਗੁਰਦੇਵ ਜੀ ਦਾ ਮੰਤਰ ਹੈ ਗੁਰਦੇਵ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ ਗੁਰਦੇਵ ਸਾਂਤ ਸਤ ਬੁੱਧ ਮੂਰਤ ਸਤਿਗੁਰੂ ਨਾਨਕ ਦੇਵ ਜੀ ਫੇਰ ਕੈਸੇ ਸਾਂਤ ਮੂਰਤ ਸ਼ਾਂਤ ਸਰੂਪ ਹੈ ਮਹਾਰਾਜ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਾਂਤੀ ਦਾ ਕੋਈ ਅੰਤ ਪਾ ਸਕਦਾ ਬੜੇ ਬੜੇ ਰਾਜਿਆਂ ਜਾਲਮਾਂ ਨੂੰ ਅੱਗ ਵਿੱਚ ਬਿਠਾਇਆ ਅਤੇ ਪੱਥਰਾਂ ਦੇ ਹੇਠਾਂ ਦਿੱਤਾ ਆਪ ਨੂੰ ਪਾਣੀ 'ਚ ਡੁਬਾਉਣਾ ਚਾਹਿਆ ਫੇਰ ਵੀ ਕੋਈ ਸ਼ਰਾਫ ਨਹੀਂ ਦਿੱਤਾ ਹਸਤੀਆਂ ਵਗੈਰਾ ਨੂੰ ਬਖਸ਼ ਦਿੱਤਾ ਕਿ ਸੇਵਾ ਕਰਿਆ ਕਰੋ ਆਇਆਂ ਦੀ ਕਿਸੇ ਨੂੰ ਦੁੱਖ ਨਾ ਦਿਆ ਕਰੋ ਮਾਰਿਆ ਨਾ ਕਰੋ ਇਸ ਪ੍ਰਕਾਰ ਦੀ ਸਿੱਖਿਆ ਦੇਣ ਵਾਲੇ ਸ਼ਾਂਤ ਸਰੂਪ ਹਨ ਗੁਰੂ ਸਾਹਿਬ ਫੇਰ ਕੈਸੇ ਸੱਤ ਮੂਰਤ ਸੱਤ ਸਰੂਪ ਹੈ ਗੁਰੂ ਸਾਹਿਬ ਗੁਰਦੇਵ ਸਤਿਗੁਰ ਪਾਰਬ੍ਰਹਮ ਪਰਮੇਸ਼ਵਰ ਰੂਪ
ਸਤ ਸਰੂਪ ਹਨ, ਧੰਨ ਧੰਨ ਸਤਿਗੁਰੂ ਸਤਿਪੁਰਖ ਹਮਾਰਾ। ਗੁਰਦੇਵ ਸਾਂਤ ਬੁੱਧ ਮੂਰਤ, ਫਿਰ ਗੁਰਦੇਵ ਜੀ ਬੋਧ ਮੂਰਤ ਹਨ, ਗਿਆਨ ਸਰੂਪ ਹਨ ਸੱਚੇ ਪਾਤਸ਼ਾਹ। ਗੁਰਦੇਵ ਪਾਰਸ ਪਰਸ ਪਰਾ, ਗੁਰਦੇਵ ਜੀ ਪਾਰਸ ਦੀ ਨਿਆਈ ਕਹੋਗੇ ਜੇ, ਕਹਿੰਦੇ ਪਾਰਸ ਜਿਹੜਾ ਹੈ ਉਹ ਅੱਠਾਂ ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ, ਪਰ ਉਹ ਜਿਹੜਾ ਸੋਨਾ ਬਣਿਆ ਅੱਗੇ ਹੋਰ ਨੂੰ ਕਿਸੇ ਨੂੰ ਉਹ ਸੋਨਾ ਨਹੀਂ ਬਣਾ ਸਕਦਾ। ਤੇ ਗੁਰੂ ਸਾਹਿਬ ਜੀ ਪਾਰਸ ਦੇ ਪਰਸਨ ਤੋਂ ਵੀ ਪਰੇ ਹੈ, ਜਿਹੜਾ ਪਾਰਸ ਹੈ ਲੋਹੇ ਨੂੰ ਸੋਨਾ ਬਣਾਉਂਦਾ ਹੈ, ਗੁਰੂ ਮਹਾਰਾਜ ਸਾਹਿਬ ਪਾਰ ਬ੍ਰਹਮ ਦਾ ਰੂਪ ਬਣਾ ਦਿੰਦੇ ਹੈ, ਇਉਂ ਪਾਰਸਨ ਤੋਂ ਪਰਸਨ ਤੋਂ ਵੀ ਪਰੇ ਹਨ। ਗੁਰੂ ਦੇਵ ਜੀ ਦੇ ਬਣਾਏ ਹੋਏ ਜਿਹੜੇ ਪਾਰਸ ਦੀ ਨਿਆਈ ਜੀਵਨ ਹੈ, ਉਹ ਬੜੇ ਬੜੇ ਭਾਵੇਂ ਚੋਰ ਤੇ ਡਾਕੂ ਪਹਿਲਾਂ ਸਨ, ਪਰ ਫੇਰ ਵੀ ਉਹ ਪਾਰਸ ਵਰਗੇ ਵਿਧੀ ਚੰਦ ਆਦਿਕਾਂ ਦੀਆਂ ਚੋਰੀਆਂ ਛੁਡਾ ਕੇ ਐਡੇ ਉੱਚੇ ਜੀਵਨ ਮੁਕਤ ਬਣਾ ਦਿੱਤਾ। ਦੇਵਨਗਰ ਦੇ ਅੰਦਰ ਰਹਿਣ ਵਾਲਾ ਜਿਹੜਾ ਸੀ ਇੱਕ ਸੁੰਦਰ ਸ਼ਾਹ ਫਕੀਰ, ਸ਼ੇਰ ਇਹਨੂੰ ਡਰਾਉਣ ਲੱਗਾ ਭਾਈ ਵਿਧੀ ਚੰਦ ਨੂੰ, ਵਿਧੀ ਚੰਦ ਜੋ ਝਾਕਿਆ ਸ਼ੇਰ ਉਸੇ ਵੇਲੇ ਬਿੱਲੀ ਨੂੰ ਸ਼ਹਿ ਕੇ ਸਮਾਪਤ ਹੋ ਗਿਆ, ਸੁੰਦਰ ਸ਼ਾਹ ਪੈਰੀ ਪੈ ਗਿਆ। ਉਸ ਵੇਲੇ ਉਹ ਸੁੰਦਰ ਸ਼ਾਹ ਦੀ ਵੀ ਕਲਿਆਣ ਕਰ ਦਿੱਤੀ। ਇਸ ਪ੍ਰਕਾਰ ਪਾਰਸ ਦੇ ਪਰਸਨ ਤੋਂ ਪਰੇ ਹੈ ਗੁਰਦੇਵ ਜੀ। ਗੁਰੂ ਸਾਹਿਬ ਆਪਦੇ ਸਿੱਖਾਂ ਨੂੰ ਪਾਰਸ ਦੇ ਪਰਸਨ ਤੋਂ ਉੱਚਾ ਬਣਾ ਦਿੰਦੇ ਹੈ, ਪਰਾ ਰੂਪ ਦੀ ਪ੍ਰਾਪਤੀ ਕਰਨ ਵਾਲੇ ਹਨ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰਦੇਵ ਜੀ ਕੈਸੇ ਤੀਰਥ ਅੰਮ੍ਰਿਤ ਸਰੋਵਰ, ਜਿਨ੍ਹਾਂ ਦਾ ਅੰਮ੍ਰਿਤਸਰ ਸਾਹਿਬ ਤੀਰਥ ਹੈ ਸਾਧ ਸੰਗਤ ਜੀ, ਜਿਸ ਅੰਮ੍ਰਿਤਸਰ ਸਾਹਿਬ ਤੀਰਥ ਤੀਰਥ ਦੇ ਅੰਦਰ ਹੈ, ਰਾਮਦਾਸ ਸਰੋਵਰ ਨਾਤੇ ਸਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੇ ਕੀਨੇ ਦਾਨਾ, ਐਸਾ ਤੀਰਥ ਜਿਨ੍ਹਾਂ ਸਾਰਿਆਂ ਤੀਰਥਾਂ ਦਾ ਰਾਜਾ ਸ੍ਰੀ ਅੰਮ੍ਰਿਤਸਰ ਸਾਹਿਬ ਰਚਨਾ ਕੀਤਾ ਹੈ। ਫਿਰ ਸਤਿਗੁਰੂ ਜੀ ਆਪ ਕੈਸੇ ਹਨ ਗੁਰਦੇਵ? ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰਦੇਵ ਜੀ ਤੀਰਥ ਹਨਗੇ, ਅੰਮ੍ਰਿਤ ਦੇ ਸਰੋਵਰ ਹਨਗੇ, ਅੰਮ੍ਰਿਤ ਨਾਮ ਦੇ ਸਰੋਵਰ ਲਵਾ ਲਵ ਭਰੇ, ਅੰਮ੍ਰਿਤ ਮੁਕਤ ਰੂਪੀ ਗਿਆਨ ਰੂਪੀ ਤੀਰਥ ਪਵਿੱਤਰ ਸਤਿਗੁਰੂ ਜੀ ਹਨ ਸਾਰਿਆਂ ਚੋਂ ਸ੍ਰੇਸ਼ਟ। ਗੁਰਦੇ ਗੁਰ ਗਿਆਨ ਮੱਜਨ ਅਪਰੰਪਰਾ, ਜੀ ਗੁਰੂ ਸਾਹਿਬ ਜੇ ਤੀਰਥ ਹਨ ਅੰਮ੍ਰਿਤ ਦੇ ਸਰੋਵਰ, ਸਰੋਵਰ ਚ ਦਾ ਇਸ਼ਨਾਨ ਕਰੀਦਾ ਹੈ। ਇੱਧਰ ਮਹਾਰਾਜ ਕਹਿੰਦੇ ਜਿਹੜਾ ਗੁਰੂ ਸਾਹਿਬ ਦਾ ਗਿਆਨ ਪ੍ਰਾਪਤ ਕਰਨਾ ਇਹ ਇਸ਼ਨਾਨ ਕਰਨਾ, ਸਤਿਗੁਰਾਂ ਦਾ ਗਿਆਨ ਪ੍ਰਾਪਤ ਕਰਨਾ ਜਿਹੜਾ ਸੰਗਤ ਚ ਇਹ ਹੈ ਇਸ਼ਨਾਨ ਕਰਨਾ। ਸੁਣਿਆ ਮੰਨਿਆ ਮਨ ਕੀਤਾ ਭਾਵ, ਅਤੇ ਮੱਜਨ ਇਹ ਪੁਰਬ ਲੱਗਾ ਹੋਇਆ ਜਿਹੜਾ ਗੁਰੂ ਸਾਹਿਬ ਦਾ ਪਰੋਹ ਗਿਆਨ ਪ੍ਰਾਪਤ ਹੋਣਾ ਹੈ, ਅਤੇ ਇਸ਼ਨਾਨ ਕਰਕੇ ਤਾਂ ਜੀ ਮੈਲ ਲੈ ਜਾਂਦੀ ਪਾਪਾਂ ਦੀ। ਇੱਧਰ ਮਹਾਰਾਜ ਕਹਿੰਦੇ ਅਪਰੰਪਰਾ, ਅਪਰ ਪ੍ਰਕਿਰਤੀ ਦੀ ਮੈਲ ਲੱਗੀ ਹੈ ਸਾਰਿਆਂ ਨੂੰ, ਇਸ ਤੋਂ ਪਰੇ ਹੋ ਜਾਂਦੇ, ਪ੍ਰਕਿਰਤੀ ਦੀ ਮੈਲ ਤੋਂ ਛੁੱਟ ਜਾਂਦੇ, ਉਹ ਪੁਰਖ ਕਿਉਂ ਮੈਲ ਤੋਂ ਰਹਿਤ ਹੋ ਜਾਂਦੇ ਹਨ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਜੀ ਤਾਂ ਕਹੇ ਜੇ ਸਾਰੇ ਜਗਤ ਨੂੰ ਕਰਨ ਵਾਲੇ, ਪੈਦਾ ਕਰਨ ਵਾਲੇ ਹੈ, ਸਾਰਿਆਂ ਨੂੰ ਨਾਮ ਦਾ ਉਪਦੇਸ਼ ਕਰਨ ਵਾਲੇ ਹੈ, ਸਾਰਿਆਂ ਨੂੰ ਮੁਕਤ ਕਰਨ ਵਾਲੇ ਹੈ, ਅਤੇ ਸਭ ਪਾਪ ਹਰਤਾ, ਸਭ ਤਰ੍ਹਾਂ ਦੇ ਪਾਪਾਂ ਨੂੰ ਮਿਟਣ ਵਾਲੇ ਸੱਚੇ ਪਾਤਸ਼ਾਹ ਜੀ। ਗੁਰਦੇਵ ਪਤਿਤ ਪਵਿੱਤ ਕਰਾ, ਜਿਹੜੇ ਸਤਿਗੁਰੂ ਨਾਨਕ ਦੇਵ ਜੀ ਤਾਂ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹਨ। ਜਿਹੜੇ ਬੜੇ ਬੜੇ ਪਾਪੀ ਸੀ, ਜਨਮ ਭਵੰਤੇ ਨਰਕ ਪੜੰਤੇ ਤਿਨਕੇ ਕੁਲ ਉਧਾਰੇ, ਕੋਈ ਨਾ ਜਾਣੇ ਕੋਈ ਨਾ ਮਾਨੇ ਸੇ ਪ੍ਰਗਟ ਹਰਦੁਆਰੇ, ਉਹ ਪਾਪੀਆਂ ਨੂੰ ਪਵਿੱਤਰ ਕਰਤਾ ਸੱਚੇ ਪਾਤਸ਼ਾਹ ਨੇ। ਗੁਰਦੇਵ ਆਦਿ ਜੁਗਾਦ ਜੁਗ ਜੁਗ, ਸਤਿਗੁਰੂ ਨਾਨਕ ਦੇਵ ਜੀ ਜਗ ਦੇ ਆਦਿ ਵੀ, ਜਦੋਂ ਜਗਤ ਨਹੀਂ ਸੀ ਬਣਾਇਆ ਉਦੋਂ ਵੀ ਸੀ, ਜਦੋਂ ਯੁੱਗ ਆਦਿਕ ਮਰਿਆਦਾ ਸਥਾਪਨ ਕੀਤੀ ਉਸ ਵੇਲੇ ਵੀ ਸੀ ਯੁੱਗਾਂ ਦੇ ਆਦਿ ਵਿੱਚ, ਤੇ ਜਦੋਂ ਸਤਯੁਗ ਤ੍ਰੇਤਾ ਕਲਯੁਗ ਆਦਿਕ ਆਇਆ ਯੁੱਗਾਂ ਯੁੱਗਾਂ ਚ ਵੀ ਸਤਿਗੁਰੂ ਨਾਨਕ ਦੇਵ ਜੀ ਹਨ। ਗੁਰਦੇਵ ਮੰਤ ਸਤਿਗੁਰ ਚੋਂ ਯੁੱਗੀ ਆਪ ਆਪੇ ਪਰਮੇਸ਼ਰ, ਗੁਰਦੇਵ ਮੰਤ ਹਰ ਜਪ ਉਦਰਾ, ਗੁਰੂ ਨਾਨਕ ਦੇਵ ਜੀ ਆਦਿ ਜਦੋਂ ਜਗਤ ਰਚਨਾ ਨਹੀਂ ਸੀ ਕੀਤੀ ਉਦੋਂ ਆਦਿ ਵਿੱਚ ਵੀ ਸਨ, ਅਤੇ ਜੁਗਾਦ ਜਦੋਂ ਯੁੱਗ ਜੀਵ ਤੇ ਈਸ਼ਰ ਆਦਿਕਾਂ ਦਾ ਭੇਦ ਹੋ ਗਿਆ ਉਹਨਾਂ ਦੇ ਵੀ ਆਦਿ ਵਿੱਚ ਸੀ। ਜਦੋਂ ਯੁੱਗ 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 ਜੀਵ ਤੇ ਈਸ਼ਰ ਤੇ ਚਾਰ ਯੁੱਗ ਬਣ ਗਏ, ਚਾਰ ਖਾਣੀਆਂ ਬਣ ਗਈਆਂ, ਅਤੇ ਉੱਤੋਂ ਮੱਧਮ ਕਨਿਸ਼ਠ ਅਧਮ ਬਣ ਗਏ, ਜਿਸ ਵੇਲੇ ਇਸ ਪ੍ਰਕਾਰ ਦੇ ਯੁੱਗ ਯੁੱਗ ਚਾਰ ਸਾਧਨਾ ਵਾਲੇ ਵਿਰਾਗ ਦੇ ਖੜਸੰਤੀ ਮੋਖ ਆਸ਼ਾ ਵਾਲੇ ਬਣ ਗਏ, ਯੋਗ ਗ੍ਰਸਤ ਅਤੇ ਬਾਣ ਪ੍ਰਸਤੀ ਸੰਨਿਆਸੀ ਬ੍ਰਹਮਚਾਰੀ ਬਣ ਗਏ, ਅਤੇ ਇਸੇ ਪ੍ਰਕਾਰ ਖੱਤਰੀ ਬਣ ਸੂਰ ਬੈਸ ਬਣ ਗਏ, ਅਤੇ ਸੀਆ ਸੁਨੀ ਰਾਹਜੀ ਮਾਮ ਸਾਫੀ ਬਣ ਗਏ। ਸਾਰਿਆਂ ਦੇ ਵਿੱਚ ਯੁੱਗਾਂ ਯੁੱਗਾਂ ਚ ਉਪਦੇਸ਼ ਦੇਣ ਵਾਲੇ, ਜੋ ਯੁੱਗਾਂ ਯੁੱਗਾਂ ਜੁੜਿਆ ਹੈ ਪਰਮੇਸ਼ਰ, ਉਸ ਵਿੱਚ ਜੋੜਨ ਵਾਲੇ ਗੁਰੂ ਨਾਨਕ ਦੇਵ ਜੀ ਹਨ। ਗੁਰਦੇਵ ਮੰਤ ਹਰ ਜਪ ਉਦਰਾ, ਗੁਰਦੇਵ ਜੀ ਦਾ ਜੋ ਹਰੀ ਮੰਤਰ ਹੈ
ਜਿਹੜੇ ਜਪਦੇ ਆ ਉਹਨਾਂ ਦਾ ਉਧਾਰ ਕਰਦੇ ਗੁਰੂ ਸਾਹਿਬ ਪਰਮੇਸ਼ਰ ਦਾ ਨਾਮ ਰੂਪੀ ਮੰਤਰ ਦੇ ਕੇ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਆਪਾਂ ਅਰਦਾਸ ਕਰੀਏ ਹੇ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਦੀ ਸੰਗਤ ਸਾਨੂੰ ਮਿਲੋ ਹੇ ਪ੍ਰਭੂ ਜੀ ਕਿਰਪਾ ਦ੍ਰਿਸ਼ਟੀ ਕਰੋ ਸਾਡੇ ਤੇ ਹਮ ਮੂੜ ਪਾਪੀ ਜਿਤ ਲੱਗ ਤਰਾ ਹਮ ਅਸੀਂ ਵੀ ਮਾਰਾ ਤਮਾ ਮੂਰਖ ਹਾਂ ਅਤੇ ਪਾਪਾਂ ਦੇ ਕਰਨ ਵਾਲੇ ਹਾਂ ਜਿਸ ਕਰਕੇ ਗੁਰੂ ਸਾਹਿਬ ਦੀ ਸੰਗਤ ਲਾ ਕੇ ਹੀ ਤਰ ਜਾਈਏ ਮੁਕਤ ਹੋ ਜਾਈਏ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਨਾਨਕ ਦੇਵ ਜੀ ਕੌਣ ਹਨ ਤਾਂ ਸਤਿਗੁਰੂ ਜੀ ਕਹਿੰਦੇ ਨੇ ਗੁਰਦੇਵ ਗੁਰੂ ਨਾਨਕ ਦੇਵ ਜੀ ਤਾਂ ਭਾਈ ਪਾਰ ਬ੍ਰਹਮ ਪਾਰਬ੍ਰਹਮ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਹਨ ਆਪ ਗੁਰਦੇਵ ਨਾਨਕ ਹਰ ਨਮਸਕਾਰ ਪਰਮੇਸ਼ਰ ਜੋ ਹੈ ਪਾਰਬ੍ਰਹਮ ਉਹ ਸਤਿਗੁਰੂ ਨਾਨਕ ਦੇਵ ਹੈ ਹਰ ਗੁਰ ਮੂਰਤ ਏਕਾ ਵਰਤੇ ਨਾਨਕ ਹਰ ਗੁਰ ਪਾਇਆ ਗੁਰਦੇਵ ਨਾਨਕ ਹਰ ਨਮਸਕਾਰ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਅਕਾਲ ਹਰ ਗੁਰ ਨਾਨਕ ਜਿਨ ਪਰਚੇ ਤੇ ਬਹੁਤ ਫਿਰ ਜੋਨ ਆਏ ਹਰੀ ਦੇ ਰੂਪ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਸਾਡੀ ਨਮਸਕਾਰ ਹੈ ਨਿਮਰਤਾ ਸਹਿਤ ਵੰਦਨਾ ਹੈ ਇਹ ਸੱਚੇ ਪਾਤਸ਼ਾਹ ਜੀ ਨੇ ਇਹੋ ਸਲੋਕ ਆਦਿ ਅੰਤ ਪੜ੍ਹਨਾ ਇਹ ਮਗਰੋਂ ਲਿਖਿਆ ਵੀ ਕਿਉਂ ਨਾ ਸਮਝ ਲਿਓ ਸਿੱਖੋ ਵੀ ਵਾਧੂ ਲਿਖਿਆ ਹੋਇਆ ਦੁਬਾਰਾ ਇਹ ਆਰਚ ਵੀ ਬਾਣੀ ਦੇ ਪੜ੍ਹਨਾ ਇਸ ਬਾਵਨ ਅੱਖਰੀ ਦੇ ਇਹਦੇ ਅੰਤ ਸਮਾਪਤੀ ਦੇ ਜੇ ਪੜ੍ਹਨਾ ਲਿਖਿਆ ਹੋਇਆ ਇਹਨੂੰ ਛੱਡਣਾ ਨੀ ਫਾਲਤੂ ਨੀ ਸਮਝਣਾ ਵੀ ਪਹਿਲਾਂ ਕਿਹਾ ਸੀ ਫੇਰ ਕਿਉਂ ਕਿਹਾ ਇਹ ਆਦ ਅੰਤ ਚ ਪੜ੍ਹਨਾ ਜਿਵੇਂ ਸਾਧ ਸੰਗਤ ਜੀ ਗਹਿਣਿਆਂ ਦੇ ਰੱਖਣ ਵਾਸਤੇ ਡੱਬਾ ਹੁੰਦਾ ਹੈ ਬ੍ਰਹਮ ਵਿਦਿਆ ਰੂਪੀ ਗਹਿਣਾ ਮਾਤਾ ਗੰਗਾ ਜੀ ਨੂੰ ਸਤਿਗੁਰਾਂ ਨੂੰ ਬਖਸ਼ਿਆ ਹੈ ਇਹ ਦੋਵੇਂ ਸਲੋਕ ਅੱਗਾ ਉਤਰਾ ਅਗਲਾ ਪਹਿਲਾ ਤੇ ਮਗਰਲਾ ਇਹ ਡੱਬੇ ਦੇ ਜਿਵੇਂ ਦੋ ਢੱਕਣ ਹੁੰਦੇ ਆ ਇਉਂ ਇਹ ਬਾਣੀ ਨੂੰ ਇਹਦੇ ਵਿੱਚ ਭੁੱਖਣ ਰੂਪ ਬਾਣੀ ਨੂੰ ਜਿਸ ਵਿੱਚ ਭਗਤੀ ਰੂਪੀ ਮਣੀਆਂ ਹਨਗੀਆਂ ਅਤੇ ਕਰੁਣਾ ਮੈਤਰਾ ਆਦਿਕ ਮੋਤੀ ਹਨਗੇ ਜਿਸ ਵਿੱਚ ਪ੍ਰੇਮ ਰੂਪੀ ਲਾਲ ਹਨ ਅਤੇ ਵਿਰਾਗ ਰੂਪੀ ਰਤਨ ਹਨ ਗਿਆਨ ਰੂਪੀ ਜਵਾਹਰ ਆਤ ਹੈ ਐਸੇ ਗਹਿਣੇ ਨੂੰ ਇਹਦੇ ਵਿੱਚ ਸੱਚੇ ਪਾਤਸ਼ਾਹ ਨੇ ਬ੍ਰਹਮ ਵਿਦਿਆ ਨੂੰ ਰੱਖਿਆ ਹੋਇਆ ਇਹ ਸਲੋਕ ਇੱਕ ਜਿਵੇਂ ਸੋਨੇ ਦਾ ਡੱਬਾ ਭੁੱਖਣ ਰੱਖਣ ਵਾਸਤੇ ਹੁੰਦਾ ਐਵੇਂ ਰਚਿਆ ਹੋਇਆ ਇਹਨੂੰ ਆਦ ਅੰਤ ਵਿੱਚ ਪੜ੍ਹਨਾ ਇਹ ਆਗਿਆ ਦਿੱਤੀ ਹੈ ਸੱਚੇ ਪਾਤਸ਼ਾਹ ਜੀ ਨੇ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰ ਇਹੋ ਸਲੋਕ ਆਦਿ ਅੰਤ ਪੜ੍ਹਨਾ ਵਾਹਿਗੁਰੂ ਕਾ ਖਾਲਸਾ ਸਾਹਿਬ ਤਾਰ ਕੇ ਮੂਰਤ ਹੈ ਜਗਿਆਰੋ ਨਾਨਕ ਗੁਰੂ ਗੋਬਿੰਦ ਸਿੰਘ ਗੁਰ ਅਵਤਾਰ ਜਗਮਗ ਜੋਤ ਪਰਾਜ ਰਹੀ ਸ੍ਰੀ ਅਵਚਲ ਨਗਰ ਅਪਾਰ ਅੰਮ੍ਰਿਤ ਗਿਆਨ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਬੰਦੋ ਕਰ ਕਹੋ ਟਲ ਗੁਰ ਸੇਵੀਐ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਵਾਸ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗ ਜਨਾ ਕੈ ਮਨ ਬਿਸਰਾਮ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੋਤੀ ਸਰੂਪ ਦੀਨ ਜਮੀਨ ਦੇ ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਨ੍ਹਾਂ ਚ ਰਚ ਰਹੇ ਹੈ ਵਿਰਾਜਣ ਵੇਲੇ ਮਹਾਰਾਜ ਸਾਹਿਬ ਰਾਮ ਸਰ ਸੱਚੇ ਪਾਤਸ਼ਾਹ ਹੀ ਵਿਰਾਜਿਆ ਕਰਦੇ ਉੱਥੇ ਹੀ ਰਾਮ ਸਰ ਤਲਾਅ ਜੋ ਬਣਾਇਆ ਉਸ ਵਿੱਚ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਆਪਣੇ ਧਿਆਨ ਵਿੱਚ ਲੀਨ ਹੋਇਆ ਕਰਦੇ ਜਿਸ ਦਿਨ ਸਤਿਗੁਰੂ ਜੀ ਨੇ ਸੁਖਣੀ ਸਾਹਿਬ ਰਚਨੀ ਸੀ ਬਾਵਨ ਅੱਖਰੀ ਸੰਪੂਰਨ ਕੀਤੀ ਹੈ
ਉਸ ਦਿਨ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਗਤ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਆਪ ਬਰਾਜੇ ਹੋਏ ਉੱਠੇ, ਭਾਈ ਗੁਰਦਾਸ ਸਾਹਿਬ ਨੂੰ ਤੰਬੂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਨੂੰ ਜਗਾ ਕੇ ਆਪ ਇਸ਼ਨਾਨ ਕੀਤਾ, ਫਿਰ ਭਾਈ ਸਾਹਿਬ ਨੇ ਇਸ਼ਨਾਨ ਕੀਤਾ ਅਤੇ ਦਰਸ਼ਨਕ ਵਾਸਤੇ ਭਾਈ ਬੁੱਢਾ ਸਾਹਿਬ ਜੀ, ਭਾਈ ਪੁਰਾਣਾ ਜੀ ਅਤੇ ਭਾਈ ਮੋਖਾ ਜੀ, ਪੈਣਾ ਜੀ ਇਤਿਹਾਸਕ ਗੁਰਸਿੱਖ ਸਤਿਗੁਰਾਂ ਦੇ ਭਾਈ ਕਲਿਆਣਾ ਆਦਿਕ ਗੁਰਸਿੱਖ ਸਾਰੇ ਜੀਵਨ ਮੁਕਤ ਜਿਹੜੇ ਗੁਰਸਿੱਖ ਸਨ ਸਾਰੇ ਦਰਸ਼ਨਾਂ ਨੂੰ ਮਹਾਰਾਜ ਸਾਹਿਬ ਦੇ ਅੰਮ੍ਰਿਤ ਵੇਲੇ ਆਏ। ਮਹਾਰਾਜ ਸਾਹਿਬ ਜੀ ਨੇ ਇਸ਼ਨਾਨ ਕਰਕੇ ਸੁੱਕੇ ਵਸਤਰ ਪਹਿਰ ਕਰਕੇ ਸੱਚੇ ਪਾਤਸ਼ਾਹ ਜੀ ਪੂਰਬ ਦੀ ਤਰਫ, ਪੂਰਬ ਤੇ ਪਹਾੜ ਦੇ ਸਨ ਵਿੱਚ ਜੋ ਬੇਰ ਸਾਹਿਬ ਹੈ ਰਾਮਸਰ ਸਾਹਿਬ ਸਰੋਵਰ ਦੇ ਉਤਲੇ ਪਾਸੇ, ਉਸ ਬੇਰ ਸਾਹਿਬ ਦੇ ਹੇਠਾਂ ਗੁਰੂ ਮਹਾਰਾਜ ਸਾਹਿਬ ਸਮਾਧ ਲਾ ਕੇ ਬੈਠ ਗਏ। ਸਿੱਖ ਵੀ ਆ ਕੇ ਨਮਸਕਾਰ ਕਰਕੇ ਮਹਾਰਾਜ ਦੇ ਪਾਸ ਬੈਠ ਗਏ। ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਮਾਧ ਖੋਲ੍ਹੀ, ਨੇਤਰ ਖੋਲ੍ਹੇ, ਉਸ ਵਕਤ ਭਾਈ ਬੁੱਢਾ ਸਾਹਿਬ ਜੀ ਨੇ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ, ਸਾਰਿਆਂ ਸਿੱਖਾਂ ਨੂੰ ਗੁਰਮੁਖਾਂ ਨੂੰ ਨਮਸਕਾਰ ਕੀਤੀ, ਬੇਨਤੀ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆਂ ਵਾਲੀ ਆਪ ਐਸੀ ਅੰਮ੍ਰਿਤ ਰੂਪ ਬਾਣੀ ਕੋਈ ਜਹਾਜ਼ ਦੇ ਰਜੋ ਜਿਸ ਇਕੱਲੀ ਬਾਣੀ ਦੇ ਪੜ੍ਹਨੇ ਕਰਕੇ ਮਹਾਰਾਜ ਸਾਰੇ ਸਵਾਸਾਂ ਦਾ ਭਲਾ ਹੋ ਜਾਵੇ। ਇਹ ਸਿੱਖਾਂ ਦੀ ਬੇਨਤੀ ਨੂੰ ਸੁਣ ਕੇ ਕਿ ਮਹਾਰਾਜ ਕਲਯੁਗ ਦਾ ਬਹੁਤ ਭਿਆਨਕ ਸਮਾਂ ਹੈ, ਜਿਵੇਂ ਕ੍ਰਿਸ਼ਨ ਭਗਵਾਨ ਨੇ ਗੀਤਾ ਦੇ ਵਿੱਚ ਅਰਜੁਨ ਨੂੰ ਉਪਦੇਸ਼ ਬਖਸ਼ਿਆ, ਵਿਆਸ ਰਿਸ਼ੀ ਜੀ ਨੇ ਉਸਦੇ ਤਾਂ ਹੀ ਰਚਨਾ ਕੀਤਾ, ਉਸਦੇ 18 ਤਿਆਰ ਹਨ, ਇਸ ਪ੍ਰਕਾਰ ਦੇ ਗਿਆਨ ਦੇ ਪ੍ਰਕਰਨ ਵੀ ਹੋਣ ਸੱਚੇ ਪਾਤਸ਼ਾਹ ਜੀ, ਅਤੇ ਉਹਦੇ 'ਚ ਭਾਵ ਭਗਤੀ ਵੀ, ਪ੍ਰੇਮ ਵੀ, ਸੰਸਾਰ ਦਾ ਉਧਾਰ ਕਰਨ ਵਾਸਤੇ ਆਪ ਮਹਾਰਾਜ ਜੀ ਜਹਾਜ਼ ਨੂੰ ਬਾਣੀ ਸੱਚੇ ਪਾਤਸ਼ਾਹ ਉਚਾਰਨ ਕਰੋ, ਜਿਸ ਤਰੀਕੇ ਬਾਣੀ ਦੇ ਪੜ੍ਹਨੇ ਕਰਕੇ ਸਾਰੇ ਸਵਾਸ ਸਫਲੇ ਹੋਇਆ ਕਰਨ। ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਦੀ ਬੇਨਤੀ ਨੂੰ, ਭਾਈ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ ਆਦਿਕ ਬੈਠੇ ਹਨ ਪਾਸ, ਹਜ਼ੂਰ ਨੇ ਕਿਹਾ ਭਾਈ ਕਲਯੁਗ ਦਾ ਬੜਾ ਭਾਰੀ ਭਿਆਨਕ ਸਮਾਂ ਹੈ, ਇਸ ਸਮੇਂ 'ਚ ਸਾਰਿਆਂ ਦੀ ਕਲਿਆਣ ਜਿਸ ਕਰਕੇ ਹੋ ਸਕੇ, ਅਸੀਂ ਤੁਹਾਡੀ ਇਸ ਪ੍ਰਾਰਥਨਾ ਨੂੰ ਮੰਨ ਕਰਕੇ ਐਸੀ ਅੰਮ੍ਰਿਤ ਰੂਪ ਬਾਣੀ ਉਚਾਰਦੇ ਹਾਂ, ਤੁਸੀਂ ਸਰਵਣ ਕਰੋ। ਉਸ ਵੇਲੇ ਸਾਰੇ ਸਿੱਖ, ਭਾਈ ਸਾਹਿਬ, ਬੁੱਢਾ ਸਾਹਿਬ ਆਦਿਕ ਮੁਖੀ ਬੈਠੇ ਹਨ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ। ਇਸ ਦੀ ਬਾਬਤ ਗਿਆਨੀ ਗਿਆਨ ਸਿੰਘ ਜੀ ਨੇ ਕੁਝ ਕੁ ਹੋਰ ਸ਼ਬਦ ਵਰਤੇ ਹਨ, ਜਿਨ੍ਹਾਂ ਵਿੱਚ ਇਉਂ ਕਿਹਾ ਹੈ ਕਿ 16 ਅਸ਼ਪਦੀਆਂ ਕਰਕੇ ਮਹਾਰਾਜ ਬਾਸਠ ਨਗਰ ਵਿੱਚ ਗਏ ਸਨ। ਬਾਸਠ ਨਗਰ ਵਿੱਚ ਜਾ ਕੇ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ ਸਨ। ਸ੍ਰੀ ਚੰਦ ਜੀ ਨੂੰ ਕਿਹਾ ਕਿ ਤੁਸੀਂ ਬਾਣੀ ਸੁਣਾਓ। ਬਾਬੇ ਸ੍ਰੀ ਚੰਦ ਨੂੰ ਕਿਹਾ ਕਿ ਜੀ ਸਾਨੂੰ ਤਾਂ ਹੁਕਮ ਨਹੀਂ ਬਾਣੀ ਦਾ, ਜਿਹੜੇ ਗੱਦੀ ਦੇ ਉੱਤੇ ਬੈਠਣ ਵਾਲੇ ਉਹ ਬਾਣੀ ਉਚਾਰਨ ਕਰ ਸਕਦੇ ਹੈ। ਆਪ ਉਹਨਾਂ ਦਾ ਸਰੂਪ ਆਪਦੇ ਮੁੱਖੋਂ ਹੀ ਸਜਦੀ ਹੈ। ਸਤਿਗੁਰਾਂ ਦੇ ਬਹੁਤਾ ਕਹਿਣ ਤੋਂ ਕਹਿੰਦੇ ਸ੍ਰੀ ਚੰਦ ਨੇ ਇੱਕ ਸਲੋਕ ਪਹਿਲੇ ਪਾਤਸ਼ਾਹ ਦਾ, ਜੋ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੈ, ਇਸ ਨੂੰ ਸਿਹਾਰੀਆਂ ਦੇ ਨਾਲ ਉਚਾਰਨ ਕੀਤਾ। ਗੁਰੂ ਮਹਾਰਾਜ ਸਾਹਿਬ ਜੀ ਨੇ ਸਤਿਕਾਰ ਕਰਕੇ ਉਹ ਸਲੋਕ ਵਿੱਚ ਚੜ੍ਹਾਇਆ ਅਤੇ ਅਗਲੀਆਂ ਅਸ਼ਟਪਦੀਆਂ 8 ਮਾਰਨ ਉਚਾਰੀਆਂ, ਇਹ ਗਿਆਨੀ ਗਿਆਨ ਸਿੰਘ ਲਿਖਿਆ ਹੈ। ਪਰ ਗੁਰਪ੍ਰਤਾਪ ਦੇ ਅੰਦਰ ਤਾਂ ਇਸ ਪ੍ਰਕਾਰ ਹੈ ਜ਼ਿਕਰ ਆਉਂਦਾ ਹੈ ਕਿ ਗੁਰੂ ਮਹਾਰਾਜ ਸਾਹਿਬ ਨੂੰ ਉੱਥੇ ਬੇਰ ਸਾਹਿਬ ਬੈਠਿਆਂ ਹੀ ਸਾਰੀ 24 ਅਸ਼ਟਪਦੀਆਂ ਉਚਾਰਨ ਕੀਤੀਆਂ। ਇੱਥੇ ਹੀ ਮਹਾਰਾਜ ਸਾਹਿਬ ਜੀ ਨੇ ਸਾਰੀ ਸਮੱਗਰ ਬਾਣੀ ਦਾ ਭੋਗ ਪਾਇਆ ਹੈ। ਅਤੇ ਉਥਾਨਕਾ ਵਾਲੇ ਕਹਿੰਦੇ ਹਨ ਕਿ ਬਾਬਾ ਸ੍ਰੀ ਚੰਦ ਜੀ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨ ਅੰਮ੍ਰਿਤਸਰ ਹੀ ਆਏ ਸਨ। ਅੰਮ੍ਰਿਤਸਰ ਸਾਹਿਬ ਮਹਾਰਾਜ ਉਦੋਂ 16 ਅਸ਼ਪਦੀਆਂ ਉਚਾਰ ਚੁੱਕੇ ਸਨ। ਸਤਿਕਾਰ ਵਾਸਤੇ ਬਾਬਾ ਜੀ ਨੂੰ ਕਿਹਾ ਸਤਿਗੁਰੂ ਜੀ ਨੇ ਕਿ ਬਾਬਾ ਜੀ ਤੁਸੀਂ ਵੀ ਕੋਈ ਸ਼ਬਦ ਉਚਾਰਨ ਕਰੋ। ਇਹ ਕਹਿਣ ਲੱਗੇ ਮਹਾਰਾਜ ਆਪ ਗੱਦੀ ਦੇ ਮਾਲਕ ਹੋ, ਗੁਰੂ ਨਾਨਕ ਦਾ ਰੂਪ ਹੈ, ਆਪ ਨੂੰ ਫਰਦੀ ਹੈ ਬਾਣੀ ਤਾਂ। ਉਸ ਵੇਲੇ ਮਹਾਰਾਜ ਜੀ ਦੇ ਕਹਿਣ ਤੋਂ, ਅੱਛਾ ਮਹਾਰਾਜ ਮੈਂ ਸਤਿਗੁਰੂ ਨਾਨਕ ਦੇਵ ਦਾ ਸਲੋਕ ਹੀ ਆਪ ਦੀ ਭੇਟ ਕਰ ਦਿੰਦਾ। ਬਾਬੇ ਸ੍ਰੀ ਚੰਦ ਨੇ ਸਤਿਗੁਰਾਂ ਦੇ ਸਤਿਕਾਰ ਕਰਕੇ ਕਿਹਾ, ਉਸ ਵੇਲੇ ਉਹ ਸਲੋਕ ਜਿਹੜਾ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ, ਇਹ ਸਲੋਕ ਜੋ ਮਹਾਰਾਜ ਸਾਹਿਬ ਜੀ ਨੇ ਇਹਦੇ 'ਚ ਸੱਤ ਦਾ ਵਰਣਨ ਕਰਨਾ ਹੈ ਸਾਰੇ ਦਾ ਸਲੋਕ ਵਿੱਚ 17ਵੀਂ ਅਸ਼ਟਪਦੀ 'ਚ, ਇਹ ਬਾਬੇ ਦਾ
ਜੋ ਸ੍ਰੀ ਕਨਜੀ ਗੁਰੂ ਨਾਨਕ ਸਾਹਿਬ ਦਾ ਸਲੋਕ ਸੁਣਾਇਆ ਸੀ ਉਸ ਨੂੰ ਸਿਹਾਰੀ ਦੇ ਨਾਲ ਇੱਥੇ ਪਦ ਦੇ ਕੇ ਦੂਜੀ ਵਾਰ ਪਾਠ ਕਰਕੇ ਰੱਖ ਲਿਆ। ਇਹ ਉਥਾਨਕਾ ਸੰਪਰਦਾ ਵਾਲੇ ਇਹਦੀ ਕਰਦੇ ਹਨ। ਅਤੇ ਇੱਕ ਸਾਧ ਵੇਲੇ ਦੇ ਹਰਨਾਮ ਦਾਸ ਨੇ ਸੁਖਮਨੀ ਸਾਹਿਬ ਛਾਪਿਆ ਸੀ, ਉਸ ਨੇ ਬਹੁਤ ਸਾਰੇ ਲਫ਼ਜ਼ ਸਤਿਗੁਰਾਂ ਦੇ ਅਰੋ ਦੇ ਉਲਟ ਲਿਖੇ ਸਨ। ਉਹਨਾਂ ਨੇ ਕਿਹਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਪੈਰੀ ਪੈਣ ਕਿਹਾ ਸ੍ਰੀ ਚੰਦ ਜੀ ਨੂੰ, ਸ੍ਰੀ ਚੰਦ ਨੇ ਮਾਣ ਦੇ ਨਾਲ ਕਿਹਾ ਕਿ ਇਹੋ ਜਿਹੇ ਲਫ਼ਜ਼ ਮੇਰੇ ਮੂੰਹੋਂ ਨਾ ਨਿਕਲਣ। ਸਤਿਗੁਰਾਂ ਨੂੰ ਕਰਾੜ ਸ਼ਬਦ ਅਤੇ ਕੋਹੜੀ ਸ਼ਬਦ ਵਰਤਿਆ, ਕਹਿੰਦੇ ਇਹਨਾਂ ਦੇ ਪੈਰੀ ਮੈਂ ਨਹੀਂ ਪੈਣਾ। ਅਤੇ ਉਹ ਫਿਰ ਅਤੇ ਪੰਜਵੇਂ ਪਾਤਸ਼ਾਹ ਤੱਕ ਹੋ ਰਿਹਾ ਅਤੇ ਪੰਜਵੇਂ ਪਾਤਸ਼ਾਹ ਫਿਰ ਸ੍ਰੀ ਚੰਦ ਦੇ ਦਰਸ਼ਨ ਕਰਨ ਗਏ ਅਤੇ ਸ੍ਰੀ ਚੰਦ ਅੱਗੇ ਅਤੇ ਬਾਣੀ ਨਾਲ ਗੁਰੂ ਸਾਹਿਬ ਨੂੰ ਫੁਰੇ ਅਤੇ ਸ੍ਰੀ ਚੰਦ ਨੇ ਕਿਹਾ ਗੁਰੂ ਨਾਨਕ ਸਾਹਿਬ ਦਾ ਨਾਂ ਰੱਖੋ ਜੀ ਤਾਂ ਬਾਣੀ ਫੁਰੂਗੀ। ਫਿਰ ਅਤੇ ਅਸ਼ਟਪਦੀਆਂ ਮਗਲੀਆਂ ਸ੍ਰੀ ਚੰਦ ਨੇ ਸੁਣਾ ਦਿੱਤੀਆਂ। ਇਹ ਜੀ ਨਿੰਦਿਆ ਕੀਤੀ ਹੈ ਗੁਰੂ ਸੱਚੇ ਪਾਤਸ਼ਾਹ ਦੀ ਉਸ ਨੇ, ਸਾਧ ਵੇਲੇ ਹਰਨਾਮ ਦਾਸ ਸੀ ਜਿਸ ਨੇ ਇਸ ਪ੍ਰਕਾਰ ਦੇ ਸਾਧ ਸੰਗਤ ਜੀ ਗੁਰੂ ਘਰ ਦੇ ਜਿਹੜੇ ਨਿੰਦਕ ਲੋਕ ਹੈ ਉਹ ਕਿਸੇ ਇਤਿਹਾਸ ਦੀ ਜਿਹੜੀ ਉਗਾਹੀ ਨਹੀਂ ਜਿਹੜੀਆਂ ਗੱਲਾਂ ਕਰਦੇ ਹਨ, ਉਹਨਾਂ ਦੀ ਜ਼ਬਾਨ ਇਹੀ ਜੀ ਜਿਹੜੀ ਹੈ ਕੰਮ ਕਰਨ ਵਾਲੀ ਨਹੀਂ ਰਹਿਣੀ ਚਾਹੀਦੀ, ਜਿਹੜੇ ਇਸ ਤਰ੍ਹਾਂ ਗੁਰੂ ਸਾਹਿਬ ਦੀ ਨਿੰਦਿਆ ਕਰਦੇ ਹਨਗੇ। ਜਿਵੇਂ ਮਰਾਸੀਆਂ ਨਿੰਦਿਆ ਕੀਤੀ, ਕੋਹੜ ਚੱਲ ਗਿਆ ਸੀ, ਇਹੋ ਜਿਹੇ ਪੁਰਖਾਂ ਨੂੰ ਨਿੰਦਕਾਂ ਪੁਰਖਾਂ ਦੇ ਮੂੰਹ 'ਚ ਕੋਹੜ ਬਹਿ ਜਾਣਾ ਚਾਹੀਦਾ ਹੈ ਜਾਂਦੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਨਿੰਦਿਆ ਕਰਨੀ, ਇਸ ਪ੍ਰਕਾਰ ਦੀਆਂ ਗੱਲਾਂ ਸਾਧ ਸੰਗਤ ਜੀ ਉਹਨਾਂ ਲੋਕਾਂ ਨੂੰ ਲਿਖੀਆਂ ਹਨਗੀਆਂ। ਅਤੇ ਲਿਖਿਆ ਸੁਖਮਨੀ ਸਾਹਿਬ ਦਾ ਮਹਾਤਮ, ਇਹ ਮਹਾਤਮਾ ਨੂੰ ਲਿਖਿਆ, ਇਸ ਪ੍ਰਕਾਰ ਦੀ ਨਿੰਦਿਆ ਕੀਤੀ ਹੈ। ਸੋ ਇਹੋ ਜਿਹੇ ਸਾਹਿਤ ਪੁਰਖਾਂ ਦੀ ਜਿਹੜੀ ਉਗਾਹੀ ਹੈ ਉਹਨੂੰ ਕਦੇ ਸੁਣ ਕੇ ਗਰਵ ਨਹੀਂ ਕਰਨਾ ਅਤੇ ਨਾ ਦਿਲ 'ਚ ਵਸਾਉਣਾ। ਸੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਾਂ ਸਾਰੇ ਜੀਆਂ ਦੀ ਕਲਿਆਣ ਕਰਨ ਵਾਸਤੇ ਇਹ ਪਵਿੱਤਰ ਬਾਣੀ ਉਚਾਰ ਰਹੇ ਹਨ, ਸਾਰੇ ਜੀਆਂ ਦਾ ਭਲਾ ਕਰਨ ਵਾਸਤੇ ਮਹਾਰਾਜ ਸਾਹਿਬ ਨੇ ਅੰਮ੍ਰਿਤ ਨੂੰ ਸ਼ਬਦ ਉਚਾਰੇ ਹਨ। ਇਸ ਦੇ ਵੱਖੋ ਵੱਖਰੀਆਂ ਅਸ਼ਟਪਦੀਆਂ ਦੇ ਵਿੱਚ ਜੋ ਸਿਧਾਂਤ ਹੋਵੇਗਾ ਉਹ ਨਾਲੋ ਨਾਲ ਹੀ ਅਰਜ ਕੀਤਾ ਜਾਇਆ ਕਰੇਗਾ। ਕ੍ਰਿਸ਼ਨ ਭਗਵਾਨ ਨੇ 18 ਇਤਿਹਾਸ ਲਿਖੇ ਹਨ ਗੀਤਾ ਦੇ ਅੰਦਰ, ਉਪਦੇਸ਼ ਦਿੱਤਾ ਅਰਜਨ ਦੇ ਪ੍ਰਥਾਏ, ਗੁਰੂ ਸਾਹਿਬ ਨੇ ਉੱਤਮ ਭਗਤੇ ਨੂੰ ਮਨ ਦੇ ਪ੍ਰਥਾਏ ਸਭਨਾਂ ਨੂੰ ਉਪਦੇਸ਼ ਬਖਸ਼ਿਆ ਸੱਚੇ ਪਾਤਸ਼ਾਹ ਜੀ ਨੇ। ਬਾਕੀ ਲਛਮੀ ਕੀਤੇ ਹੈ, ਵੈਸ਼ਨੋ ਦੇ ਲੱਖਣ ਕੀਤੇ ਹੈ, ਪੰਡਿਤ ਦੇ ਲੱਖਣ ਕੀਤੇ ਹੈ, ਜੀਵਨ ਮੁਕਤ ਦੇ ਲੱਖਣ ਕੀਤੇ ਹੈ, ਸੇਵਕ ਦੇ ਲੱਖਣ ਕੀਤੇ ਹੈ, ਭਗਵਤੀ ਦੇ ਲੱਖਣ ਕੀਤੇ ਹਨ, ਇਸ ਪ੍ਰਕਾਰ ਦਾਸਾਂ ਦੇ ਲੱਖਣ ਕੀਤੇ ਹਨ, ਲੱਖਣ ਵੀ ਕੀਤੇ ਹੈ ਬਾਣੀ ਵਿੱਚ। ਅਤੇ ਸੱਚੇ ਪਾਤਸ਼ਾਹ ਜੀ ਨੂੰ ਬ੍ਰਹਮ ਗਿਆਨੀ ਦੇ ਲੱਖਣ ਕਹੇ ਹਨ, ਇਸ ਪ੍ਰਕਾਰ ਲੱਖਣ ਵੀ ਕਹੇ ਹੈ। ਪਰ ਗੁਰੂ ਮਹਾਰਾਜ ਸਾਹਿਬ ਜੀ ਨੂੰ ਪਰਮ ਪਵਿੱਤਰ ਉਪਦੇਸ਼ ਮਨ ਦੁਆਰਾ ਸਭਨਾਂ ਦੇ ਤਾਂ ਹੀ ਬਖਸ਼ਿਆ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਮਨ ਸਾਰਿਆਂ ਦਾ ਅਧਿਕਾਰੀ ਬਣ ਕੇ ਇਹਨੂੰ ਗ੍ਰਹਿਣ ਕਰ ਸਕੇ। ਇਉਂ ਨਾ ਹੋਵੇ ਕਿ ਵਸਿਸ਼ਠ ਮੁਨੀ ਹੁਣ ਸ੍ਰੀ ਰਾਮ ਚੰਦਰ ਨੂੰ ਕਹਿੰਦਾ ਰਾਮ ਜੀ ਸੁਣ, ਹੇ ਰਾਮ ਅਤੇ ਹੇ ਅਰਜਨ, ਇਹ ਗੱਲ ਨਾ ਰਹੇ ਸਾਰਿਆਂ ਦੇ ਮਨ ਇੱਕ ਹੈ, ਮਨ ਸੁਣ ਕਰਕੇ ਨਿਹਾਲ ਹੋ ਸਕਣ। ਇਹ ਉੱਤਮ ਭਗਤਾ ਸਤਿਗੁਰੂ ਜੀ ਨੇ ਮਨ ਪ੍ਰਥਾ ਹੈ ਇਹ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ ਹੈ। ਇਸ ਵਿੱਚ ਮਹਾਰਾਜ ਸਾਹਿਬ ਜੀ ਨੇ 24 ਪ੍ਰਕਰਨ ਉਚਾਰਨ ਕੀਤੇ ਹਨ, ਜਿਹਨਾਂ ਪ੍ਰਕਰਨਾਂ ਦਾ ਵੱਖੋ ਵੱਖਰਾ ਸਿਧਾਂਤ ਹੋਵੇਗਾ। ਸੋ ਇਸ ਪ੍ਰਕਾਰ ਸਾਰੇ ਜੀਆਂ ਦੀ ਕਲਿਆਣ ਕਰਨ ਵਾਸਤੇ ਮਹਾਰਾਜ ਬਾਣੀ ਆਰੰਭ ਕਰਦੇ ਹਨ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੌੜੀ ਰਾਗਣੀ ਹੈ, ਸੁਖਮਨੀ ਬਾਣੀ ਦਾ ਨਾਮ ਹੈ, ਸੁਖਾਂ ਦੀ ਸਾਧ ਸੰਗਤ ਜੀ ਮਣੀ ਹੈ। ਜਿਸ ਪ੍ਰਕਾਰ ਚੰਦਰਕਾਂਤਾ ਮਣੀ ਹੁੰਦੀ ਹੈ ਸਾਧ ਸੰਗਤ ਜੀ, ਉਹ ਚੰਦਰਮਾ ਦੇ ਸਾਹਮਣੇ ਰੱਖਦੀ ਹੈ, ਉਹਦੀਆਂ ਕਿਰਨਾਂ ਵਿੱਚੋਂ ਅੰਮ੍ਰਿਤ ਸਰਵਣ ਲੱਗ ਜਾਂਦਾ ਹੈ। ਅੰਮ੍ਰਿਤ ਸਰਵਿਆ ਹੋਇਆ ਜੇ ਕੋਈ ਜ਼ਹਿਰੀਲੇ ਸੱਪ ਉਹਨੂੰ ਚੱਟਣ, ਉਹਦੀ ਜ਼ਹਿਰ ਮਿਟ ਜਾਂਦੀ ਹੈ, ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਇਹ ਅੰਮ੍ਰਿਤ ਰੂਪ ਬਾਣੀ ਸੁਖਮਨੀ ਸਾਹਿਬ ਜੋ ਹੈ ਚੰਦਰਕਾਂਤਾ ਮਣੀ ਵੀ ਨਹੀਂ ਆਈ ਹੈ। ਜਿੱਥੇ ਵਿਰਾਗ ਵਾਲੇ ਗੁਰਮੁਖ ਹਨ ਉਹ ਚੰਦਰਮਾ ਜਿਹਨਾਂ ਦੇ ਹਿਰਦੇ 'ਚ ਵਿਰਾਗ ਦਾ ਚੜਿਆ ਹੋਇਆ ਹੈ, ਉਹਨਾਂ ਦੀ ਸੰਗਤ ਵਿੱਚ ਜਦੋਂ ਇਹ ਅੰਮ੍ਰਿਤ ਰੂਪ ਬਾਣੀ ਵਸੇਗੀ ਇਸ ਵਿੱਚੋਂ ਆਨੰਦ ਰੂਪੀ ਸਾਧ ਸੰਗਤ ਜੀ ਰਸ ਨਿਕਲੇਗਾ, ਅੰਮ੍ਰਿਤ ਨਿਕਲੇਗਾ। ਉਹ ਆਨੰਦ ਸਾਰੇ ਜਿਹੜੇ ਸਾਡੇ ਮਨ ਵਿਸ਼ਿਆਂ ਕਰਕੇ ਵਿਖਾਈ ਹੋਏ ਸੱਪਾਂ ਦੀ ਨਹੀਂ ਆਈ, ਉਹ ਜ਼ਹਿਰ ਉਤਾਰਨ ਨੂੰ ਸਮਰੱਥ ਹੋਵੇਗੀ। ਅੰਮ੍ਰਿਤ ਰੂਪ ਬਾਣੀ ਸਾਰਿਆਂ ਦੀ ਵਿਸ਼ਿਆਂ ਦੀ ਜ਼ਹਿਰ ਉਤਾਰ ਦੇਵੇਗੀ। ਐਸੀ ਇਹ ਸੁਖਮਣੀ ਹੈ, ਸੁਖਾਂ ਦੀ ਮਣੀ ਹੈ, ਚੰਦਰਕਾਂਤਾ ਮਣੀ ਨਹੀਂ, ਸੁਖਾਂ ਦੀ ਇਹ ਮਣੀ ਹੈ। ਮਣੀ ਮਨਾਂ ਨੂੰ ਸੁਖ ਦੇਣ ਵਾਲੀ ਹੈ, ਅਣਗਿਣਤ ਸੁਖਾਂ ਨੂੰ ਬਖਸ਼ਣ ਵਾਲੀ ਹੈ। ਸੁਖਾਂ ਦੀ ਮਣੀ ਹੈ ਮਨ ਸਾਧ ਸੰਗਤ ਜੀ,
ਜਿਸ ਪ੍ਰਕਾਰ ਟੋਸਾ ਮੰਨੀ ਪਕਾਇਆ ਹੁੰਦਾ ਹੈ, ਇਵੇਂ ਜਿਸ ਮੰਨੀ ਦੇ ਵਿੱਚ ਇਹ ਭਗਤੀ ਰੂਪ ਖੰਡ ਪਾਈ ਹੋਈ ਹੈ, ਗਿਆਨ ਰੂਪੀ ਮੈਦਾ ਪਾਇਆ ਹੋਇਆ, ਪ੍ਰੇਮ ਰੂਪੀ ਘਿਓ ਪਾਇਆ ਹੋਇਆ, ਐਸੀ ਇਹ ਸੁਖਾਂ ਦੀ ਮੰਨੀ ਬਣਾਈ ਹੋਈ ਹੈ। ਲੋਕ ਪ੍ਰਲੋਕ ਦਾ ਤੋਸਾ ਹੈ ਸੁਖਣੀ ਸਾਹਿਬ ਜਿਹੜੀ ਬਾਣੀ ਹੈ। ਅਤੇ ਸੁਖ ਮਨੀ, ਮਨੀ ਨਾ ਪ੍ਰਸ਼ਤੀ ਦਾ ਵੀ ਕਹਿੰਦੇ ਹਨ, ਜਿਵੇਂ ਘਰ ਦੇ ਵਿੱਚ ਚੀਜ਼ਾਂ ਵਾਸਤੇ ਰੱਖਣ ਵਾਸਤੇ ਘਰ ਵਿੱਚ ਪ੍ਰਸ਼ਤੀਆਂ ਬਣਾਈਆਂ ਹੁੰਦੀਆਂ, ਇਹ ਸੁਖਾਂ ਦੀ ਪ੍ਰਸ਼ਤੀ ਹੈ। ਸਾਰੇ ਸੁਖਾਂ ਨੂੰ ਅੰਦਰ ਰੱਖਣ ਵਾਸਤੇ, ਸਾਂਭ ਕੇ ਰੱਖਣ ਵਾਲੇ ਜਿਹਨਾਂ ਦੇ ਹਿਰਦੇ 'ਚ ਇਹ ਵਸੀ ਹੋਈ ਹੈ, ਉਹਨਾਂ ਦੇ ਤਾਂ ਹੀ ਸਾਰੇ ਸੁਖਾਂ ਦੀ ਪ੍ਰਾਪਤੀ ਕਰਨ ਵਾਲੀ ਹੈ। ਸੁਖਾਂ ਦੀ ਮਣੀ ਇਹ ਸਤਸੰਗ ਜੀ ਸੁਖਾਂ ਦੀ ਮਣੀ ਹੈ, ਕੋਈ ਚੰਦਰਕਾਂਤਾ ਮਣੀ ਹੈ, ਕੋਈ ਸਤਸੰਗ ਜੀ ਹੋਰ ਮਣੀਆਂ ਹਨ, ਇਹ ਤਾਂ ਸੁਖਾਂ ਦੀ ਮਣੀ ਹੈ, ਸੁਖ ਸਰੂਪ ਨੂੰ ਪ੍ਰਗਟ ਕਰਨ ਵਾਲੀ ਹੈ, ਮਨਾਂ ਦੇ ਅੰਦਰ ਸੁਖ ਪੈਦਾ ਕਰਨ ਵਾਲੀ ਹੈ। ਐਸੀ ਸੁਖ ਮਣੀ ਨਾ ਸਿਰੋਮਣੀ ਸੁਖ ਦੇ ਦੇਣ ਵਾਲੀ ਹੈ, ਅਕਾਲ ਪੁਰਖ ਦਾ ਸਿਰੋਮਣੀ ਸੁਖ ਦੇਣ ਵਾਲੀ ਹੈ, ਜਿਨ੍ਹਾਂ ਦੇ ਮਨ 'ਚ ਵਸੀ ਹੈ ਉਹਨਾਂ ਨੂੰ ਸੁਖ ਸਰੂਪ ਦੀ ਪ੍ਰਾਪਤੀ ਹੋਈ ਹੈ। ਇਸ ਪ੍ਰਕਾਰ ਸੁਖਨੀ ਸਾਹਿਬ ਦੇ ਅਰਥ ਤੋਂ ਬਹੁਤ ਹੈ। ਸੋ ਆਪਣੇ ਰਸ ਲੈਣ ਵਾਸਤੇ ਐਸੀ ਮਨਾਂ ਨੂੰ ਸੁਖ ਦੇ ਦੇਣ ਵਾਲੀ ਸੁਖਾਂ ਦੀ ਇਹ ਮਣੀ ਹੈ, ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਮਹੱਲਾ ਪੰਜਵਾਂ ਸਰੂਪ ਸੱਚੇ ਪਾਤਸ਼ਾਹ ਉਚਾਰਦੇ ਹਨ। ਸਲੋਕ ਸਲੋਕ ਮਹਾਰਾ ਸਾਹਿਬ ਸੱਚੇ ਪਾਤਸ਼ਾਹ ਹਰੇਕ ਅਸ਼ਟਪਦੀ ਦੇ ਆਦਿ ਵਿੱਚ ਲਿਖਿਆ ਕਰਨਗੇ। ਇੱਥੇ ਵੀ ਉਸ ਨਿਯਮ ਅਨੁਸਾਰ ਸਲੋਕ ਮਹਾਰਾ ਲਿਖਦੇ ਹਨ। ਸਵੈ ਸਰੂਪ ਦੀ ਲੋਕ ਪ੍ਰਾਪਤੀ ਪ੍ਰਕਾਸ਼ ਕਰਨ ਵਾਲਾ, ਜੋ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਸਰੂਪ ਦੇਗਾ, ਐਸਾ ਸਲੋਕ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹਾਰਾ ਮੰਗਲ ਕਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ਰ ਹੈ, ਜਾਤੀ ਬਜਾਤੀ ਸੁਗਤ ਭੇਦ ਰਹਿਤ ਹੈ, ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ। ਓਅੰਕਾਰ ਉਚਾਰਨੇ ਮਾਤੇ ਸੁਰੱਖਿਆ ਕਰਨ ਵਾਲਾ, ਵਿਆਕਰਨੀਏ ਕਈ ਮੰਨਦੇ ਹੈ, ਅਵਧੰਤੂ ਤੋਂ ਬਣਦੇ ਹਨ ਕਹਿੰਦੇ ਹਨ। ਸੋ ਉਚਾਰਨੇ ਮਤ ਜੋ ਰੱਖਿਆ ਕਰੇ ਉਸਨੂੰ ਓਅੰਕਾਰ ਕਹਿੰਦੇ ਹੈ। ਗੁਰੂ ਸੰਕੇਤ ਦੇ ਅੰਦਰ ਹੈ ਜਿਹੜਾ ਸਾਰਿਆਂ ਦਾ ਪ੍ਰਕਾਸ਼ ਕਰਨ ਵਾਲਾ ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਉਹਦਾ ਨਾਂ ਓਅੰਕਾਰ ਹੈ। ਵਿਆਕਰਨ ਵਾਲੇ ਇਹਦੇ ਤਾਂ ਹੀ ਅਵਧੰਤ ਤੋਂ ਬਣਿਆ ਮੰਨਦੇ ਹਨ, ਅਤੇ ਜਿਹੜੇ ਪਿੰਗਲ ਵਾਲੇ ਹੈ ਉਹ ਮਾਤ੍ਰਿਕ ਸ਼ਬਦ ਮੰਨਦੇ ਹਨ। ਅਕਾਰ ਮਕਾਰ ਉਕਾਰ ਪੁਨ ਅਰਧ ਬਿੰਦ ਪਹਿਚਾਣ, ਚਾਰੋ ਕੋ ਸਮੁਦਾਇ ਜੋ ਓਅੰਕਾਰ ਪਛਾਣ। ਇਹਨਾਂ ਮਾਤਰਾ ਦੇ ਵਿੱਚ ਉਹ ਬਹੁਤ ਸਾਰੇ ਹਿਰਨ ਗਰਭ ਬਰਾਟ ਅਤੇ ਅਭਿਆਕ੍ਰਿਤ ਆਦਿਕਾਂ ਦੇ ਤਾਂ ਕਲਪਦੇ ਹਨ, ਅਤੇ ਤੈਜਸ ਪਰਾਗ ਅਤੇ ਵਿਸ ਨਾਵਾਂ ਨੂੰ ਉਚਾਰਨ ਕਰਦੇ ਹਨ। ਜਿਹੜਾ ਅਰਧ ਬਿੰਦ ਹੈ ਉਹ ਚੇਤਨ ਦਾ ਹਿੱਸਾ ਮੰਨਦੇ ਹਨ। ਤਿੰਨ ਸੇ ਜਿਹੜੇ ਪਹਿਲੇ ਹਨ ਓਅੰਕਾਰ ਦੀ ਲਖੀਰ ਦੇ, ਇਹਨਾਂ 'ਚ ਆਕਾਰ ਉਕਾਰ ਮਕਾਰ ਇਹ ਮੰਨਦੇ ਹਨ। ਆਕਾਰ ਵਿੱਚ ਤੇਜਸ ਨਾਵਾਂ ਜੀਵ ਅਤੇ ਇਸੇ ਪ੍ਰਕਾਰ ਹਿਰਨ ਗਰਭ, ਅਤੇ ਉਕਾਰ ਦੇ ਅੰਦਰ ਵਿਸ ਨਾਵਾਂ ਜੀਵ ਅਤੇ ਬਰਾਟ, ਇਸੇ ਪ੍ਰਕਾਰ ਮਕਾਰ ਦੇ ਅੰਦਰ ਅਭਿਆਕ੍ਰਿਤ ਅਤੇ ਪਰਾਗ, ਇਹਨਾਂ ਨੂੰ ਮੰਨਦੇ ਹਨ। ਅਤੇ ਜਿਹੜਾ ਅਰਧ ਭਾਗ ਚੇਤਨ ਦਾ ਹਿੱਸਾ ਹੈ ਉਹਨੂੰ ਸ਼ੁੱਧ ਮੰਨਦੇ ਹਨ। ਇਸ ਪ੍ਰਕਾਰ ਚੋਹਾਂ ਦੇ ਸਮੁਦਾਇ ਨੂੰ ਓਅੰਕਾਰ ਇਹ ਮਾਤ੍ਰਿਕ ਸ਼ਬਦ ਮੰਨ ਕਰਕੇ ਮਾਤਰਾ ਦੇ ਨਾਲ ਜਿਹੜੇ ਪਿੰਗਲ ਵਾਲੇ ਹੈ ਉਹ ਇਸ ਪ੍ਰਕਾਰ ਉਚਾਰਨ ਕਰਦੇ ਹਨ। ਸੋ ਇਸਦੇ ਵਿੱਚ ਲੈ ਚਿੰਤਨ ਕਰਦੇ ਹਨ, ਲੈ ਚਿੰਤਨ ਕਰਦੇ ਹਨ, ਉਕਾਰ ਨੂੰ ਆਕਾਰ 'ਚ ਲੈ ਕਰਦੇ ਹੈ, ਆਕਾਰ ਨੂੰ ਮਕਾਰ 'ਚ ਲੈ ਕਰਦੇ ਹੈ, ਮਕਾਰ ਨੂੰ ਅਰਧ ਬਿੰਦ 'ਚ ਲੈ ਕਰਦੇ ਹੈ। ਇਸ ਪ੍ਰਕਾਰ ਉਹ ਤੈਜਸ ਪਰਾਗ ਵਿਸ਼ਨਾਵਾਂ ਜੀਵ ਆਦਿਕਾਂ ਨੂੰ ਅਤੇ ਅਭਿਆਕ੍ਰਿਤ ਅਤੇ ਬਰਾਟ ਅਤੇ ਆਪਣੇ ਹਿਰਨ ਗਰਭ ਆਦਿਕਾਂ ਨੂੰ ਇਸ ਪ੍ਰਕਾਰ ਸਾਰੀਆਂ ਚੀਜ਼ਾਂ ਨੂੰ ਸੁਧ ਦੇ ਵਿੱਚ ਲੈ ਕਰਕੇ ਏਕਤਾ ਕਰਦੇ ਹੈ। ਇਹ ਨਿਰਗੁਣ ਸਰਗੁਣ ਦੀ ਉਪਾਸ਼ਨਾ ਰੂਪ ਕਰਕੇ ਕਥਨ ਕਰਦੇ ਹੈ। ਸੁਰੋ ਵਿਚਾਰ ਓਅੰਕਾਰ ਜੋ ਇੱਕ ਅਦੈਤ ਨੂੰ ਜਾਤੀ ਬਜਾਤੀ ਸੁਗਤ ਭੇਦ ਰਹਿਤ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਕਾਲਵਾਦ ਰੂਪ ਹੈ, ਕਈ ਕਾਲਵਾਦ ਤੰਗ ਸਕਤੰ, ਤੇ ਗੁਰੂ ਚੇਤਨ ਪ੍ਰਕਾਸ਼ ਹੈ, ਅਲੋਕ ਪ੍ਰਕਾਸ਼ ਤੰਗ ਚੇਤਨ ਤੰ, ਜਿਹੜਾ ਲੁਕਣ ਤੋਂ ਰਹਿਤ ਪ੍ਰਕਾਸ਼ ਵਾਲਾ ਉਹ ਗੁਰੂ ਹੈ, ਅਤੇ ਪ੍ਰਸਾਦ ਆਨੰਦ ਸਰੂਪ ਹੈ, ਸਵਾਦਾਂ ਤੋਂ ਪਰੇ ਹੈ। ਐਸਾ ਵਸਤੂ ਨਿਰਦੇਸ਼ ਰੂਪ ਮੰਗਲ ਬੀਜ ਮੰਤਰ ਵਿੱਚ ਗੁਰੂ ਸਾਹਿਬ ਵਿਚਾਰਨ ਕਰਦੇ ਹੈ, ਜੋ ਇੱਕ ਓਅੰਕਾਰ ਪਰਮੇਸ਼ਵਰ ਹੈ
ਉਹਨੇ ਆਪਦੀ ਇੱਛਾ ਨਾਲ ਸਤਿਗੁਰੂ ਦਾ ਰੂਪ ਧਾਰ ਕੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਤੇ ਆਪਦੀ ਪ੍ਰਾਪਤੀ ਕਰਨ ਵਾਸਤੇ ਆਦਮ ਤੇ ਇੱਕ ਅਵਤਾਰਾ ਸੋਈ ਗੁਰੂ ਸਿੰਘ ਜੀ ਉਹ ਹਮਾਰਾ ਆਪ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਾਪਤ ਹੁੰਦੇ ਹਨ। ਆਦਿ ਗੁਰ ਏ ਨਮਹ ਸਤਿਗੁਰਾਂ ਦਾ ਮੰਗਲ ਕਰਦੇ ਹਨ। ਆਦਿ ਗੁਰੂ ਕੌਣ ਹੈ? ਦਸਾਂ ਪਾਤਸ਼ਾਹ ਦੀ ਆਦਿ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ। ਇਹ ਨਾਂ ਹੈ ਨੇ ਦਾ, ਨੇ ਨਾਂ ਤਾਈ ਦਾ। ਆਦਿ ਸਤਿਗੁਰੂ ਨਾਨਕ ਦੇ ਦਸਾਂ ਪਾਤਸ਼ਾਹ ਦੇ ਜੋ ਹਨ ਉਹਨਾਂ ਦੇ ਤਾਈ ਨਵੇਂ ਨਮਸਕਾਰ ਹੈ ਸਾਡੀ। ਇਹ ਵੱਖਰਾ ਪੜ੍ਹਨਾ ਹੈ, ਇਹ ਨਵਾਂ ਨਹੀਂ ਪੜ੍ਹਨਾ। ਆਦਿ ਗੁਰ ਇਹ ਆਦਿ ਪਹਿਲੇ ਗੁਰੂ ਨਾਨਕ ਦੇਵ ਜੀ ਜਿਹੜੇ ਹਨ ਉਹਨਾਂ ਦੇ ਤਾਈ ਨਵੇਂ ਨਮਸਕਾਰ ਹੈ ਸਾਡੀ। ਜੁਗਾਦਿ ਗੁਰ ਇਹ ਨਵੇਂ ਕੌਣ ਹਨ? ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ। ਉਹਨਾਂ ਦੇ ਆਦਿ ਕੌਣ ਹੈ? ਸ੍ਰੀ ਗੁਰੂ ਅੰਗਦ ਸਾਹਿਬ ਜੀ। ਯੁਗ ਦੋ ਸਤਿਗੁਰਾਂ ਦੇ ਆਦਿ, ਚੌਹਾਂ ਸਤਿਗੁਰਾਂ ਦੇ, ਚੌਹਾਂ ਸਤਿਗੁਰਾਂ ਦੇ ਵਿੱਚੋਂ ਦੋ ਸਤਿਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ ਦੇ ਆਦਿ ਜੋ ਗੁਰੂ ਅੰਗਦ ਸਾਹਿਬ ਜੀ ਹੈ ਉਹਨਾਂ ਗੁਰਾਂ ਦੇ ਤਾਈ ਸਾਡੀ ਨਮਸਕਾਰ ਹੈ। ਦੂਜੇ ਪਾਤਸ਼ਾਹ ਦੇ ਤਾਈ ਸਤਿਗੁਰ ਏ ਨਮ ਹੈ, ਸਤਿਗੁਰੂ ਅਮਰਦਾਸ ਸਾਹਿਬ ਦੇ ਤਾਈ ਸਾਡੀ ਨਮਸਕਾਰ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਗੁਰੂ ਸ਼ਬਦ ਦੇ ਨਾਲ ਵਰਤਿਆ। ਸਤਿਗੁਰੂ ਸੱਚ ਪ੍ਰਤੱਗੀ ਸਨ, ਜੋ ਬਚਨ ਕਰਦੇ ਸਨ ਉਹ ਪੂਰਨ ਕਰਦੇ ਸਨ। ਸਤਿਗੁਰੂ ਜੀ ਨੇ ਬਹੁਤ ਸਾਰੇ ਮਰਿਆਂ ਨੂੰ ਚਰਨ ਛੁਆ ਕੇ ਜਿਉਂਦੇ ਕੀਤਾ। ਫਿਰ ਹਜ਼ੂਰ ਦੇ ਬੜੇ ਰੋਗੀਆਂ ਦੇ ਰੋਗ ਖੰਡੇ, ਆਦਿ ਦ੍ਰਿਸ਼ਟੀ ਨਾਲ ਰੋਗੀ ਦੇ ਰੋਗ ਦੂਰ ਕਰ ਦਿੱਤੇ। ਫਿਰ ਸਤਿਗੁਰੂ ਦੇ ਚਿੱਤ ਵਿੱਚ ਆਇਆ ਕਿ ਅਸੀਂ ਜਿਨ੍ਹਾਂ ਚਿਰ ਗੁਰਤਾ ਗੱਦੀ ਕਰਨੀ ਹੈ ਉਹਨਾਂ ਚਿਰ ਗੋਇੰਦਵਾਲ ਸਾਹਿਬ ਜਾਮੀ ਨਾ ਆ ਕੇ ਪ੍ਰਵੇਸ਼ ਕਰੇ, ਕਿਉਂਕਿ ਰੋਜ਼ ਮਰਿਆਂ ਨੂੰ ਜਿਉਂਦੇ ਕਰਕੇ ਰੱਬ ਦੇ ਸ਼ਰੀਕ ਬਣਨਾ ਪਊ। ਇਸ ਕਰਕੇ ਜਮ ਨੂੰ ਉਠਾ ਕੇ ਦੱਸਦੇ ਪਾਤਸ਼ਾਹ ਨੇ ਇਹ ਪ੍ਰਤੱਗਿਆ ਕੀਤੀ, ਇਹ ਸੱਚੀ ਪ੍ਰਤੱਗਿਆ ਨਿਭਾਈ। 22 ਸਾਲ ਮਹਾਰਾਜ ਗੁਰਤਾ ਗੱਦੀ ਕੀਤੀ, ਉਹਨਾਂ ਚਿਰ ਗੋਇੰਦਵਾਲ ਸਾਹਿਬ ਕੋਈ ਵੀ ਨਹੀਂ ਮਰਿਆ, ਨਾ ਕੋਈ ਰੋਗੀ ਹੋਇਆ। ਇਸ ਪ੍ਰਤੱਗਿਆ ਨੂੰ ਪੂਰਾ ਨਿਭਾਇਆ ਹੈ। ਇਸ ਕਰਕੇ ਸੱਤ ਪ੍ਰਤੱਗੀ ਗੁਰੂ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ, ਨਾਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ, ਜਿਹਨਾਂ ਨੇ ਕਿਹਾ ਸੀ ਦੋਸਤ ਆ ਬਾਣੀ ਕਾ ਬੋਸਤ ਆ, ਇਹ ਵਡਿਆਈ ਦਿੱਤੀ ਸੀ। ਫਿਰ ਸੱਚ ਪ੍ਰਤੱਗੀ ਇਹ ਜੇ ਸਨ, ਇੱਕ ਦਿਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਆਪ ਜੀ ਨੂੰ ਬਰਾਬਰ ਤੋਰਨਾ ਚਾਹੁੰਦੇ ਸਨ। ਸਤਿਗੁਰੂ ਸਾਹਿਬ ਜੀ ਸੱਜੀ ਬਾਂਹ ਫੜੀ ਹੋਈ ਹੈ ਤੇ ਬਰਾਬਰ ਤੋਰਦੇ, ਆਪ ਸੰਕੋਚ ਕੇ ਥੋੜਾ ਜਿਹਾ ਸਤਿਗੁਰਾਂ ਤੋਂ ਥੋੜਾ ਜਿਹਾ ਪਿੱਛੇ ਹੋ ਕੇ ਚੱਲਦੇ ਹੈ, ਬਰਾਬਰ ਨਹੀਂ ਆਪਣਾ ਪੈਰ ਰੱਖਦੇ, ਸਤਿਕਾਰ ਰੱਖਦੇ, ਗੁਰੂ ਸਾਹਿਬ ਦਾ ਆਦਰ ਰੱਖਦੇ ਹੈ। ਉਸ ਵਕਤ ਸਾਧ ਸੰਗਤ ਜੀ ਗੁਰੂ ਅੰਗਦ ਸਾਹਿਬ ਦੇ ਇਸ ਤਰ੍ਹਾਂ ਬਾਂਹ ਫੜੀ ਹੋਈ ਤੇ ਤੁਰਿਆ ਜਾਂਦਿਆਂ ਗੋਇੰਦਵਾਲ ਸਾਹਿਬ ਵੱਲੋਂ, ਖਡੂਰ ਸਾਹਿਬ ਵੱਲੋਂ ਆਉਂਦਿਆਂ ਹੋਇਆਂ ਆਪ ਜੀ ਦੀ ਜਿਹੜੀ ਖੱਬੀ ਬਾਂਹ ਸੀ ਉਹ ਬਾਹਲੀ ਹਿੱਲ ਕੇ ਥੋੜ੍ਹੀ ਜਿਹੀ ਗੁਰੂ ਅੰਗਦ ਸਾਹਿਬ ਦੇ ਸਰੂਪ ਤੋਂ ਅੱਗੇ ਵੱਧ ਗਈ। ਜਦੋਂ ਅੱਗੇ ਵਧੀ ਵੇਖੀ ਮਹਾਰਾਜ ਸਾਹਿਬ ਨੇ ਕਿਹਾ ਉਹ ਇਹ ਤਾਂ ਸਾਡੀ ਬਾਂਹ ਜਿਹੜੀ ਹੈ ਮੇਰੇ ਸਤਿਗੁਰੂ ਦੇ ਸਤਿਕਾਰ ਨਹੀਂ ਕੀਤਾ, ਅੱਗੇ ਵੱਧ ਕੇ ਹੋ ਗਈ ਹੈ, ਇਸ ਬਾਂਹ ਨੂੰ ਰੱਖਣਾ ਯੋਗ ਨਹੀਂ, ਜੇ ਕੱਟ ਗਈਏ ਤਾਂ ਗੁਰੂ ਸਾਹਿਬ ਨਾਰਾਜ਼ ਹੋਣਗੇ। ਤੇ ਕੱਟਣੀ ਤੇ ਦਿਲੋਂ ਭੁਲਾਉਣੀ ਇੱਕੋ ਜਿਹੀ ਗੱਲ ਹੁੰਦੀ ਹੈ। ਉਸੇ ਵੇਲੇ ਬਾਂਹ ਆਪਣੇ ਗਲ ਨਾਲ ਲਾ ਲਈ ਖੱਬੀ, ਕਹਿੰਦੇ ਤੇਥੋਂ ਕੋਈ ਸੇਵਾ ਨਹੀਂ ਅਸੀਂ ਲੈਣੀ, ਸਾਡੇ ਸਤਿਗੁਰਾਂ ਦਾ ਅਦਬ ਨਹੀਂ ਤੈਅ ਰੱਖਿਆ। ਇਸ ਪ੍ਰਕਾਰ ਲਾ ਕੇ ਸਤਿਗੁਰੂ ਜੀ ਨੇ ਉਸ ਬਾਂਹ ਤੋਂ ਕੋਈ ਸੇਵਾ ਨਹੀਂ ਲਈ ਆਪਣੇ ਸਰੀਰ ਦੀ ਕਿਰਿਆ ਦੀ। ਇਸ ਪ੍ਰਕਾਰ ਐਸਾ ਪ੍ਰਤੱਗਿਆ ਕੀਤੀ, ਵੇਖ ਕੇ ਗੁਰੂ ਅੰਗਦ ਸਾਹਿਬ ਜੀ ਇਹਨਾਂ ਦੀ ਪ੍ਰਤੱਗਿਆ ਨੂੰ ਹਰਾ ਬਹੁਤ ਅਸਚਰਜ ਹੋ ਗਏ, ਕਹਿੰਦੇ ਐਡਾ ਪਰਨ ਤੁਸੀਂ ਤਗੜਾ ਕਰ ਲਿਆ ਹੈ, ਐਸੇ ਸਤਿਗੁਰੂ ਸੱਚ ਪ੍ਰਤੱਗੀ ਸਨ। ਮਹਾਰਾਜ ਸਾਹਿਬ ਜੀ ਜੋ ਜੋ ਬਚਨ ਕਰਦੇ ਉਸੇ ਤਰ੍ਹਾਂ ਪੂਰਨ ਨਿਭਾਇਆ ਕਰਦੇ, ਐਸੇ ਸੱਚ ਪ੍ਰਤੱਗੀ ਗੁਰੂ ਨਾਮ ਸੁਣੇ ਸੁਧਪਾਂਡੇ, ਜਿਹਨਾਂ ਨਾਮ ਸੁਣ ਕੇ ਜੰਮ ਵੀ ਡਰਦਾ ਸੀ, ਪੁਰੀ ਚ ਨੀ ਗੋਇੰਦਵਾਲ ਸਾਹਿਬ, ਪੁਰੀ ਚ ਗੋਬਿੰਦ ਬਾਲ ਗੋਬਿੰਦ ਪੁਰੀ ਸਾਹਮਣੋ ਜਲਨ ਤੀਰ ਬਕੁੰਠ ਵਾਂਗੂ ਮਾਰਨ ਗੋਇੰਦਵਾਲ ਨੂੰ ਵਸਾਤਾ, ਜਿਸ ਵਿੱਚ ਕਿਸੇ ਦਾ ਅੰਤ ਨਹੀਂ ਹੋਇਆ, ਕੋਈ ਰੋਗੀ ਨਹੀਂ ਹੋਇਆ, ਜਿੰਨੇ ਚਿਰ ਮਹਾਰਾਜ ਨੇ ਗੁਰਿਆਈ ਕੀਤੀ ਹੈ। ਐਸੇ ਸੱਚ ਪ੍ਰਤੱਗੀ ਗੁਰੂ ਅਮਰਦਾਸ ਸਾਹਿਬ ਦੇ ਤਾਈ ਸਾਡੀ ਨਵੇਂ ਨਮਸਕਾਰ ਹੈ। ਸਤਿਗੁਰ ਦੇਵ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਸ੍ਰੀ ਗੁਰੂ ਦੇਵ, ਸ੍ਰੀ ਗੁਰੂ ਅਮਰ ਰਾਮਦਾਸ ਸਾਹਿਬ ਆਪ ਜੀ ਦੇ ਨਾਲੇ ਪਿਤਾ ਹਨ, ਦੇਵ ਨਾਲੇ ਤਾਂ ਪਿਤਾ ਹਨ, ਨਾਲੇ ਗੁਰੂ ਹਨ, ਗੁਰੂ ਰਾਮਦਾਸ ਸਾਹਿਬ ਜੀ। ਅਤੇ ਫਿਰ ਸ੍ਰੀ ਲਕਸ਼ਮੀ ਧਾਰਨ ਕੀਤੀ ਆਪ ਜੀ ਨੇ, ਪਹਿਲੇ ਪਾਤਸ਼ਾਹ ਜੀ ਦੇ ਹਜ਼ੂਰ ਲਕਸ਼ਮੀ ਨੂੰ ਬੜੀ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਅੰਗੀਕਾਰ ਕਰੋ। ਗੁਰੂ ਅੰਗਦ ਸਾਹਿਬ ਨੂੰ ਉਹ ਦਿਖਾਇਆ ਸੀ ਨਜ਼ਾਰਾ ਕਰਤਾਰਪੁਰ ਵਿੱਚ, ਮਹਾਰਾਜ ਕਹੇ ਮਹਾਰਾਜ ਕੌਣ ਹੈ? ਰਾਣੀ ਵਾਲੇ ਲਵਾਸ ਜਾ ਕੇ ਨਮਸਕਾਰ ਕਰਦੀ ਹੈ,
आप इहदा आदर नहीं करदे। महाराज साहब ने कहा लक्ष्मी है, ये पहले स्वरूप तो 12 को तक छल नहीं कोई कर सकेगी, अते जदों असीं दूजा स्वरूप धारांगे उस वेले 6 को दूर रहेगी, नेड़े नहीं आ सकेगी। तीजा स्वरूप जदों धारांगे उस वेले ये दरवाजे अगे आ खड़ेगी, अंगीकार नहीं असीं करांगे। फिर जदों चौथा स्वरूप धारांगे उहदे चरणी आ लगेगी, इहदे पदार्थ सारे आउणगे, ये निर्लेप रहांगे जल च जिवें कवल निर्लेप रहिंदा। ये महाराज साहब जी ने वचन किए सन। इस प्रकार चौथे पातशाह जी ने श्री हरिमंदर साहब के चौहान दरवाजिया थानी संगत की भेटा न अंगीकार किया है। माया के ढेर लगे रेंदे, पृथ्वी अर्गे नितवर्ती हो के पदार्था के प्यारे सामभ लग गए। आप जी ने कदे अंगीकार नहीं की। श्री लक्ष्मी सेवा वास्ते आई जान के महाराज साहब जी ने चरनी लाई है, इस करके लक्ष्मी नु धारण करने वाले गुरु देव पिता रूप गुरु रामदास साहब जी हैं चौथे पातशाह। बिचे ग्रह गुरु बचन उदासी क्यों कमल रहे विच पानी है, उन्होंने सदगुरु ताई साडी नमस्कार है। आदि गुरु इनमें आदि जो गुरु चेतन स्वरूप महाराज साहब हैं उन्होंने साडी नमस्कार है। जुगार जुगा जुगा दे आज भी जो गुरु चेतन ब्रह्म चेतन है उसनु साडी नमस्कार है। सतरी कालवाद रूप गुरु चेतन स्वरूप दे ताई नमस्कार है। श्री शिरोमणि जो गुरु सारे दे पूजनीक है उसदे ताई साडी नमस्कार है। अष्टपदी सिमरो सिमर सिमर सुख पाव, अठा पौड़िया वाली बाणी आवेगी, इस करके अष्टपदी कहा है। सिमरो की अष्टपदी ने चेते करो, सिमरो सिमर सिमर सुख पाव, सिमरो सिमर सिमर सुख पावो। सतगुरु साहब जी आग्ञा करदे हन हे भाई सिमरो, उस परमेश्वर नु मन बाणी शरीर करके सिमरन करो, याद करो अते अभ्यास करो। सिमरो तो हुक्म है चौं अखरां च कि उस परमेश्वर का सिमरन करो। अभ्यास दसदे सिमर सिमर वार वार याद करके उसदे ताई मन बाणी शरीर करके सुख पावो। ये फल दसदे थोड़े जिहे अखरां च, पहला तो हुक्म करदे सिमरन दा, फिर सिमर सिमर अभ्यास दस दे ते फल दस दे सुख पाल। सुख दे ताई पालोंगे, देखो जे कोई जिमीदार हल बाउण वाला इस नूं पढ़ लवे उहनूं भी समझ पै सकदी है। जे कोई दुकानदार होवे, कोई फौजी होवे, कोई भी होवे, सब नूं इह समझ देण वाली है। कोई व्यापारी होवे, जो भी चित ला लवेगा उहनूं निहाल करेगी, ऐसी अमृत रूप बाणी है। काल कलेश तन माहि मिटाव, कल्पना जेड़ी हिरदे दे अंदर फुरदी रहिंदी है। कल अविद्या आदक, कल काले करन वाले कलयुग दे पाप ते कलेश अविद्या असमता राग द्वेष अविनिवेश उल्टे हटदा नाम है। ये पंज प्रकार दे कलेश योगियां नूं मन्ने है। ये आपदे तन दे माह विचों मारे कहिंदे मिटावो मेट लो। इस प्रकार अमृत नाम नूं जप के सुख भी पा लो, कल्पना नूं कलेशां नूं लड़ाइयां नूं अते शरीर दे विच जिन्नियां फुरदियां सभनां नूं मेट लो। सिमरो जास विषम पर एक, हजूर कहिंदे जस नूं कैसा जस है विषम पर, विश्व नाम संसार दा है, पर नाम पूर्ति करन दा है। जेड़ा कुल संसार दी पूर्ति करन वाला है, अन्न करके वस्त्र करके धन करके वड्याई करके शोभा करके हर तरह करके पूर्ति करन वाला जो विश्व संसार नूं भरन वाला है, विश्व शब्द भी हुंदा है, पर इथे महाराज जी ने विषम शब्द दे नाल औंकड़ लाया है। विषम शब्द ससा जे वावा अलोप हो के ऊड़ा बन गया, ऊड़े का औंकड़ बन गया विषम शब्द विच। सो विषम संसार नू जो भर पूर्ति करने वाला है, इक दा जस सिमरन करो हर वक्त इक रास। नाम जपत अगणत अनेक, असी नाम जपदे हैं, महाराज दा नाम जपदे अणगिणती अणगिणती महाराज दे नाम हनगे ते अनेका ही जपदे हन उस परमेश्वर दे नाम नू। उहदे नावां दी गिनती भी नहीं हुंदी, नाम भी किसे दे पासों गिने नहीं जांदे ते नाम जपण वाले भी गिने नहीं जा सकदे, अनेका ही हन। गिनती नहीं उस दे नामां दी, शेष नाम आदि कोई अंत नहीं पा सकदा,
ਮਹਾਰਾਜ ਸਾਧੂ ਸੱਚੇ ਪਾਤਸ਼ਾਹ ਦੇ ਨਾਵਾਂ ਦਾ ਵੇਦ ਪੁਰਾਣ ਸਿਮਰਤ ਸੁਧਾਖਰ ਵੇਦ 18 ਪੁਰਾਣ 27 ਸਿਮਰਤੀਆਂ ਸਾਰੇ ਅੱਖਰਾਂ ਨੂੰ ਸੋਧ ਸੋਧ ਕੇ ਨਾ ਦੇ ਕੀਨੇ ਰਾਮ ਨਾਮ ਇੱਕ ਅੱਖਰ ਰਾਮ ਦਾ ਨਾਮ ਅਖੀਰ ਕੀਤਾ ਹੈ ਸਿਰੋਮਣੀ ਇੱਕ ਵਾਰੀ ਦੀ ਗੱਲ ਹੈ ਕਿ ਵੇਦ ਦੇ ਜਿਹੜੇ ਸਭ ਸੰਗਤ ਜੀ ਸੂਤਰ ਹਨਗੇ ਉਹ ਸਾਰੀਆਂ ਸੁਰਤੀਆਂ ਲੱਖ ਮੰਨੀਆਂ ਵੇਦ ਦੀਆਂ ਉਸ ਵੇਦ ਦੀਆਂ ਸੁਰਤੀਆਂ ਨੂੰ ਵੰਡਣ ਵਾਸਤੇ ਸ਼ਿਵਾਂ ਦੇ ਤਾਈ ਦੇਵਤਿਆਂ 33 ਕਰੋੜ ਨੂੰ ਮੁਕਰਰ ਕੀਤਾ ਕਿ ਮਹਾਰਾਜ ਇਹ ਸਾਡੇ ਤਾਈਂ ਤੁਸੀਂ ਵਰਤਾ ਦਿਓ ਸ਼ਿਵਾਂ ਨੇ ਉਸ ਵਕਤ ਇਹ ਸਾਰਿਆਂ ਨੂੰ ਜਿੰਨੇ ਸਲੋਕ ਸੀ ਉਹ ਸਲੋਕਾਂ ਦੇ ਵਿੱਚੋਂ ਜਿੰਨੀਆਂ ਸੁਰਤੀਆਂ ਸੀ ਉਹ ਸਾਰੀਆਂ 133 ਕਰੋੜ ਦੇਵਤਿਆਂ ਨੂੰ ਵੰਡ ਦਿੱਤੀਆਂ ਜਿਸ ਵੇਲੇ ਵੰਡ ਦਿੱਤੀਆਂ ਉਸ ਵੇਲੇ ਰਾਰਾ ਤੇ ਅੱਖਰ ਤੇ ਮੰਮਾ ਅੱਖਰ ਦੋਵੇਂ ਰੱਖ ਲਏ ਇਹ ਦੋਵੇਂ ਰੱਖ ਲਏ ਕਹਿਣ ਲੱਗੇ ਇਹ ਤੁਸੀਂ ਰੱਖ ਲਏ ਕਹਿੰਦੇ ਭਾਈ ਇਹ ਮੈਂ ਵੰਡਣ ਦੇ ਵਿੱਚੋਂ ਹਿੱਸਾ ਲੈਣਾ ਸੀ ਇਹ ਹਿੱਸਾ ਲੈ ਲਿਆ ਹੈ ਇਉਂ ਵੇਦਾਂ ਨੂੰ ਤੇ ਪੁਰਾਣਾਂ ਨੂੰ ਤੇ ਸਿਮਰਤੀਆਂ ਦੇ ਅੱਖਰਾਂ ਨੂੰ ਸੋਧ ਸੋਧ ਕੇ ਅਖੀਰ ਪਰਮੇਸ਼ੁਰ ਦਾ ਨਾਮ ਆਖਰ ਵਿੱਚ ਇੱਕ ਸੁੱਧ ਗ੍ਰਹਿਣ ਕੀਤਾ ਹੈ ਸ਼ਿਵਾ ਨੇ ਸ਼ਿਵ ਜੀ ਨੇ ਉਹ ਪਰਮੇਸ਼ੁਰ ਦੇ ਨਾਮ ਨੂੰ ਕੰਠ ਵਿੱਚ ਧਾਰਨ ਕਰ ਲਿਆ ਜਿਸ ਨਾਮ ਦੇ ਪ੍ਰਤਾਪ ਨਾਲ ਜ਼ਹਿਰ ਨਹੀਂ ਚੜ ਸਕੀ ਸ਼ਿਵਾ ਨੂੰ ਕੰਠ ਨੂੰ ਕੰਠ ਦੇ ਵਿੱਚ ਜ਼ਹਿਰ ਨੂੰ ਪਹੁੰਚਾ ਲਿਆ ਐਸਾ ਪਰਮੇਸ਼ੁਰ ਦਾ ਅੰਮ੍ਰਿਤ ਨਾਮ ਹੈ ਵੇਦ ਪੁਰਾਣ ਵੇਦਾਂ ਨੂੰ ਤੇ ਪੁਰਾਣਾਂ ਨੂੰ ਸਿਮਰਤੀਆਂ ਨੂੰ ਅੱਖਰਾਂ ਨੂੰ ਸੋਧ ਸੋਧ ਕੇ ਵੇਖਿਆ ਅੱਖਰ ਅੱਖਰ ਦੇ ਤਾਂ ਰਾਮ ਨਾਮ ਇੱਕ ਅੱਖਰ ਅਖੇਰ ਅਖੀਰ ਸਾਧ ਸੰਗਤ ਜੀ ਅਖੀਰ ਨੂੰ ਇੱਕ ਪਰਮੇਸ਼ੁਰ ਦਾ ਰਾਮ ਦਾ ਨਾਮ ਹੀ ਹੈ ਹਜ਼ੂਰ ਨੂੰ ਕਹਿ ਵੇਦ ਕਤੇਵ ਸਿਮਰਤ ਬਹੁ ਸਾਚਨ ਪੜਿਆ ਮੁਕਤ ਨ ਹੋਈ ਇੱਕ ਅੱਖਰ ਜੋ ਗੁਰਮੁਖ ਜਾਪੇ ਤਾਂ ਕਿ ਨਿਰਮਲ ਸੋਈ ਇੱਕ ਅੱਖਰ ਪਰਮੇਸ਼ੁਰ ਦਾ ਨਾਮ ਹੈ ਰਾਮ ਦਾ ਨਾਮ ਹੀ ਅਖੀਰ ਨੂੰ ਇਹ ਕੀਤਾ ਹੈ ਸਿਧਾਂਤ ਵੇਦਾਂ ਪੁਰਾਣਾਂ ਨੂੰ ਅਤੇ ਵੇਦ ਪੁਰਾਣ ਸਿਮਰ ਸੁਧਾਖਰ ਵੇਦ ਜੋ ਗਿਆਨ ਸਰੂਪ ਹੈ ਪੁਰਾਣ ਪੁਰਾਤਨ ਸਰੂਪ ਹੈ ਸਿਮਰ ਸਿਮਰਨੇ ਯੋਗ ਹੈ ਸੁੱਧ ਸਰੂਪ ਹੈ ਅਖਰ ਰੂਪ ਹੈ ਉਸ ਪਰਮੇਸ਼ੁਰ ਦੇ ਰਾਮ ਦਾ ਨਾਮ ਹੀ ਅਖੀਰ ਅੰਤ ਨੂੰ ਕੰਮ ਆਉਣ ਵਾਲਾ ਹੈ ਇਹ ਸਿਧਾਂਤ ਕੱਢਿਆ ਹੈ ਕਿਨਕਾ ਏਕ ਜਿਸ ਜੀ ਵਸਾਵੇ ਜਿਸਦੇ ਜਸ ਨੂੰ ਗਾਉਂਦੇ ਹੈ 18 ਪ੍ਰਾਣ ਜਿਸਦਾ ਜਸ ਗਾ ਰਹੇ ਹੈ 27 ਸਿਮਰਤੀਆਂ ਜਿਸ ਨੂੰ ਗਾ ਰਹੀਆਂ ਉਹ ਸੁੱਧ ਅਖਰ ਸਰੂਪ ਹੈ ਉਸਦਾ ਜਪਾਉਣ ਵਾਸਤੇ ਸਤਿਗੁਰਾਂ ਨੇ ਇੱਕ ਪਰਮੇਸ਼ੁਰ ਦਾ ਨਾਮ ਹੀ ਅਖੀਰ ਕੀਤਾ ਹੈ ਸਾਰਿਆਂ ਦੀ ਕਲਿਆਣ ਕਰਨ ਵਾਸਤੇ ਕਿਨਕਾ ਏਕ ਜਿਸ ਜੀ ਵਸਾਵੇ ਪਰਮੇਸ਼ੁਰ ਦੇ ਨਾਮ ਸਮਗਰ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਤਾਂ ਕਹੇ ਨਹੀਂ ਜਾਂਦੇ ਇੰਨੇ ਕੁ ਹੈ ਇਹ ਕਿਨਕਾ ਏਕ ਪਰਮੇਸ਼ੁਰ ਦਾ ਨਾਮ ਜਿਹੜਾ ਕਿਨਕਾ ਮਾਤਰ ਵੀ ਜਿਹੜਾ ਜੀ ਦੇ ਥੋੜੇ ਮਾਤਰ ਵੀ ਵਸਾ ਲਵੇਗਾ ਵਾਹਿਗੁਰੂ ਨਾਮ ਸੰਪੂਰਨ ਹੈ ਉਹਦੇ ਚੋਂ ਕਿਨਕੇ ਮਾਤਰ ਹੈ ਰਾਮ ਨਾਮ ਚੌਥਾ ਹਿੱਸਾ ਹੈ ਵਾਸਦੇਵ ਗੋਬਿੰਦ ਅਤੇ ਹਰ ਤੇ ਰਾਮ ਇਹ ਚਾਰੇ ਨਾਵਾਂ ਚੌਹਾਂ ਯੁੱਗਾਂ ਦਾ ਭਜਨ ਉਚਾਰਨ ਕਰੀਏ ਵਾਹਿਗੁਰੂ ਕਹੀਏ ਸਾਰੇ ਉੱਚੇ ਆ ਗਏ ਨਾਲੇ ਬੀਜ ਰੂਪ ਹੈ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਨਿਕਲਿਆ ਹੋਇਆ ਵਾਹਿਗੁਰੂ ਮੰਤਰ ਹੈ ਇਸ ਪ੍ਰਕਾਰ ਕੇ ਕਿਨਕਾ ਮਾਤਰ ਹੈ ਨਾਮ ਜਿਹੜਾ ਹੈ ਇਹ ਜਿਨ੍ਹਾਂ ਦੇ ਹਿਰਦੇ 'ਚ ਵਸਾ ਦਿੰਦੇ ਹੈ ਤਾਂ ਨਾਮ ਮੇਰਾ ਵੈਵੀ ਸਵੈਵੀ ਨਹੀਂ ਹੈ ਕਿਨਕਾ ਮਾਤਰ ਥੋੜਾ ਕਾਲ ਵੀ ਜਿਸਦੇ ਹਿਰਦੇ 'ਚ ਵਸਣ 'ਚ ਆ ਜਾਏਗਾ ਤਾਂ ਕਿ ਮਹਿਮਾ ਗਣੀ ਨਾ ਆਵੇ ਦੀ ਮਹਿਮਾ ਵਡਿਆਈ ਜੀਵਨ ਦੀ ਗਿਣੀ ਨਹੀਂ ਜਾਵੇਗੀ ਏਡੀ ਵੱਡੀ ਵਡਿਆਈ ਹੋਵੇਗੀ ਐਸਾ ਪਰਮੇਸ਼ੁਰ ਦਾ ਅੰਮ੍ਰਿਤ ਨਾਮ ਹੈ ਕਾਂਖੀ ਏਕ ਦਰਸ ਤੁਹਾਰੋ ਸਾਰੀਆਂ ਵਾਸ਼ਨਾ ਜਿਨ੍ਹਾਂ ਦੀਆਂ ਮੋਗੀਆਂ ਹੈ ਇੱਕ ਆਪਦੇ ਦਰਸ਼ਨ ਦੇ ਕਾਂਖੀ ਨਾਲ ਚਾਹਵਾਨ ਜਿਹੜੇ ਹਨ ਨਾਨਕ ਉਹਨ ਸੰਗ ਮੋਹੇ ਉਧਾਰੋ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਗੁਰਸਿੱਖ ਬੇਨਤੀ ਕਰ ਇਹ ਮਾਰਾ ਉਹਨਾਂ ਦੀ ਸੰਗਤ ਨਾਲ ਮੇਲ ਕਰਕੇ ਮੇਰਾ ਵੀ ਉਧਾਰ ਕਰੋ ਸੰਸਾਰ ਤੋਂ ਕਲਿਆਣ ਕਰੋ ਮੇਰੀ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਸਿੱਖੋ ਸੁਖਮਨੀ ਸਾਹਿਬ ਜਿਹੜੀ ਹੈ ਇਹ ਚ ਸੁਖ ਰੂਪੀ ਅੰਮ੍ਰਿਤ ਵਾਹਿਗੁਰੂ ਦਾ ਨਾਮ ਹੈ ਭਗਤ ਜਨਾ ਕੈ ਮਨ ਬਿਸਰਾਮ ਦਾ ਸ਼ਬਦ ਅਰਥ ਹੈ ਭਗਤਾਂ ਜਨਾਂ ਦੇ ਮਨ ਚ ਵਸਦੀ ਹੈ ਭਗਤਾਂ ਜਨਾਂ ਦੇ ਮਨ ਚ ਵਿਸਰਾਮ ਕਰਦੀ ਹੈ ਜਿਹਨਾਂ ਭਗਤਾਂ ਦੇ ਮਨ ਚ ਵਿਸਰਾਮ ਕਰਦੀ ਹੈ ਉਹਨਾਂ ਨੂੰ ਸੁਖਮਨੀ ਸਾਹਿਬ ਦੁਆਰਾ ਸੁਖ ਰੂਪ ਅੰਮ੍ਰਿਤ ਵਾਹਿਗੁਰੂ ਦਾ ਨਾਮ ਪ੍ਰਾਪਤ ਹੋ ਜਾਂਦਾ ਸੁਖਮਨੀ ਸਾਹਿਬ ਦੇ ਕਰਕੇ ਮਹਾਰਾਜ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ
ਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਕਾਰ ਭਗਤਾਂ ਜਿਹਨਾਂ ਦੇ ਮਨ ਚ ਵਸਣ ਵਾਲੀ ਚੀਜ਼ ਹੈ, ਦਾਤ ਹੈ, ਇਹ ਸੁਖ ਦੇ ਅਰਥ ਆਪ ਨੂੰ ਕੀਤੇ ਹੈ। ਸੁਖ ਮਨੀ, ਸੁਖ ਅੰਮ੍ਰਿਤ ਰੂਪ ਨਾਮ ਹੈ, ਤੇ ਮਨੀ ਦਾ ਅਰਥ ਹੈ ਭਗਤਾਂ ਜਿਹਨਾਂ ਦੇ ਮਨ ਚ ਵਸਰਾਮ ਕਰਦੀ ਹੈ, ਮਨ ਚ ਟਿਕਦੀ ਹੈ। ਐਸੀ ਅੰਮ੍ਰਿਤ ਰੂਪ ਬਾਣੀ ਸੱਚੇ ਪਾਤਸ਼ਾਹ ਜੀ ਨੂੰ ਉਚਾਰਨ ਕੀਤੀ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਛੇਵੇਂ ਪਾਤਸ਼ਾਹ ਦੇ ਪ੍ਰੇਮੀ ਭਾਈ ਗੜੀਆ ਜੀ ਕਸ਼ਮੀਰ ਨੂੰ ਮਾਰਨ ਭੇਜੇ ਹੈ ਕਿ ਜਾਓ ਉੱਥੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾ ਕੇ ਆਓ ਤੇ ਸੰਗਤਾਂ ਦੀ ਕਾਰ ਭੇਟਾ ਸਾਡੇ ਪਾਸ ਪਹੁੰਚਾਉਣੀ। ਭਾਈ ਗੜੀਆ ਜੀ ਜਾਂਦੇ ਹੋਏ ਕਸ਼ਮੀਰ ਨੂੰ ਜਦੋਂ ਗੁਜਰਾਤ ਗਏ ਹਨ, ਗੁਜਰਾਤ ਵਿੱਚ ਭਾਈ ਮੀਆਂ ਦੌਲਾ ਸੀ ਮੁਸਲਮਾਨ ਫਕੀਰ, ਚੰਗਾ ਸਿੱਧੀਆਂ ਸਿੱਧੀਆਂ ਵਾਲਾ, ਇਹਦਾ ਸੁਭਾਅ ਸੀ ਪਰਉਪਕਾਰ ਕਰਦਾ ਸੀ। ਜੇ ਕੋਈ ਦੁਖੀ ਵੇਖਦਾ ਉਹਨੂੰ ਕਿਸੇ ਮਿੱਟੀ ਸੜਕ ਤੇ ਪਾਉਣ ਲਾ ਦਿੰਦਾ ਜਾਂ ਕੋਈ ਪੁਲ ਬਣਾਉਣ ਲਾ ਦਿੰਦਾ, ਫਿਰ ਉਹਨੂੰ ਮਜ਼ਦੂਰੀ ਦੇ ਦਿਆ ਕਰਦਾ। ਇਸ ਪ੍ਰਕਾਰ ਕਿਸੇ ਨੂੰ ਕਹਿੰਦਾ ਬਿਰਛ ਤੋਂ ਪੱਟ ਲਾ, ਕਿਸੇ ਨੂੰ ਕਿਤੋਂ ਦੇ ਦਿੰਦਾ। ਇਹ ਸਿੱਧੀ ਦੇ ਬਲ ਨਾਲ ਉਹਨਾਂ ਗਰੀਬਾਂ ਦੀ ਇਹ ਪਾਲਣਾ ਕਰਿਆ ਕਰਦਾ। ਭਾਈ ਗੜੀਆ ਜੀ ਜਦੋਂ ਆਏ ਇਹਨਾਂ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ। ਛੇਵੇਂ ਪਾਤਸ਼ਾਹ ਜੀ ਹਜ਼ੂਰੀ ਚੋਂ ਆਇਆ ਸੀ ਇਹ ਸਿੱਖ, ਕਹਿਣ ਲੱਗਾ ਕਿ ਮਹਾਰਾਜ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਓ। ਭਾਈ ਸਾਹਿਬ ਗੜੀਆ ਜੀ ਸੁਖਮਨੀ ਸਾਹਿਬ ਦਾ ਪਾਠ ਸੁਣਾਉਣ ਲੱਗੇ। ਜਦੋਂ ਇਹ ਤੁਕਾਂ ਪੜ੍ਹੀਆਂ, ਸੁਖਮਨੀ ਸੁਖਮਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਸਰਾਮ, ਮੀਆਂ ਦੌਲਾ ਕਹਿਣ ਲੱਗਾ ਵਸ ਮਹਾਰਾਜ ਮੈਨੂੰ ਸਮਝ ਪੈ ਗਈ ਕਿ ਸੁਖਾਂ ਦਾ ਸੁਖ ਰੂਪੀ ਅੰਮ੍ਰਿਤ ਵਾਹਿਗੁਰੂ ਦਾ ਨਾਮ ਹੈ, ਭਗਤਾਂ ਜਿਹਨਾਂ ਦੇ ਮਨ 'ਚ ਵੱਸਦੀ ਹੈ, ਇਹ ਸੁਖ ਦੇ ਦੇਣ ਵਾਲੀ ਅੰਮ੍ਰਿਤ ਰੂਪ ਬਾਣੀ ਜਿਹੜੀ ਹੈ, ਸੋ ਮੈਨੂੰ ਆਗਿਆ ਕਰੋ ਇਹ ਸੁਖਮਨੀ ਸਾਹਿਬ ਦਾ ਪਾਠ ਤੁਸੀਂ ਸੁਣਾ ਰਹੇ ਹੋ, ਮੈਂ ਤੁਹਾਡੇ ਨਾਲ ਨਾਲ ਚੱਲਾਂ। ਭਾਈ ਸਾਹਿਬ ਜੀ ਨਾਲ ਤੁਰ ਪਿਆ, ਕੁਝ ਕੁ ਵਿਰਿਆ ਕਰਨ ਗਿਆ। ਅੱਗੇ ਜਾਂਦੇ ਜਾਂਦੇ ਮੀਆਂ ਦੌਲੇ ਨੇ ਸੰਕਲਪ ਉਠਾ ਲਿਆ, ਸੰਕਲਪ ਉਠਾ ਕੇ ਕਹਿਣ ਲੱਗਾ ਸਿੱਖ ਦਾ ਆਉਂਦੇ ਹੋਏ ਸ੍ਰੀ ਹਰਗੋਬਿੰਦ ਸਾਹਿਬ ਤੋਂ ਪੈਦਲ ਤੁਰ ਕੇ ਆਇਆ ਸੀ, ਜੁੱਤਾ ਟੁੱਟ ਗਿਆ ਤੇ ਟੁੱਟਿਆ ਵੇਖ ਕੇ ਜੁੱਤਾ ਉਹਦੇ ਉੱਡ ਉੱਡ ਕੇ ਧੂੜ ਜਿਹੜੀ ਸੀ ਭਾਈ ਦੇ ਪਿੰਜਣੀਆਂ ਤੱਕ ਪਵੇ। ਗੜੀਏ ਦੀ ਹਾਲਤ ਨੂੰ ਵੇਖ ਕੇ ਇਸ ਨੂੰ ਖਿਆਲ ਕੀਤਾ ਵੀ ਦੋਨੋਂ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਤਾਂ ਬੜਾ ਪੂਰਨ ਹੈ, ਸਤਿਗੁਰਾਂ ਨੇ ਰਿੱਧੀ ਸਿੱਧੀ ਨਹੀਂ ਕੋਈ ਦਿੱਤੀ ਹੋਣੀ, ਸ਼ਕਤੀ ਦਿੱਤੀ, ਮੈਂ ਆਪਦੀ ਸ਼ਕਤੀ ਨਾਲ ਇਹ ਸਿੱਖ ਦਾ ਕਾਰਜ ਪੂਰਾ ਕਰਦੇ। ਇਸ ਖਿਆਲ ਨੂੰ ਲੈ ਕੇ ਸਾਧ ਸੰਗਤ ਜੀ ਗੜੀਏ ਨੇ ਸੰਕਲਪ ਕੀਤਾ ਮੀਆਂ ਦੌਲੇ ਨੇ, ਤੇ ਭਾਈ ਗੜੀਆ ਅੰਤਰਯਾਮੀ ਸਮਝ ਗਿਆ, ਗੁਰੂ ਸਾਹਿਬ ਦੀ ਕਿਰਪਾ ਸੀ। ਕਹਿਣ ਲੱਗਾ ਮੀਆਂ ਕੀ ਸੰਕਲਪ ਉਠਾਉਂਦਾ ਉਹਨੇ, ਗੁਰੂ ਹਰਗੋਬਿੰਦ ਸਾਹਿਬ ਮੈਨੂੰ ਕੁਝ ਨਹੀਂ ਦਿੱਤਾ, ਮੈਨੂੰ ਸਭ ਕੁਝ ਬਖਸ਼ਿਆ ਸੱਚੇ ਪਾਤਸ਼ਾਹ ਨੇ, ਕੋਈ ਚੀਜ਼ ਮੇਰੇ ਪਾਸੋਂ ਲੁਕੋ ਕੇ ਨਹੀਂ ਰੱਖੀ ਹੈ। ਇਹ ਕਹਿਣ ਲੱਗਾ ਜੇ ਲੁਕੋ ਕੇ ਨਹੀਂ ਰੱਖੀ ਤਾਂ ਫਿਰ ਬੋਲ ਪਿਆ ਮੀਆਂ ਦੌਲਾ ਤੇਰੀ ਜੁੱਤੀ ਕਿਉਂ ਟੁੱਟ ਗਈ ਹੈ ਤੇ ਮਿੱਟੀ ਤੇਰੇ ਉੱਡ ਉੱਡ ਕੇ ਪਿੰਜਣੀਆਂ ਤੇ ਪੈਂਦੀ ਹੈ। ਉਸ ਵੇਲੇ ਕਹਿਣ ਲੱਗਾ ਫਕੀਰਾ ਮਾਣ ਨਾ ਕਰੀ ਆਪਦੀ ਸਿੱਧੀ ਦੇ ਬਲ ਦਾ, ਵੇਖ ਗੁਰੂ ਹਰਗੋਬਿੰਦ ਸਾਹਿਬ ਦੀ ਬਰਕਤ ਮੈਨੂੰ ਦਿੱਤੀ ਹੋਈ, ਮਾਰ ਨਿਗਾ। ਜਦੋਂ ਨਿਗਾ ਮਾਰੀ ਸਾਰਾ 6 ਸਾਲ ਸਿੰਘ ਜੀ ਸੋਨੇ ਦਾ ਬਣਾ ਦਿੱਤਾ, ਅਤੇ ਬਰੇਤੀ ਦੇ ਵਿੱਚ ਜਿਹੜੇ ਰੋੜ ਠਿਕਰੀਆਂ ਸੀ ਉਹ ਸਾਰੇ ਹੀਰੇ ਜਵਾਹਰਾਤ ਬਣਾ ਦਿੱਤੇ। ਮੀਆਂ ਦੌਲਾ ਪੈਰੀ ਪੈ ਗਿਆ, ਕਹਿੰਦੇ ਸਿੱਖਾਂ ਇੱਡੀ ਤਾਕਤ ਰੱਖ ਕੇ ਫਿਰ ਤੂੰ ਇਹ ਜੁੱਤੀ ਟੁੱਟੀ ਕਿਉਂ ਪਾਈ ਹੈ? ਉਹ ਕਹਿਣ ਲੱਗਾ ਤਾਂ ਆਉਂਦਿਆਂ ਦੀ ਸਫ਼ਰ 'ਚ ਟੁੱਟ ਗਈ ਹੈ, ਅਤੇ ਮਹਾਰਾਜ ਸਾਹਿਬ ਦਾ ਬਚਨ ਹੈ ਗੁਰੂ ਨਾਨਕ ਸਾਹਿਬ ਦਾ ਕਿ ਰੱਖ ਗਰੀਬੀ ਵੇਸ, ਗਰੀਬੀ ਆਇਆ ਲਿਬਾਸ ਰੱਖਣੇ ਕਰਕੇ ਤਾਕਤ ਰਹਿੰਦੀ ਹੈ ਕੋਲੇ, ਜਿਹੜਾ ਆਦਮੀ ਦਿਖਾਉਣ ਲੱਗ ਜਾਵੇ ਉਹਦੀ ਚਲੀ ਜਾਂਦੀ ਹੈ। ਇਹ ਮਹਾਰਾਜ ਸਾਹਿਬ ਦਾ ਹੁਕਮ ਹੈ, ਭਾਵੇਂ ਕਿੱਡੀ ਤਾਕਤ ਵਾਲਾ ਹੋਵੇ ਉੱਤੋਂ ਛੂ ਫੂ ਨਾ ਕਰਕੇ ਵਿਖਾਵੇ, ਹੰਕਾਰ ਨਾ ਕਰੇ, ਗਰੀਬੀ ਵਿੱਚ ਰਹੇ, ਫਿਰ ਉਹਦੇ ਕੋਲ ਚੀਜ਼ਾਂ ਸਾਰੀਆਂ ਰਹਿੰਦੀਆਂ। ਰਿੱਧੀਆਂ ਚੀਜ਼ਾਂ ਨਾਮ ਦੀਆਂ ਦੱਸਦੀਆਂ, ਸੁਣ ਕੇ ਮੀਆਂ ਦੌਲਾ ਚਿਹਰੀ ਚਰਨੀ ਪੈ ਗਿਆ ਸੀ। ਇਸ ਤੁਕ ਦੇ ਉੱਤੇ ਸਾਖੀ ਹੈ ਸਾਧ ਸਿੰਘ ਜੀ ਹਨ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਮਨਾਂ ਨੂੰ ਸੁਖ ਰੂਪ ਅੰਮ੍ਰਿਤ ਰੂਪ ਨਾਮ ਹੈ ਵਾਹਿਗੁਰੂ ਦਾ, ਭਗਤ ਜਨਾ ਕੈ ਮਨ ਵਿਸਰਾਮ, ਉਹਨਾਂ ਦੇ ਮਨ ਚ ਵਿਸਰਾਮ ਸਥਿਤ ਕਰਨ ਵਾਲੀ ਰਹਿਣ ਵਾਲੀ ਹੈ, ਟਿਕਣ ਵਾਲੀ ਹੈ, ਰਹਾਉ ਜਿਹਨਾਂ ਦੇ ਮਨ ਨੂੰ ਵਿਸਰਾਮ ਦਿੰਦੀ ਹੈ, ਸਥਿਤੀ ਦਿੰਦੀ ਹੈ ਵਾਹਿਗੁਰੂ ਸਰੂਪ ਚ, ਰਹਾਉ। ਵਾਹਿਗੁਰੂ ਸਾਹਿਬ ਜੀਓ ਸਲੋਕ, ਜੀਨ ਦਰਦ ਦੁਖ ਭੰਜਨ, ਘਟ ਘਟ ਨਾਥ ਅਨਾਥ, ਜੀਨ ਦਰਦ ਦੁਖ ਭੰਜਨ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ
प्रभ साथ अष्टपदी वह मात पिता सुखमीत न पाई मन ऊहा नाम तेरा संग सहाई जह महाभयान दूत जम दल तह केवल नाम संग तेरा चल जह मुश्किल होवे अत भारी हर को नाम खिल माहे उधारी आनक पुनः चरण करत नहीं तर हर को नाम कूट पाप पर हर गुरमुख नाम जपू मन मेरे नानक पाव सूख कनेरे गुरमुख नाम जपू मन मेरे नानक पाव सूख कनेरे वाहिगुरु जी का खालसा सलोक दीन दर्द दुख भंजना वाहिगुरु जी का खालसा वाहिगुरु जी की फतेह। सतगुरु जी साजी नवाजी गुरु खालसा साहब संगत जी सतगुरु महाराज साहब जी जो अमृत रूप सुखमनी साहब बाणी ने बख्शिश की है इस दे पहले श्लोक विच सतगुरु नानक देव दा सतगुरु अंगद देव दा सतगुरु अमरदास साहब दा सतगुरु रामदास साहब दा चहां सतगुरां दा श्री गुरु अर्जन देव जी ने मंगल कीता नमस्कार कीती है उस तो मगरों अष्टपद आरंभ कर दिया है हजूर ने अकाल पुरख वाहगुरु के सिमरन की आग्ञा की है कि परमेश्वर का सिमरन करो ये हुक्म दिता है ते सिमर सिमर च किया है कि अभ्यास करो बार बार अभ्यास सिमरन के नाल जो सारे का सिमरन रूप है ओनु जदो सिमरोंगे महाराज सानू फल की प्राप्त होगा तो सहल क्या सुख पाओ ਉਹ ਸਿਮਰਨ ਯੋਗ ਪਰਮੇਸ਼ਵਰ ਦਾ ਸਿਮਰਨ ਜਿਉਂ ਜਿਉਂ ਕਰੋਗੇ ਤੁਸੀਂ ਸੁਖ ਸਰੂਪ ਦੇ ਤਾਈ ਪਾ ਲਓਗੇ ਜਿਸ ਸੁਖ ਦੇ ਤਾਈ ਬੜੇ ਬੜੇ ਲਿਖੀ ਮੁਨੀ ਪੈਗੰਬਰ ਪੀਰ ਯਤਨ ਕਰਦੇ ਹਨ ਫਿਰ ਵੀ ਸੁਖ ਜਿਹੜਾ ਦੁਰਲੱਭ ਹੈ ਉਹ ਪਰਮੇਸ਼ਵਰ ਦਾ ਸਿਮਰਨ ਦਾ ਗੁਰਾਂ ਦਾ ਹੁਕਮ ਮੰਨ ਕੇ ਜੇ ਵਾਰ ਵਾਰ ਅਭਿਆਸ ਕਰੋਗੇ ਤਾਂ ਉਹ ਸੁਖ ਸਰੂਪ ਨੂੰ ਪਾ ਲਓਗੇ ਕਲਪਨਾ ਤੇ ਕਲੇਸ਼ ਜਿਹੜੇ ਜੀਆਂ ਨੂੰ ਬੜੇ ਦੁੱਖ ਦਿੰਦੇ ਹੈ ਸਾਰਿਆਂ ਨੂੰ ਸਰੀਰ ਚੋ ਤੁਸੀਂ ਮੇਟ ਲਵੋਗੇ ਐਸਾ ਪਰਮੇਸ਼ਵਰ ਦੇ ਸਿਮਰਨ ਦੀ ਆਗਿਆ ਪਹਿਲੀ ਪੌੜੀ ਵਿਚ ਮਹਾਰਾਜ ਸਾਨੂੰ ਬਖਸ਼ੀ ਹੈ ਅਤੇ ਸੁਖਮਨੀ ਸਾਹਿਬ ਨਾਮ ਬਾਣੀ ਦਾ ਰਹਾਉ ਦੀ ਤੁਕ ਵਿਚ ਵੀ ਉਚਾਰਨ ਕਰਕੇ ਦੱਸਿਆ ਸੁਖਮਨੀ ਸੁਖਮਨ ਪ੍ਰਭ ਨਾਮ ਭਗਤ ਜਨਾ ਕਾ ਮਨ ਵਿਸਰਾ ਭਗਤਾਂ ਜਨਾ ਦੇ ਮਨ ਤੇ ਵਿਸਰਾਮ ਕਰਨ ਵਾਲੀ ਵਸਤੂ ਹੈ ਹੈ ਤਾਂ ਸੁਖ ਰੂਪ ਅਮਰਤ ਰੂਪ ਪਰਮੇਸ਼ਵਰ ਦਾ ਨਾਮ ਸੁਖਮਨੀ ਸਾਹਿਬ ਦੇ ਵਿਚ ਅੱਗੇ ਮਹਾਰਾਜ ਸਾਹਿਬ ਸੱਤਾਂ ਪੌੜੀਆਂ ਦੀ ਪਰਮੇਸ਼ਵਰ ਦੇ ਸਿਮਰਨ ਦੀ ਮਹਿਮਾ ਕਹੀ ਹੈ ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਮੁੜ ਕੇ ਗਰਭ ਚ ਨਹੀਂ ਵਸੀਦਾ ਦੁੱਖ ਨਾਸ਼ ਹੋ ਜਾਂਦੇ ਹੈ ਇਸ ਪ੍ਰਵਿਧੀ ਦੀਆਂ ਸਿੱਧੀਆਂ ਕਿਹੜੀ ਵਸਤੂ ਹੈ ਜਿਹੜੀ ਸਿਮਰਨ ਕਰਕੇ ਪੁਰਖ ਨੂੰ ਨਾ ਪ੍ਰਾਪਤ ਹੋਵੇ ਸਭ ਵਸਤੂਆਂ ਸਾਰੇ ਉਹਦੇ ਜਪ ਤਪ ਪੂਜਾ ਸਭ ਕੁਝ ਉਸਦਾ ਹੋ ਗਿਆ ਤੀਰਥਾਂ ਦੇ ਇਸ਼ਨਾਨ ਵੀ ਉਸਨ ਕਰ ਲਏ ਦੁਰਗਾਜ ਵੀ ਉਹ ਮੰਨਿਆ ਗਿਆ ਜੋ ਕੁਛ ਹੁੰਦਾ ਭਾਣਾ ਮੰਨਣ ਵਾਲਾ ਵੀ ਮੰਨ ਗਿਆ ਸ੍ਰੇਸ਼ਟ ਗਿਆਨ ਆਦਿਕ ਫਲਾਂ ਕਰਕੇ ਹੀ ਫਲੀਭੂਤ ਹੋਇਆ ਹੈ ਇਸ ਪ੍ਰਕਾਰ ਸਾਹਿਬ ਸਿੰਘ ਪਰਮੇਸ਼ਵਰ ਦਾ ਸਿਮਰਨ ਸਾਰਿਆਂ ਸਾਧਨਾਂ ਤੋਂ ਉੱਚਾ ਹੈ ਬੇਅੰਤੀ ਲੋਕ ਸਿਮਰਨ ਕਰਕੇ ਉਗਰ ਗਏ ਹਨ ਕ੍ਰਿਸ਼ਨਾ ਜਿਹੜੀ ਕਿਸੇ ਪ੍ਰਕਾਰ ਵੀ ਮਿਟਦੀ ਨੀ ਕਿੰਨੇ ਪਦਾਰਥ ਪਾ ਲਈਏ ਮਹਾਰਾਜ ਦਾ ਸਿਮਰਨ ਕਰਨੇ ਕਰਕੇ ਉਹ ਕ੍ਰਿਸ਼ਨਾ ਨਿਵਰਤ ਹੋ ਜਾਂਦੀ ਹੈ ਅਤੇ ਸਭ ਕੁਝ ਦਿਸਿਆ ਹੁੰਦਾ ਜੋ ਸੰਸਾਰ ਪਿੱਛੇ ਵਰਤਿਆ ਸੀ ਜੋ ਕੋਈ ਵਰਤਦਾ ਅੱਗੇ ਨੂੰ ਜੋ ਵਰਤਾਰਾ ਵਰਤੇਗਾ ਜਮਾਂ ਦਾ ਭੈ ਮਿਟ ਜਾਂਦਾ ਹੈ ਮਨ ਦੀਆਂ ਮਹਿਲਾਂ ਚਲੀਆਂ ਜਾਂਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਅਤੇ ਸਿਮਰਨ ਕਰਨ ਵਾਲਿਆਂ ਦੇ ਵਾਹਿਗੁਰੂ ਲੱਛਣਾਂ ਤੇ ਵਸ ਜਾਂਦਾ ਹੈ ਹਿਰਦੇ ਚ ਅੰਮ੍ਰਿਤ ਨਾਮ ਸਮਾ ਜਾਂਦਾ ਹੈ ਉਹ ਮਹਾਰਾਜ ਦੇ ਜਿਨ੍ਹਾਂ ਦੇ ਦਾਸਾਂ ਦੇ ਦਾਸ ਬਣੀਏ ਤਾਂ ਆਪਾਂ ਨੂੰ ਵੀ ਇਹ ਸਿਮਰਨ ਦੀ ਦਾਤ ਪ੍ਰਾਪਤ ਹੋਵੇਗੀ ਜਿਹੜੇ ਮਹਾਰਾਜ ਸਿਮਰਨ ਕਰਦੇ ਉਹੀ ਧਨੀ ਹਨ ਉਹੀ ਪਦ ਵਾਲੇ ਹਨ ਉਹੀ ਪ੍ਰਵਾਨ ਨੀਕ ਹਨ
परमेश्वर का सिमरन करने वाले प्रधान हैं, लोग पर लोग देके सिमरन करने वाले दे कुशांत हैं, सदा वो स्वतंत्र रहते हैं, किसी की कुशांत नहीं उन्होंने करनी पैंदी। सिमरन करने वाले कुल दुनिया के बादशाह ने, परमेश्वर का सिमरन करने वाले सुख च वसदे है, सिमरन करने वाले सदा अविनाशी नूं प्राप्त करते हैं। सिमरन क्यों लगे जिन्हों से महाराज की दयालता हुई है, जिन्होंने सिमरन दिता उन्हें जनों की धूल मंगी है। सिमरन करने वाले परोपकारी है दुनिया विच, वो आप होर आप मुक्त करे संसार। महाराज जो सिमरन करते उन्हें तो सैकड़े बारी बलिहार जाने हैं। सिमरन करने वाले मुख सोहनीक है, सिमरन करने वाले सदा सुख च समा गुजर गया उन्होंने। महाराज सिमरन करने वाले ने मन जित लिया है, परमेश्वर के सिमरन करने की मर्यादा बड़ी उज्जल है। परमेश्वर का सिमरन करने वाले घना आनंद प्राप्त होता है, परमेश्वर का सिमरन करने करके वाहिगुरु हर वक्त अंग संग रहा है, नेड़े रहा है। साध संगत की कृपा करके रात दिन मंगल जाग पे यू पूरे भागा द्वारा सिमरन किया जाता है। जो महाराज सिमरन करने सारे कार्य पूरे होंगे है, वाहिगुरु के सिमरन करके कदे झोरे नहीं होंगे। परमेश्वर का सिमरन करने वाले भी हरेक के गुण उपकार करने वाली बाणी निकलती मुखों, हरी के ज्ञान वाली बाणी ओरी हो जाती उस बचन निकलते है। महाराज का सिमरन करने वाले की सुधे महाराज बिरती समा जाती है, परमेश्वर का सिमरन करना का अचल स्वरूप आसन हो जाता है, परमेश्वर का सिमरन करना रिजा कौल खिड़िया आंदा है, परमेश्वर के सिमरन करने वाले में एक रस है, अनहद शब्दों का झुनकार आपो ही शुरू हो जाता है जाप कर दिया है। महाराज सिमरन का अंत पारावार नहीं इन्ना सुख होंदा है, पर वो सिमरन जिन्हों पर महाराज की मेहर होंगी है, इन सिमरन का रस लेंदे मान नहीं करते गुरमुख, वाहिगुरु की मेहर के पात्री बने रहते हैं। उन्होंने प्यार की शरण पई है, वाहिगुरु ने सिमरन करन करके ही भगत दुनिया च प्रगट किए है। वेखो परमेश्वर का सिमरन किया, जिस नीच को कोई न जाने, नाम जल तो चौंक माने। परमेश्वर के सिमरन च लग के ही ब्रह्मा ने वेदा का ज्ञान प्रगट किया है, परमेश्वर का सिमरन करके सिद्ध ते जति दुनिया च दाते बने है। महाराज सिमरन करके नीवे जेड़े लोग सी वो चौहों कुंटा जाने गए प्रगट सूरज वांगू। परमेश्वर का सिमरन करो जिसने सारी चीज आप दे आसरे धारे है, हरेक काम नु जो करना है महाराज सिमरन सिमर के करया करो। परमेश्वर ने सारा आकार सिमरन वास्ते बनाया है, जेड़े आकारा शरीर धारी सिमरदे है वो सिमरन अंदर आप निरंकार वसदा है। जिसे कृपा दृष्टि की है आप समझाया है, उन्होंने गुरमुखा ने वाहिगुरु के सिमरन प्राप्त किया है। ये सत्ता पौड़ियां सिमरन की आग्ञा साहब सिंह जी बख्शी है। हुण महाराज साहब इस अगली अष्टपदी में जिथे पुरख का कोई भी सहायक नहीं उथे महाराज नाम सहायक होगा, ये वर्णन कर लगे सचे पातशाह। सलोक दीन दर्द दुख भंजना। सतगुरु जी कहने हे परमेश्वर आप कैसे हो, जेडे दीन हन, दीन वो हुंदा जिन्हों इच्छा होवे ते जिन्हों किसी प्रकार का भय होवे। दीन असी इच्छा सारिया नूं साडू मुक्त होण दी है, बंधना तो छुटन दी है, अते भय सारे सारे दे सिर ते काल दा है। इस करके आपां सारे ही दीन बन सकते हां। दीन दर्द गरीबां दे दर्दां नूं जानण वाला है सच्चे पातशाह, दीना गरीबां दा दर्दी है तू सच्चे पातशाह। गरीबां दे दर्द नूं पीड़ा नूं समझ करके उन्हां दे जमण बंदे दुखां नूं भंजना भन्नण वाला है। घट घट नाथ अनाथ। परमेश्वर घटा घटा दा स्वामी है अते आप दा कोई नाथ नहीं है, आप स्वामी तो वगैरह आप सारे दा स्वामी है। अनाथा दा नाथ है, यतीमा दा गरीबा दा तू स्वामी है। शरण तुम्हारी आयो, मैं आपकी शरण आया हूँ। नानक के प्रभ सारा सतगुरु जी कहते तू साडा सदा संगी है, जेड़ा सच्चे पातशाह आपकी शरण च गुरां दी शरण पै के आप दे दर विच आया है, उन्हां दे वाहिगुरु सदा संगी होके रखिया करदे हो। जिथे कोई भी अखर नु समर्थ नहीं उथे आप राखे हुंदे हो। गुरां दी शरण पै के असीं आप दे चरणां च आए हैं, हे साडा संगी प्रभु सानू आप दी शरण च मिलना करो, साडे साथी बन के लोक पलोक च रखिया करो। अष्टपदी जह मात पिता सुत मीत ना भाई। जीव जिथे तेरी मां नु भी रखिया नहीं करनी, जिथे तेरे प्यो नु भी सहायता नहीं करनी, जिथे तेरे पुत्रां नु भी सहायता नहीं करनी, जिथे तेरे सज्जना मित्रां नु भी सहायता नहीं करनी,
ਜਿੱਥੇ ਤੇਰੇ ਸਕੇ ਅੰਮਾ ਦੇ ਜਾਏ ਭਰਾਵਾਂ ਨੂੰ ਵੀ ਸਹਾਇਤਾ ਨੀ ਕਰਨੀ। ਮਨ ਊਹਾ ਨਾਮ ਤੇਰਾ ਸੰਗ ਸਹਾਈ। ਪਿਆਰੇ ਮਨ ਆਪਣੇ ਵਿਵੇਕ ਸਮਝਣਾ ਕਰ, ਉਸ ਜਗ੍ਹਾ ਚ ਪਰਮੇਸ਼ਵਰ ਦਾ ਨਾਮ ਤੇਰੇ ਨਾਲ ਸੰਗੀ ਹੋਵੇਗਾ ਤੇ ਨਾਲ ਸਹਾਇਤਾ ਕਰਨ ਵਾਲੇ ਹੋਵੇਗਾ ਕਿ ਉਹਨੇ ਵੀ ਦੂਰੋਂ ਆ ਕੇ ਸਹਾਇਤਾ ਕਰੇਗਾ। ਹਰ ਵਕਤ ਇਹ ਦੁਨੀਆਂ ਚ ਨਾਲ ਰਹੇਗਾ ਤੇ ਪਰਲੋਕ ਚ ਵੀ ਸਹਾਇਤਾ ਕਰੇਗਾ। ਜਹ ਮਹਾ ਭਿਆਨ ਦੂਤ ਜਮ ਦਲ ਕੀਤਾ ਹੋਇਆ ਤੇਰੀ ਸਹਾਇਤਾ ਕਰੇਗਾ ਮਹਾਰਾਜ ਦਾ ਨਾਮ। ਜਿੱਥੇ ਮਹਾ ਭੈਦਾਇਕ ਜਮ ਦੂਤਾਂ ਦਾ ਦਲ ਹੈ, ਬੜੇ ਬੜੇ ਜਮ ਦੂਤ ਦਲ ਦਿੰਦੇ ਹੈ, ਤੈ ਕਰਦਨ ਕਰਨ ਮਹਾਂਬਲੀ ਕਿਨੇ ਆਗਲੇ ਕਰਨ ਵਰਗੇ ਸੂਰਮਿਆਂ ਨੂੰ ਕਿਨੇ ਹੱਥਾਂ ਦੇ ਨਾਲ ਹੀ ਦਲ ਦਿੱਤਾ ਸੀ, ਉਹਨਾਂ ਦੇ ਸਾਹਮਣੇ ਕਿੱਥੋਂ ਰਿਹਾ ਨੀ ਜਾਣਨਾ। ਜਿੱਥੇ ਏਡੇ ਏਡੇ ਬੜੇ ਜਮਦੂਤਾਂ ਦੇ ਦਲਾਂ ਦੇ ਦਲ ਹਨ, ਅਜਰਾਈਲ ਨੇਕਾਈਲ ਨੇਕਾਈਲ ਆਦਕਾਂ ਦੇ ਤੇ ਪੁਰਖਾਂ ਦੇ ਤਾਈ ਮਲ ਮਲ ਕੇ ਸੂਖਮ ਸਿੰਘਾਂ ਦੇ ਤਾਈ ਮਿੱਟੀ ਬਣਾ ਦਿੰਦੇ ਹਨ। ਤਹਿ ਕੇਵਲ ਨਾਮ ਸੰਗ ਤੇਰਾ, ਜਮਾਂ ਦੇ ਦਲ ਚ ਜੇ ਜਪਿਆ ਹੋਵੇਗਾ ਤੇਰਾ ਨਾਮ, ਕੇਵਲ ਇੱਕੋ ਇੱਕ ਪਰਮੇਸ਼ਵਰ ਦਾ ਨਾਮ, ਹੋਰ ਸਾਰੇ ਆਸਰੇ ਛੱਡ ਕੇ ਕੇਵਲ ਮੁਕਤੀ ਦੇਣ ਵਾਲਾ ਉਹ ਤੇਰੇ ਨਾਲ ਚੱਲੇਗਾ ਸਹਾਇਤਾ ਕਰਨ ਵਾਸਤੇ। ਜਹ ਮੁਸ਼ਕਲ ਹੋਵੇ ਅਤ ਭਾਰੀ, ਤੈਨੂੰ ਬੜੀ ਮੁਸ਼ਕਲ ਅੰਤ ਦੇ ਵੇਲੇ ਹੋਵੇਗੀ, ਸਵਾਸ ਨਿਕਲਣ ਵਿਚ ਬੜੀ ਤਕਲੀਫ਼ ਹੋਵੇਗੀ ਅਤੇ ਅੰਤ ਦੇ ਸਮੇਂ ਚਾਰ ਛਪੇਰੇ ਜਿਹੜੇ ਔਗਣ ਕੀਤੇ ਉਹ ਘੇਰਾ ਆ ਕੇ ਘੱਟ ਲੈਣਗੇ, ਜਿਹੜੇ ਤੈਂ ਕੀਤੇ ਆ ਗੁਨਾਹ ਤੇਰੇ ਸਾਹਮਣੇ ਆਖਣਗੇ, ਤੈਂ ਫਲਾਣੇ ਵਕਤ ਇਹ ਕੰਮ ਕੀਤਾ ਸੀ, ਫਲਾਣੇ ਵਕਤ ਤੈਂ ਇਹ ਕੰਮ ਕੀਤਾ ਸੀ। ਕਿਉਂ ਅਤਿਅੰਤ ਮੁਸ਼ਕਲ ਔਕੜ ਦਾ ਸਮਾਂ ਜਦੋਂ ਉਹ ਖਿਆਈ ਦਾ ਅਤਿਅੰਤ ਭਾਰੀ ਤੇਰੇ ਅੰਤ ਦੇ ਵੇਲੇ ਹੋਵੇਗਾ। ਹਰ ਕੋ ਨਾਮ ਖਿਨ ਮਾਹੇ ਉਧਾਰੀ, ਬੰਦਿਆ ਤੇਰਾ ਪਰਮੇਸ਼ਵਰ ਦਾ ਨਾਮ ਪਹਿਲਾਂ ਜਪਿਆ ਹੋਇਆ ਹੋਵੇਗਾ, ਉਸ ਵੇਲੇ ਪਰਮੇਸ਼ਵਰ ਨਾ ਖਿਨ ਦੇ ਵਿਚ ਹੀ ਤੇਰਾ ਉਧਾਰ ਕਰ ਦੇਗਾ, ਬਚਾ ਲਵੇਗਾ। ਆਨਕ ਪੁਨਃ ਚਰਨ ਕਰਤ ਨਹੀਂ ਤਰੇ, ਪੁਨਃ ਚਰਨ ਨਾ ਪਾਪਾਂ ਦੀ ਨਿਵਰਤੀ ਵਾਸਤੇ ਜਿਹੜੇ ਪੁੰਨ ਕਰਨੇ ਹੈ, ਪਾਪਾਂ ਦੀ ਨਿਵਰਤੀ ਵਾਸਤੇ ਜੋ ਕਰਨੀ ਉਹਨੇ ਨਾ ਪ੍ਰਾਸ਼ਟ ਹੁੰਦਾ ਹੈ, ਇਸ ਦਾ ਅਰਥ ਹੈ ਅਨੇਕਾਂ ਪ੍ਰਾਸ਼ਟ ਪਾਪਾਂ ਦੀ ਨਿਵਰਤੀ ਵਾਸਤੇ ਜਿਹੜੇ ਕੀਤੇ ਦੰਡ ਆਦਿਕ ਲਏ ਹੋਏ ਹੈ, ਗੋਹਤਿਆ ਆਦਿਕ ਹੋਣ ਤੋਂ ਅਨੇਕ ਪ੍ਰਕਾਰ ਦੇ ਦੰਡ ਜਿਹੜੇ ਲਏ ਹੈ, ਇਹ ਪੁਨਾ ਚਰਨ ਪੁੰਨਾ ਦੇ ਵਿੱਚ ਚਰਨ ਪ੍ਰਵਿਰਤ ਹੋਣ ਵਾਸਤੇ, ਪੁੰਨਾ ਵਿੱਚ ਪ੍ਰਵਿਰਤ ਹੋਣ ਵਾਸਤੇ ਜਿਹੜੇ ਕੰਮ ਕਰੀ ਉਹਨਾਂ ਨਾਲ ਪੁਨਸ ਚਰਨ ਹੁੰਦਾ ਹੈ, ਅਤੇ ਪਾਪਾਂ ਦੀ ਨਿਵਰਤੀ ਵਾਸਤੇ ਜਿਹੜੇ ਕੰਮ ਕਰੀ ਉਹਨਾਂ ਨਾਲ ਪ੍ਰਾਸ਼ਟਿਕ ਹੁੰਦਾ ਹੈ। ਇਹ ਪੁਨਃ ਚਰਨ ਦੇ ਅਰਥ ਦੋਏ ਕਰਨੇ, ਜਿੱਥੇ ਅਨੇਕਾਂ ਪੁਨਃ ਚਰਨ ਪੁਨਾ ਆਦਿਕਾਂ ਦੇ ਆਚਾਰ ਕਰਕੇ ਵੀ ਤੂੰ ਤਰ ਨਹੀਂ ਸਕੇਗਾ, ਇਹ ਅਨੇਕਾਂ ਪ੍ਰਾਸ਼ਚਿਤ ਕਰਕੇ ਵੀ ਤੂੰ ਮੁਕਤ ਨਹੀਂ ਹੋ ਸਕੇਗਾ, ਤਰ ਨਹੀਂ ਸਕੇਗਾ। ਹਰ ਕੋ ਨਾਮ ਕੋਟ ਪਾਪ ਪਰ ਹਰੈ, ਪਰਮੇਸ਼ਵਰ ਦਾ ਜਿਹੜਾ ਨਾਮ ਪ੍ਰਾਸ਼ਟਾਂ ਵਾਸਤੇ ਜਿਹੜੇ ਤੈਂ ਕੰਮ ਕੀਤੇ ਹਨ ਪੁਨਃ ਚਰਨ, ਪਰਮੇਸ਼ਵਰ ਦਾ ਨਾਮ ਹੀ ਤੇਰੇ ਕਰੋੜਾਂ ਜਨਮਾਂ ਦੇ ਪਾਪ ਜਿਹੜੇ ਕਿਲੇ ਉਸਰੇ ਹੈ ਉਹ ਸਾਰੇ ਨੂੰ ਦੂਰ ਕਰ ਦੇਵੇਗਾ, ਐਸਾ ਨਾਮ ਹੈ ਜਪਿਆ ਹੋਇਆ ਜੇ ਜਪ ਲਏਗਾ ਜਿਉਂਦਾ ਜਿਉਂਦਾ। ਗੁਰਮੁਖ ਨਾਮ ਜਪੋ ਮਨ ਮੇਰੇ, ਮਨਾ ਗੁਰਮੁਖ ਬਣ ਕੇ ਨਾਮ ਜਪੀ, ਇਸ ਤਰ੍ਹਾਂ ਨੀ ਉਹਨਾਂ ਨੇ ਵਾਪਦਾ ਕਿਹਾ ਹਰ ਹਰ ਨਿਤ ਕਰ ਰਸਨਾ ਕਹਿਆ ਕੁਛ ਨਾ ਜਾਣੀ, ਕਿਤ ਜਿਨ ਕਾ ਹਿੱਲਿਆ ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ। ਉਹ ਕਚਿਆਈ ਵਿੱਚ ਲੱਗੇ ਹੋਏ ਲੋਕ ਹਨ, ਮੂੰਹੋਂ ਭਾਵੇਂ ਹਰ ਹਰ ਕਹਿੰਦੇ ਹੈ, ਇਸ ਪ੍ਰਕਾਰ ਜਿਹਨੀ ਗੁਰਮੁਖ ਨਾਮ ਪਿਆਇਆ ਤੈਨੂੰ ਫਿਰ ਵਿਘਨ ਨਾ ਹੋਈ ਰਾਮ ਰਾਜੇ, ਗੁਰਮੁਖ ਬਣ ਕੇ ਆਪਣਾ ਜੀਵਨ ਦੁਖੀ ਨੂੰ ਵੇਖ ਕੇ ਕਿਰਪਾ ਕਰਿਆ ਕਰ, ਸੁਖੀ ਨੂੰ ਵੇਖ ਕੇ ਆਪ ਨੂੰ ਸੁਖੀ ਮੰਨਿਆ ਕਰ, ਕਿਸੇ ਦਾ ਪ੍ਰਤਾਪ ਵੇਖ ਕੇ ਸੜਿਆ ਨਾ ਕਰ, ਵਾਹਿਗੁਰੂ ਦੀ ਦਾਤ ਸਮਝਿਆ ਕਰ, ਅਤੇ ਜਿਹੜਾ ਕੋਈ ਨਾਮ ਮੰਨੇ ਉਹਦੇ ਖਿਹੜੇ ਪੈ ਕੇ ਆਪਣੀ ਗੱਲ ਨਾ ਮਨਾਇਆ ਕਰ। ਇਹ ਚਾਰ ਗੁਣ ਜਦੋਂ ਤੇਰੇ ਕਰਨਾ ਮੈਤਰੀ ਮੁੱਤਾ ਪੇਖਿਆ ਆ ਜਾਣਗੇ ਉਦੋਂ ਗੁਰਮੁਖ ਬਣ ਜਾਏਗਾ। ਸੋ ਇਸ ਪ੍ਰਕਾਰ ਗੁਰਮੁਖਾਂ ਦੀ ਸੰਗਤ ਕਰਕੇ ਫੇਰ ਮੇਰੇ ਪਿਆਰੇ ਮਨਾਂ ਨਾਮ ਜਪਣਾ ਕਰ। ਨਾਨਕ ਪਾਵ ਹੋ ਸੁਖ ਘਨੇਰੇ, ਜੀ ਕਹਿੰਦੇ ਇਸ ਪ੍ਰਕਾਰ ਘਣੇ ਸੁਖਾਂ ਨੂੰ ਪਾ ਲਓਗੇ, ਜਿਹੜੇ ਸੁਖ ਮਨਾਂ ਮੂੰਹ ਸੁਖ ਹਨ, ਜਿਹਨਾਂ ਸੁਖਾਂ ਦੇ ਬਰਾਬਰ ਰਾਜੇ ਦਾ ਵੀ ਸੁਖ ਨਹੀਂ, ਜਿਸ ਸੁਖ ਦੇ ਬਾਅਦ ਬ੍ਰਹਮਾ ਦਾ ਦਰਜਾ ਸਾਰੀ ਉਮਰ ਦਾ ਸੁਖ ਨਹੀਂ, ਉਹ ਜੀਵਨ ਮੁਕਤ ਨੂੰ 14 ਵਾਰੀ ਅਖੋਲਦਾ ਮੀਰਦਿਆਂ ਜਿਹੜਾ ਪ੍ਰਾਪਤ ਹੈ, ਬ੍ਰਹਮਾ ਨੂੰ ਸਾਰੀ ਉਮਰ ਚ ਉਹਨਾਂ ਸੁਖ ਨਹੀਂ, ਉਹ ਘਣੇ ਸੁਖ ਆਤਮਨੰਦ ਨੂੰ ਤੂੰ ਪਾ ਲਏਗਾ। ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ, ਦੇਖੋ ਭਾਈ ਜਿਵੇਂ ਕੋਈ ਸਾਰੀ ਸ੍ਰਿਸ਼ਟੀ ਵਿੱਚੋਂ ਰਾਜਾ ਨਾਮ ਵੱਡਾ ਦੁੱਖ ਜਿਹਨੂੰ ਹੋਵੇ, ਕੋੜੀ ਕੋੜ ਹੋ ਗਿਆ ਹੋਵੇ ਜਿਸ ਆਦਮੀ ਦੇ ਤਾਈ ਵੀ।
ਹਰ ਕਾ ਨਾਮ ਜਪਤ ਹੋਏ ਸੁਖੀਆ। ਵੀ ਕੋਈ ਵੀ ਪਰਮੇਸ਼ਰ ਦਾ ਨਾਮ ਜਪ ਲੇ ਉਹ ਵੀ ਸਤਿਗੁਰੂ ਜੀ ਕਹਿੰਦੇ ਸੁਖੀ ਹੋ ਜਾਂਦਾ ਹੈ। ਐਸਾ ਪਰਮੇਸ਼ਰ ਦਾ ਨਾਮ ਹੈ, ਕੋੜੀਆਂ ਦੇ ਕੋਲ ਮਿਟਣ ਵਾਲਾ ਵੀ। ਗੋਪਾਲਪੁਰ ਜਿਵੇਂ ਮਹਾਰਾਜ ਸਾਹਿਬ ਜੀ ਨੇ ਸ਼ਬਦ ਦਾ ਪਾਠ ਕਰਕੇ ਕੀਰਤਨ ਕਰਾ ਕੇ ਮਰਦਾਨੇ ਦੇ ਪਾਸੋਂ ਜੈਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲਾਏ ਦਾ ਕੋੜ ਮੇਟ ਦਿੱਤਾ ਸੀ ਸਤਿਗੁਰੂ ਨਾਨਕ ਦੇਵ ਜੀ ਨੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਰਾਜਾ ਵੱਡਾ ਦੁੱਖ ਕੋੜ ਰੋਗ ਹੈ। ਜੇ ਕੋੜੀ ਆਦਮੀ ਵੀ ਪਰਮੇਸ਼ਰ ਦਾ ਨਾਮ ਜਪ ਲੇ ਉਹਦੀ ਵੀ ਪਾਕ ਬਹਿਣੋਂ ਹਟ ਜਾਂਦੀ ਤੇ ਸੁਖੀ ਹੋ ਜਾਂਦਾ। ਐਸਾ ਉੱਚਾ ਪਰਮੇਸ਼ਰ ਦਾ ਨਾਮ ਹੈ। ਦੂਸਰੀ ਵਿਚਾਰ ਇਹ ਹੈ, ਮੁੱਖ ਅਰਥ ਇਹ ਹੋਈ ਹੈ, ਦੂਸਰਾ ਗਾਉਣੀ ਅਰਥ ਹੈ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹੈ। ਸਾਰੀ ਸ੍ਰਿਸ਼ਟੀ ਦਾ ਰਾਜੇ ਨੂੰ ਭਾਰੀ ਦੁੱਖ ਹੁੰਦਾ, ਜਿੰਨਾ ਸਾਰੀ ਦੁਨੀਆਂ ਨੂੰ ਖੱਟ ਨੂੰ ਦੁੱਖ ਹੁੰਦਾ ਹੈ, ਉਹਨਾਂ ਉਸ ਰਾਜੇ ਨੂੰ ਦੁੱਖ ਹੁੰਦਾ, ਉਹਨਾਂ ਦੇ ਸਾਂਭਣ ਦਾ, ਉਹਨਾਂ ਨੂੰ ਆਪਦੇ ਵੱਸ ਰੱਖਣ ਦਾ ਅਨੇਕ ਪ੍ਰਕਾਰ ਦੇ ਦੁੱਖ ਹੁੰਦੇ ਹੈ। ਜਿਸ ਪ੍ਰਕਾਰ ਪ੍ਰਸੰਗ ਸਤਸੰਗ ਦੇ ਵਿੱਚ ਵਿਚਾਰ ਹੈ, ਜਿਹੜੇ ਜਾਰਜ ਪੰਚਮ ਸੀ ਅੰਗਰੇਜ਼ਾਂ ਦਾ ਰਾਜਾ ਬਾਦਸ਼ਾਹ, ਜਦੋਂ ਪਹਿਲੀ ਵਾਰ ਜਰਮਨ ਦੀ ਲੜਾਈ ਲੱਗੀ ਹੈ 13 ਦੇ ਵਿੱਚ, ਉਸ ਵਕਤ ਇਹਨੂੰ ਨੀਂਦ ਆਉਣੋਂ ਹਟ ਗਈ ਸੀ। ਬਿਜਲੀ ਦੇ ਨਾਲ ਇਸ ਨੂੰ ਸੁਲਾਇਆ ਕਰਦੇ, ਏਡਾ ਭਾਰੀ ਦੁੱਖ ਹੁੰਦਾ, ਨੀਂਦ ਵੀ ਆਉਣੋਂ ਹਟ ਜਾਂਦੀ ਹੈ। ਸੋ ਸਾਰੀ ਸੀਗਾ ਦੁੱਖ ਉਸ ਰਾਜੇ ਨੂੰ ਚਿੰਬੜਿਆ ਹੁੰਦਾ ਹੈ। ਹਰ ਕਾ ਨਾਮ ਜਪਤ ਹੋਏ ਸੁਖੀਆ। ਜੇ ਪਰਮੇਸ਼ਰ ਦਾ ਨਾਮ ਐਸਾ ਵੀ ਜਪ ਵੀ ਆਪ ਵੀ ਜਪ ਲਵੇ ਉਹ ਵੀ ਸੁਖੀ ਹੋ ਸਕਦਾ, ਸਾਰੇ ਦੁੱਖ ਉਹਦੇ ਮਿਟ ਸਕਦੇ ਹਨ। ਲੱਖ ਕਰੋੜੀ ਬੰਧਨ ਪਰੈ। ਲੱਖ ਕਰੋੜੀ ਬੰਧਨ ਪਰੈ, ਲੱਖਾਂ ਪੁਰਖਾਂ ਕਰਕੇ ਕਰੋੜਾਂ ਬੰਧਨ ਜੇ ਕਰਕੇ ਪੈ ਜਾਣ। ਹਰ ਕਾ ਨਾਮ ਜਪਤ ਨਿਸਤਰ। ਹਰੀ ਦਾ ਨਾਮ ਜਪੇ ਤਾਂ ਸੰਸਾਰ ਤੋਂ ਤਰ ਜਾਂਦਾ। ਸੰਪਰਦਾ ਦਾ ਪਾਠ ਇਹੋ ਹੀ ਹੈ, ਅਤੇ ਵਿਆਕਰਨ ਦੀ ਰੋਹ ਵਾਲੇ ਕਈ ਇਸ ਖਿਆਲ ਨੂੰ ਕਰਦੇ ਕਿ ਲੱਖ ਕਰੋੜੀ ਬੰਧ ਨਾ ਪਰੈ, ਉਹ ਪਾਠ ਕਰਦੇ ਲੱਖਾਂ ਕਰੋੜਾਂ ਕਰਕੇ ਬੰਧ ਸੰਤੋਖ ਨਹੀਂ ਪੈਂਦਾ। ਬੰਧਨ ਸ਼ਬਦ ਨੂੰ ਧੱਦੇ ਨੂੰ ਔਂਕੜ ਕਰਕੇ ਉਹ ਬੰਧ ਨਾ ਪਰੈ ਬਣਾਉਂਦੇ, ਵੀ ਸੰਤੋਖ ਨਹੀਂ ਪੈਂਦਾ। ਇਹ ਨਿਯਮ ਜਿਹੜਾ ਹੈ ਵਿਆਕਰਨ ਦੀ ਰੀਤੀ ਨਾਲ ਉਹ ਆਪਦੇ ਜਾਣੇ ਮੰਨਦੇ ਹਨ। ਕਈ ਕਈ ਥਾਈਂ ਐਸੇ ਸ਼ਬਦ ਆਉਂਦੇ ਹੈ ਜਿੱਥੇ ਇਹ ਨਿਯਮ ਨਹੀਂ ਰਹਿੰਦਾ ਹੈ। ਸੋ ਇਸ ਕਰਕੇ ਲੱਖ ਕਰੋੜੀ ਬੰਧਨ ਪਰਾਈ ਪਾਠ ਸੰਪਰਦਾ ਦਾ ਸਮਝਣਾ, ਦਮਦਿਆਂ ਦਾ ਵੀ ਅੰਮ੍ਰਿਤਸਰ ਦਾ ਵੀ, ਲੱਖਾਂ ਕਰੋੜਾਂ ਲੱਖਾਂ ਪੁਰਸ਼ਾਂ ਕਰਕੇ ਕਰੋੜਾਂ ਵੀ ਬੰਧਨ ਪੈ ਜਾਣ, ਕੈਦੀ ਹੋ ਜਾਵੇ, ਘੇਰੇ ਚ ਆ ਜਾਵੇ, ਅਨੇਕ ਪ੍ਰਕਾਰ ਦੇ ਕਲੇਸ਼ ਪੈ ਜਾਣ, ਕਿਉਂ ਬੰਨਣ ਪੈ ਜਾਣ ਜੇ ਕਰਕੇ। ਹਰ ਕਾ ਨਾਮ ਜਪਤ ਨਿਸਤਰ। ਪਰਮੇਸ਼ਰ ਦਾ ਨਾਮ ਜਪੇ ਸੰਸਾਰ ਸੰਦੋ ਤਰ ਜਾਂਦਾ ਹੈ, ਸਭ ਕਲੇਸ਼ ਉਹਦੇ ਮਿਟ ਜਾਂਦੇ ਹਨ। ਅਨਕ ਮਾਇਆ ਰੰਗ ਤਿਖ ਨਾ ਬੁਝਾਵੇ। ਅਨੇਕ ਪ੍ਰਕਾਰ ਦੀ ਮਾਇਆ ਦੇ ਰੰਗ ਆਨੰਦ, ਭਾਵੇਂ ਕਰੇ ਤਮਾਸ਼ੇ ਵੇਖੇ, ਸਿਨੇਮੇ ਵੇਖੇ, ਅਨੇਕ ਤਰ੍ਹਾਂ ਦੇ ਕੌਂਤਕ ਕਰੇ, ਪਰ ਤਿਖ ਨਾ ਬੁਝਾਵੇ। ਤ੍ਰਿਸ਼ਨਾ ਦੀ ਤੇਹ ਨਹੀਂ ਇਹਦੀ ਬੁਝਣ ਚਾਹੁੰਦੀ, ਇਹ ਬਣੀ ਰਹਿੰਦੀ, ਦੂਣੀ ਚੌਗਣੀ ਬਣੀ ਰਹਿੰਦੀ ਹੈ। ਹਰ ਕਾ ਨਾਮ ਜਪਤ ਆਗਾਵੇ। ਹਰੀ ਅਕਾਲ ਪੁਰਖ ਦਾ ਭਾਈ ਨਾਮ ਜਪੇ ਤਾਂ ਇਹ ਅਗਾਵੇ, ਤ੍ਰਿਪਤ ਹੋ ਸਕਦਾ, ਰੱਜ ਆ ਸਕਦਾ, ਐਵੇਂ ਤ੍ਰਿਪਤੀ ਨਹੀਂ ਹੁੰਦੀ ਕਿਸੇ ਪੁਰਖ ਦੇ ਤਾਈ। ਜੇ ਮਾਰਗ ਇਹੋ ਜਾਤ ਅਕੇਲਾ। ਜਿਸ ਜਵਾਂ ਦੇ ਮਾਰਗ ਚ ਇਸ ਨੂੰ ਇਕੱਲੇ ਨੂੰ ਜਾਣਾ ਪਵੇਗਾ, ਬੜਾ ਭਾਰੀ ਜਿਸ ਰਸਤੇ ਦਾ ਮਾਰਗ ਦਾ ਹੈ। ਤਹਿ ਹਰ ਨਾਮ ਸੰਗ ਹੋ ਤੁਸਹੇਲਾ। ਪਰਮੇਸ਼ਰ ਦਾ ਨਾਮ ਅੰਤ ਸਮੇਂ ਤੋਂ ਪਹਿਲਾਂ ਜਪਿਆ ਹੋਇਆ ਹੋਵੇਗਾ ਤੇ ਇਸ ਦੇ ਤਾਈਂ ਉਸ ਵੇਲੇ ਸੁਹੇਲਾ ਸੁਖਾਲਾ ਕਰ ਦੇਵੇਗਾ, ਸੁਖੀ ਹੋ ਜਾਵੇਗਾ ਮਹਾਰਾਜ ਨਾਮ ਕਰਕੇ। ਤਹਿ ਹਰ ਨਾਮ ਸੰਗ ਹੋ ਤੁਸਹੇਲਾ, ਹਰੀ ਦਾ ਨਾਮ ਸੁਹੇਲਾ ਸੁਖੀ ਕਰ ਦੇਵੇਗਾ। ਸ੍ਰੀ ਕਰਤਾਰਪੁਰ ਸਾਹਿਬ ਚ ਹਰ ਨਾਮ ਸੰਗ ਹੋ ਤੁਸਹੇਲਾ ਹੀ ਹੈ, ਦੋਨਵੇਂ ਸਾਹਿਬ ਤਹਿ ਹਰ ਕਾ ਨਾਮ ਕੱਕਾ ਵੀ ਨਾਲ ਹੈ, ਤੋ ਹਰ ਨਾਮ ਸੰਗ ਹੋ ਤੁਸਹੇਲਾ, ਉੱਥੇ ਪਰਮੇਸ਼ਰ ਦਾ ਨਾਮ ਨਾਲ ਹੋਣੇ ਕਰਕੇ ਸੁਹੇਲਾ ਸੁਖੀ ਹੋਵੇਗਾ। ਐਸਾ ਨਾਮ ਮਨ ਸਦਾ ਧਿਆਈ ਹੈ। ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ, ਮਨ ਸਦਾ ਉਸ ਨੂੰ ਧਿਆਉਣਾ ਕਰੀਏ ਇੱਕ ਚਿੱਤ ਹੋ ਕੇ। ਨਾਨਕ ਗੁਰਮੁਖ ਪਰਮ ਗਤ ਪਾਈ ਹੈ। ਸਾਹਿਬ ਜੀ ਕਹਿੰਦੇ ਗੁਰਮੁਖਾਂ ਦੀ ਸੰਗਤ ਕਰਕੇ ਇਸ ਪ੍ਰਕਾਰ ਪਰਮ ਗਤੀ ਕਲਿਆਣ ਦੇ ਤਾਈ, ਕੇਵਲ ਮੁਕਤੀ ਦੇ ਤਾਈ ਪਾ ਲਈਦਾ ਹੈ। ਛੂਟਤ ਨਹੀਂ ਕੋਟ ਲੱਖ ਬਾਹੀ। ਜਿੱਥੇ ਲੱਖਾਂ ਬਾਹਾਂ ਵਾਲਾ ਆਦਮੀ ਹੋ ਕੇ ਵੀ ਕਾਲ ਤੋਂ ਛੁੱਟ ਨਹੀਂ ਸਕਦਾ, ਸੰਸਾਰ ਬਾਹੂ ਵਰਗੇ ਮਾਰੇ ਗਏ, ਅਤੇ ਇਸੇ ਪ੍ਰਕਾਰ ਛੂਟਤ ਨਹੀਂ ਕੋਟ ਲੱਖ ਬਾਹੀ, ਛੁੱਟ ਨਹੀਂ ਸਕਦਾ ਕਰੋੜਾਂ ਰੁਪਿਆਂ ਕਰਕੇ, ਲੱਖਾਂ ਯੋਧਿਆਂ ਕਰਕੇ, ਬਾਹਾਂ ਭਰਾਵਾਂ ਦੀਆਂ ਬਾਹਾਂ ਕਰਕੇ ਵੀ
जिथे जमारी छुटकारा नहीं पा सकता, कोट किलिया की ओट करके भी ते लखां धन खर्च के भी ते बाहां लखां आले सूरमिया करके भरावां करके भी छुटकारा नहीं जिथे पा सकी, तां फौजा करके बाहां फौजा नहीं समझनियां लखां। नाम जपत तह पार पराही, उस थां दे सच्चे पातशाह दा नाम जपने करके संसार समुद्र तो पार पै जांदा, मुक्त हो जांदा है। अनेक बिघन जह आए संघार, अनेकां जिथे आके बिघन आके संघार नाश करन, इस नूं चार छपेरे घेरा कट के मारना चाहण। हर का नाम तत्काल उधार, परमेश्वर दा नाम मरण तो पहला जपया होया होवेगा तां तत्काल छेती उधार लवेगा, छुटकारा पा लेगा। अनक जून जन्म मर जाम, जेड़े जीव अनेक जूना च पै पै के अनेक जन्म धारे है, फिर कई बारी मर मर के जमा दे बस पे है, मर के फिर जमदे रेंदे हल्ट दिया टिंडा वांगू। नाम जपत पावे बिसराम, ओ जीवन वाले पुरख जे महाराज का नाम जप लैन तां बिसराम मन टिका पा लेंदे, जूना च जीव भरमण तो हट जांदा है। हाँ मैला मल कब होना धोवै, होमे करके मैला हो गया है, आपदी मैल नू होमे दे नू कदे पापा दी नू धोंदा नहीं, सगो चमेड़दा ही रहिंदा होमे करके। हर का नाम कूट पाप खूवै, परमेश्वर दा नाम जिन्हां नू जपिया उन्हां दे करोड़ां जन्मां दे पापा नू मेड़ दिंदा है, यो शुद्ध कर दिंदा है मन नू। ऐसा नाम जपहु मन रंग, ऐसा परमेश्वर दा नाम है भाई, मन दे प्रेम करके जपना करो। नानक पाईए साध कै संग, सतगुरु साहिब जी कहंदे सार संगत दे नाल मिल करके अमृत नाम पाईदा है, कल्या तो कल्या नहीं सिमरन किया जाता, गुरु की संगत विचों ये दात प्राप्त होंदी है। जेह मार्ग के गने जाहे ना कोसा, जिस जगह दे मार्ग दे को नहीं गने जा सकदे, गरुड़ पुराण च साध संगत जी 86,000 योजन जम मार्ग जम दी पूरी मात रोग च दसी है, आदमी दे ताई हर रोज है ओ जीव दे ताई 2,000 कुछ उपर मील लियांदे हन, योजन लियांदे हन, इस प्रकार ओ एक साल विच कहंदे आ पुनिया नूं भी लियांदे सुख दिंदे होए ते पापियां नूं भी लियांदे है, इस प्रकार साल लग जांदा उस तक जांदे आ। साहिब कहंदे जिस मार्ग दे जिस नूं 86,000 योजन मार्ग दसा जमपुरी दा, जिस रस्ते दे कोहां गिणियां ही नहीं जांदियां जीवां दे पासों, मुकदियां ही नहीं पापियां तों, दुखी हो के भोग के पुनी सुखां विच फर्क हो पै के भटकते फिरते हैं, इस प्रकार जे मार्ग के गने जाहे ना जिस जम मार्ग दोहां नहीं गिनिया जांदियां, एडी दूर मार्ग है जिस लम्मे पैंदे हन, जिस मुकदे ही नहीं मुकण च नहीं आउंदे हन। हर का नाम ऊहां संग तोसा, परमेश्वर दा जो नाम है हरि दा जपिया होया उस तां जिवें तोसा खर्च हुंदा पल्ले बन्निया होया, इस प्रकार खजाने दी नहीं आई है, जां माइयां कहिंदियां तैनूं दिन्नी है तोसा, तोसा साध संगत जी जिहदे च खंड ते घिओ ते मैदा इको जे मिला के प्रशादा पकाया उहनूं तोसा कहिंदा, खर्च वास्ते तोसा खजाने दा नाम भी है, इउं जिहदे च भगती रूप खंड पई होई है ते ज्ञान रूपी घिओ पिया होया है, प्रेम रूपी मैदा पिया होया है, ऐसा जिहड़ा गुणा दे सहत बनिया होया तोसा प्रसादा है, उह परमेश्वर दा नाम उत्थे रास्ते च तेरे वास्ते खर्च वास्ते होवेगा। जिह पिंड महा अंध गुवारा, जिस पिंड दे विच कृष्ण भगवान जी जदों अपने गुरु संदीपन दे पुत्रां नूं लैण वास्ते गए है, उस वक्त रास्ते च बड़ा भारी अंधेरा सी, इन्हां दे सवाही ने कहा जी अंधेरा बड़ा है, कृष्ण जी कहिंदे सुदर्शन चक्कर दी लो दे नाल आपां चलदे हां, इत्थे जे 12 सूर्य चढ़ जाण ਉਹ ਵੀ ਸਾਰੇ ਕਾਲੇ ਤਵੇ ਵਰਗੇ ਹੋ ਜਾਣਗੇ, ਇੰਨਾ ਹਨੇਰਾ ਹੈ। ਸੋ ਉਸ ਹਨੇਰੇ ਵਾਪਸ ਹਜ਼ੂਰ ਕਹਿੰਦੇ ਹਨ ਜਿਹ ਪਿੰਡ ਹੈ ਮਹਾ ਅੰਧ ਗੁਵਾਰਾ, ਜਿਸ ਪਿੰਡ ਰਸਤੇ ਚ ਬੜਾ ਭਾਰੀ ਹਨੇਰ ਹੈ, ਹਰ ਕਾ ਸੂਰਮਿਆਂ ਦੀ ਬਾਬਤ ਮੰਨਿਆ ਹੈ, ਜਿਹੜੇ ਸੂਰਮੇ ਉਹ ਸੂਰਜ ਮੰਡਲ ਨੂੰ ਵੇਖ ਕੇ ਚਾਨਣ ਦੇ ਵਿੱਚ ਦੀ ਪਹੁੰਚ ਜਾਂਦੇ ਦੇਵਪੁਰੀ ਵਿੱਚ, ਅਤੇ ਜਿਹੜੇ ਪਾਪੀ ਆ ਉਹ ਮਹਾ ਭਿਆਨਕ ਹਨੇਰੇ ਦੇ ਵਿੱਚ ਦੀ ਖਿੱਚੇ ਧੂਏ ਜਾਂਦੇ ਹਨ,
ਕਿਉਂ ਬੜਾ ਭਾਰੀ ਭਿਆਨਕ ਹਨੇਰਾ ਮੰਨਿਆ ਹੈ। ਹਰ ਕਾ ਨਾਮ ਸੰਗ ਅੰਧੇ ਨੂੰ ਹਨੇਰਾ ਹੁੰਦਾ, ਇਹਨਾਂ ਗਵਾਰ ਘੁੱਪ ਹਨੇਰਾ ਹੈ, ਬਾਰਾਂ ਸੂਰੀ ਚੜ ਕੇ ਵੀ ਕਾਲੇ ਤਵੇ ਜਿੱਥੇ ਬਣ ਜਾਣ। ਹਰ ਕਾ ਨਾਮ ਸੰਗ ਉਹਾ ਹਰ ਕਾ ਨਾਮ ਸੰਗ ਉਜਿਆਰਾ, ਉਸ ਤਾਂ ਜੇ ਪਰਮੇਸ਼ਰ ਦਾ ਪਿਆਰਿਆ ਤੇਰੇ ਨਾਮ ਜਪਿਆ ਹੋਵੇਗਾ, ਤੇਰੇ ਤਾਂ ਉਜਿਆਰਾ ਪ੍ਰਕਾਸ਼ ਕਰਨ ਵਾਲਾ ਨਾਮ ਹੋਵੇਗਾ, ਉਹ ਹਨੇਰੇ ਨੂੰ ਚੱਕ ਦੇਵੇਗਾ। ਨਾਮ ਜਪਤ ਕੋਲ ਸੂਰ ਉਜਾਰਾ ਦਿਨਸੇ ਭਰਮ ਅੰਧੇਰਾ, ਜਹਾਂ ਪੰਥ ਤੇਰਾ ਕੋ ਨਾ ਸਿਆਂ ਨੂੰ, ਜਿਸ ਰਾਹ ਵਿੱਚ ਤੇਰਾ ਕੋਈ ਸਿਆਣੂ ਗਿਆਨੂ ਨੀ, ਕੋਈ ਮਲਾਪੀ ਨੀ ਹੈ। ਹਰ ਕਾ ਨਾਮ ਤਾਂ ਤਹ ਨਾਲ ਪਛਾਣ, ਪਰਮੇਸ਼ਰ ਦਾ ਜੇ ਨਾਮ ਜਪਿਆ ਹੋਇਆ ਹੋਵੇਗਾ ਉੱਥੇ ਉਹ ਸਿਆਣੂ ਤੇਰਾ ਨਾਮ ਸਾਥੀ ਹੋਵੇਗਾ, ਨਾਲ ਪਛਾਣੀ, ਸਭ ਲੋਕ ਨਾਮ ਕਰਕੇ ਆਦਰ ਕਰਨਗੇ, ਪਿਤਰ ਲੋਕ ਦੇਵ ਲੋਕ ਆਦਿਕ ਸਭ ਸਤਿਕਾਰ ਕਰਨਗੇ, ਪਰਮੇਸ਼ਰ ਦਾ ਨਾਮ ਸੰਗੀ ਹੋਵੇਗਾ ਤੇਰੇ ਨਾਲ ਪਛਾਣਨਾ ਕਰੀ। ਜਹ ਮਹਾ ਭਿਆਨ ਤਪਤ ਬਹੁ ਘਾਮ, ਜਿੱਥੇ ਬੜਾ ਭਾਰੀ ਭਿਆਨਕ ਸੂਰਜ ਕਹਿੰਦੇ ਬਾਰਾਂ ਸੂਰੀ ਚੜ੍ਹ ਕੇ ਪਾਪੀਆਂ ਨੂੰ ਤਪਾਉਣਗੇ, ਉੱਥੇ ਬੜੀ ਭਿਆਨਕ ਤਪਸ਼ ਹੋਵੇਗੀ ਘਾਮ ਧੁੱਪ ਦੀ ਸੂਰਜ ਦੀ। ਤਹ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ, ਉੱਥੇ ਪਰਮੇਸ਼ਰ ਦੇ ਨਾਮ ਦੀ ਤੇਰੇ ਜਪਿਆ ਹੋਵੇਗੀ ਇਹਦੇ ਛਾਂ ਹੋਵੇਗੀ, ਉਹ ਧੁੱਪ ਨੂੰ ਮਿਟਾਉਣ ਵਾਲੀ, ਠੰਡ ਪਾਉਣ ਵਾਲੀ ਸੀਤਲ ਪਰਮੇਸ਼ਰ ਦੇ ਨਾਮ ਦੀ ਠੰਡ ਹੋਸ਼ਾਂ ਹੋਵੇਗੀ। ਜਹਾਂ ਤ੍ਰਿਖਾ ਮਨ ਤੁਜ ਆਕਰਖੈ, ਸਿੰਘ ਜੀ ਤੇ ਬੜੀ ਭਾਰੀ ਲੱਗੇਗੀ, ਜਮ ਕਹਿਣਗੇ ਫਲਾਨਾ ਪੁੰਨ ਦੇ ਦੇ ਤਾਂ ਤੈਨੂੰ ਪਾਣੀ ਦਿਆਂਗੇ, ਕਿਉਂ ਤੇਰੇ ਨਾਲ ਤੇਰਾ ਮਨ ਬਹੁਤ ਸਾਰਾ ਖਿੱਚਿਆ ਜਾਏਗਾ, ਜੀ ਤੇਰਾ ਜਿਹੜਾ ਹੈ ਪ੍ਰਾਣ ਨਿਕਲਣਗੇ। ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ, ਜਿਹੜਾ ਪਰਮੇਸ਼ਰ ਦਾ ਨਾਮ ਪਹਿਲਾਂ ਜਪਿਆ ਹੋਇਆ ਹੋਊਗਾ ਉਹ ਹਰ ਹਰ ਨਾਮ ਜਪਿਆ ਅੰਮ੍ਰਿਤ ਦੀ ਵਰਖਾ ਕਰੇਗਾ, ਤੈਨੂੰ ਅਮਰ ਕਰ ਦੇਵੇਗਾ, ਤੇਰੀਆਂ ਤੇਹਾਂ ਸਾਰੀਆਂ ਮੇਟ ਦੇਵੇਗਾ, ਐਸਾ ਪਰਮੇਸ਼ਰ ਦਾ ਨਾਮ ਹੈ। ਇਹ ਜਿੱਥੇ ਅਸੀਂ ਜਾ ਕੇ ਇਹਨਾਂ ਚੰਮਦੀਆਂ ਅੱਖਾਂ ਨਾਲ ਵੇਖ ਨਹੀਂ ਸਕਦੇ, ਉਹ ਪਰਲੋਕ ਦੀ ਹਾਲਤ ਨੂੰ ਸਹਿ ਬਿਆਨ ਕਰਕੇ ਇਹ ਸਾਡੀਆਂ ਅੱਖਾਂ ਦੁਆਰਾ ਸਮਝਾ ਰਹੇ ਹਨ, ਦਿਖਾ ਰਹੇ ਹਨ। ਭਗਤ ਜਨਾ ਕੀ ਵਰਤਨ ਨਾਮ, ਭਗਤ ਜਨ ਹਨ ਉਹਨਾਂ ਦਾ ਨਾਮ ਨਾਲ ਹੀ ਵਰਤਾਵਾ ਪਾਇਆ ਹੋਇਆ ਹੈ, ਹੋਰ ਸਾਰੇ ਵਰਤਾਰੇ ਉਹਨਾਂ ਨੇ ਛੱਡ ਦਿੱਤੇ ਹਨ। ਸੰਤ ਜਨਾ ਕਾ ਮਨ ਬਿਸਰਾਮ, ਕਿਤ ਜਿਨ੍ਹਾਂ ਸਾਸ ਗ੍ਰਾਸ ਨੀ ਵਿਸਰਦਾ, ਉਹਨਾਂ ਦੇ ਮਨ ਵਿੱਚ ਮਾਰੇ ਨੂੰ ਬਸਰਾਵ ਇਸਤਰੀ ਕਰ ਲਈ ਆਪ ਹੀ ਵਸ ਗਏ ਹਨ। ਹਰ ਕਾ ਨਾਮ ਦਾਸ ਕੀ ਓਟ, ਜੋ ਪਰਮੇਸ਼ਰ ਦਾ ਨਾਮ ਹੈ ਮਹਾਰਾਜ ਦੇ ਸੇਵਕ ਜਿਹੜੇ ਉਹਨਾਂ ਦੇ ਓਟ ਹੈ, ਟੇਕ ਆਸਰਾ ਹੈ ਲੋਕ ਪਰਲੋਕ ਦਾ। ਹਰ ਕਾ ਨਾਮ ਉਧਰੇ ਜਨ ਕੋ, ਪਰਮੇਸ਼ਰ ਦੇ ਨਾਮ ਕਰਕੇ ਕਰੋੜਾਂ ਹੀ ਪੁਰਖ ਉਧਰ ਗਏ ਹਨ ਸੰਸਾਰ ਤੋਂ। ਹਰ ਜਸ ਕਰਤ ਸੰਤ ਦਿਨ ਰਾਤ, ਮਹਾਰਾਜ ਉਹ ਸੰਤ ਹੈ ਜਿਹੜੇ ਰਾਤ ਦਿਨ ਹਰੀ ਦਾ ਜਸ ਕੀਰਤਨ ਕਰਦੇ ਹੈ, ਰਾਤ ਨੇ ਜਸ ਕਰਦੇ ਸੰਤ ਭਗਤ, ਉਹਨਾਂ ਨੂੰ ਅਵਿਦਿਆ ਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਗਿਆ ਹੈ। ਹਰ ਹਰ ਔਖਦ ਸਾਧ ਕਮਾਤ, ਨਾਮ ਹੀ ਦਵਾਈ ਹੈ ਸਾਰਿਆਂ ਰੋਗਾਂ ਨੇ ਮੇਟਣ ਦੀ, ਸੰਤ ਜਨ ਇਸ ਨੂੰ ਕਮਾਉਂਦੇ ਹੈ, ਸਦਾ ਬਾਤ ਉਹਨਾਂ ਨੇ ਕਮਾਈ ਕੀਤੀ ਅੰਮ੍ਰਿਤ ਨਾਮ ਦੀ। ਹਰ ਜਨ ਕਹਿ ਹਰ ਨਾਮ ਨਿਧਾਨ, ਜੋ ਹਰੀ ਦੇ ਪਿਆਰੇ ਜਨ ਉਹਨਾਂ ਨੇ ਤਾਂ ਪਰਮੇਸ਼ਰ ਦਾ ਨਾਮ ਹੀ ਖਜ਼ਾਨਾ ਲੋਕ ਪਰਲੋਕ ਦਾ ਸਮਝਿਆ ਹੈ। ਪਾਰ ਬ੍ਰਹਮ ਜਨ ਕੀਨੋ ਦਾਨ, ਕਿਤੋਂ ਪ੍ਰਾਪਤ ਹੁੰਦਾ, ਪਾਰ ਬ੍ਰਹਮ ਪਰਮੇਸ਼ਰ ਨੇ ਆਪਦੇ ਜਨਾ ਸੰਤਾਂ ਭਗਤਾਂ ਨੂੰ ਦਾਨ ਹੀ ਦੇਤਾ, ਬਖਸ਼ਿਸ਼ ਕਰ ਦਿੱਤੀ ਹੈ। ਮਨ ਤਨ ਰੰਗ ਰਤੇ ਰੰਗ ਇੱਕ, ਜਿਹੜੇ ਮਨ ਕਰਕੇ ਇੱਕ ਵਾਹਿਗੁਰੂ ਦੇ ਪ੍ਰੇਮ ਰੰਗ ਚ ਰਤੇ ਹੋਏ ਹੈ, ਜਿਹੜੇ ਤਨ ਕਰਕੇ ਵੀ ਵਾਹਿਗੁਰੂ ਦੇ ਪ੍ਰੇਮ ਰੰਗ ਚ ਰਤੇ ਹੋਏ ਹੈ, ਉਹ ਰੰਗ ਇੱਕ ਇੱਕੋ ਹੀ ਰੂਪ ਹੋ ਗਏ ਮਹਾਰਾਜ ਨਾਲ ਮਿਲ ਕੇ। ਨਾਨਕ ਜਨ ਕੈ ਬਿਰਤ ਵਿਵੇਕ, ਵਾਹਿਗੁਰੂ ਸਾਹਿਬ ਜੀ ਕਹਿੰਦੇ ਮਹਾਰਾਜ ਦੇ ਜਿਹੜੇ ਜਨ ਹੈ ਉਹਨਾਂ ਦੀ ਬਿਰਤੀ ਚ ਹਰ ਵਕਤ ਵਿਵੇਕ ਹੈ, ਜੀਵ ਇਸ ਦੀ ਏਕਤਾ ਉਹਨਾਂ ਦੇ ਅੰਦਰ ਹਰ ਵਕਤ ਕਾਇਮ ਰਹਿੰਦੀ ਹੈ, ਗਿਆਨ ਕਦੇ ਭੁੱਲਦਾ ਨਹੀਂ, ਐਸਾ ਬਿਰਤੀ ਵਿੱਚ ਗਿਆਨ ਹੈ ਉਹਨਾਂ ਦੇ, ਬ੍ਰਹਮਾਕਾਰ ਬਿਰਤੀ ਦੀ ਵਿਵੇਕ, ਜੀਵ ਇਸ ਦੀ ਏਕਤਾ ਹੀ ਫੁਰਦੀ ਰਹਿੰਦੀ ਹੈ। ਨਾਨਕ ਜਨ ਕੈ ਬਿਰਤ ਵਿਵੇਕ, ਜਨਾਂ ਦੀ ਬਿਰਤੀ ਜਿਹੜੀ ਹੈ ਨਾ ਰੁਜ਼ਗਾਰ, ਇਹ ਗਿਆਨ ਵਾਲੀ ਹੈ, ਉਹਨਾਂ ਦਾ ਰੁਜ਼ਗਾਰ ਵੀ ਮਹਾਰਾਜ ਦੇ ਗਿਆਨ ਚਿਸ਼ਤ ਹੋਣਾ ਇਹੋ ਸਮਝਿਆ, ਰੋਜੀ ਆਦਿਕ ਜਿਹੜੀ ਕਮਾਉਣੀ ਹੈ, ਸੋ ਹੋਰ ਨਹੀਂ ਕੋਈ ਬਿਰਤ ਕਰਦੇ, ਗਿਆਨ ਵਿੱਚ ਹੀ ਟਿਕੇ ਰਹਿੰਦੇ ਹਨ ਵਕਤ। ਨਾਨਕ ਜਨ ਕਹਿ ਬਿਰਤ ਵਿਵੇਕ, ਜਨਾਂ ਦੇ ਕਹਿੰਦੇ ਹਨ ਬੇਰਤ, ਰਤੀ ਤੋਂ ਰਹਿਤ ਕੌਣ ਆ ਵਿਰਾਗ, ਵਿਰਾਗ ਵੀ ਤਰ ਤੀਬਲ ਕਰ ਤਾਂ ਵਿਰਾਗ ਹੈ, ਅਤੇ ਵਿਵੇਕ ਗਿਆਨ ਵੀ ਅਪਰੋਹ ਗਿਆਨ ਹੈ ਉਹਨਾਂ ਦੇ ਅੰਦਰ, ਜੀਵੀ ਦੀ ਏਕਤਾ ਦਾ ਇਹ ਜਨਾਂ ਦੇ ਪਾਸ ਹੈ। ਇਸ ਪ੍ਰਕਾਰ ਜਨਾਂ ਦਾ ਜਿਹੜਾ ਬਿਰਤੀ ਵਰਤਾਰਾ ਹੈ ਉਹ ਵਿਵੇਕ ਗਿਆਨ ਵਿੱਚ ਹੀ ਹਰ ਵਕਤ ਹੈ।
ਹਰ ਕਾ ਨਾਮ ਜਨ ਕਉ ਮੁਕਤ ਜੁਗਤ। ਹਰੀ ਦੇ ਜਨਾਂ ਦੇ ਤਾਂ ਬੇਰਤ ਦੁਨੀਆਂ ਦੀ ਪ੍ਰੀਤੀ ਤੋਂ ਰਹਿਤ ਹੋ ਗਏ, ਦੁਆਬੀ ਤੋਂ ਵਿਵੇਕ ਗਿਆਨਵਾਨ ਹਨ। ਹਰ ਕਾ ਨਾਮ ਜਨ ਕਉ ਮੁਕਤ ਜੁਗਤ। ਹਰੀ ਦਾ ਨਾਮ ਹੀ ਜਿਨ੍ਹਾਂ ਨੂੰ ਮੁਕਤੀਆਂ ਦੀਆਂ ਜੁਗਤੀਆਂ ਹੈ, ਜਿਹੜੀਆਂ ਜੁਗਤੀਆਂ ਹਨ ਮੁਕਤੀ ਦੀਆਂ, ਇਹ ਵੀ ਮਹਾਰਾਜ ਦਾ ਨਾਮ ਹੀ ਹੈ। ਜਿਨ੍ਹਾਂ ਨੂੰ ਸਮਝਿਆ ਸਿਮਰਨ ਕਰਨ ਨਾਲ ਹੀ ਮੁਕਤ ਹੋਈਦਾ ਹੈ। ਕਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਜੈ ਭੇਦ ਬਤਾਵੈ। ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ। ਪਰਮੇਸ਼ਰ ਦੇ ਨਾਮ ਕਰਕੇ ਹੀ ਮਹਾਰਾਜ ਦੇ ਜਿਹੜੇ ਜਨ ਪਿਆਰੇ, ਉਹਨਾਂ ਨੂੰ ਆਤਮ ਤ੍ਰਿਪਤੀ ਦੇਣ ਵਾਲੀ ਭੁਗਤੀ ਭੋਜਨ ਹੈ। ਪੂਰਨ ਤ੍ਰਿਪਤ ਕਰਨ ਵਾਲਾ ਗਿਆਨ ਰੂਪੀ ਭੋਜਨ ਵੀ ਪਰਮੇਸ਼ਰ ਦਾ ਨਾਮ ਹੀ ਹੈ। ਜਿਨ੍ਹਾਂ ਨੂੰ ਇਹੋ ਹੀ ਭੋਜਨ ਖਾਧਾ ਹੈ, ਜਿਸ ਨੂੰ ਖਾ ਕਰਕੇ ਸਦਾ ਤ੍ਰਿਪਤ ਰਹਿੰਦੇ ਹੈ, ਕਦੇ ਕਿਸੇ ਪ੍ਰਕਾਰ ਤ੍ਰਿਸ਼ਨਾ ਰਸਾਂ ਕਸਾਂ ਦੀ ਭੁੱਖ ਨਹੀਂ ਉਹਨਾਂ ਨੂੰ ਲੱਗਦੀ ਹੈ। ਹਰ ਕਾ ਨਾਮ ਜਨ ਕਾ ਰੂਪ ਰੰਗ। ਹਰੀ ਦਾ ਨਾਮ ਹੀ ਜਿਨ੍ਹਾਂ ਦਾ ਚੰਗਾ ਰੂਪ ਹੈ, ਚੰਗਾ ਰੰਗ ਹੈ। ਰੂਪ ਦਿਲ ਦੀ ਸਫਾਈ ਵਾਲਾ ਵੀ ਹਰੀ ਦਾ ਜਿਨ੍ਹਾਂ ਦਾ ਨਾਮ ਹੀ ਹੈ। ਰੰਗ ਪ੍ਰੇਮ ਦਾ ਆਨੰਦ ਚਾਹਣ ਵਾਲਾ ਵੀ ਜਿਨ੍ਹਾਂ ਦਾ ਨਾਮ ਹੀ ਹੈ। ਨਾਮ ਨੂੰ ਉਹਨਾਂ ਨੇ ਸਰੀਰ ਦੇ ਪਾਊਡਰ ਮਾਰ ਮਾਰ ਕੇ, ਜਿਵੇਂ ਕੁੜੀਆਂ ਕਈ ਬੁੱਲ ਲਾਲ ਲਹੂ ਵਰਗੇ ਕਰਦੀਆਂ, ਰੂਪ ਬਣਾਉਂਦੀਆਂ, ਕਈ ਪਟੇ ਬਣਾਉਂਦੀਆਂ। ਮਹਾਰਾਜ ਦਾ ਨਾਮ ਹੀ ਜਿਹਨਾਂ ਰੂਪ ਤੇ ਰੰਗ ਆਦਿਕ ਸਮਝਿਆ, ਹੋਰ ਆਕਾਰਾਂ ਵਿੱਚ ਨਹੀਂ ਫਸਦੇ। ਰੰਗ ਪ੍ਰੇਮ ਵੀ ਨਾਮ ਨਾਲ ਹੀ ਹੈ, ਰੂਪ ਸਰੂਪ ਦੀ ਪ੍ਰਾਪਤੀ ਵੀ ਨਾਮ ਕਰਕੇ ਹੈ ਜਿਨ੍ਹਾਂ ਦੀ। ਹਰ ਨਾਮ ਜਪਤ ਕਬ ਪਰੈ ਨਾ ਭੰਗ। ਪਰਮੇਸ਼ਰ ਦਾ ਨਾਮ ਜਪਣੇ ਕਰਕੇ ਕਦੇ ਭੰਗਣਾ ਵਿਘਨ ਨਹੀਂ ਪੈਂਦਾ ਪੁਰਖ ਨੂੰ। ਵਿਘਨ ਉਹਨਾਂ ਕੋਟ ਵਿਘਨ ਤੇ ਲਾਗਤੇ ਜਿਸ ਨੂੰ ਵਿਸਰੈ ਨਾ, ਨਾਨਕ ਅੰਤਨ ਬਿਲਕੇ ਜਿਉ ਸੁਣੀਏ ਕਰ ਕਾਂ। ਸੋ ਵਿਘਨ ਮਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਬਿੜਾਇਆ। ਪਰਮੇਸ਼ਰ ਦਾ ਨਾਮ ਜਪਦਿਆਂ ਕਦੇ ਵੀ ਵਿਘਨ ਨਹੀਂ ਪੈਂਦਾ, ਮਨ ਢਹਿੰਦਾ ਨਹੀਂ ਹੈ, ਕਿਸੇ ਪ੍ਰਕਾਰ ਭੰਗਣਾ ਨਹੀਂ ਪੈਂਦੀ ਜੋ ਸਾਧਨ ਕਰਦੇ ਹਨ। ਹਰ ਕਾ ਨਾਮ ਜਨ ਕੀ ਵਡਿਆਈ। ਪਰਮੇਸ਼ਰ ਦਾ ਨਾਮ ਹੀ ਜਨਾਂ ਦੀ ਵਡਿਆਈ ਹੈ। ਜਿਹੜੀ ਦੁਨੀਆਂ ਚ ਵਡਿਆਈ ਹੈ, ਪਰਮੇਸ਼ਰ ਦਾ ਨਾਮ ਹੀ ਮਹਾਰਾਜ ਦੇ ਪਿਆਰੇ ਸਮਝਦੇ ਹੈ, ਹੋਰ ਵਡਿਆਈਆਂ ਦੀ ਇੱਛਾ ਨਹੀਂ ਰੱਖਦੇ। ਹਰ ਕੈ ਨਾਮ ਜਨ ਸੋਭਾ ਪਾਈ। ਪਰਮੇਸ਼ਰ ਦੇ ਨਾਮ ਕਰਕੇ ਜਨਾਂ ਨੂੰ ਪਰਲੋਕ ਵਿੱਚ ਹੀ ਸੋਭਾ ਪਾਉਣਾ ਕੀਤੀ ਹੈ, ਵਡਿਆਈ ਪਾਈ ਹੈ। ਹਰ ਕਾ ਨਾਮ ਜਨ ਕਉ ਭੋਗ ਜੋਗ। ਪਰਮੇਸ਼ਰ ਦਾ ਨਾਮ ਹੀ ਜਨਾਂ ਨੂੰ ਦੁਨੀਆਂ ਦੇ ਜਿਹੜੇ ਰਾਜ ਦੇ ਭੋਗ ਭੋਗਣੇ ਹੈ, ਇਹ ਵੀ ਪਰਮੇਸ਼ਰ ਦਾ ਨਾਮ ਹੀ ਗੁਰਮੁਖਾਂ ਨੂੰ ਸਮਝਿਆ। ਅਤੇ ਜਿਹੜਾ ਜੋਗ ਕਮਾਉਣਾ ਹੈ, ਇਹ ਵੀ ਪਰਮੇਸ਼ਰ ਦਾ ਨਾਮ ਹੀ ਗੁਰਮੁਖਾਂ ਨੂੰ ਸਮਝਿਆ। ਹਰ ਵਕਤ ਜੁੜ ਕੇ ਪਰਮੇਸ਼ਰ ਦੇ ਆਨੰਦ ਨੂੰ ਭੋਗਦੇ ਹਰੀ ਦੇ ਨਾਮ ਕਰਕੇ ਹੀ। ਹਰ ਨਾਮ ਜਪਤ ਕਛ ਨਾਹੀ ਵਿਯੋਗ। ਜੋ ਪਰਮੇਸ਼ਰ ਦਾ ਨਾਮ ਜਪਦ ਨੂੰ ਕਿਸੇ ਪ੍ਰਕਾਰ ਦਾ ਕਦੇ ਵਿਯੋਗ ਵਿਛੋੜਾ ਨਹੀਂ ਹੁੰਦਾ, ਹਰ ਵਕਤ ਮਹਾਰਾਜ ਵਿੱਚ ਮਿਲੇ ਹੀ ਰਹਿੰਦੇ ਹਨ। ਜਨ ਰਾਤਾ ਹਰ ਨਾਮ ਕੀ ਸੇਵਾ। ਭਾਈ ਜਾਨਨ ਮਹਾਰਾਜ ਪਰਮੇਸ਼ਰ ਦੇ ਨਾਮ ਦੀ ਸੇਵਾ ਚ ਹਰ ਵਕਤ ਰੰਗੇ ਰਹਿੰਦੇ ਹਨ। ਨਾਨਕ ਪੂਜੈ ਹਰ ਹਰ ਦੇਵਾ। ਗੁਰੂ ਸਾਹਿਬ ਜੀ ਕਹਿੰਦੇ ਹਰ ਹਰ ਜੋ ਪਰਮੇਸ਼ਵਰ ਹੈ, ਉਸ ਦਾ ਹੀ ਪੂਜਨ ਕਰਦੇ, ਉਹ ਹੀ ਦੇਵ ਹੈ ਸਾਡਾ। ਉਸ ਹਰ ਹਰ ਦੇਵ ਪੂਜਨੀ ਪਰਮੇਸ਼ਵਰ ਦਾ ਹੀ ਪੂਜਨ ਕਰਦੇ ਹਾਂ। ਜਿਹੜੇ ਹਰ ਹਰ ਨਾਮ ਨੂੰ ਪੂਜਦੇ ਹੈ, ਉਹ ਸਾਰੇ ਦੇਵ ਰਾਜੇ ਹੈ। ਨਾਨਕ ਪੂਜੈ ਜੋ ਗੁਰੂ ਸਾਹਿਬ ਜੀ ਕਹਿੰਦੇ, ਉਹ ਹਰ ਹਰ ਦੇਵ ਪਰਮੇਸ਼ਵਰ ਨੂੰ ਪੂਜਦੇ ਹਨ। ਹਰ ਹਰ ਜਨ ਕੈ ਮਾਲ ਖਜ਼ੀਨਾ। ਹਰ ਹਰ ਨਾਮ ਦੇ ਜਪਣ ਵਾਲੇ ਜਿਹੜੇ ਆ, ਦੇਵ ਰੂਪ ਹੈ, ਸਾਰੀ ਦੁਨੀਆਂ ਨੂੰ ਹਰ ਹਰ ਰੂਪ ਜਾਣ ਕਰਕੇ ਉਹਨਾਂ ਨੂੰ ਪੂਜਦੀ ਸਾਹਿਬ ਕਹਿੰਦੇ ਹਨ। ਹਰ ਹਰ ਜਨ ਕੈ ਮਾਲ ਖਜ਼ੀਨਾ। ਪਰਮੇਸ਼ਰ ਦਾ ਨਾਮ ਹੀ ਮਹਾਰਾਜ ਦੇ ਜਨਾਂ ਦਾ ਮਾਲ, ਹਾਥੀ ਘੋੜੇ ਆਦਿਕ ਹੈ, ਤੇ ਪਰਮੇਸ਼ਰ ਦਾ ਨਾਮ ਹੀ ਰੋਕੜੀ ਖਜ਼ੀਨਾ ਖਜ਼ਾਨਾ ਹੈ। ਹਰ ਧਨ ਜਨ ਕਉ ਆਪ ਪ੍ਰਭ ਦੀਨਾ। ਹਰੀ ਨੇ ਆਪਦਾ ਨਾਮ ਰੂਪੀ ਧਨ ਆਪਦੇ ਭਗਤਾਂ ਜਿਹਨਾਂ ਨੂੰ ਆਪ ਹੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਦਿੱਤਾ ਹੈ। ਹਰ ਹਰ ਜਨ ਕੈ ਓਟ ਸਤਾਣੀ। ਹਰੀ ਦਾ ਨਾਮ ਹੈ, ਜਨਾਂ ਦੀ ਓਟ ਹੈ, ਬਲ ਕੇਤ ਹੈ, ਸਤਾਣੀ ਸਹਿਤ ਬਲ ਦੇ, ਬੜੇ ਬਲ ਵਾਲੀ ਓਟ ਹੈ ਪਰਮੇਸ਼ਰ ਦਾ ਨਾਮ ਜਨਾਂ ਦੀ। ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਨਾਮ ਦੇ ਪ੍ਰਤਾਪ ਕਰਕੇ ਜੋ ਸੱਚੇ ਪਾਤਸ਼ਾਹ ਦੇ ਜਨ ਤੇ ਸਹਿਤ ਤਾਣ ਦੇ ਬਲ ਦੇ ਓਟ ਹੈ, ਟੇਕ ਹੈ। ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਹਰੀ ਦੇ ਪ੍ਰਤਾਪ ਕਰਕੇ ਮਹਾਰਾਜ ਦੇ ਜਨਾਂ ਨੂੰ ਹੋਰ ਨੀ ਕਿਸੇ ਨੂੰ ਜਾਣਿਆ, ਇੱਕ ਪਰਮੇਸ਼ਰ ਦੇ ਪ੍ਰੈਣ ਹੋ ਰਹਿੰਦੇ ਹਨ। ਓਤ ਪੋਤ ਜਨ ਹਰ ਰਸ ਰਾਤੇ। ਪਰਮੇਸ਼ਰ ਇਹਨਾਂ ਭਗਤਾਂ ਚ ਪਰੋਤਾ ਹੋਇਆ ਹੈ, ਅਤੇ ਭਗਤ ਜਨ ਉਸ ਵਾਹਿਗੁਰੂ ਚ ਪਰੋਤੇ ਹੋਏ ਹੈ। ਤਾਣੇ ਪੇਟੇ ਵੱਤ ਹੈ, ਹਰੀ ਦੇ ਜਨ ਹਰੀ ਦੇ ਰਸ ਚ ਰੰਗੇ ਰਹਿੰਦੇ ਹੈ, ਹਰੀ ਉਹਨਾਂ ਦੇ ਪ੍ਰੇਮ ਚ ਰੰਗਿਆ ਰਹਿੰਦਾ ਹੈ। ਸੁਨ ਸਮਾਧ ਨਾਮ ਰਸ ਮਾਤੇ। ਸੁਨ ਫੁਰ ਰੂਪ ਚ ਸਮਾਧੀ ਲੱਗੀ ਹੈ ਉਹਨਾਂ ਦੀ,
ਸਭ ਫੁਰਨਿਆਂ ਤੋਂ ਰਹਿਤ ਹੈ। ਨਾਮ ਰਹਿ ਜਿਹੜੇ ਮਸਤ ਹੈ ਦਸਵੇਂ ਦੁਆਰ ਦੀ ਸਮਾਧੀ ਵੀ ਉਹਨਾਂ ਨੂੰ ਪ੍ਰਾਪਤ ਹੈ। ਨਾਮ ਰਹਿ ਜਿਹੜੇ ਮਸਤ ਹੋਏ ਅਫੁਰ ਹੋ ਗਏ ਉਹ ਸਮਾਧੀ ਲਾ ਕਰਕੇ ਨਾਮ ਰਹਿ ਕੇ ਐਸੇ ਮਸਤ ਹੋ ਗਏ ਫੁਰਨੇ ਸਭ ਚੱਕੇ ਗਏ। ਆਠ ਪਹਿਰ ਜਨ ਹਰ ਹਰ ਜਪੈ ਜਨਤਾ ਅੱਠੇ ਪਹਿਰ ਹਰ ਹਰ ਪਰਮੇਸ਼ੁਰ ਦੇ ਨਾਮ ਦਾ ਜਾਪ ਕਰਦੇ ਹਨ। ਹਰ ਕਾ ਭਗਤ ਪ੍ਰਗਟ ਨਹੀਂ ਛਪੈ ਜੋ ਹਰੀ ਦੀ ਭਗਤੀ ਕਰਨ ਵਾਲੇ ਉਹ ਪ੍ਰਗਟ ਹੈ ਸਾਰੀ ਦੁਨੀਆਂ ਚ ਕੋਈ ਛਪੇ ਲੁਕੇ ਛਪੇ ਨੀ ਉਹ ਨਾ ਤਾਂ ਪ੍ਰਗਟ ਜਨਮ ਧਾਰਦੇ ਫਿਰ ਨਾ ਛਪੇ ਮਰਦੇ ਹਨਗੇ ਜੰਮਣ ਮਰਨ ਤੋਂ ਰਹਿਤ ਹੋ ਗਏ ਮਹਾਰਾਜ ਦੇ ਭਗਤ। ਹਰ ਕੀ ਭਗਤ ਮੁਕਤ ਬਹੁ ਕਰੇ ਪਰਮੇਸ਼ਰ ਦੀ ਭਗਤੀ ਨੂੰ ਬਹੁਤ ਸਾਰੇ ਲੋਕ ਮੁਕਤ ਕਰ ਦਿੱਤੇ ਹਨ। ਨਾਨਕ ਜਨ ਸੰਗ ਕੇਤੇ ਤਰੇ ਮਹਾਰਾਜ ਦੇ ਪਿਆਰਿਆਂ ਜਿਨ੍ਹਾਂ ਦੀ ਸਿਮਰਨ ਕਰਨ ਵਾਲੀ ਸੰਗਤ ਕਰਦੇ ਕਿਤਨੇ ਹੀ ਸ੍ਰਿਸ਼ਟੀ ਦੇ ਵਿੱਚੋਂ ਉਭਰ ਕੇ ਤਰ ਗਏ ਹਨ। ਪਾਰ ਜਾਤ ਇਹੋ ਹਰ ਕੋ ਨਾਮ ਭਾਈ ਪਰਮੇਸ਼ਰ ਦਾ ਨਾਮ ਤਾਂ ਕਲਪਤਾ ਬਿਰਸ਼ ਦੀ ਨਹੀਂ ਆਈ ਹੈ ਗੁਰਸਿੱਖੋ ਜਾਣਨਾ ਕਰੋ ਸਭ ਮਨ ਦੀਆਂ ਕਾਮਨਾ ਪੂਰੀਆਂ ਕਰਨ ਵਾਲਾ ਕਾਮ ਧੇਨ ਹਰ ਹਰ ਗੁਣ ਗਾਮ ਇਹ ਹਰ ਹਰ ਪਰਮੇਸ਼ਰ ਦੇ ਜਿਹੜੇ ਗੁਣ ਗਾਉਣ ਵਾਲੀ ਸੰਗਤ ਸਥਾਨ ਹੈ ਇਹ ਕਾਮ ਧੇਨ ਹੈ ਸਾਧ ਸੰਗਤ ਹਰ ਹਰ ਦੇ ਜਿਹੜੇ ਗੁਣ ਗਾਉਣੇ ਆ ਗੁਣਾਂ ਦਾ ਗਾਮ ਬਣਾਉਣਾ ਨਾ ਆਪਣੇ ਨਗਰ ਬਣਾਉਣਾ ਦੇਹ ਨੂੰ ਇਹੋ ਹੀ ਕਾਮ ਧੇਨ ਹੈ। ਸਭ ਤੇ ਉੱਤਮ ਹਰ ਕੀ ਕਥਾ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਵਾਲੀ ਜਿਹੜੀ ਕਥਾ ਹੈ ਕਹਿ ਸੁਖ ਰੂਪ ਦੀ ਥਾਂ ਇਸਤਤੀ ਕਰਨ ਵਾਲੀ ਜੋ ਕਥਾ ਹੈ ਸਰੂਪ ਲੱਖਣਾ ਦੁਆਰਾ ਜਿਸ ਦਾ ਤਟਸਥੀ ਲੱਖਣਾ ਦੁਆਰਾ ਕਥਨ ਕੀਤਾ ਜਾਵੇ ਇਹ ਸਾਰਿਆਂ ਨਾਲ ਉੱਤਮ ਪਰਮੇਸ਼ਰ ਦੀ ਕਥਾ ਹੈ। ਨਾਮ ਸੁਣ ਤੋ ਦਰਦ ਦੁੱਖ ਲਥਾ ਜੋ ਮਹਾਰਾਜ ਦਾ ਨਾਮ ਸਰਵਣ ਕਰਦੇ ਉਹਨਾਂ ਦਰਦ ਪੀੜਾ ਵਿਦਿਆ ਦੀਆਂ ਜੰਮਣ ਮਰਨ ਦਾ ਦੁੱਖ ਸਾਰਾ ਹੀ ਲੈ ਗਿਆ ਹੈ। ਨਾਮ ਕੀ ਮਹਿਮਾ ਸੰਤ ਰਿਧ ਵਸੈ ਸੱਚੇ ਪਾਤਸ਼ਾਹ ਦੇ ਨਾਮ ਦੀ ਜਿਹੜੀ ਵਡਿਆਈ ਹੈ ਸੰਤਾਂ ਦੇ ਹਿਰਦਿਆਂ ਚ ਵਸਦੀ ਹੈ ਦੂਸਰੇ ਜਾਣ ਨਹੀਂ ਸਕਦੇ ਨਾਮ ਦੀ ਮਹਿਮਾ ਦੇ ਤਾਂ ਜਿੰਨੀ ਕੁ ਹੈ। ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤਾਂ ਦੀ ਕਮਾਈ ਦੇ ਪ੍ਰਤਾਪ ਕਰਕੇ ਦੁਰਤ ਨਾ ਦੁਆਇਤ ਚ ਪ੍ਰੀਤੀ ਕਰਨੀ ਪਾਪ ਦੁਰਤ ਸਭ ਪਾਪ ਨਸ ਜਾਂਦੇ ਹਨ ਨਾਸ ਹੋ ਜਾਂਦੇ ਹੈ। ਸੰਤ ਕਾ ਸੰਗ ਵੱਡ ਭਾਗੀ ਪਾਈ ਸਾਸ ਗ੍ਰਾਸ ਭੁੱਲਦਾ ਨੀ ਉਹਨਾਂ ਮਹਾਂਪੁਰਖਾਂ ਸੰਤਾਂ ਭਗਤਾਂ ਦਾ ਜਿਹੜਾ ਸਾਥ ਹੈ ਬਹੁਤ ਵੱਡਿਆਂ ਭਾਗਾਂ ਕਰਕੇ ਪਾਈ ਦਾ ਹੈ। ਸੰਤ ਕੀ ਸੇਵਾ ਨਾਮ ਤੇ ਆਈ ਹੈ ਸੰਤ ਦੀ ਸੇਵਾ ਕਰਕੇ ਪਰਮੇਸ਼ਰ ਦਾ ਨਾਮ ਧਿਆਉਣਾ ਕਰੀਏ ਸੰਤ ਬਾਬਾ ਮੁਰਾਲੇ ਵਾਲੇ ਸੰਤ ਬਿਸ਼ਨ ਸਿੰਘ ਜੀ ਸਨ ਜਿਹੜੇ ਉਹਨਾਂ ਦੀ ਸੇਵਾ ਕਰਨ ਵਾਸਤੇ ਸਿੰਘ ਕਿਹਾ ਕਰਨ ਵਾਲਾ ਅਸੀਂ ਸੇਵਾ ਕਰੀਏ ਮਹਾਂਪੁਰਖ ਕਿਹਾ ਕਰਨ ਪਈ ਸਤਿਗੁਰਾਂ ਦਾ ਹੁਕਮ ਹੈ ਸੰਤ ਕੀ ਸੇਵਾ ਨਾਮ ਤੇ ਆਈਏ ਸੰਤ ਦੀ ਸੇਵਾ ਇਹ ਹੋਈ ਹੈ ਨਾਮ ਨੂੰ ਧਿਆਇਆ ਕਰੋ ਪਰਮੇਸ਼ਰ ਦਾ ਸਿਮਰਨ ਕਰੋ ਇਹੋ ਹੀ ਸੇਵਾ ਸੰਤ ਦੀ ਸਮਝੋ ਇਹ ਮਹਾਂਪੁਰਖ ਉਹ ਪਿਆਰ ਨਾਲ ਕਿਹਾ ਕਰਦੇ ਸੇਵਾ ਵੀ ਕਰੀਏ ਸਾਧ ਸੰਗਤ ਦੀ ਜਿਸ ਸੰਗਤ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਨੂੰ ਧਿਆ ਸਕੀਏ ਨਾਮ ਤੁਲ ਕਾਸ਼ ਅਵਰ ਨਾ ਹੋ ਪਰਮੇਸ਼ਰ ਦੇ ਨਾਮ ਦੇ ਤੁਲ ਬਰਾਬਰ ਅਵਰ ਕੋਈ ਸਾਧਨ ਦੁਨੀਆਂ ਦਾ ਨਹੀਂ ਹੋ ਸਕਦਾ ਹੈ। ਨਾਨਕ ਗੁਰਮੁਖ ਨਾਮ ਪਾਵੈ ਜਾਨਕੋ ਸਤਿਗੁਰੂ ਜੀ ਕਹਿੰਦੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਕੋਈ ਕੋਈ ਕਰੋੜਾਂ ਵਿੱਚ ਜਿਹੜਾ ਨਾਮ ਪ੍ਰਾਪਤ ਕਰਦਾ ਹੈ ਨਹੀਂ ਤਾਂ ਫਾਲਤੂ ਪਸਾਰਿਆਂ ਵਿੱਚ ਹੀ ਸਾਰੀ ਫਸੀ ਪਈ ਹੈ ਸ੍ਰਿਸ਼ਟੀ। ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਬਹੁਤ ਸਾਰੇ ਛੇ ਸ਼ਾਸਤਰ ਹਨਗੇ ਜਿਹੜੇ ਸਾਖ ਨਿਆਏ ਪਤੰਜਲ ਪੂਰਵੀ ਮਾਸਾ ਵਿਦਾਂਤ ਵਸੇਖ ਆਦਿਕ ਪੇਖੇ ਸਰਮਤੀਆਂ ਸਤਾਈ ਮਨੁ ਸਿਮਰਤੀ ਆਦਿਕ ਜਾਗ ਵਲਕ ਸਿਮਰਤੀ ਵਸੀਟ ਸਿਮਰਤੀ ਆਦਿਕ ਪੇਖੇ ਸਰਵ ਟੰਡੋਲ ਸਾਰਿਆਂ ਨੂੰ ਟੰਡੋਲ ਖੋਜ ਖੋਰ ਕੇ ਚੰਗੀ ਤਰ੍ਹਾਂ ਭਾਲ ਭਾਲ ਕੇ ਦੇਖਿਆ ਹੈ। ਪੂਜਸ ਨਾਹੀ ਹਰ ਹਰੇ ਭਾਵੇਂ ਛੇ ਸ਼ਾਸਤਰ ਪੜ੍ਹ ਲਏ ਸਤਾਈ ਸਿਮਰਤੀਆਂ ਪੜ੍ਹ ਲਵੇ ਖੋਜ ਕੇ ਵੇਖਿਆ ਪਰਮੇਸ਼ੁਰ ਦੇ ਨਾਮ ਦੇ ਜਪਣ ਬਰਾਬਰ ਇਹ ਸਾਰਿਆਂ ਦੀ ਪੜ੍ਹਾਈ ਨਹੀਂ ਪੁੱਜ ਸਕਦੀ। ਨਾਨਕ ਨਾਮ ਅਮੋਲ ਪਰਮੇਸ਼ੁਰ ਦਾ ਨਾਮ ਹੀ ਅਮੋਲਕ ਹੈ। ਕਿਸੇ ਪ੍ਰੇਮੀ ਨੇ ਆ ਕੇ ਸੰਤਾਂ ਦੇ ਪਾਸ ਸਵਾਲ ਕੀਤਾ ਉਹ ਕਹਿਣ ਲੱਗਾ ਜੀ ਤਲਵੰਡੀ ਦਾ ਸੀ ਬਗੰਤੀ ਬੋਪਾਰ ਆ ਕੇ ਕਹਿਣ ਲੱਗਾ ਮਹਾਰਾਜ ਮੈਂ ਸੁਣਿਆ ਜਿਹੜਾ ਵਿਧਾਨ ਦੇ ਇੱਕ ਵਾਕ ਨੂੰ ਸੁਣਾਵੇ ਅੱਸੀ ਸਿਮਰਤੀਆਂ ਦੇ ਪਾਠ ਜਿੰਨਾ ਉਹਦਾ ਪੁੰਨ ਹੈ ਤੇ ਮਹਾਰਾਜ ਗੁਰਬਾਣੀ ਨੂੰ ਜਿਹੜਾ ਸੁਣਾਵੇ ਕੀਰਤਨ ਕਰੇ ਉਹਦਾ ਪੁੰਨ ਕਿੰਨਾ ਕੁ ਹੈ। ਸੰਤ ਹੱਸ ਕੇ ਕਹਿੰਦੇ ਸਤਿਗੁਰਾਂ ਨੇ ਉਹ ਲਿਖਿਆ ਕਈ ਕੋਟਕ ਜੱਗ ਫਲ ਸੁਣ ਗਾਵਣ ਹਾਰੇ ਰਾਮ ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਮ
80 ਸਿਮਰਤੀਆਂ ਬਾਅਦ ਕਹਿਣ ਲੱਗੇ ਹੇ ਭਾਈ ਕੀ ਦੱਸੀਏ, ਕਈ ਕਰੋੜਾਂ ਜਗਾਂ ਦੇ ਫਲ ਤੇ ਕਈ ਕਰੋੜਾਂ ਸਾਰੇ ਵੇਦ, ਚਾਰ ਵੇਦ ਜਿਹੇ ਪਨੇ, ਦਸ ਅਕਸ਼ਰ ਸਰਵਣ ਸੁਣੇ, ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਉਚਾਰਿਆ, ਸਭ ਕੁਝ ਉਸ ਕਰ ਲਿਆ, ਵਕਾਇਆ ਨਹੀਂ ਉਹਦਾ ਰਹਿ ਗਿਆ। ਹਜ਼ੂਰ ਕਹਿੰਦੇ ਆ ਨਾਮ ਦੇ ਬਰਾਬਰ ਹਰ ਹਰ ਦੇ ਕੋਈ ਚੀਜ਼ ਪੁੱਜ ਨਹੀਂ ਸਕਦੀ, ਬਰਾਬਰ ਨਹੀਂ ਤੋਲੀ ਜਾ ਸਕਦੀ ਵਿਚਾਰ ਕੇ। ਨਾਨਕ ਨਾਮ ਅਮੋਲ, ਪਰਮੇਸ਼ੁਰ ਦਾ ਨਾਮ ਸਤ ਜੀ ਕਹਿੰਦੇ ਅਮੋਲਕ ਹੈ। ਇਹ ਅਵਤਾਰਾਂ ਦੀਆਂ ਦੇਹਾਂ ਵੀ ਇਹਦੇ ਅੱਗੇ ਹਲਕੀਆਂ ਹੋ ਜਾਂਦੀਆਂ, ਜਿਵੇਂ ਕ੍ਰਿਸ਼ਨ ਨੂੰ ਤੁਲਾ ਕੇ ਨਾਰਵਲ ਚੱਲਿਆ ਸੀ, ਗੋਪੀਆਂ ਦੇ ਸਾਰੇ ਗਹਿਣੇ ਬਰਾਬਰ ਪਾਏ, ਕ੍ਰਿਸ਼ਨ ਦਾ ਸਰੀਰ ਜਿਹੜਾ ਸੀ ਉਹ ਭਾਰਾ ਹੀ ਰਿਹਾ। ਅਖੀਰ ਕ੍ਰਿਸ਼ਨ ਜੀ ਨੇ ਸੈਂਤ ਨਾਲ ਕਿਹਾ ਤੁਲਸੀ ਦੇ ਪੱਤੇ ਲਿਖ ਕੇ ਨਾਮ ਪਾ ਦਿਓ। ਜਦੋਂ ਗੋਪੀਆਂ ਨਾਮ ਪਾਇਆ, ਕ੍ਰਿਸ਼ਨ ਜੀ ਦਾ ਸਰੀਰ ਹਲਕਾ ਹੋ ਗਿਆ ਤੇ ਨਾਮ ਭਾਰਾ ਹੋ ਗਿਆ ਪਾਲੜਾ। ਉਸ ਵੇਲੇ ਨਾਰਦ ਕਹਿੰਦਾ ਮੈਨੂੰ ਇਸੇ ਚੀਜ਼ ਦੀ ਲੋੜ ਸੀ, ਜਿਹਦੇ ਅੱਗੇ ਅਵਤਾਰ ਵੀ ਹੋਲੇ ਹੈ ਤੇ ਨਾਮ ਉਹ ਭਾਰਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਅਮੋਲਕ ਹੈ ਭਾਈ, ਕਿਤੋਂ ਮੁੱਲ ਨਹੀਂ ਮਿਲਦਾ ਪਰਮੇਸ਼ੁਰ ਦਾ ਨਾਮ। ਇਵੇਂ ਰਾਮ ਚੰਦਰ ਜੀ ਨੇ ਜਿਸ ਵਕਤ ਸਰਵਰ ਪਰ ਗਿਰਵਰ ਧਰ ਭਾਰੇ, ਤਰਵਰ ਕੇ ਪਾਤਨ ਸਭ ਤਾਰੇ, ਸਮੁੰਦਰ ਦੇ ਉੱਤੇ ਪਹਾੜ ਬੜੇ ਭਾਰੀ ਰੱਖ ਰੱਖ ਕੇ, ਮਹਾਰਾਜ ਦਾ ਨਾਮ ਲੈ ਕੇ ਬਿਰਸ਼ ਦੇ ਪੱਤਿਆਂ ਵਾਂਗੂ ਤਾੜ ਕੇ, ਉਸ ਵੇਲੇ ਤੁਲਸੀ ਜੀ ਨੇ ਕਿਹਾ ਕਹੋ ਕਹਾਂ ਲਗ ਨਾਮ ਵਡਾਈ, ਰਾਮ ਨਾ ਸਕੇ ਨਾਮ ਗੁਣ ਗਾਈ। ਨਾਮ ਦੀ ਵਡਿਆਈ ਕੀ ਮੈਂ ਦੱਸਾਂ, ਸ੍ਰੀ ਰਾਮ ਚੰਦਰ ਜੀ ਦਾ ਮੈਂ ਉਪਾਸ਼ਕ ਹੈ, ਉਹ ਵੀ ਨਾਮ ਦੇ ਗੁਣ ਨਹੀਂ ਗਾ ਸਕਦੇ। ਏਡਾ ਉੱਚਾ ਪਰਮੇਸ਼ੁਰ ਦਾ ਅਮੋਲਕ ਨਾਮ ਸਤਿਗੁਰੂ ਜੀ ਕਹਿੰਦੇ ਹਨ, ਪਰਮੇਸ਼ੁਰ ਦੇ ਬਰਾਬਰ ਨਾਮ ਦੇ ਕੋਈ ਚੀਜ਼ ਨਹੀਂ ਪੁੱਛ ਸਕਦੀ, ਇਹ ਅਮੋਲਕ ਨਾਮ ਹੈ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਕਹਿੰਦੇ ਜਿਹੜੇ ਬਾਣੀ ਕਰਕੇ ਜਪ ਕਰਦੇ ਹਨ ਕਿਸੇ ਦੇਵਤਿਆਂ ਦੇ ਮੰਤਰ ਦਾ, ਅਤੇ ਜਾਂ ਉਪਾਸੂ ਜਾਪ ਕਰਦੇ ਕੰਠ ਮਧਮਾ ਕਰਕੇ, ਤੇ ਜਾਂ ਬੇਖਰੀ ਕਰਕੇ ਜਾਂ ਪਸੰਤੀ ਕਰਕੇ ਕਿਸੇ ਦੇਵਤਾ ਜਾਂ ਪਰਾ ਕਰਕੇ, ਮਹਾਰਾਜ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ। ਅਤੇ ਤਪ ਕਰਦੇ ਜਿਹੜੇ ਧੂਣੀਆਂ ਤਾਉਂਦੇ ਹੈ, ਜਲ ਧਾਰਾ ਕਰਦੇ ਹੈ, ਵਰਖਾ ਸਹਾਰਦੇ ਹੈ, ਵਰਤ ਆਦਿ ਰੱਖਦੇ ਤਪ ਕਰਦੇ ਹਨ। ਅਤੇ ਗਿਆਨ ਸਾਂਖੀਆਂ ਵਾਲਾ ਚੇਤੇ ਜਿਨ੍ਹਾਂ ਨੇ ਕੀਤਾ ਹੋਇਆ ਹੈ ਕਿ 25 ਪ੍ਰਕਿਰਤੀਆਂ ਦੀ ਸਮਝ ਹੋਣੀ ਚਾਹੀਦੀ ਹੈ, 25 ਪ੍ਰਕਿਰਤੀਆਂ ਦਾ ਜਿਹੜਾ ਗਿਆਨ ਹੈ ਸਾਂਖੀਆਂ ਦਾ ਮਤ ਹੈ, ਉਹ ਕਹਿੰਦੇ ਵਿਚਾਰ ਰੂਪ ਹੋਈ ਜਿਹੜੀ ਪ੍ਰਧਾਨ ਹੈ ਮੋਹ ਰੂਪ ਹੈ, ਅਤੇ ਭੋਗ ਰੂਪ ਹੋਈ ਬੰਧਨ ਰੂਪ ਹੈ ਸਾਂਖੀਆਂ ਦਾ ਮਤ ਹੈ। ਸੋ ਸਾਂਖੀਆਂ ਵਾਲਾ ਪ੍ਰਕਿਰਤੀਆਂ ਦਾ ਗਿਆਨ ਜਿਹੜਾ 25 ਪ੍ਰਕਿਰਤੀਆਂ ਦਾ, ਤੇ ਸਭ ਧਿਆਨ ਪਤੰਜਲੀਆਂ ਦਾ ਜਿਹੜਾ ਯੋਗ ਚਿੱਤ ਬਿਰਤੀ ਨਿਰੋਧਾ, ਚਿੱਤੀਆਂ ਬਿਰਤੀਆਂ ਦੇ ਰੋਕਣ ਰੂਪ ਧਿਆਨ ਜੋ ਪਤੰਜਲੀਆਂ ਨੇ ਕਿਹਾ, ਪ੍ਰਮਾਣ ਪਰਜੇ ਨਿੰਦਾ ਸਿਮਰਤੀ ਵਿਕਲਪ ਨੂੰ ਰੋਕ ਲਵੇ ਦਾ ਨਾਂ ਯੋਗ ਹੈ। ਸੋ ਐਸਾ ਧਿਆਨ ਪਤੰਜਲੀਆਂ ਵਾਲਾ ਜਿਹੜਾ ਹੈ, ਖੱਟ ਸ਼ਾਸਤਰ ਸਿਮਰਤ ਵਖਿਆਨ, ਸ਼ਾਸਤਰਾਂ ਨੂੰ ਸਾਖ ਨਿਆਇ ਪਤੰਜਲ ਆਦਿਕਾਂ ਦਾ ਚਰਚਾ ਕਰ ਵਖਿਆਨ ਕਰਨ ਲੱਗ ਜੇ, ਰਿਜ਼ਲਟ ਕੱਢ ਕਰਕੇ ਤੱਤ ਦੱਸੀ ਜਾਵੇ ਕਿ ਸਾਖ ਜਿਹੜਾ ਅਨਿਸ਼ਰਵਾਦੀ ਹੈ, ਕਪਿਲ ਸਿੱਧ ਨੇ ਜੀਵ ਦੇ ਰੂਪ ਨੂੰ ਕਥਨ ਕੀਤਾ ਹੈ, ਅਤੇ ਨਿਆਇ ਜਿਹੜਾ ਜੀਵ ਇਸਦੀ ਭੇਤ ਮੰਨਣ ਵਾਲਾ ਹੈ, ਅਤੇ ਵਿਦਾਂਤੀ ਅਗਿਆਨ ਤੋਂ ਸ੍ਰਿਸ਼ਟੀ ਨੂੰ ਮੰਨਦਾ, ਦ੍ਰਿਸ਼ਟਾ ਦਿਸ ਦਊ ਪਦਾਰਥਾ ਮੰਨਦਾ ਹੈ, ਅਤੇ ਵਿਸ਼ੇਖਕ ਜਿਹੜਾ ਹੈ ਕਾਲਵਾਦੀ ਸਮੇਂ ਨੂੰ ਸਭ ਕੁਝ ਕਹਿੰਦਾ ਹੈ, ਪੂਰਨਮਾਸਾ ਕਰਮਾਂ ਦਾ ਹੀ ਕਥਨ ਕਰਦਾ, ਯੋਗ ਬਿਰਤੀ ਦਾ ਨਿਰੋਧ ਹੀ ਮੰਨਦਾ, ਬ੍ਰਹਮ ਲੋਕ ਦੀ ਪ੍ਰਾਪਤੀ ਮੁਕਤੀ ਮੰਨਦਾ, ਪ੍ਰਮਾਣੂਆਂ ਤੋਂ ਸ੍ਰਿਸ਼ਟੀ ਮੰਨਦਾ, ਇਹ ਵਿਸ਼ੇਸ਼ ਸ਼ਾਸਤਰਾਂ ਦਾ ਜਿਹੜਾ ਵਿਖਿਆਨ ਹੈ। ਅਤੇ 27 ਸਿਮਰਤੀਆਂ ਮਨੂ ਸਿਮਰਤੀ ਵਿੱਚ ਭਾਰਤ ਦੰਡ ਸੰਗ੍ਰਹਿ ਆਦਿ ਕਥਨ ਕੀਤਾ ਹੋਇਆ, ਜਾਗਵਲਕ ਸਿਮਰਤੀ ਨਿਰੀ ਉਪਾਸ਼ਨਾ ਹੀ ਹੈ, ਵਿਸ਼ਿਸ਼ਟ ਸਿਮਰਤੀ ਚ ਉਪਾਸ਼ਨਾ ਤੇ ਗਿਆਨ ਦੋਵੇਂ ਕਥਨ ਕੀਤੇ ਹੈ, ਇਉਂ ਸਿਮਰਤੀਆਂ ਦਾ ਵਿਖਿਆਨ ਵੀ ਜੇ ਕੋਈ ਕਰ ਲਵੇ। ਯੋਗ ਅਭਿਆਸ ਕਰਮ ਧਰਮ ਕਿਰਿਆ, ਯੋਗ ਬਣ ਕਰਕੇ 8 ਅੰਗ ਹੈ ਯੋਗ ਦੇ, ਯਮ ਨੇਮ ਆਸਣ ਪ੍ਰਾਣਾਯਾਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਧ, ਇਹ ਯੋਗ ਦੇ ਅੰਗ ਸਿੱਖ ਲਵੇ, ਯੋਗਾ ਅਭਿਆਸੀ ਹੋ ਜਾਵੇ, ਲੈ ਯੋਗ ਮੰਤਰ ਯੋਗ ਹੱਠ ਯੋਗ ਰਾਜ ਯੋਗ ਆਦਿ ਇਹਨਾਂ ਦਾ ਅਭਿਆਸ ਕਰ ਲਵੇ। ਕਰਮ ਧਰਮ ਕਿਰਿਆ, ਅਤੇ ਕਰਮ ਨਿਤ ਨਿਮਿਤ ਪ੍ਰਾਸ਼ਚਿਤ ਕਾਮ ਕਾਜ ਕਰਮ ਕਰ ਲਵੇ, ਤੇ ਧਰਮ ਜੰਗ ਆਦਿ ਕਰ ਲਵੇ, ਕਿਰਿਆ ਨਿਊਲੀ ਧੋਤੀ ਆਦਿਕਾਂ ਦੀ ਕਰ ਲਵੇ। ਸਗਲ ਤਿਆਗ ਬਨ ਮਧੇ ਫਿਰਿਆ, ਸਾਰਾ ਤਿਆਗੀ ਹੋ ਕੇ ਬਾਣ ਪ੍ਰਸਤੀ ਬਣ ਕੇ ਬਣ ਦੇ ਚ ਵਿਚਰਨ ਲੱਗ ਜਾਵੇ। ਅਨੇਕ ਪ੍ਰਕਾਰ ਕੀਏ ਬਹੁ ਯਤਨਾ, ਅਨੇਕ ਪ੍ਰਕਾਰ ਕਰਕੇ ਬਹੁਤ ਸਾਰੇ ਸਾਧਨਾ ਦੇ ਯਤਨ ਕਰਦਾ ਰਵੇ। ਪੁੰਨ ਦਾਨ ਹੋਮੇ ਬਹੁ ਰਤਨਾ, ਕਰੇ ਪੁਰਬ ਦੇ ਵਕਤ ਨੂੰ ਮਨ ਮੰਨ ਕੇ ਕਿਸੇ ਪੁੰਨਿਆ ਮੱਸਿਆ ਆਦਿਕਾਂ ਨੂੰ ਦਾਨ ਹਮੇਸ਼ਾ ਕਰੇ, ਹਮਨ ਕਰੇ ਬਹੁਤ ਸਾਰੇ ਰਤਨ ਘਿਓ ਆਦਿਕਾਂ ਨੂੰ ਪਾ ਪਾ ਕੇ, ਚੰਗੇ
ਵਿਚ ਮੋਤੀ ਆਦਿਕ ਪਾ ਪਾ ਕੇ ਧੂਪ ਬਣਾ ਬਣਾ ਕੇ ਘਿਓ ਆਦਿਕਾਂ ਦੀ ਸੋਹਣੇ ਰਚਨਾ ਦਾ ਹਮਨ ਕਰੇ। ਸਰੀਰ ਕਟਾਏ ਹੋਮੈ ਕਰ ਰਾਤੀ, ਫਿਰ ਆਪਦੇ ਸਰੀਰ ਨੂੰ ਹਮਨ ਕਰੇ ਰਤੀ ਜਿੰਨਾ ਕਟਾ ਕਟਾ ਕੇ, ਜਿਵੇਂ ਕੁੰਭਲਾ ਦੇਵੀ ਦੇ ਪਾਸੋਂ ਵਰ ਲੈਣ ਵਾਸਤੇ ਮੇਘਨਾਥ ਨੇ ਲਕਸ਼ਮਣ ਨੂੰ ਜਿੱਤਣ ਵਾਸਤੇ ਰਤੀ ਰਤੀ ਕੱਟ ਕੇ ਉਹਨੂੰ ਭੇਟਾ ਕਰ ਰਿਹਾ ਸੀ, ਭਵਿੱਖਣ ਭੇਜਦਾ ਸੀ ਕਿ ਹੁਣੇ ਵੇਲਾ ਮੇਘਨਾਥ ਮਾਰਨ ਦਾ, ਫੇਰ ਨੀ ਮਰਨਾ। ਲਕਸ਼ਮਣ ਨੇ ਜਾ ਕੇ ਮੇਘਨਾਥ ਨੂੰ ਤੀਰ ਨਾਲ ਮਾਰਿਆ ਸੀ, ਕੁੰਭਲਾ ਦੇਵੀ ਦੇ ਅੱਗੇ ਰੱਤੀ ਰੱਤੀ ਕੱਟ ਕੇ ਹਮਨ ਕਰ ਰਿਹਾ ਸੀ ਆਪਦੇ ਸਰੀਰ ਨੂੰ। ਇਸ ਪ੍ਰਕਾਰ ਜੇ ਕੋਈ ਰੱਤੀ ਰੱਤੀ ਜਿੰਨਾ ਕਰਕੇ ਹਮਨ ਵੀ ਕਰ ਦੇਵੇ ਅੱਗ ਦੇ ਵਿੱਚ, ਵਰਤ ਨੇਮ ਕਰੇ ਬਹੁ ਭਾਂਤੀ, ਅਤੇ ਵਰਤ ਰੱਖੇ ਅਕਾਦਸ਼ੀਆਂ ਦੇ ਚੌਵੀ, ਯਮ ਨੇਮ ਆਦਿਕ ਰੱਖਣਾ ਕਰੇ, ਨੇਮ ਕੋਈ ਰੱਖ ਲੇ, ਮੈਂ ਜੁੱਤੀ ਨੀ ਪਾਉਣੀ, ਝੱਗਾ ਹੀ ਨੀ ਪਾਉਣਾ, ਪੱਗ ਹੀ ਨੀ ਬੰਨਣੀ, ਨੰਗੇ ਪੈਰੀ ਤੀਰਥ ਲੈ ਜਾਣਾ, ਇਹੋ ਜਿਹੇ ਨੇਮ ਕਰ ਲਵੇ ਅਤੇ ਬਹੁਤ ਤਰ੍ਹਾਂ ਦੇ ਕਰ ਲਵੇ ਇਸ ਪ੍ਰਕਾਰ ਦੇ, ਅਨੀ ਨੀ ਖਾਣਾ, ਨਿਰਾਹਾਰੀ ਰਹਿਣਾ ਹੈ। ਨਹੀਂ ਤੁਲ ਰਾਮ ਨਾਮ ਵਿਚਾਰ, ਸਾਧਨਾ ਸਾਰੇ ਮਹਾਰਾਜ ਦੇ ਨਾਮ ਦੇ ਬਰਾਬਰ ਵਿਚਾਰ ਲੋ ਮਹਾਰਾਜ ਕਹਿੰਦੇ ਹਨ, ਕੋਈ ਵੀ ਇਹਦੇ ਬਰਾਬਰ ਨਹੀਂ ਹੋ ਸਕਦੇ ਹਨ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਗੁਰਮੁਖ ਬਣ ਕੇ ਜੇ ਇੱਕ ਵਾਰੀ ਵਾਹਿਗੁਰੂ ਕਹਿਣ ਦੇ ਬਰਾਬਰ, ਇਹ ਸਾਰੇ ਪੁੱਜ ਨਹੀਂ ਸਕਦੇ। ਭਾਈ ਗੁਰਦਾਸ ਸਾਹਿਬ ਨੇ ਕਿਹਾ, ਜੇ ਅਸੀਂ 68 ਤੀਰਥ ਪਰਸ ਕੇ ਜੋ ਵਿਚਾਰ ਚੜ੍ਹੇ ਕੈਲਾਸ਼ ਰਹੇ ਹੋ, ਜੈਸੇ ਕੋਟ ਲੱਖ ਜਨਮ ਕੁਰਸ਼ੇਤਰ ਮੇਦ ਜਗ ਭੰਗ ਠਹਿਓ, ਜੈਸੇ ਕੋਟ ਵਾਰ ਜਨਮ ਤਪ ਅਰਧਮੁਖੀ, ਬੈਸੰਤਰ ਮੈਂ ਤਨ ਦਾਸ ਦਿਓ, ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਕੀਤਾ, ਜਿਹਨੇ ਇੱਕ ਵਾਰ ਸ੍ਰੀ ਵਾਹਿਗੁਰੂ। ਇਹਨਾਂ ਸਾਰਿਆਂ ਸਾਧਨਾਂ ਨਾਲੋਂ ਵੱਡਾ ਸਿਮਰਨ ਹੈ ਪਰਮੇਸ਼ਵਰ ਦਾ। ਭਾਈ ਧੰਨਾ ਸਿੰਘ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਕਲਗੀਧਰ ਜੀ ਨੇ ਕਿਹਾ, ਧੰਨਾ ਸਿੰਘ ਜਾਪ ਕਰਕੇ ਵਿਖਾ। ਇੱਕ ਵਾਰੀ ਜਦੋਂ ਭਾਈ ਧੰਨਾ ਸਿੰਘ ਜਾਪ ਕਿਹਾ, ਪ੍ਰੇਮ ਸਮਾਰਗ ਚ ਪ੍ਰਸੰਗ ਆਉਂਦਾ ਹੈ, ਜਦੋਂ ਜਾਪ ਕੀਤਾ ਭਾਈ ਧੰਨਾ ਸਿੰਘ ਦੇ ਸਾਰੇ ਰੋਮਾਂ ਚੋਂ ਵਾਹਿਗੁਰੂ ਨਿਕਲਿਆ। ਇੱਕ ਯੋਗੀ ਸੀ, ਬੜਾ ਮਾਣ ਕਰਦਾ ਸੀ ਅਭਿਆਸ ਦਾ, ਕਹਿਣ ਲੱਗੇ ਭਾਈ ਧੰਨਾ ਸਿੰਘ ਦੇ ਇੱਕ ਵਾਰੀ ਵਾਹਿਗੁਰੂ ਕਹਿਣ ਜਿੰਨਾ ਤੇਰਾ ਜਾਪ ਨਹੀਂ ਹੋਈ। ਕਹਿੰਦੇ ਜੀ ਕਿਵੇਂ ਹੈ ਮਹਾਰਾਜ? ਕਹਿੰਦੇ ਕੰਨ ਲਾ ਕੇ ਵੇਖ, ਸਾਰਿਆਂ ਰੋਮਾਂ ਚੋਂ ਵਾਹਿਗੁਰੂ ਦਾ ਉਚਾਰਨ ਕਰਕੇ ਇਹਦੇ ਰੋਮ ਰੋਮ ਚ ਜਾਪ ਹੁੰਦਾ ਵੇਖ ਕੇ ਪੈਰੀ ਪੈ ਗਿਆ ਯੋਗੀ। ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਕਹਿੰਦੇ ਹਨ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਇੱਕ ਵਾਰੀ ਵੀ ਨਾਮ ਜਪ ਲਈਏ ਉਹਦੇ ਬਰਾਬਰ ਨਹੀਂ ਹੋ ਸਕਦਾ, ਏਡਾ ਉੱਚਾ ਗੁਰਮੁਖ ਨਾਮ ਅਤੁਲਨਾ ਤੁਲਾਸੀ। ਸਾਧ ਸੰਗਤ ਜੀ, ਤੋਲਣ ਤੋਂ ਰਹਿਤ ਪਰਮੇਸ਼ੁਰ ਦਾ ਨਾਮ ਹੈ, ਇੱਕ ਵਾਰ ਹੈ ਮਨੁੱਖਾ ਜਨਮ, ਜੇ ਇੱਕ ਜਨਮ ਵਿੱਚ ਵੀ ਜਪ ਲਈਏ ਇੱਕ ਵਾਰੀ ਵੀ, ਜੋ ਕੱਲ ਕੋ ਇੱਕ ਵਾਰ ਤੇ ਹੈ, ਜਿਨ੍ਹਾਂ ਦੀ ਲਿਵ ਲੱਗੀ ਹੋਵੇ, ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਜਿਹਨੂੰ ਕਦੇ ਭੁੱਲਦਾ ਨਾ ਹੋਵੇ, ਇੱਕ ਚਿੱਤ ਹੋ ਕੇ ਜਿਹਨੇ ਛਿਨ ਵੀ ਧਿਆਇਆ ਹੈ, ਕਾਲ ਫਾਸ ਕੇ ਬੀਚ ਨਾ ਆਇਓ, ਏਡਾ ਉੱਚਾ ਮਹਾਤਮਾ ਹੈ ਪਰਮੇਸ਼ੁਰ ਦੇ ਨਾਮ ਦਾ। ਹਜ਼ੂਰ ਕਹਿੰਦੇ ਗੁਰਾਂ ਦੁਆਰਾ ਨਾਮ ਇੱਕ ਜਨਮ ਵਿੱਚ ਵੀ ਜਪ ਲਈਏ, ਇੱਕ ਵਾਰੀ ਵੀ ਧੰਨਾ ਸੁਦੋ ਜਿਵੇਂ ਮਹਾਰਾਜ ਨੂੰ ਚਰਾਤਾ ਸੀ ਕਹਿ ਦਈਏ, ਉਹਦੇ ਬਰਾਬਰ ਨਹੀਂ ਹੋ ਸਕਦੇ ਸਾਰੇ ਸਾਧਨ ਜਿੰਨੇ ਹਨ। ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ, ਨੌ ਖੰਡ ਪ੍ਰਥਮੀ ਦੇ ਹਨ, ਭਾਰਤ ਖੰਡ ਆਦਿਕ, ਕੁਰਖੰਡ, ਵਿਸ਼ ਖੰਡ ਆਦਿਕ, ਇਹਨਾਂ ਨਵਾਂ ਖੰਡਾਂ ਚ ਫਿਰਿਆ ਆਵੇ, ਨੌ ਖੰਡ ਪ੍ਰਥਮੀ ਚ ਫਿਰਿਆ ਆਵੇ, ਵਿਚਰਿਆ ਆਵੇ ਸਿੱਧ ਬਣ ਕੇ, ਚਿਰ ਜੀਵੈ, ਚਿਰ ਜੀਵੀ ਹੋ ਜੇ, ਕਰੋੜਾਂ ਵਰਿਆਂ ਦੀ, ਲੱਖਾਂ ਵਰਿਆਂ ਦੀ ਉਮਰ ਹੋ ਜਾਵੇ। ਮਹਾ ਉਦਾਸ ਤਪੀਸਰ ਥੀ, ਲਾਲਚੀ ਨਾ ਹੋਵੇ, ਬਹੁਤ ਉਦਾਸ ਰਹਿਣ ਵਾਲਾ ਹੋਵੇ, ਉਦਾਸ ਹੋ ਕੇ ਵਿਸ਼ਈ ਨਾ ਹੋਵੇ, ਤਪੀਆਂ ਦਾ ਈਸ਼ਰ ਹੋਏ, ਬੜੇ ਭਾਰੀ ਤਪ ਕਰਨ ਵਾਲਾ ਹੋ ਜਾਵੇ। ਅਗਨ ਮਾਹ ਹੋਮਤ ਪ੍ਰਾਣ, ਫਿਰ ਆਪਦੇ ਅੱਗ ਵਿੱਚ ਹਮਨ ਕਰ ਦੇਵੇ, ਪ੍ਰਾਣਾਂ ਨੂੰ ਨਾਸ਼ ਕਰ ਦੇਵੇ। ਕਣਕ ਅਸਵ ਹੈਵਰ ਭੂਮਦਾਨ, ਸੀਂਹ ਨੂੰ ਵੀ ਹਮਨ ਕਰ ਦੇਵੇ ਅੱਗ ਵਿੱਚ, ਤੇ ਸੋਨੇ ਦੇ ਘੋੜੇ ਬਣਾ ਬਣਾ ਕੇ ਦਾਨ ਕਰ ਦੇਵੇ, ਹੈਵਰ ਦਰਿਆਈ ਘੋੜੇ ਜਿਹੜੇ ਸ੍ਰੇਸ਼ਟ ਹੈ ਉਹਨਾਂ ਦਾ ਵੀ ਦਾਨ ਕਰ ਦੇਵੇ। ਜੇ ਕਰਕੇ ਭੂਮ ਧਰਤੀ ਦਾ ਦਾਨ, ਜਿਵੇਂ ਭੂਮ ਦਾਨ ਕਰਾਉਂਦੇ ਫਿਰਦੇ ਸੀ, ਇੱਕ ਇਹੋ ਜਿਹਾ ਭੂਮੀ ਦਾਨ ਕਰਾਉਣ ਵਾਲੇ ਵੀ ਹੁਣ ਆਹ ਭੂਮ ਦਾ ਦਾਨ ਕਰਨ ਵਾਲਾ ਹੋਵੇ। ਨਿਉਲੀ ਕਰਮ ਕਰੇ ਬਹੁ ਆਸਨ, ਨਿਉਲੀ ਧੋਤੀ ਆਦਿਕਾਂ ਦੇ ਕਰਮ ਹੈ ਜਿਹੜੇ, ਇਹ ਵੀ ਕਰ ਲਵੇ, ਆਂਦਰਾਂ ਦੇ ਤਾਂ ਹੀ ਧੋਈ ਦਾ ਹੈ, ਮੂਲ ਦੁਆਰੇ ਦੁਆਰਾ ਜਿਵੇਂ ਅਨੀਮਾ ਕਰਦੇ ਡਾਕਟਰ, ਇਸ ਪ੍ਰਕਾਰ ਨਿਉਲੀ ਕਰਮ ਕੀਤੇ ਜਾਂਦੇ ਹਨ। ਸੋ ਜੇ ਸਹਿਤ ਖਿੱਚਣ ਦੀ ਸ਼ਕਤੀ ਹੋ ਜੇ, ਫਿਰ ਦਸਵੇਂ ਦੁਆਰ ਚ ਬ੍ਰਹਮਚਰਜ ਕਾਇਮ ਹੋ ਜਾਂਦਾ ਹੈ, ਤੇ ਫਿਰ ਸਰੀਰ ਡੋਲਦਾ ਨੀ, ਜਲਸਾ ਚ ਕਾਇਮ ਹੋ ਜਾਂਦਾ, ਨੀਲੀ ਕਰਮ ਦਾ ਇਹ ਮਤਲਬ ਹੁੰਦਾ ਹੈ। ਇਸੇ ਪ੍ਰਕਾਰ ਬਹੁਤ ਸਾਰੇ ਆਸਨ, 84 ਆਸਨ ਹਨਗੇ, ਉਹ ਸਾਰਿਆਂ ਨੂੰ ਬੱਦਲ ਆਸਨ, ਭੱਜਰ ਆਸਨ, ਵੀਰ ਆਸਨ, ਕੁਰਕਟ ਆਸਨ, ਸਿੱਧ ਆਸਨ,
ਆਦਿਕ ਬਹੁਤ ਸਾਰੇ ਆਸਣ ਲਾਉਣ ਲੱਗ ਜਾਵੇ। ਜੈਨ ਮਾਰਗ ਸੰਜਮ ਆਤ ਸਾਧਨ, ਜੈਨ ਮਾਰਗੀਆਂ ਦਾ ਕੰਮ ਹੁੰਦਾ ਸੰਜਮ, ਇੱਕੇ ਫੱਟੇ ਤੇ 40 ਦਿਨ ਪਏ ਰਹਿਣਾ, ਅਤਿਅੰਤ ਸਾਧਨ ਕਰ ਲਵੇ। ਘੋੜ ਮੰਤਰ ਵਾਲੇ ਤਾਂ ਮੈਲ ਆਦਿਕਾਲ ਦੀ ਭਖਣ ਕਰਦੇ ਹਨ, ਅਤਿਅੰਤ ਸਾਧਨ ਕਰ ਲਵੇ। ਨਿਮਖ ਨਿਮਖ ਘਰ ਸਰੀਰ ਕਟਾਵੇ, ਇਹ ਭਾਈ ਰੱਤੀ ਰੱਤੀ ਕਰਕੇ ਵੀ ਆਪਦਾ ਸਰੀਰ ਕਟਾ ਦੇਵੇ, ਐਡਾ ਕੋਈ ਬਲੀ ਹੋਵੇ, ਇੰਨਾ ਸਰੀਰ ਹਵਨ ਕਰ ਦੇਵੇ ਆਪਦਾ। ਤਉ ਭੀ ਹਉ ਮੈਂ ਮੈਲ ਨਾ ਜਾਵੇ, ਹੰਗਤਾ ਦੀ ਮੈਲ ਹੈ ਜੀਵ ਦੇ ਅੰਦਰੋਂ ਜਾਂਦੀ ਨੀ, ਉਹ ਬਣੀ ਰਹਿੰਦੀ ਹੈ। ਹਰ ਕੇ ਨਾਮ ਸੰਸਾਰ ਕਾਸ਼ ਨਾ, ਹਉਮੈ ਮੇਟਣ ਵਾਸਤੇ ਪਰਮੇਸ਼ਰ ਦੇ ਨਾਮ ਦੇ ਬਰਾਬਰ ਕੋਈ ਵਸਤੂ ਨਹੀਂ ਹੈ। ਨਾਨਕ ਗੁਰਮੁਖ ਨਾਮ ਜਪਤ ਗਤ ਪਾਏ, ਕਹਿੰਦੇ ਗੁਰਮੁਖ ਬਣ ਕੇ ਜਿਹੜੇ ਭਾਈ ਨਾਮ ਜਪਦੇ ਉਹ ਕਲਿਆਣ ਨੂੰ ਪਾਉਂਦੇ ਹਨ। ਮਨ ਕਾਮਨਾ ਤੀਰਥ ਦੇਹ ਛੁਟੈ, ਮਨ ਚ ਕਾਮਨਾ ਹੋਵੇ ਤੀਰਥਾਂ ਤੇ ਦੇਹ ਛੁੱਟ ਜਾਵੇ, ਮਨੀ ਕਰਨ ਤੀਰਥ ਤੇ ਜਾ ਕੇ ਵੀ ਦੇਹ ਛੱਡ ਜਾਵੇ। ਜਿੱਥੇ ਕੰਨ ਦੀ ਮਣੀ ਜਿਹੜੀ ਸੀ ਪਾਰਵਤੀ ਦੀ ਗੁਆਚ ਗਈ ਸੀ, ਸ਼ਿਵ ਜੀ ਨੇ ਸ਼ੇਸ਼ ਨਾਗ ਦੇ ਪਾਸੋਂ ਮੰਗਵਾਈ ਸੀ, ਉਹ ਮਨੀਕਰਨ ਤੀਰਥ ਮੰਨਿਆ। ਉਹ ਮਨ ਕਾਮਨਾ ਦੇ ਸਹਿਤ ਹੋ ਕੇ ਜੇ ਤੀਰਥਾਂ ਦੇ ਦੇਹ ਵੀ ਛੁੱਟ ਜਾਵੇ, ਗਰਭ ਗੁਮਾਨ ਨਾ ਮਨ ਤੇ ਹੁਟੈ, ਉਹਨੂੰ ਗਰਭ ਹੈ ਦੇਹ ਦਾ, ਗੁਮਾਨ ਹੈ ਆਪਦੇ ਸਾਧਨਾ ਦਾ, ਇਹ ਮਨ ਚੋਂ ਕਦੇ ਹਟਦਾ ਨੀ, ਬਣਿਆ ਹੀ ਰਹਿੰਦਾ ਹੈ। ਸੋਚ ਕਰੇ ਦਿਨ ਸਾਰ ਰਾਤ, ਜੇ ਕੋਈ ਸੋਚ ਸਰੀਰ ਨੂੰ ਮਾਂਜੀ ਜਾਵੇ, ਸਫਾਈ ਕਰਦਾ ਰਹੇ ਰਾਤ ਨੇ, ਸੋਚ ਚਿੰਤਾ ਹੀ ਕਰਦਾ ਰਹੇ ਰਾਤ ਨੇ, ਸੋਚ ਵਿਚਾਰ ਹੀ ਰਾਤ ਨੇ ਕਰਦਾ ਰਹੇ ਵੀ ਕਿਵੇਂ ਕਰਾਂਗੇ, ਹੁਣ ਸੋਚਾਂ ਚ ਹੀ ਪਿਆ ਰਹੇ, ਪਵਿੱਤਰ ਕਰਦਾ ਰਹੇ ਮਿੱਟੀ ਆਦਿਕਾਂ ਨਾਲ ਮਾਂਜ ਕੇ। ਮਨ ਕੀ ਮੈਲ ਨਾ ਤਨ ਤੇ ਜਾ, ਤਨ ਦੇ ਧੋਣੇ ਕਰਕੇ ਮਨ ਦੀ ਅੰਦਰੋਂ ਮੈਲ ਨੀ ਜਾਂਦੀ ਹੈ, ਸੋ ਮਨ ਦੀ ਮੈਲ ਤਾਂ ਸ਼ਬਦ ਦੇ ਨਾਲ ਹੀ ਜਾਵੇਗੀ। ਇਸ ਦੇਹੀ ਕਹੋ ਬਹੁਤ ਸਾਧਨਾ ਕਰੇ, ਇਸ ਦੇਹ ਤਾਂ ਬਹੁਤ ਸਾਰਾ ਸਾਧਨਾ ਕਰੇ, ਮਾਲ ਜੋਗਨ ਆਦਿ ਕਰਨਾ ਕਰੇ, ਮਨ ਤੇ ਕਬੂ ਨਾ ਦਿਖਿਆ ਟੜੇ, ਇਸ ਤਰ੍ਹਾਂ ਕਰਨੇ ਕਰਕੇ ਮਨ ਦੀਆਂ ਜਿਹੜੀ ਵਿਸ਼ਿਆਂ ਦੀ ਮੈਲ ਹੈ ਉਹ ਨਹੀਂ ਟਲਦੀ, ਬਣੀ ਰਹਿੰਦੀ ਹੈ ਮਨ ਚ ਕਾਮ ਦੇ ਕਾਦਕਾਂ ਦੀ। ਜਲ ਧੋਵੈ ਬਹੁ ਦੇਹ ਅਨੀ, ਜਲ ਦੇ ਨਾਲ ਬਹੁਤ ਸਾਰੇ ਤੀਰਥਾਂ ਤੇ ਦੇਹ ਜਿਹੜੀ ਨਿਤ ਨਾਸਵੰਤ ਹੈ ਇਹਨੂੰ ਧੋਂਦਾ ਫਿਰੇ ਜੇ ਕਰਕੇ। ਸੁਧ ਕਹਾਂ ਹੋਏ ਕਾਚੀ ਭੀਤ, ਜਿਵੇਂ ਕੱਚੀ ਕੰਧ ਦੇ ਉੱਤੇ ਪਾਣੀ ਪਾਈਏ ਵਿੱਚੋਂ ਹੋਰ ਮਿੱਟੀ ਨਿਕਲਦੀ ਰਹਿੰਦੀ ਹੈ, ਇਸੇ ਪ੍ਰਕਾਰ ਸੁਧ ਕਿਵੇਂ ਹੋਵੇਗੀ ਉਹ ਕੱਚੀ ਕੰਧ ਜਿਹੜੀ ਹੈ, ਇਸੇ ਪ੍ਰਕਾਰ ਜਿਹੜੀ ਕੱਚੀ ਬਿਰਤੀ ਹੈ ਦੇਹ ਅਧਿਆਸ ਵਾਲੀ, ਉਹ ਦੇਹ ਦੇ ਮਾਨ ਤੋਂ ਰਹਿਤ ਹੋ ਕੇ ਸੁਧ ਕਿਵੇਂ ਹੋਵੇਗੀ, ਨਹੀਂ ਹੋਵੇਗੀ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਜਿਵੇਂ ਕਹਿੰਦੇ ਜੀ ਗੋਹਾ ਮਲ ਕਰਕੇ ਗੱਬ ਖਾਣੇ ਕਰਕੇ ਸ਼ੁੱਧ ਹੋਈਦਾ, ਇਹ ਸਾਧ ਸੰਗਤ ਜੀ ਕਬੀਰ ਜੀ ਨੇ ਕਿਹਾ ਗੋਬਰ ਜੂਠਾ ਚੌਂਕਾ ਜੂਠਾ ਜੂਠੀ ਦੀਨੀ ਕਾਰਾ, ਇਹ ਕਾਰਾਂ ਕਰਨੀਆਂ ਵੀ ਜੇ ਮੁਸਲਮਾਨਾਂ ਲੋਟੇ ਨੂੰ ਸੁੱਚਾ ਮੰਨਿਆ ਹੈ ਉਸੇ ਨਾਲ ਉਜੂ ਕਰ ਲੈਂਦੇ, ਉਸੇ ਨਾਲ ਜੰਗਲ ਵਾਲੇ ਹੱਥ ਧੋ ਲੈਂਦੇ ਹੈ, ਇਹੀ ਜੀ ਹਾਲਤ ਇਹਨਾਂ ਦੇ ਸੁੱਚ ਮੁੱਕ ਪਾਣੀ ਦੂਰੋਂ ਉੱਤੋਂ ਪੈਂਦਾ ਤਾਂ ਸੁੱਚਾ ਹੈ ਧਾਰ ਨੂੰ ਉੱਚੀ ਸਮਝ ਕੇ। ਇਸ ਪ੍ਰਕਾਰ ਇਹ ਉਹਨਾਂ ਨੇ ਮੰਨਿਆ ਆਪਦੇ ਹਿੰਦੂਆਂ ਨੇ ਜਿਵੇਂ ਗੋਹੇ ਨੂੰ ਸੁੱਚਾ ਮੰਨਿਆ, ਮੁਸਲਮਾਨਾਂ ਲੋਟੇ ਨੂੰ ਸੁੱਚਾ ਮੰਨਿਆ, ਮਹਾਰਾਜ ਸਾਹਿਬ ਤਾਂ ਕਹਿੰਦੇ ਵੀ ਇਹ ਕੱਚੀ ਕੰਧ ਵਰਗੀ ਦੇਹ ਹੈ, ਇਹ ਕਿਵੇਂ ਸ਼ੁੱਧ ਹੋ ਜਾਏਗੀ, ਪਵਿੱਤਰ ਨਹੀਂ ਹੋ ਸਕੇਗੀ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਇਹ ਮੇਰੇ ਪਿਆਰੇ ਮਨਾ ਪਰਮੇਸ਼ਰ ਦੇ ਨਾਮ ਦੀ ਵਡਿਆਈ ਸਭ ਤੋਂ ਉੱਚੀ ਹੈ, ਸਫਲਾ ਕਰਨ ਵਾਲੀ। ਨਾਨਕ ਨਾਮ ਉਧਰੇ ਪਤਤ ਬਹੁ ਮੂਚ, ਸਤਿਗੁਰੂ ਜੀ ਕਹਿੰਦੇ ਨਾਮ ਜਪ ਕਰਕੇ ਉਧਰ ਕੇ ਪਾਪੀ ਵੀ ਬਹੁਤ ਸਾਰੇ ਮੂਚ, ਬਹੁਤ ਤੇ ਬਹੁਤ ਮੂਚ, ਵਿਸਤਾਰ ਪੂਰਵਕ ਜਿਹੜੇ ਬਹੁਤੇ ਸੀ ਨਾ ਪਾਪੀ ਬੜੇ ਵਿਸਤਾਰ ਵਾਲੇ, ਉਹ ਵੀ ਉਧਰ ਕੇ ਬਹੁਤ ਸਾਰੇ। ਬਹੁਤ ਸਿਆਣਪ ਜਮਕਾ ਭਉ ਵਿਆਪੈ, ਸਿਮਰਨ ਨਹੀਂ ਕਰਨਾ ਬਾਹਲੀਆਂ ਸਿਆਣਪਾਂ ਚ ਪਏ ਰਹਿਣਾ, ਕਦੇ ਐਂ ਕਰਾਂਗੇ ਕਦੇ ਦਲੀਲਬਾਜ਼ੀ ਚ ਪਏ ਰਹਿਣਾ, ਉਹਨੂੰ ਜੰਮਣ ਮਰਨ ਦਾ ਅੰਤ ਨੂੰ ਭਉ ਜੰਮਦਾ ਆ ਵਿਆਪਦਾ, ਮੌਤ ਹੀ ਆ ਜਾਂਦੀ, ਕੋਈ ਵੀ ਨਹੀਂ ਉਹ ਕਰ ਸਕਦਾ। ਅਨਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ, ਅਨੇਕਾਂ ਯਤਨ ਕਰਨੇ ਕਰਕੇ ਤ੍ਰਿਸ਼ਨਾ ਵੱਲੋਂ ਤ੍ਰਿਪਤੀ ਨਹੀਂ ਪੁਰਖ ਨੂੰ ਆਉਂਦੀ ਹੈ। ਭੇਖ ਅਨੇਕ ਅਗਨ ਨਹੀਂ ਬੁਝੈ, ਅਨੇਕਾਂ ਭੇਖ ਧਾਰ ਕਰਕੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ, ਨਿਵਰਤ ਨਹੀਂ ਹੁੰਦੀ। ਕੋਟ ਉਪਾਵ ਦਰਗਹ ਨਹੀਂ ਸਿੱਝੈ, ਯਤਨ ਕਰਕੇ ਦਰਗਾਹ ਵਿੱਚ ਮੁਕਤ ਨਹੀਂ ਹੋਈਦਾ, ਛੁਟਕਾਰਾ ਨਹੀਂ ਪਾਈਦਾ, ਸਿੱਝਿਆ ਜੁੱਤੀ ਦਾ ਨਹੀਂ ਹੈ। ਛੂਟਸ ਨਾਹੀ ਊਬ ਪਿਆ, ਜਿਵੇਂ ਵਸਿਸ਼ਟ ਕੁਟੀਆ ਸੰਕਲਪ ਦੀ ਬਣਾ ਕੇ ਰਹਿੰਦਾ ਸੀ ਉਹ ਰਹੀਏ ਤਾਂ ਵੀ ਮੁਕਤ ਨਹੀਂ ਹੋ ਸਕੀਦਾ, ਜੇ ਪਤਾਲ ਵਿੱਚ ਕਹਿ ਵੀ ਗੁਫਾ
ਕਹਿ ਪਰਬਤ ਸੋਨੇ ਦੇ ਪਰਬਤ ਗੁਫਾ ਕਰੀ, ਕਹਿ ਪਾਣੀ ਪਿਆਲ ਜਾਂ ਪਾਣੀ ਜਰੀਏ ਜਾਂ ਪਤਾਲ ਜਾ ਰਹੀਏ, ਇਉਂ ਵੀ ਛੁਟਕਾਰਾ ਨਹੀਂ ਹੁੰਦਾ। ਇਸ ਪ੍ਰਕਾਰ ਉਹ ਉੱਚੇ ਚੜ੍ਹ ਜਾਈਏ ਆਕਾਸ਼ 'ਚ ਅਤੇ ਪਤਾਲਾਂ 'ਚ ਕੁਟੀਆਂ ਬਣਾ ਲਈਏ ਤਾਂ ਵੀ ਮੁਕਤ ਨਹੀਂ ਹੋਈਗਾ। ਮੋਹੇ ਵਿਆਪਹਿ ਮਾਇਆ ਜਾਲ, ਮਾਇਆ ਦੇ ਜਾਲ ਕਰਕੇ ਮੋਹ ਵਿੱਚ ਹੀ ਰਾਤ ਨੇ ਵਿਆਪੇ ਰਹਿੰਦੇ ਲੱਗੇ ਰਹਿੰਦੇ ਹਨ। ਐਸਾ ਮਾਇਆ ਦਾ ਜਾਲ, ਉਹਦਾ ਮੋਹ ਲੱਗਾ ਰਹਿੰਦਾ ਹੈ। ਅਵਰ ਕਰਤੂਤ ਸਗਲੀ ਜਮ ਡੰਨ, ਕਿੰਨੀਆਂ ਕਰਤੂਤਾਂ ਕਰਨੀਆਂ ਕਰ ਲੋ, ਸਾਰੀਆਂ 'ਚ ਜਮ ਦਾ ਡੰਨ ਮਿਲੇਗਾ। ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨ, ਪਰਮੇਸ਼ਰ ਦੇ ਭਜਨ ਤੋਂ ਬਿਨਾਂ ਤਿਲ ਜਿੰਨਾ ਵੀ ਕਿਸੇ ਦੀ ਜਿਹੜੀ ਕਮਾਈ ਆ ਮੰਨੀ ਨਹੀਂ ਜਾਏਗੀ ਦਰਗਾਹ ਦੇ ਵਿੱਚ। ਹਰ ਕਾ ਨਾਮ ਜਪਤ ਦੁੱਖ ਜਾਏ, ਨਾਮ ਜਪਣੇ ਕਰਕੇ ਜੰਮਣ ਮਰਨ ਦਾ ਦੁੱਖ ਜਾਵੇਗਾ। ਨਾਨਕ ਬੋਲੇ ਸਹਿਜ ਸੁਭਾਏ, ਭਾਵੇਂ ਸੁਤੇ ਸਿੱਧੀ ਜਾਪ ਕਰ ਲਵੇ, ਕੋਈ ਆਪਣਾ ਜੀਵਨ ਇਹੋ ਜਿਹਾ ਬਣਾ ਲਵੇ, ਉਹਦੀ ਮੁਕਤੀ ਹੋ ਜਾਏਗੀ। ਜਿਹੜਾ ਪ੍ਰੇਮ ਨਾਲ ਜਪੇਗਾ ਤਾਂ ਕੀ ਮਹਿਮਾ ਕਹੀਏ, ਇਉਂ ਸਹਿਜ ਸਰੂਪ ਦੇ ਸੁਭਾਅ ਪ੍ਰਕਾਸ਼ ਹੋਇਆ ਮਹਾਰਾਜ ਕਹਿੰਦੇ ਬੋਲਣੇ ਕਰਕੇ। ਚਾਰ ਪਦਾਰਥ ਜੇ ਕੋ ਮੰਗ, ਭਾਈ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਦੀ ਮੰਗ ਇੱਛਾ ਕਰੇ, ਸਾਧ ਜਨਾ ਕੀ ਸੇਵਾ ਲਾਗੇ, ਸਾਰਾ ਸੰਤਾਂ ਭਗਤਾਂ ਜਾਨੀ ਟਹਿਲ ਵਿੱਚ ਲੱਗਣਾ ਕਰੇ, ਧਰਮ ਅਰਥ ਕਾਮ ਮੋਖ ਸਭ ਮਿਲ ਜਾਏਗਾ। ਜੇ ਕੋ ਆਪਣਾ ਦੁੱਖ ਮਿਟਾਵੇ, ਕੋਈ ਆਪਣਾ ਦੁੱਖ ਕੋਈ ਸਰੀਰਕ ਮਨ ਦਾ ਬਾਣੀ ਦਾ ਮਿਟਾਉਣਾ ਚਾਹੇ, ਹਰ ਹਰ ਨਾਮ ਹਿਰਦੇ ਸਦ ਗਾਵੇ, ਪਰਮੇਸ਼ਰ ਦੇ ਨਾਮ ਨੂੰ ਹਿਰਦੇ ਚ ਸਦਾ ਗਾਉਣਾ ਕਰੇ। ਜੇ ਕੋ ਆਪਣੀ ਸੋਭਾ ਲੋੜੇ, ਵਡਿਆਈ ਦੀ ਲੋੜ ਇੱਛਾ ਰੱਖਦਾ ਹੋਵੇ ਕਿ ਮੇਰੀ ਸੋਭਾ ਹੋਵੇ ਦੁਨੀਆਂ ਚ, ਸਾਧ ਸੰਗ ਇਹ ਹਉਮੈ ਛੋੜੇ, ਸਤਸੰਗ ਚ ਮਿਲ ਕਰਕੇ ਦੇਹ ਦੀ ਹਉਮੈ ਨੂੰ ਛੱਡ ਦੇਵੇ, ਆਪਦੇ ਗੁਣਾਂ ਦੀ ਹਉਮੈ ਨੂੰ, ਫਿਰ ਉਹਦੀ ਸੋਭਾ ਹੁੰਦੀ ਹੈ। ਜੇ ਕੋ ਜਨਮ ਮਰਨ ਤੇ ਡਰੇ, ਪੁਰਖ ਜੰਮਣ ਤੇ ਮਰਨ ਤੋਂ ਭੈ ਕਰੇ, ਡਰ ਆਵੇ ਜਿਸ ਨੂੰ, ਸਾਧ ਜਨਾ ਕੀ ਸਰਨੀ ਪਰੇ, ਪਿਆਰਿਆਂ ਦੀ ਸ਼ਰਨ ਵਿੱਚ ਪੈ ਜਾਵੇ, ਸਾਹਿਬ ਕਹਿੰਦੇ ਹਨ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਿਨ੍ਹਾਂ ਜਨਾਂ ਨੂੰ ਵਾਹਿਗੁਰੂ ਦੇ ਦਰਸ਼ਨ ਦੀ ਪਿਆਸ ਹੈ, ਨਾਨਕ ਤਾਕੈ ਬਲ ਬਲ ਜਾਸਾ, ਕਹਿੰਦੇ ਉਹਨਾਂ ਤੋਂ ਬਲਿਹਾਰ ਜਾਂਦੇ, ਪਿਛਲੇ ਪਦਾਰਥਾਂ ਦੀ ਇੱਛਾ ਤੋਂ ਰਹਿਤ ਹੋ ਕੇ ਕੇਵਲ ਦਰਸ਼ਨਾਂ ਦਾ ਜਿਹੜਾ ਪਿਆਸਾ ਹੈ ਉਹਨਾਂ ਤੋਂ ਮਨ ਬਾਣੀ ਸ਼ੀਲ ਕਰਕੇ ਕੁਰਬਾਨ ਜਾਂਦੇ ਹਾਂ, ਸਾਹਿਬ ਕਹਿੰਦੇ ਹਨ। ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਸਾਰਿਆਂ ਪੁਰਸ਼ਾਂ ਵਿੱਚੋਂ ਉਹ ਪੁਰਖ ਪ੍ਰਧਾਨ ਮੁਖੀ ਹੈ ਲੋਕ ਪ੍ਰਲੋਕ ਦੇ ਵਿੱਚ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਸਾਧ ਸੰਗਤ ਕਰਕੇ ਹੰਕਾਰ ਮਿਟ ਜਾਂਦਾ ਹੈ। ਆਪਸ ਕਹੋ ਜੋ ਜਾਣੈ ਨੀਚਾ, ਆਪਣੇ ਆਪ ਨੂੰ ਨੀਵਾਂ ਸਮਝਦਾ ਕਿ ਮੈਂ ਸਾਰਿਆਂ ਦੀ ਧੂੜ ਹਾਂ ਅੰਦਰੋਂ, ਸੋ ਗਨੀਏ ਸਭ ਤੇ ਉੱਚਾ, ਸਾਰਿਆਂ ਤੋਂ ਉੱਚਾ ਸੁੱਚਾ ਗਿਣਿਆ ਜਾ ਸਕਦਾ, ਸਾਹਿਬ ਕਹਿੰਦੇ ਵਿਚਾਰਿਆ ਜਾਂਦਾ ਹੈ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਇਹਨਾਂ ਦਾ ਮਨ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ। ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ, ਉਹਨਾਂ ਨੂੰ ਹਰੀ ਦਾ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਨਾਮ ਹੈ ਉਹ ਜਪ ਕੇ ਘਟਾਂ ਘਟਾਂ ਚੋਂ ਸਰੀਰ ਨੂੰ ਜਾਣ ਲਿਆ ਹੈ। ਮਨ ਆਪਣੇ ਤੇ ਬੁਰਾ ਮਿਟਾਨਾ, ਆਪਦੇ ਮਨ ਚੋਂ ਬੁਰਾ ਸੁਭਾਅ ਮਿਟਾਤਾ ਹੈ। ਵੇਖੈ ਸਗਲ ਸ੍ਰਿਸ਼ਟ ਸਾਜਨਾ, ਉਹ ਤਾਂ ਸਾਰੀ ਸ੍ਰਿਸ਼ਟ ਨੂੰ ਸੱਜਣ ਜਾਣ ਕੇ ਹੀ ਵੇਖਦਾ, ਉਹਦਾ ਕਿਸੇ ਨਾਲ ਵੈਰ ਨਹੀਂ ਰਹਿੰਦਾ, ਸਾਰਿਆਂ ਚ ਪਿਆਰੇ ਜਾਣ ਕੇ ਵੇਖਦਾ ਹੈ, ਸਾਰੀ ਸ੍ਰਿਸ਼ਟੀ ਵੀ ਉਹਨੂੰ ਸੱਜਣ ਜਾਣ ਕੇ ਪਿਆਰ ਨਾਲ ਤੱਕਣ ਲੱਗ ਜਾਂਦੀ ਹੈ। ਸੁਖ ਦੁੱਖ ਜਨ ਸਮਦ੍ਰਿਸ਼ਟੇਤਾ, ਜਿਨ੍ਹਾਂ ਨੂੰ ਸੁਖ ਵਿੱਚ ਬਿਰਤੀ, ਸੁਖ 'ਚ ਖੁਸ਼ੀ 'ਚ ਨਹੀਂ ਹੁੰਦੀ, ਦੁੱਖ ਵੇਲੇ ਘਾਬਰਦੀ ਨਹੀਂ, ਜਿਨ੍ਹਾਂ ਜਿਨ੍ਹਾਂ ਨੂੰ ਇੱਕੋ ਜਿਹਾ ਦੇਖਣ 'ਚ ਆ ਗਿਆ, ਸੁਖ ਦੁੱਖ 'ਚ ਇੱਕੋ ਜਿਹੇ ਰਹਿੰਦੇ ਹੈ। ਨਾਨਕ ਪਾਪ ਪੁੰਨ ਨਹੀਂ ਲੇਪਾ, ਉਹ ਗੁਰੂ ਸਾਹਿਬ ਜੀ ਕਹਿੰਦੇ ਪਾਪ ਪੁੰਨ ਤੋਂ ਨਿਰਲੇਪ ਹੈ, ਉਹਨਾਂ ਨੂੰ ਨਾ ਪਾਪ ਲੱਗਦਾ ਨਾ ਪੁੰਨ ਲੱਗਦਾ, ਦੋਹਾਂ ਤੋਂ ਨਿਰਲੇਪ ਹੋ ਜਾਂਦੇ ਹੈ। ਸੁਖ ਦੁੱਖ ਜਿਨ੍ਹਾਂ ਨੂੰ ਇੱਕੋ ਜਿਹਾ ਦਿਖਦਾ, ਜੋ ਉਹਨਾਂ ਦੁੱਖ ਮੈਂ ਦੁੱਖ ਨਹੀਂ ਮਨ, ਸੁਖ ਸੁਨੇ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ, ਨਿਰ ਧਨ ਕਹੋ ਧਨ ਤੇਰੋ ਨਾ, ਪਾਤਸ਼ਾਹ ਭਾਵੇਂ ਕਿੰਨਾ ਲੱਖਾਂ ਕਰੋੜਾਂ ਧਨੀ ਹੋਵੇ ਆਦਮੀ, ਪਰ ਫੇਰ ਵੀ ਨਿਰਧਨ ਹੈ ਤੇਰੇ ਨਾਮ ਤੋਂ ਬਿਨਾਂ, ਕਹਿ ਕਬੀਰ ਨਿਰਧਨ ਹੈ ਸੋਈ ਜਾ ਕੇ ਹਿਰਦੇ ਨਾਮ ਆਰਾਮ ਨਾ ਹੋਈ, ਸੋ ਅਸੀਂ ਨਿਰਧਨ ਹਾਂ ਸੱਚੇ ਪਾਤਸ਼ਾਹ, ਸੰਤ ਤੇਰਾ ਨਾਮ ਹੀ ਧਨ ਹੈ। ਨਿਥਾਵੇ ਕਹੋ ਨਾਵ ਤੇਰਾ ਥਾ, ਜੀਵ ਦੇ ਕੋਲੇ ਕਿੰਨੀਆਂ ਕੋਠੀਆਂ ਹੋਣ, ਕਿੰਨੇ ਮਕਾਨ ਹੋਣ, ਕਿੰਨੇ ਦੇਸ਼ ਹੋਣ, ਕਿੰਨੇ ਸ਼ਹਿਰਾਂ ਦਾ ਮਾਲਕ ਹੋਵੇ, ਪਰ ਮਹਾਰਾਜ ਦੀ ਪ੍ਰਾਪਤੀ ਬਿਨਾਂ ਨਿਥਾਵਾਂ ਹੀ ਹੈ ਜੀਵ, ਸੋ ਅਸੀਂ ਸੱਚੇ ਪਾਤਸ਼ਾਹ ਨਿਥਾਵੇ ਹਾਂ, ਸਾਨੂੰ ਤੇਰਾ ਨਾਂ ਹੀ ਥਾਂ ਹੈ। ਨਿਮਾਨੇ ਕਹੋ ਪ੍ਰਭ ਤੇਰੋ ਮਾਨ, ਦੁਨੀਆਂ ਸਾਰੀ ਮਾਣ ਕਰਦੀ ਹੋਵੇ, ਸਤਿਕਾਰ ਕਰਦੇ ਹੋਣ, ਫਿਰ ਵੀ ਹੁੰਦੇ ਮਾਣ ਜੋ ਹੋਏ ਨਿਮਾਣਾ,
ਹੁੰਦੇ ਤਾਣ ਜੋ ਹੋਏ ਨਤਾਣਾ, ਇਉਂ ਜਿਹੜੇ ਨਿਰਮਾਣ ਹੋਏ ਆ ਮਾਣ ਤੋਂ ਰਹਿਤ ਹੋਏ ਹੈ, ਉਹਨਾਂ ਨੂੰ ਮਹਾਰਾਜ ਤੇਰੀ ਵੱਲੋਂ ਬ੍ਰਹਮ ਗਿਆਨੀ ਆਪ ਪਰਮੇਸ਼ਰ ਨੂੰ ਮਾਣ ਸਤਿਕਾਰ ਮਿਲਿਆ ਹੈ। ਸਗਲ ਘਟਾਂ ਕਉ ਦੇਵ ਦਾਨ, ਸੱਚੇ ਪਾਤਸ਼ਾਹ ਸਾਰਿਆਂ ਘਟਾਂ ਸਰੀਰਾਂ ਦੇ ਅੰਦਰ ਹੈ, ਆਪ ਰੋਜੀ ਦਾ ਦਾਨ, ਬ੍ਰਹਮ ਗਿਆਨ ਦਾ ਦਾਨ, ਪੁਰਾਣਾ ਦਾ ਦਾਨ, ਆਪਦੀ ਚੇਤਨ ਸੱਤਾ ਰੂਪੀ ਦਾਨ ਬਖਸ਼ਦੇ ਹੋ। ਕਰਨ ਕਰਾਵਨ ਹਾਰ ਸੁਆਮੀ, ਇਹ ਸਾਰਿਆਂ ਕਾਰਜਾਂ ਦੇ ਆਪ ਕਰਨ ਵਾਲੇ ਤੇ ਕਰਾਉਣ ਵਾਲੇ ਮਾਲਕ, ਸਗਲ ਘਟਾਂ ਕੇ ਅੰਤਰ ਜਾਮੀ, ਸਾਰੀਆਂ ਖਾਣੀਆਂ ਦੇ ਹਿਰਦਾਂ ਦੇ ਅੰਤਰਜਾਮੀ, ਅੰਦਰ ਦੇ ਪ੍ਰੇਰਕ ਹੋ, ਅੰਦਰਲੀਆਂ ਜਾਣਨ ਵਾਲੇ ਹੋ। ਆਪਣੀ ਗਤ ਮਿਤ ਜਨ ਹੋ ਆਪੇ, ਆਪਦੀ ਪ੍ਰਾਪਤੀ ਦੀ ਜਿਹੜੀ ਮਰਿਆਦਾ ਇਹ ਸੱਚੇ ਪਾਤਸ਼ਾਹ ਆਪ ਹੀ ਜਾਣਦੇ ਹੋ। ਆਪਣ ਸੰਗ ਆਪ ਪ੍ਰਭ ਰਾਤ, ਜਿਹੜੇ ਆਪ ਕੇ ਪਿਆਰੇ ਹੈ ਸੰਗ, ਉਹਨਾਂ ਦੇ ਨਾਲ ਆਪ ਮਾਰਾ ਰੰਗੇ ਰਹਿੰਦੇ ਹੋ। ਜਿਹੜੇ ਤੁਹਾਡੇ ਆਪਣੇ ਸੰਗੀ ਹੈ ਨਾ ਸੰਤ ਭਗਤ, ਉਹਨਾਂ ਨਾਲ ਪ੍ਰਭੂ ਜੀ ਆਪ ਰੰਗੇ ਰਹਿੰਦੇ ਹੋ, ਪਿਆਰ ਕਰਦੇ ਹੋ। ਸਗਲ ਸਿਸ਼ਟ ਕੋ ਧਨੀ ਕੀ ਹੀਜਾ, ਜਨ ਕੋ ਅੰਗ ਨਿਆਰੋ, ਹੈ ਤਾਂ ਸਾਰੀ ਸਿਰਜ ਤੂੰ ਮਾਲਕ, ਪਰ ਆਪਦੇ ਜਨਾਂ ਦਾ ਪੱਖ ਨਿਆਰਾ ਹੋ ਕੇ ਕਰਦਾ, ਜਿਵੇਂ ਮਾਂ ਦੇ ਪੁੱਤਰ ਸਾਰੇ ਹੀ ਹੁੰਦੇ ਹੈ, ਪਰ ਗੋਦੀ ਦੇ ਬੱਚੇ ਦਾ ਮਾਤਾ ਦੁੱਖ ਨਹੀਂ ਸਹਾਰ ਸਕਦੀ, ਝੱਟ ਗੋਲ ਕੁੱਛੜ ਚ ਲੈ ਲੈਂਦੀ ਹੈ। ਇਉਂ ਮਹਾਰਾਜ ਤੇਰੇ ਪਰਨੇ ਹੋਏ ਹੈ, ਉਹ ਆਪਦੇ ਸੰਗ ਰਹਿਣ ਵਾਲੇ ਹੈ, ਉਹਨਾਂ ਚ ਪ੍ਰਭੂ ਜੀ ਆਪ ਰੰਗੇ ਹੋਏ ਹੋ। ਤੁਮਰੀ ਉਸ ਤੋਂ ਤੁਮ ਤੇ ਹੋ, ਆਪਦੀ ਜਿਹੜੀ ਮਹਿਮਾ ਹੈ ਇਹ ਆਪਦੇ ਵੱਲੋਂ ਹੀ ਹੋ ਸਕਦੀ ਹੈ, ਹੋਰ ਅਸੀਂ ਕੀ ਕਰ ਸਕਦੇ ਹਾਂ ਮਹਿਮਾ ਆਪਦੀ। ਨਾਨਕ ਅਵਰ ਨਾ ਜਾਣ ਸਕੋ, ਹੋਰ ਕੋਈ ਮਹਾਰਾ ਅਵਰ ਸਥਾਨ ਵਿੱਚ ਹੋਰ ਕੋਈ ਬਣ ਕੇ ਹੰਕਾਰ ਦੇ ਸਹਿਤ ਕੋਈ ਵੀ ਨਹੀਂ ਜਾਣ ਸਕਦਾ ਹੈ, ਸਤਿਗੁਰੂ ਜੀ ਫਰਮਾਉਂਦੇ ਹਨ। ਸਰਵ ਧਰਮ ਮਹਿ ਸ੍ਰੇਸ਼ਟ ਧਰਮ, ਸਾਰਿਆਂ ਧਰਮਾਂ ਵਿੱਚੋਂ ਜਿਹੜਾ ਪੈਸਾ ਭਰਮ ਭਜਿਓ ਪਾਰ ਬ੍ਰਹਮ, ਜਿਹੜਾ ਪਰਮੇਸ਼ੁਰ ਤੇਰਾ ਭਜਨ ਕਰਨਾ, ਸਾਰਿਆਂ ਧਰਮਾਂ ਪੁੰਨਾਂ ਵਿੱਚੋਂ ਸ੍ਰੇਸ਼ਟ ਧਰਮ ਇਹੋ ਹੀ ਹੈ। ਹਰ ਕੋ ਨਾਮ ਜਪ ਨਿਰਮਲ ਕਰਮ, ਸਾਰਿਆਂ ਕਰਮਾਂ ਚੋਂ ਨਿਰਮਲ ਉਜਲ ਇਹੋ ਹੀ ਕਮਾਈ ਹੈ, ਜੋ ਹਰੀ ਆਪ ਦਾ ਨਾਮ ਜਪਣਾ ਹੈ, ਇਹੋ ਹੀ ਨਾਮ ਜਪਣਾ ਹੀ ਕਮਾਈ ਹੈ, ਇਹੋ ਹੀ ਧਰਮ ਹੈ ਸਾਰਿਆਂ ਚੋਂ ਸ੍ਰੇਸ਼ਟ। ਸਗਲ ਕਿਰਿਆ ਮਹਿ ਉੱਤਮ ਕਿਰਿਆ, ਸਾਰੀਆਂ ਕਿਰਿਆ ਵਿੱਚੋਂ ਜਿਹੜਾ ਯੋਗ ਆਦਿਕਾਂ ਦੀਆਂ ਕਿਰਿਆ ਕਰਨੀਆਂ, ਸਾਰਿਆਂ ਚੋਂ ਉੱਤਮ ਇਹੋ ਹੀ ਕਰਤੱਵ ਹੈ। ਸਾਧ ਸੰਗ ਦੁਰਮਤ ਮਾਰ ਮਲ ਹਿਰਿਆ, ਜਿਹੜਾ ਸਾਧ ਸੰਗਤ ਮਿਲ ਕਰਕੇ ਖੋਟੀ ਮਾਦੀ ਮੈਲ ਨੂੰ ਹਿਰਿਆ ਦੂਰ ਕਰ ਦਿੱਤਾ, ਨਾਸ਼ ਕਰ ਦਿੱਤਾ ਹੈ। ਸਗਲ ਉਦਮ ਮਹਿ ਉਦਮ ਭਲਾ, ਸਾਰਿਆਂ ਉਦਮਾਂ ਚੋਂ ਉਦਮ ਇਹੋ ਹੀ ਸਾਰਿਆਂ ਚੋਂ ਭਲਾ ਅੱਛਾ ਹੈ। ਹਰ ਕਾ ਨਾਮ ਜਪੋ ਜੀ ਸਦਾ, ਹਿਰਦੇ ਚ ਸਦਾ ਵਾਸਤੇ ਜੀਓ, ਪਰਮੇਸ਼ੁਰ ਦੇ ਨਾਮ ਦਾ ਜਾਪ ਕਰੋ, ਸਭਨਾ ਉਦਮਾਂ ਚ ਇਹੋ ਵੱਡਾ ਉਦਮ ਹੈ, ਭਲਾ ਹੈ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਸਾਰੀਆਂ ਬਾਣੀਆਂ ਵਿੱਚੋਂ ਅੰਮ੍ਰਿਤ ਰੂਪ ਬਚਨ ਬਲਾਸ ਜਿਹੜੇ ਕਰਨੇ ਹੈ, ਕੋਈ ਕਿਸੇ ਨੂੰ ਉਪਦੇਸ਼ ਦੇਣਾ, ਸੁਣਾਉਣਾ, ਸਿੱਖਿਆ ਦੇਣੀ ਹੈ, ਵੇਦ ਬਾਣੀ, ਕੁਰਾਨ ਬਾਣੀ ਅਤੇ ਗੀਤਾ ਬਾਣੀ, ਸਿਮਰਤੀ ਬਾਣੀ, ਉਪਨਿਸ਼ਦਾਂ ਬਾਣੀਆਂ ਆਦਿਕ, ਸਾਰੀਆਂ ਬਾਣੀ ਚ ਅੰਮ੍ਰਿਤ ਰੂਪ ਬਾਣੀ ਇਹੋ ਹੈ। ਹਰ ਕੋ ਜਸ ਸੁਣ ਰਸਨ ਬਖਾਨੀ, ਹਰੀ ਦਾ ਜਸ ਸੁਣੀਏ ਕੰਨਾਂ ਦੇ ਨਾਲ, ਸਰਦਾ ਤੇ ਵਿਸ਼ਵਾਸ ਕਰਕੇ ਤੇ ਪ੍ਰੀਤ ਰੂਪੀ ਰਸਨਾਂ ਦੇ ਨਾਲ ਵਿਖਿਆਨ ਕਰੀਏ, ਇਹ ਅੰਮ੍ਰਿਤ ਬਾਣੀ ਸਾਰੀਆਂ ਬਾਣੀ ਚ ਅੰਮ੍ਰਿਤ ਰੂਪ ਬਾਣੀ ਹੈ। ਸਗਲ ਥਾਨ ਤੇ ਉਹ ਉੱਤਮ ਥਾਂ, ਸਾਰੀਆਂ ਥਾਵਾਂ ਚੋਂ ਸਾਧ ਸੰਗਤ ਜੀ ਉੱਤਮ ਥਾਂ ਹੈ, ਸ੍ਰੇਸ਼ਟ। ਨਾਨਕ ਜੇ ਘਟ ਵਸੈ ਹਰ ਨਾਮ, ਜਿਸ ਥਾਂ ਜਾ ਕੇ ਜਿਸ ਸੰਗਤ ਚ ਮਿਲ ਕਰਕੇ ਹਿਰਦੇ ਚ ਪਰਮੇਸ਼ੁਰ ਦਾ ਨਾਮ ਵੱਜੇ, ਉਹ ਸਾਰਿਆਂ ਚੋਂ ਸਿਰੋਮਣੀ ਸਥਾਨ ਹੈ। ਸੋ ਇਹ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀਆਂ ਇੱਥੇ ਤਿੰਨ ਅਸ਼ਟਪਦੀਆਂ ਸਾਧ ਸੰਗਤ ਜੀ ਸੰਪੂਰਨ ਹੋਈਆਂ ਹਨ। ਗਰੀਬ ਨੂੰ ਅੰਤਰਜਾਮੀ ਆਪਾਂ ਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ, ਇਸ ਉਪਦੇਸ਼ ਨੂੰ ਕਮਾ ਕੇ ਗੁਰੂ ਸਾਹਿਬ ਦੇ ਸਿੱਖ ਬਣੀਏ, ਗੁਰੂ ਸਾਹਿਬ ਦਾ ਅੰਮ੍ਰਿਤ ਛਕੀਏ, ਰਹਿਤ ਰੱਖੀਏ, ਬਟ ਲੋਕ ਸੁਖੀ ਪਰਲੋਕ ਸੁਹੇਲੇ ਹੋਈਏ, ਫਿਰ ਹਰੀ ਪ੍ਰਭੂ ਸਾਨੂੰ ਆਪ ਜ਼ਰੂਰ ਮਿਲ ਲਏਗਾ ਆਪਦੇ ਚਰਨਾਂ 'ਚ, ਇਹ ਸਤਿਗੁਰ ਦੇ ਉਪਦੇਸ਼ ਨੂੰ ਕਮਾ ਕੇ ਨਿਹਾਲ ਹੋਈਏ। ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜੇ ਘਟ ਵਸੈ ਹਰ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।